24 दिसंबर दी हाले होई ना सवेर सी, रिश्तेदारां दे मैनूं फोन आए ढेर सी। उन्हां विच्चों एक कॉल फुफड़ दी आई सी, सुननी तां पैनी सी जी दादे दा जवाई सी। हैलो हले आखी सी के कहिंदा सुनी वार्ता, न्यूजीलैंड वाला तेरा यार गड्डी चाड़ता। दिल विच ची सुठी फिर भी मैं हसिया, कदों किन्ना नाल की होई दसिया। हाथियां लताड़े तवियां ते पिट्ठी छुरे ने, खुद मख्तियारी राह ते जिहड़े तुरे ने। हाथियां लताड़े तवियां ते पिट्ठी छुरे ने, खुद मख्तियारी राह ते जिहड़े तुरे ने। विचार ज्यौंदे रहणगे शरीर मर जाणगे, तुहानूं कातों लगदा है कबीर मर जाणगे। पुजारियां तों कित्थों हरनेक जर होणा सी, गल्लां दा जवाब नहीं सी इहो कर होणा सी। समझ गया मैं उधरों कन्नां चों सेक बोली जांदा है, कहिंदा तेरे विच्चों वी तां हरनेक बोली जांदा है। Are going to watch live talkback show by host Harnik Singh on Radio Virsa. Hanji, swagat hai ji tuhanu Radio Virsa te. Apan har weekend di tarah ajj vi hazir haan, lagbhag paune ik ghante tak, addhe ghante tak gyan ji huri honge. ਅਤੇ ਬੇਨਤੀ ਆ ਅੱਜ ਸਰੋਤਿਆਂ ਨੂੰ, ਤੁਸੀਂ ਗਿਆਨੀ ਜੀ ਹੋਰਾਂ ਦੇ ਜਿਹੜੀ ਗੱਲਬਾਤ ਆ ਉਹਦੀ ਵੇਟ ਕਰ ਲਿਓ, ਇੰਤਜ਼ਾਰ ਕਰ ਲਿਓ ਉਹਨਾਂ ਦਾ। ਉਹਨਾਂ ਤੋਂ ਬਾਅਦ ਜਿੰਨਾ ਕੁ ਸਮਾਂ ਆਪਣੇ ਕੋਲ ਹੋਊਗਾ ਉਹ ਆਪਾਂ ਕੌਲਾਂ ਲੈ ਲਾਂਗੇ, ਗੱਲਬਾਤ ਕਰ ਲਾਂਗੇ, ਤੁਹਾਡੇ ਸਵਾਲ ਕੋਈ ਬਲਬਲੇ ਆ ਤੁਹਾਡੇ ਆਪਣੇ। ਪਰ ਕੱਲ੍ਹ ਨੂੰ ਪ੍ਰੋਗਰਾਮ ਕਰ ਲੈਣਾ ਆਪਾਂ ਜ਼ਰੂਰ, ਐਤਵਾਰ ਨੂੰ, ਠੀਕ ਆ। ਕਿਤੇ ਜ਼ਿਆਦਾ ਰੁਝੇਵੇਂ ਹੋਣਗੇ ਤਾਂ ਹੋ ਸਕਦਾ ਨਾ ਹੋ ਸਕੇ ਦੂਜਾ ਪ੍ਰੋਗਰਾਮ, ਪਰ ਨਹੀਂ ਤਾਂ ਐਤਵਾਰ ਵਾਲਾ ਫਿਰ ਪ੍ਰੋਗਰਾਮ ਕੱਲ੍ਹ ਵਾਲਾ ਜਿਹੜਾ ਆ ਉਹ ਆਪਾਂ ਇਸੇ ਟਾਈਮ 1 ਵਜੇ ਤੋਂ ਲੈ ਕੇ 2 ਘੰਟੇ 3 ਘੰਟੇ ਜਿੰਨਾ ਵੀ ਸਮਾਂ ਲੱਗਦਾ ਹੋਇਆ ਆਪਾਂ ਸਿਰਫ ਕੌਲਾਂ ਸਰੋਤਿਆਂ ਦੀਆਂ ਜਿਹੜੀਆਂ ਉਹ ਲੈ ਲਾਂਗੇ। ਆਪਾਂ ਪਿਛਲੇ ਹਫ਼ਤੇ ਕਾਫ਼ੀ ਰੌਲਾ ਰਿਹਾ ਮੱਟ ਸ਼ੇਰੋਂ ਵਾਲੇ ਦੀ ਜਿਹੜੀ ਪੋਸਟ ਸੀ ਉਹਦੇ ਸੰਬੰਧ ਵਿੱਚ। ਇਹ ਤੁਸੀਂ ਦੇਖੋ ਪੁਜਾਰੀ ਕਿੱਦਾਂ ਦੀ ਗੇਮ ਖੇਡਦਾ ਸਾਡੇ ਨਾਲ, ਦਬਾਅ ਪਾਉਣ ਲਈ ਆਮ ਲੋਕਾਂ ਦੇ ਉੱਤੇ, ਪ੍ਰਭਾਵ ਪਾਉਣ ਲਈ, ਆਪਣੀ ਦੁਕਾਨ ਚੱਲਦੀ ਰੱਖਣ ਲਈ, ਆਪਣੀ ਕੰਪਨੀ ਦੀ, ਆਪਣੀ ਇੰਡਸਟਰੀ ਦੀ, ਆਪਣੇ ਬਿਜ਼ਨਸ ਦੀ ਮਸ਼ਹੂਰੀ ਕਰਨ ਲਈ, ਆਪਣੇ ਵਪਾਰ ਨੂੰ ਚੱਲਦਾ ਰੱਖਣ ਲਈ ਉਹ ਕਰਾਮਾਤ ਵੀ ਖੇਡਦਾ ਆ। ਇਹੋ ਜਿਹੀਆਂ ਸਾਖੀਆਂ ਸੁਣਾਉਂਦਾ ਆ, ਬਣਾਉਂਦਾ ਆ, ਦੁਹਰਾਉਂਦਾ ਆ, ਉਹ ਗ੍ਰੰਥਾਂ 'ਚੋਂ ਲੱਭ ਕੇ ਲਿਆਉਂਦਾ, ਜਿਹੜੀਆਂ ਆਮ ਲੋਕਾਂ ਦੇ ਉੱਤੇ ਦਬਾਅ ਪਾਉਣੀਆਂ। ਜਿਹੜੀਆਂ ਅਫਵਾਹਾਂ, ਕਰਾਮਾਤਾਂ ਵਾਲੀਆਂ ਸਾਖੀਆਂ ਵੀ ਅਫਵਾਹਾਂ ਵਾਂਗ ਹੁੰਦੀਆਂ, ਅਸਲ 'ਚ ਗੱਪਾਂ ਹੁੰਦੀਆਂ। ਜਦੋਂ ਕੋਈ ਬੰਦਾ ਕਰਾਮਾਤ ਦੀ ਗੱਲ ਕਰਦਾ ਨਾ, ਇਹ ਜਾਣੀ ਕਿਸੇ ਬੰਦੇ ਨੂੰ ਇਹ ਕਹਿਣਾ ਵੀ ਗੱਪ ਕਿਉਂ ਮਾਰਦਾ, ਉਹਨੂੰ ਜੇ ਸੁਲਝੇ ਹੋਏ ਸ਼ਬਦਾਂ 'ਚ ਕਹਿਣਾ ਤਾਂ ਫਿਰ ਅਸੀਂ ਇਹ ਕਹਿ ਸਕਦੇ ਵੀ ਤੂੰ ਕਰਾਮਾਤ ਦੀ ਸਾਖੀ ਕਾਹਤੇ ਸੁਣਾਉਣਾ ਸਾਨੂੰ। ਅਸਲ ਵਿੱਚ ਉਹ ਜਿਹੜੀ ਜਿਹਨੂੰ ਸਾਖੀ ਕਹਿ ਰਿਹਾ ਉਹ ਸਾਖੀ ਨਹੀਂ ਹੈ, ਅਸਲ 'ਚ ਇੱਕ ਕੋਲੋਂ ਬਣਾਈ ਹੋਈ ਗੱਪ ਆ। ਅਫਵਾਹ ਜਿਹੜੀ ਆ ਉਹ ਇੱਕ ਖਬਰ ਵਾਂਗ ਹੁੰਦੀ ਆ। ਕਿਸੇ ਦੇ ਸੰਬੰਧ ਵਿੱਚ ਤੁਸੀਂ ਕੋਈ ਇੱਕ ਘਟਨਾ ਦਾ ਜ਼ਿਕਰ, ਇੱਕ ਨਿਊਜ਼ ਬਣਾ ਕੇ ਕਹਿ ਦਿੰਦੇ ਹਾਂ, ਠੀਕ ਆ, ਵੀ ਇਹਨੇ ਸ਼ਰਾਬ ਪੀਤੀ ਆ। ਉਹ ਜਿਹੜੀ ਅਫਵਾਹ ਆ ਉਹ ਸੁਭਾਅ ਕਰਕੇ ਨੈਗੇਟਿਵ ਹੁੰਦੀ ਹੈ, ਅਤੇ ਜਿਹਨੂੰ ਕਰਾਮਾਤ ਕਹਿੰਦੇ ਆ ਉਹ, ਜਾਂ ਗੱਪ ਵੀ ਜਿਹਨੂੰ ਕਹਿੰਦੇ ਆ, ਉਹ ਕਿਸੇ ਦੀ ਮਸ਼ਹੂਰੀ ਦੇ ਲਈ ਪੋਜ਼ਿਟਿਵ ਅਰਥਾਂ ਵਿੱਚ ਦੱਸੀ ਜਾਂਦੀ। ਉਹਦੇ ਵਿੱਚ ਗੁਣ ਹੁੰਦੇ ਆ, ਕਿਸੇ ਨੂੰ ਵੱਡਾ ਬਣਾ ਕੇ ਦੱਸਣਾ ਤੁਸੀਂ
ਉਹਦੇ ਲਈ ਸ਼ਬਦ ਅਸੀਂ ਕਰਾਮਾਤ। ਗੱਪ ਸ਼ਬਦ ਵੀ ਅਸਲ ਵਿੱਚ ਉਦੋਂ ਹੀ ਅਸੀਂ ਵਰਤਦੇ ਹਾਂ ਜਦੋਂ ਕਿਸੇ ਨੂੰ ਵੱਡਾ ਬਣਾ ਕੇ ਦੱਸਿਆ ਜਾਂਦਾ। ਜੇ ਕੋਈ ਕਿਸੇ ਬੰਦੇ ਬਾਰੇ ਇੱਦਾਂ ਦੀ ਗੱਲ ਸੁਣਾਉਂਦਾ ਹੋਵੇ ਜਿਹਦੇ ਵਿੱਚ ਉਹਨੂੰ ਛੋਟਾ ਕਰਕੇ ਦਰਸਾਉਂਦਾ ਹੋਵੇ ਵੀ ਉਹ ਕੱਲ੍ਹ ਉੱਥੇ ਭੀਖ ਮੰਗਦਾ ਸੀ, ਉਹਨੇ ਕੱਲ੍ਹ ਉਹ ਤੋਂ ਪੈਸੇ ਉਧਾਰ ਫੜੇ, ਕੱਲ੍ਹ ਉਹ ਸ਼ਰਾਬ ਪੀਂਦਾ ਫੜਿਆ ਗਿਆ, ਉਹਨੂੰ ਅਸੀਂ ਇੱਦਾਂ ਕਹਿ ਦਿੰਦੇ ਵੀ ਤੂੰ ਬਦਨਾਮ ਕਿਉਂ ਕਰਦਾ ਹੈ, ਝੂਠ ਕਿਉਂ ਬੋਲਦਾ ਉਹਦੇ ਬਾਰੇ। ਗੱਪ ਸ਼ਬਦ ਵੀ ਅਤੇ ਕਰਾਮਾਤ ਸ਼ਬਦ ਵੀ ਉਹ ਜਦੋਂ ਕਿਸੇ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ ਉਹਦੇ ਸੰਬੰਧ ਵਿੱਚ ਆਪਾਂ ਵਰਤਦੇ ਹਾਂ। ਹੁੰਦੀਆਂ ਅਸਲ 'ਚ ਸਾਰਿਆਂ ਦਾ ਮੂਲ ਇਹ ਹੁੰਦਾ ਵੀ ਉਹ ਸੱਚੀਆਂ ਦੀ ਹੁੰਦੀਆਂ, ਝੂਠੀਆਂ ਹੁੰਦੀਆਂ। ਉਹਦੇ ਬਾਰੇ ਕਹਿੰਦੇ ਆ ਵੀ ਉਹ ਉੱਨਾ ਚਿਰ ਚੱਲਦੀ ਆ ਜਿੰਨਾ ਚਿਰ ਲੋਕ ਮੂਰਖ ਆ। ਚਾਹੇ ਕਰਾਮਾਤ ਹੋਵੇ, ਚਾਹੇ ਕਿਸੇ ਬਾਰੇ ਗੱਪ ਮਾਰੀ ਜਾਵੇ, ਚਾਹੇ ਕਿਸੇ ਬਾਰੇ ਅਫਵਾਹ ਫੈਲਾਈ ਜਾਵੇ, ਉਹ ਕਦੇ ਬੇਮਕਸਦ ਨਹੀਂ ਹੁੰਦੀ, ਬੇਮਾਨੇ ਨਹੀਂ ਹੁੰਦੀ। ਜਿੱਦਾਂ ਚਾਪਲੂਸੀ ਦੇ ਬਾਰੇ ਕਿਹਾ ਜਾਂਦਾ ਨਾ, ਕਿਸੇ ਦੀ ਚਾਪਲੂਸੀ ਜਦੋਂ ਕਰਦਾ ਬੰਦਾ, ਕਿਸੇ ਦੀ ਪ੍ਰਸ਼ੰਸਾ ਕਰਦਾ ਆ, ਉਹ ਕਦੇ ਬੇਮਤਲਬ ਨਹੀਂ ਹੁੰਦੀ, ਬੇਮਾਇਨੇ ਨਹੀਂ ਹੁੰਦੀ। ਜਿਹੜੇ ਲੋਕ ਇੰਨੇ ਪਵਿੱਤਰ ਹੋ ਜਾਂਦੇ ਨਾ, ਜਿਹੜੇ ਆਪਣੀ ਸਫਾਈ ਕਰਦਿਆਂ ਕਰਦਿਆਂ ਮਲੀਨਤਾ ਨੂੰ ਬਿਲਕੁਲ ਖਤਮ ਕਰ ਲੈਂਦੇ, ਉਹਨਾਂ ਦਾ ਚਿਹਰਾ, ਉਹਨਾਂ ਦੀਆਂ ਅੱਖਾਂ, ਉਹ ਜਿੱਦਾਂ ਇੱਕ ਕਿਸਮ ਦੀ ਵਾਰਿਸ਼ ਕਰ ਰਹੀਆਂ ਹੁੰਦੀਆਂ ਤੁਹਾਡੇ 'ਤੇ। ਜਦੋਂ ਸਮਾਈਲ ਵੀ ਕਰਦੇ ਆ ਨਾ, ਤੁਹਾਨੂੰ ਲੱਗਦਾ ਹੁੰਦਾ ਵੀ ਫੁੱਲਾਂ ਦੀ ਵਰਖਾ ਹੋ ਗਈ। ਜਦੋਂ ਕੋਈ ਗੱਲ ਕਰਨਗੇ ਤੁਹਾਡੇ ਨਾਲ, ਜੇ ਉਹ ਕੰਪਲੀਮੈਂਟ ਦੇਣਗੇ, ਉਹ ਪ੍ਰਸ਼ੰਸਾ ਕਰਨਗੇ, ਉਹ ਤੁਹਾਡੀ ਸਿਫਤ ਕਰਨਗੇ, ਅਤੇ ਅੱਖਾਂ ਵੀ ਉਹਨਾਂ ਦੀਆਂ ਨਾਲ ਤੁਹਾਨੂੰ ਸੁਨੇਹਾ ਦੇ ਜਾਂਦੀਆਂ ਵੀ ਇਹਦੇ ਪਿੱਛੇ ਕੋਈ ਦੂਜਾ ਏਜੰਡਾ ਨਹੀਂ ਹੈ। ਬਾਕੀ ਜਿਹਨਾਂ ਲੋਕਾਂ ਨੂੰ ਅਸੀਂ ਜਾਣਦੇ ਹੁੰਦੇ ਹਾਂ, ਜਿਹਨਾਂ ਪ੍ਰਤੀ ਸਾਡਾ ਤਜਰਬਾ ਹੁੰਦਾ, ਕਈ ਵਾਰ ਕੁਛ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਬਾਰੇ ਪੱਕੀ ਲੋਕ ਰਾਏ ਬਣ ਚੁੱਕੀ ਹੁੰਦੀ ਆ, ਉਹਨਾਂ 'ਤੇ ਵੈਸੇ ਸ਼ੱਕ ਨਹੀਂ ਹੁੰਦਾ ਸਾਨੂੰ ਕੋਈ, ਉਹਨਾਂ ਦੇ ਏਜੰਡੇ ਕੀ ਆ, ਉਹਨਾਂ ਦੇ ਸੁਭਾਅ ਦੇ ਬਾਰੇ। ਪਰ ਆਮ ਸਮਾਜ ਵਿੱਚ ਕਹਿੰਦੇ ਉਹ ਗੱਪ ਹੋਵੇ, ਚਾਹੇ ਅਫਵਾਹ ਹੋਵੇ, ਚਾਹੇ ਕੋਈ ਕਰਾਮਾਤੀ ਕਹਾਣੀ ਸੁਣਾਉਂਦਾ ਆ, ਉਹ ਉਨਾ ਚਿਰ ਚੱਲਦੀ ਜਿੰਨਾ ਚਿਰ ਲੋਕ ਮੂਰਖ ਹੈ। ਉਹ ਅੱਗੇ ਤੋਂ ਅੱਗੇ ਉਨਾ ਚਿਰ ਫੈਲਦੀ ਆ। ਮੈਂ ਅੱਗੇ ਵੀ ਗੱਲ ਕਰਦਾ ਸੀ ਨਾ, ਕਿਸੇ ਨੇ ਫੋਟੋ ਪਾਈ ਹੋਈ ਸੀ ਇੱਦਾਂ, ਤੀਲੀਆਂ ਸੀ ਬਹੁਤ ਸਾਰੀਆਂ ਇੱਕ ਲਾਈਨ ਦੇ ਵਿੱਚ, ਇੱਦਾਂ ਉਂਗਲਾਂ ਮੇਰੀਆਂ ਤਾਂ ਵੱਡੀਆਂ ਛੋਟੀਆਂ ਆ, ਇੱਕੋ ਹੀ ਲਾਈਨ ਦੇ ਵਿੱਚ ਤੀਲੀਆਂ ਸੀ, ਅਤੇ ਉਹਦੇ ਵਿੱਚੋਂ ਅੱਗ ਇੱਦਾਂ ਲੱਗੀ ਹੋਈ ਸੀ। ਇੱਕ ਸਿਰੇ ਵਾਲੀ ਤੀਲੀ ਬਹੁਤ ਜ਼ਿਆਦਾ ਬਲੀ ਹੋਈ ਸੀ, ਥੋੜ੍ਹੀ ਘੱਟ, ਅਤੇ ਅੱਗ ਉਹ ਅੰਡਰਸਟੈਂਡਿੰਗ ਸੀ, ਉਹ ਸਿਰੇ ਵਾਲੀ ਤੀਲੀ ਨੂੰ ਕਿਸੇ ਨੇ ਅੱਗ ਲਾਈ ਅਤੇ ਇੱਕ ਦੂਜੀ ਤੋਂ ਮਸਾਲੇ ਤੋਂ ਅੱਗ ਲੱਗਦੀ ਗਾਂ ਚਲ ਗਈ। ਅਤੇ ਅੱਗੇ ਜਾ ਕੇ ਉਹਨੀ 5-7 ਤੀਲੀਆਂ ਤੋਂ ਬਾਅਦ ਇੱਕ ਤੀਲੀ ਪਿੱਛੇ ਖਿੱਚੀ ਹੋਈ ਸੀ। ਹੁਣ ਉਹਦੇ ਨਾਲ ਕੀ ਹੋਣਾ ਸੀ ਵੀ ਕਿਉਂਕਿ ਮਸਾਲੇ ਨੂੰ ਅੱਗ ਲੱਗਦਿਆਂ ਸਾਰ ਦੂਜੇ ਮਸਾਲੇ ਨੂੰ ਲੱਗ ਜਾਂਦੀ ਸੀ, ਤੀਜੇ ਅਗਲੇ ਨੂੰ। ਹੁਣ ਜਦੋਂ ਉਹਦਾ ਮਸਾਲਾ ਪਿੱਛੇ ਚਲਾ ਗਿਆ, ਹੁਣ ਉਸ ਤੀਲੀ ਨੂੰ ਜਲ ਕੇ ਅਖੀਰ ਇੱਥੇ ਤੱਕ ਜਾਣਾ ਪੈਣਾ ਸੀ, ਫਿਰ ਮਸਾਲੇ ਨੂੰ ਅੱਗ ਲੱਗਣੀ ਸੀ। ਅਫਵਾਹ ਆ, ਇਹ ਕਰਾਮਾਤੀ ਕਹਾਣੀਆਂ ਆ, ਇਹ ਇੱਦਾਂ ਫੈਲਦੀਆਂ। ਮੂਰਖ, ਇੱਕ ਮੂਰਖ ਦੂਜੇ ਮੂਰਖ ਨੂੰ, ਜਿਹੜਾ ਫੈਲਾਉਣੇ ਵਾਲਾ ਆ, ਜਿਹੜਾ ਉਹਨੂੰ ਪੈਦਾ ਕਰਨ ਵਾਲਾ ਆ, ਉਹਦੀ ਸਾਜਿਸ਼ ਹੁੰਦੀ, ਉਹਦਾ ਏਜੰਡਾ ਹੁੰਦਾ, ਉਹ ਕੋਈ ਨਾ ਕੋਈ ਮੋਟਿਵ ਰੱਖ ਕੇ ਕਰਦਾ। ਫਿਰ ਜਿਹੜਾ ਉਹਦੇ 'ਤੇ ਯਕੀਨ ਕਰਦਾ ਜਾਂ ਜਿਹੜਾ ਉਹਨੂੰ ਗਾਹਾਂ ਇੱਕ ਦੂਜੇ ਤੱਕ ਲੈ ਕੇ ਜਾਂਦਾ, ਉਹ ਉਨਾ ਚਿਰ ਚੱਲਦੀ ਰਹਿੰਦੀ ਜਿੰਨਾ ਚਿਰ ਲੋਕ ਮੂਰਖ ਹੁੰਦੇ ਆ, ਜਿੰਨਾ ਚਿਰ ਉਹ ਅੱਖਾਂ ਮੀਟ ਕੇ। ਜਦੋਂ ਹੀ ਕੋਈ ਸਿਆਣਾ ਵਿਚਾਲੇ ਆ ਜਾਂਦਾ, ਜਿੱਦਾਂ ਇੱਕ ਤੀਲੀ ਪਿੱਛੇ ਚਲੀ ਗਈ, ਜਦੋਂ ਕੋਈ ਤਰਕ ਕਰਨ ਵਾਲਾ, ਕੋਈ ਬੁੱਧੀ ਰੱਖਣ ਵਾਲਾ,
कोई दिमाग वाला जो उदे कन्ना च पैंदी है जाके ना उत्थे उदा विश्लेषण हो जाता उदी चीरफाड़ हो जाती उदे कोलों गाहां जिहड़ी गल जानी है जां जिहड़ी पिछे नूं मुड़ के आउणी आ उह जो विश्लेषण कर दित्ता उहने जिदां उदे उदे बिल्कुल तार तार जिदां हुण नेरे दे विच भी जने खड़े होण कमरा नेरा होवे उन्हां दे विच एक बंदा बाहरों गया वो जदों दरवाजे च बड़िया ना इदां एकदम नेरा सी बड़दियां सार सारिया ने ये कौन आ गया तू कौन होए ये की करना आया देखियो मतलब उन्हूं लग्या भई इन्हां नूं पता नहीं कुछ भी इन्हां नूं दिस नहीं रहा कुछ भी उहदे हथ विच रस्सी सी उन्हूं मजाक सुझिया उन्हूं चक के एकदम नाल दे दूजे दे उत्ते मारी कहिंदा सप होए सप होए हुण जदों उहने उहनूं फड़ना साडे वल नूं कोई सप नूं इदां सिट्टे असीं फड़ांगे थोड़ो असीं उस वेले जे नेरा जे नेरा भुल जाओ जे सप आवे साडे वल नूं इदां ते असीं की उहनूं टो टो के देखांगे पहलां इदां पछाणांगे भई वाकई सप असली आ जींदा आ पहली अटैम्प्ट जिहड़ी हुंदी साडी असीं चक के अगे मार दे इदां भई मतलब अप तो अपने आप नूं परे कर लैंदे हां जे उहनूं चक के परे मार दे कोई साढ़े मोढ़े ते रख देवे इदां हुण मैं बैठा पिछों आवे पिछों आके मेरे मोढ़े ते कुछ रख देवे इदां कोई इदां नाले कहे सप होए हुण मैं जिन्ना मर्जी अलर्ट होवां यह नहीं कदे भी होना भी मैं इदां अपने मोढ़े वालों ध्यान करा उन्हूं चक के देखा भई कहां भी लै तां प्लास्टिक दा आ इदां नहीं होनी जिहड़ी पहली अटैम्प्ट आ तुहाडी जिहड़ा पहला ख्याल आउंदा ਉਹ ਆਉਂਦਾ ਵੀ ਬੰਦਾ ਚੱਕ ਕੇ ਮਾਰਦਾ ਹੱਥ ਨਾਲ ਹੁਣ ਉਹ ਜਿਉਂ ਹੀ ਉਹਨੇ ਵੜਦਿਆਂ ਸਾਰ ਇੱਦਾਂ ਦੇਖ ਕੇ ਵੀ ਹਨੇਰਾ ਆ ਉਹਨੇ ਤਾਂ ਰੱਸੀ ਸਿੱਟੀ ਨਾਲ ਦੇ ਨੂੰ ਕਹਿੰਦਾ ਸੱਪ ਹੋਏ ਹੁਣ ਉਹਨੇ ਗਾਂ ਪੇ ਉਹ ਮੇਰੇ ਤੇ ਕਾਹਨੂੰ ਮਾਰ ਉਹ ਤੂੰ ਪਰੇ ਰੱਖ ਹੁਣ ਜਦੋਂ ਕਿਸੇ ਸ਼ਾਂਤ ਦੇ ਕੋਲ ਗਿਆ ਜਦੋਂ ਪੰਜਵੇਂ ਸੱਤਵੇਂ ਦਸਵੇਂ ਕੋਲ ਗਿਆ ਜਦੋਂ ਜਿਹਨੂੰ ਮੌਕਾ ਮਿਲ ਗਿਆ ਇਹ ਦੇਖਣ ਦਾ ਵੀ ਅਸੀਂ ਖੜ੍ਹੇ ਹਾਂ ਇੱਕ ਬਾਹਰੋਂ ਆਇਆ ਉਹਨੂੰ ਆਉਂਦੇ ਨੇ ਸੱਪ ਸੱਪ ਦਾ ਰੌਲਾ ਪਾ ਦਿੱਤਾ ਇੱਦਾਂ ਜਾਂ ਉਹਨੂੰ ਹੱਸਦੇ ਦੀ ਆਵਾਜ਼ ਸੁਣ ਗਈ ਉਹਨੂੰ ਉਹਦੇ ਰਿਐਕਸ਼ਨਾਂ ਤੋਂ ਕਿਸੇ ਤਰ੍ਹਾਂ ਅੰਦਾਜ਼ਾ ਲੱਗ ਗਿਆ ਕਿਉਂਕਿ 15-20 ਸੈਕਿੰਡ 50 ਸੈਕਿੰਡ ਮਿਲ ਗਿਆ ਉਹਨੂੰ ਉਦੋਂ ਤੱਕ ਜਦੋਂ ਦੂਜਾ ਪੱਖ ਕਿਸੇ ਨੇ ਸੋਚਿਆ ਵੀ ਹਰੇਕ ਕੋਈ ਇੱਦਾਂ ਸੱਪ ਡੰਗ ਕਿਸੇ ਦੇ ਨਹੀਂ ਮਾਰਿਆ ਔਰ ਅੱਗੇ ਤੋਂ ਅੱਗੇ ਆਪਣੇ ਆਪ ਇੱਦਾਂ ਕਦੇ ਹੁੰਦੀ ਆ ਵੀ ਇੱਕ ਦੇ ਕੋਲ ਗਿਆ ਉਹਨੂੰ ਚੱਕ ਕੇ ਦੂਜੇ ਕੋਲ ਮਾਰਿਆ ਉਹਨੂੰ ਤੀਜੇ ਕੋਲ ਮਾਰਿਆ ਇੱਦਾਂ ਸੱਪ ਨੇ ਆਪ ਵੀ ਤਾਂ ਤੁਰਨਾ ਹਨੇਰਾ ਆ ਇਹ ਵੀ ਤਾਂ ਹੋ ਹੀ ਸਕਦਾ ਇੱਦਾਂ ਸਿੱਟਿਆ ਰੁੜ ਕੇ ਗਾਹਾਂ ਵਿੱਚੋਂ ਵਿੱਚ ਹੀ ਗਾਹਾਂ ਨਿਕਲ ਜਾਵੇ ਇੱਦਾਂ ਕਦੇ ਹੋ ਰਿਹਾ ਵੀ ਗਾਹਾਂ ਤੋਂ ਗਾਹਾਂ ਰਿਹਾ ਗਾਹਾਂ ਤੋਂ ਗਾਹਾਂ ਰਿਹਾ ਉਹਨੇ ਜਦੋਂ ਮੜ ਜੱਟ ਹੋਇਆ ਰੱਸੀ ਸੀ ਹੁਣ ਜਿਹਨੇ ਦੇਖ ਲਿਆ ਰੱਸੀ ਆ ਕਿ ਉਹ ਵੀ ਚੱਕ ਕੇ ਗਾਹਾਂ ਮਾਰੂਗਾ ਵੀ ਸੱਪ ਹੋਏ ਹੁਣ ਅਗ ਜਿਹੜੇ ਉਹ ਤੋਂ ਅਗਲੇ ਆ ਉਹਨਾਂ ਨੂੰ ਵੀ ਕਹਿ ਦੇਣਾ ਫਿਕਰ ਨਾ ਕਰੋ ਰੱਸੀ ਆ ਇੱਦਾਂ ਜਿਹੜੇ ਪਹਿਲਾਂ ਭਰੋਸਾ ਕਰਕੇ ਬੈਠੇ ਸੀ ਉਹਨਾਂ ਨੂੰ ਵੀ ਕਹਿਣਾ ਕਮਲੇ ਆ ਤੁਸੀਂ ਦੇਖਤਾ ਲਓ ਮੜ ਜਿਹਾ ਸੱਪ ਦੀ ਸਕਿਨ ਵਿੱਚ ਅਤੇ ਰੱਸੀ ਦੀ ਸਕਿਨ ਵਿੱਚ ਤਾਂ ਬਹੁਤ ਫਰਕ ਹੁੰਦਾ ਅਫਵਾਹ ਜਿਹੜੀ ਆ ਝੂਠ ਆ ਜਿਹੜਾ ਗੱਪ ਆ ਜਿਹੜੀ ਕੁਕਰਾਮਾਤੀ ਕਹਾਣੀ ਹੈ ਜਿਹੜੀ ਜਦੋਂ ਕਿਸੇ ਸਮਝਦਾਰ ਦੇ ਕਿਸੇ ਤਰਕ ਵਾਲੇ ਦੇ ਕੰਨਾਂ ਤੱਕ ਜਾਂਦੀ ਹੈ ਉਦੋਂ ਹਵਾ ਨਿਕਲ ਜਾਂਦੀ ਹੁੰਦੀ ਉਹ ਤੋਂ ਅੱਗੇ ਨਹੀਂ ਫੈਲ ਸਕਦੀ ਅਸੀਂ ਵੀ ਖਿਆਲ ਕਰੀਏ ਜਦੋਂ ਕੋਈ ਕਹਾਣੀ ਸਾਡੇ ਤੱਕ ਪਹੁੰਚਦੀ ਹੈ ਜਦੋਂ ਕੋਈ ਗੱਲ ਸਾਡੇ 'ਤੇ ਪਹੁੰਚਾਉਂਦਾ ਠੀਕ ਹੈ ਬਹੁਤ ਵਾਰੀ ਸਾਡੀ ਆਪਣੀ ਸਥਿਤੀ ਇੱਦਾਂ ਦੀ ਹੁੰਦੀ ਆ ਵੀ ਅਸੀਂ ਉੱਥੇ ਅੜ ਨਹੀਂ ਪਾਉਂਦੇ ਲੜ ਨਹੀਂ ਪਾਉਂਦੇ ਅਸੀਂ ਖੜ੍ਹ ਨਹੀਂ ਸਕਦੇ ਮੂਹਰੇ ਅਸੀਂ ਥੰਮ ਨਹੀਂ ਬਣਦੇ ਉਹਨੂੰ ਟੋਕ ਨਹੀਂ ਸਕਦੇ ਝੰਝੋੜ ਨਹੀਂ ਸਕਦੇ ਲਾਣਤ ਨਹੀਂ ਪਾ ਸਕਦੇ ਉਹਨੂੰ ਇਹ ਕੀ ਕਰਦਾ ਉਹ ਤੂੰ ਕਿ ਹੋ ਸਕਦਾ ਸਾਤੋਂ ਉਮਰ ਵਿੱਚ ਵੱਡਾ ਹੋਵੇ ਹੋ ਸਕਦਾ ਰਿਸ਼ਤੇਦਾਰੀ ਦਾ ਕੋਈ ਮਾਮਲਾ ਸੀਨੀਓਰਿਟੀ ਆ ਸਾਡੀ ਹੁਣ ਮੰਨ ਲਓ ਸਾਡੀ ਸਿਸਟਰ ਭੈਣ ਕਿਸੇ ਦੇ ਘਰ ਵਿਆਹੀ ਹੋਈ ਆ
ਉਹਦੇ ਸਹੁਰੇ ਪਰਿਵਾਰ ਵਿੱਚੋਂ ਕੋਈ ਬਜ਼ੁਰਗ ਆ ਜਿਹੜਾ ਇੱਦਾਂ ਦੀ ਗੱਲ ਕਰਦਾ। ਹੁਣ ਰਿਸ਼ਤੇਦਾਰੀ ਦਾ ਲਿਹਾਜ਼ ਆ, ਕੁੜੀਆਂ ਨੇ ਬਸਣਾ ਹੁੰਦਾ, ਅਸੀਂ ਕਈ ਵਾਰ ਇੱਦਾਂ ਨਹੀਂ ਕਰ ਸਕਦੇ ਵੀ ਉਹਨਾਂ ਨੂੰ ਜਾ ਕੇ ਲਾਣ ਤਾਪੇ, ਤੁਸੀਂ ਬੇਵਕੂਫ ਆ, ਤੁਸੀਂ ਝੁੱਡੂ ਬਣੇ ਹੋ ਆ, ਤੁਸੀਂ ਬਾਦਲਾਂ ਦੇ ਚਮਚੇ ਆ। ਜਿਹੜੀਆਂ ਗੱਲਾਂ ਅਕਸਰ ਅਸੀਂ ਆਮ ਪ੍ਰਚਾਰਕਾਂ ਲਈ ਮੰਗ ਖਾਣੇ ਪਹਾਟੜੇ, ਕਿਉਂ ਉਹ ਗੱਲਾਂ ਕਹਿਣ ਦਾ ਅਰਥ ਵੀ ਉਹਨਾਂ ਗੱਲਾਂ ਦੇ ਹੋਰ ਮੀਨਿੰਗ ਨਹੀਂ ਹੁੰਦੇ ਕੋਈ। ਕਦੇ ਕਿਸੇ ਨੂੰ ਜਦੋਂ ਕੋਈ ਵੈਸੇ ਆਮ ਭਾਸ਼ਾ 'ਚ ਅਸੀਂ ਕੋਈ ਬੰਦਾ ਗਲਤੀ ਕਰਦਾ ਉਹਨੂੰ ਕਹਿ ਦਿੰਦੇ ਵੀ ਗਧਾ। ਹੁਣ ਇਹ ਥੋੜ੍ਹੋ ਵੀ ਅਸੀਂ ਇਹ ਕਹਿ ਦਿੱਤਾ ਵੀ ਤੇਰੀਆਂ ਦੋ ਲੱਤਾਂ ਨਹੀਂ ਹੈਗੀਆਂ, ਚਾਰ ਆ ਤੇਰੀਆਂ, ਤੂੰ ਬੋਲ ਨਹੀਂ ਸਕਦਾ, ਤੂੰ ਦਲਤਾ ਮਾਰਦਾ ਆ, ਤੇਰੀ ਪੂਛ ਤੂੰ ਹਮੇਸ਼ਾ ਇੱਦਾਂ ਸਿਰ ਅੜਾ ਕੇ ਤੁਰਦਾ, ਤੂੰ ਤੂੰ ਇੱਟਾਂ ਢੋਣਾ ਆ, ਤੂੰ ਘੁਮਾਰ ਦੇ ਘਰ ਆ, ਇਹ ਥੋੜ੍ਹੀ ਕਹਿ ਰਹੇ ਅਸੀਂ। ਅਕਲ ਕਰਕੇ ਜਦੋਂ ਕਿਸੇ ਦੀ ਸਿਫਤ ਕਰਦੇ ਹਾਂ, ਹੌਸਲੇ ਨੂੰ ਅਸੀਂ ਕਹਿੰਦੇ ਸ਼ੇਰ ਪੋਤੇ, ਉਹ ਪ੍ਰਤੀਕ ਆ ਇਸ ਗੱਲ ਦਾ ਵੀ ਹਿੰਮਤੀ ਆ, ਉੱਦਮੀ ਆ, ਉਤਸ਼ਾਹ ਵਾਲਾ ਹੈ, ਥੋੜ੍ਹਾ ਬੇਪਰਵਾਹ ਆ। ਇੱਦਾਂ ਜਦੋਂ ਕਿਸੇ ਬੇਅਕਲ ਨੂੰ ਅਸੀਂ, ਮੂਰਖ ਨੂੰ ਕਿਸੇ ਨੂੰ, ਕਿਸੇ ਹੰਕਾਰੀ ਨੂੰ, ਕਿਸੇ ਵੇਸ਼ੀ ਨੂੰ, ਹੁਣ ਜਦੋਂ ਗੁੰਡਾ ਸ਼ਬਦ ਕਿਸੇ ਲਈ ਵਰਤਿਆ ਜਾਂਦਾ, ਉਹਦੇ ਇਹ ਅਰਥ ਕਤਈ ਨਹੀਂ ਹੁੰਦੇ ਪਏ। ਇੱਦਾਂ ਜਾਂ ਕਸਾਈ ਅਸੀਂ ਕਹਿ ਦਿੰਦੇ, ਇਹ ਤਾਂ ਕਸਾਈ ਹੈ, ਬੰਦੇ ਕਹਦੇ ਆ, ਸਿੱਖਾਂ ਦੇ ਆ, ਜਲਾ ਦਿਆ ਇਹ ਤਾਂ। ਉਸ ਵੇਲੇ ਅਸੀਂ, ਸਾਡੇ ਇਹ ਅਰਥ ਕਤਈ ਨਹੀਂ ਹੁੰਦੇ ਪਏ, ਬੱਕਰੀਆਂ ਮੱਝਾਂ ਬੱਕਰੇ ਕੱਟੇ ਗਾਈਆਂ ਲਿਆ ਲਿਆ ਕੇ ਇੱਦਾਂ ਵੱਢਦਾ ਟੁਕੜੇ ਕਰਦਾ ਕਸਾਈ ਆ, ਇਹ ਨਹੀਂ। ਸਵਾ ਕਰਕੇ ਜਦੋਂ ਕਿਸੇ ਨੂੰ ਮੰਗ ਖਾਣਾ ਪਹਾਟੜਾ ਕਹਿੰਦੇ ਆ, ਉਹ ਵੈਸੇ ਤਾਂ ਪ੍ਰਤੀਕ ਹੁੰਦਾ ਉਸ ਗੱਲ ਦਾ, ਪਰ ਫਿਰ ਵੀ ਜੇ ਉਹ ਉਹੀ ਉੱਦਾਂ ਦੀ ਗੱਲ ਸਾਡੀ ਖਾਸ ਰਿਸ਼ਤੇਦਾਰੀ ਵਿੱਚ ਕਹਿੰਦਾ ਕੋਈ, ਤਾਂ ਇੱਕ ਸਲੀਕਾ ਜਿਹੜਾ ਆ, ਕੁਛ ਨਾ ਕੁਛ ਸਾਡੇ ਉੱਤੇ ਦਬਾਅ ਹੁੰਦਾ ਸਮਾਜ ਦੇ ਵਿੱਚ, ਨਹੀਂ ਨਹੀਂ ਕਹਿ ਸਕਦੇ, ਵਰਤ ਨਹੀਂ ਸਕਦੇ। ਪਰ ਅਨਾਲਿਸਿਸ ਜਿਹੜਾ ਸਾਡਾ ਆ, ਉੱਥੇ ਵੀ ਉਹੀ ਹੁੰਦਾ, ਵਿਸ਼ਲੇਸ਼ਣ ਉੱਥੇ ਵੀ ਉਹੀ ਕਰਦੇ ਆ। ਹੁਣ ਜੇ ਅੱਗ ਕੋਈ ਬੰਦਾ ਸੁਨੇਹਾ ਲੈ ਕੇ ਆਉਂਦਾ, ਇੱਕ ਅਫਵਾਹ ਸਾਡੇ ਤੱਕ ਪਹੁੰਚਦੀ ਆ, ਕੋਈ ਗੱਪ ਦੀ ਕਹਾਣੀ ਸਾਡੇ ਤੱਕ ਪਹੁੰਚਦੀ ਆ ਸਮਾਜ ਦੇ ਵਿੱਚ, ਹੋ ਸਕਦਾ ਕਿਸੇ ਹਾਲਾਤ ਦੇ ਵਿੱਚ ਅਸੀਂ ਉਹਦੇ ਮੂਹਰੇ ਖੜ ਨਾ ਸਕੀਏ, ਇੱਦਾਂ ਵੀ ਉਹ ਬਕਵਾਸ ਨਾ ਕਰ, ਉਹ ਝੂਠ ਨਾ ਬੋਲ, ਇੱਦਾਂ ਨਾ ਕਰ ਸਕੀਏ, ਪਰ ਘੱਟੋ ਘੱਟ ਉਹਨੂੰ ਅੱਗੇ ਫੈਲਾਉਣ ਤੋਂ ਤਾਂ ਅਸੀਂ ਉਹ ਤੀਲੀ ਦੇ ਪਿੱਛੇ ਜਾਣ ਵਾਲਾ ਕੰਮ ਕਰ ਸਕਦੇ ਹਾਂ। ਪਹਿਲੀਆਂ ਤੀਲੀਆਂ ਨੂੰ ਲੱਗੀ ਹੋਈ ਅੱਗ ਤਾਂ ਬੁਝਾ ਨਹੀਂ ਸਕਦੇ, ਅਸੀਂ ਆਪਣੇ ਆਪ ਨੂੰ ਉੱਥੋਂ ਪਿੱਛੇ ਕਰ ਲਈਏ, ਨਿਊਟਰਲ ਕਰ ਲਈਏ। ਪੰਜਾਬੀਆਂ ਦੀ ਬਹੁ ਗਿਣਤੀ ਓਪੀਨੀਅਨ ਦੇਣ ਤੋਂ ਡਰਦੀ ਆ। ਸਧਾਰਨ ਜਿਹੀ ਗੱਲ ਦੇ ਵਿੱਚ ਵੀ ਨਾ, ਆਮ ਜਿਹੀ ਗੱਲ ਦੇ ਵਿੱਚ ਵੀ, ਤੁਸੀਂ ਕਦੇ ਕਿਸੇ ਟੌਪਿਕ 'ਤੇ ਗੱਲ ਚੱਲਦੀ ਹੋਵੇ, ਕਿਸੇ ਬੰਦੇ ਨਾਲ ਇੱਦਾਂ ਕਨਵਰਸੇਸ਼ਨ ਕਰਦੇ ਹੋ, ਤੁਸੀਂ ਕੋਈ ਗੱਲ ਕਰਦਿਆਂ ਕਰਦਿਆਂ ਵਿੱਚ ਨੋਰਮਲ ਜਿਹਾ ਸਵਾਲ ਕਰ ਦਿਓ ਵੀ ਦੇਖੋ ਜਿੱਦਾਂ ਇਹ ਧੱਕਾ ਕਰਦੇ ਆ, ਜੇ ਭਲਕੇ ਨੂੰ ਸਾਡੀ ਬੱਚੀ ਦੇ ਨਾਲ ਇੱਦਾਂ ਜ਼ੋਰ ਅਜ਼ਮਾਈ ਕਰਨ, ਇਹ ਵੀ ਅਸੀਂ ਰੋਕਾਂਗੇ ਨਾ। ਹੁਣ ਜੇ ਤੁਸੀਂ ਇੱਦਾਂ ਦਾ ਸਵਾਲ 10 ਪੰਜਾਬੀਆਂ ਨੂੰ ਪੁੱਛੋ, ਚਾਹੇ ਸ਼ਾਇਦ 10 ਚੋਂ 9 ਇੰਨੀ ਗੱਲ ਕਹਿਣ ਤੋਂ ਵੀ ਕਤਰਾ ਜਾਣ, ਡਰ ਜਾਣ, ਘਬਰਾ ਜਾਣ ਵੀ ਹਾਂ ਬਿਲਕੁਲ ਬਿਲਕੁਲ ਰੋਕਾਂਗੇ, ਕਿਉਂ ਨਹੀਂ ਰੋਕਾਂਗੇ, ਇੱਦਾਂ ਧੱਕਾ ਥੋੜ੍ਹਾ ਹੋਣ ਦਿਆਂਗੇ ਅਸੀਂ, ਕੌਣ ਹੋਣ ਦਿੰਦਾ ਇੱਦਾਂ। ਉੱਥੇ ਵੀ ਤੁਸੀਂ ਦੇਖਿਓ ਸਾਡੇ ਉਹ ਜਦੋਂ ਨਾ ਇੱਦਾਂ ਦੀ ਗੱਲ ਦੇ ਉੱਤੇ ਬੰਦਿਆਂ ਦਾ ਨੋਰਮਲ ਜਿਹਾ ਇੱਦਾਂ ਓਪੀਨੀਅਨ ਪਿਆ, ਹਾਂ ਜੀ ਇਹ ਤਾਂ ਡਿਪੈਂਡ ਕਰਦਾ ਜੀ ਬੰਦੇ ਬੰਦੇ 'ਤੇ, ਇਹ ਤਾਂ ਜੀ ਉੱਥੇ ਮੈਨੂੰ ਮੁਸ਼ਕ ਆਉਣ ਲੱਗ ਪੈਂਦਾ ਵੀ ਨਹੀਂ ਕੈਮੀਕਲ ਖਰਿਆ ਪਿਆ। ਇੱਥੇ ਖਲਾਰਾ ਪਿਆ, ਇੱਥੇ ਕੁਛ ਨਹੀਂ ਹੋ ਸਕਦਾ, ਇਹ ਬੰਦਾ ਨੋਰਮਲ ਨੋਰਮਲ ਘਟਨਾ ਜਿਹੜੀ ਇੱਕ ਫਰਜ਼ੀ ਘਟਨਾ ਆ ਵੈਸੇ ਗੱਲ ਕਰਦੀ ਹੈ। ਤੁਸੀਂ ਆਪਣੀ ਜ਼ਿੰਦਗੀ 'ਚ ਤਜਰਬਾ ਕਰਕੇ ਦੇਖਿਓ ਜਦੋਂ ਘਟਨਾਵਾਂ ਵਾਪਰਦੀਆਂ ਨਾ, ਅਸੀਂ ਸੋਰੀ ਇਸੇ ਕਰਕੇ ਅਸੀਂ ਫੈਸਲੇ ਲੈਣ ਤੋਂ ਡਰਦੇ ਹਾਂ,
इस करके जेडे साडे लए हुए फैसलों ते जां आप तो सियाने लोकां ते उन्हां दीआं कईआं होईआं गल्लां ते उन्हां द्वारा सैट किए हुए निजमां ते मर्यादावां ते विश्वास करन करके जेडे नुकसान हुंदे आ साडे जो पहला असी जिन्हां झमेलियां च पए हुंने आ उन्हां प्रति भी जदों कोई वक्खरा ओपीनियन मिलता आ असी मान लो उन्हां चों निकल जाने आ छड़ दिंदे उन्हां नूं उह तों बाद भी सानूं सही गलत नहीं सानूं समझ नहीं आउंदी पे हुण क्योंकि उह उहदे विचों इक विचों निकल के एक झंझट विचों निकल के जिहड़ी एक स्थिति चों निकल के जदों दूजे विच जाने आ ना असी ते पहलां नालों ज़्यादा नुकसान कर लैंदे उहदा कारण आ पे असी अपना ओपीनियन नहीं रखदे जदों किसी घटना के उत्ते अपना ओपीनियन देंगे ना असी अपना पक्ष रखांगे पे आ घटना हुई अगले ने पूछा पे आ देखो आ स्थिति आ जी पे एक बंदा आया कोई बंदा थोड़े घर आउंदा थोड़ी वाइफ के बारे इदा थोड़े बारे इदा बोलता उहदे उत्ते तुसी की करोगे उत्थे ओपीनियन देण तों डरिए ना असी मान लो सानू लगे पे मैं तां घरों कढ दूं अगला कहे एक मिनट ठहर जे तेरा जवाई होवे फिर वो तो बखरा ओपीनियन हो सकता साडा मैं बिठा के गल करूँगा उहदे नाल अगला कहिंदा जे जवाई तेरे घरे आ के तेरी धी दे उत्ते हथ चक्के मार कुट करे फिर बखरा हो जाणा ओपीनियन पर जिन्ने तुहाडे सामने तत्थ पेश होए आ जिद्दां दी घटना जिन्नी इनफॉर्मेशन तुहाडे मूहरे रखी गई आ जे अगला कहिंदा 2 + 5 + 7 ਕਹਿੰਦਾ 14 ਹੁਣ ਅਗਲਾ ਕਹਿੰਦਾ ਜਿਹੜੇ ਜੇ ਹੁਣ ਸੰਤਰਿਆਂ ਦੀ ਗੱਲ ਕਰੇ ਵੀ ਇੱਕ ਬੈਗ ਵਿੱਚ 2 ਸੰਤਰੇ ਆ ਇੱਕ ਵਿੱਚ 5 ਆ ਇੱਕ ਵਿੱਚ 7 ਆ ਟੋਟਲ ਕਿੰਨੇ ਹੋ ਗਏ ਅਸੀਂ ਘਬਰਾਉਂਦੇ ਕਾਹਤੇ ਹਾਂ ਵੀ 14 ਹੁਣ ਅਗਲਾ ਕਹੂਗਾ ਜੇ ਇੱਕ ਬੰਦਾ ਇੱਕ ਸੰਤਰਾ ਖਾਂਦਾ ਹੈ ਤਾਂ ਕਿੰਨੇ ਬੰਦੇ ਕਿੰਨਿਆਂ ਲਈ ਇਨਫ ਹੋਊਗਾ ਉਹ ਅਸੀਂ ਕਹਿ ਦਈਏ 14 ਲਈ जी हूँ अगला कहे कि मैं ठहर जिद सत्त आ उस संतरे छोटे छोटे आ वह 2 खाने पैने आ फिर असी कह दिए गल तू पहला नहीं दसी मैं जे इदा आ फिर दसा ले जे जेडे तत्थ लैके आ रहे जिनी इनफॉर्मेशन आ साढ़े सामने जे वो तब्दीली आऊ असी एक कदे घबराने भी ओफो यार इन्हें मैं हम मैं घटना दसी आ जे ये कुछ फर्क होया मैं अपना ओपीनियन देता आम लोगों की नहीं सियाने पंजाबियों के जेडे सियाने आ समझदार आ जेडे अपने आप जेडे बहुत जेडे स्कॉलर आ साडे वो भी इस बीमारी के मरीज आ उन्हां लई ज़्यादा बड़ी दुविधा आ वह हर घटना के हर घटना में समझते होंगे आ भी होया की आ जो कुछ वापरिया सारे का जोड़ की बनता पता हुंदा उन्होंने पर उन्होंने लगता हुंदा अजे होर तत्थ सामने आ लैंदे अजे वेट करो अजे कुछ ना कुछ छुपया ना हो मैं जदों ओपीनियन देना मैं तो फिर वह देना ना जिहड़ा जुगो जुग अटल होना मेरी गल इदां थोड़ी होनी चाहिए आ भाई उन्होंने कोई झुठला जाए मेरे तो बाद मैं काली नहीं करता कदे भी मैं होशा नहीं बगदा कदे भी वो अपने दिमाग च एक कीड़ा बिठा के ला के बैठे होंगे आ मैं जदों गल करदा मैं पूरे सबर दे नाल सारे तत्थां नूं बिल्कुल वाच के करके फिर मैं ओपीनियन दिना हुण जोड़ नूं पता हुंदा किन्ना आ टोटल किन्ना आ पर वो वेट करदे हुंदे पे कोई पक्ष गुझा ना किते छुपिया ना रह जावे पता लग जाए जदों तक वो इंतजार पूरा खत्म करके उन्होंने भरोसा हुंदा पे नहीं हुण ठीक है हुण सारा कुछ सामने आ गया हुण मैं जदों बोलन लगदे आ उदों तक सारिया ने कह दिता हुंदा फिर उन्होंने लगता हुण जे मैं बोलिया हुण बाकियां ने कहना नकल मारी जबकि मेरे को तो ओरिजिनल सी मैं तो सब तो पहला जोड़ कर लिया सी इहदा जदों तक घटना पता लगी सी मैं कि बच्चे हुंदे ना अगला कहिंदा जे हुण को सानू कहे पे 2 + 5 जिन्हों जोड़ आ उन्हें
अपने दिमाग च इदा कर लेना पे दो ओके जमा पांच सत्त जमा सत्त चौदह जमा तेरह सताई जमा ग्यारह अठत्ती नाल दी नाल कर दी जाना। हुण जिहड़े जिन्हानू नहीं वो शायद कट नंबर चेते रखी जाण कुछ इदां दे भी होणगे जिहड़े इदां कहण पे तूं पहलां लिखा दे पे दो ठीक है उहदे थले पांच सत्त लिखदे होण जिहनूं बिल्कुल ही नहीं आउंदा वो की करूगा। हो सकता उन्हें नंबर पता हो दो इदा दूनी सत्त इदा हों है ना वो लिख रहा भाई सारे पर जोड़ कर लगा जोड़ का फर वो लीक वाह क्यों करना होदा उन्होंने एक दो आते पर इदा जोड़ नहीं ना गुणा आँगी ना जोड़ आता ना पहाड़े आते नहीं उन्होंने फिर की करना जिते दो लिखा आया वो मेरे दो लीक वाह ली जिते पांच लिखा उत्थे पांच लीक वाह ली सत्त लिखा आया उत्थे सत्त लीक वाह ली फिर उन्होंने जोड़ एक दो तीन चार कली कली लीक नूं गिणदा गया। कई इदां दे हुंदे जिन्हें लीक वाह के घटनावां नूं इदां जोड़ना हुंदा उहदा टोटल कढ़ना हुंदा उह जिहड़े सियाणे आ ना जिहड़े नाल दी नाल जोड़ के बैठे फिर ठीक करी जांदे आ भई शायद कुछ होर होवे एक वारी वधिया जवाब देंगे सारे कहण पे वाह इहदे वर्गा जवाब नहीं कोई दिंदा वह सारी जिंदगी उन्हां दी इदां लंघ जांदी हरेक घटना दे उत्ते वह जोड़ पूरा करके बैठे हुंदे पर वेट करते हुंदे आ एक वारी वधिया जवाब देने लई मैं सारे पक्खां दी वेट कर लां और जदों तक उन्हां दा सारा कुछ सामने आउंदा जदों तक उन्हां दे कोल सारे तत्थ पूरे हुंदे आ ते उन्हां नूं भरोसा बजदा पे हुण मैं दसां उदों तक घटना आम हो गई हुंदी आ उदों सोचदे हुण बोलिया देखने वाले ने कहना तां फलानी दी नकल मारी उस सारी उम्र कदे भी किसी घटना के उत्ते अपना ओपीनियन नहीं दे पाते उन्हां बंदियां नूं अपनी जिंदगी सब तो वध पछतावा हुंदा। बड़े सियाने हुंदे कोई शक नहीं उन्हां नूं सारी उम्र ये घटा अपनी जिंदगी दे विच वढ वढ के खांदा भई मैं इन्ना सियाणा इन्नी मैनूं नॉलेज आ इन्ना कली कली गल दे उत्ते पता मैनू ये लोग समझते क्यों नहीं मेरी कदर क्यों नहीं पा रहे। तुसी किते फेसबुक ते किसी घटना के संबंध में कुछ किताब पढ़ी तुसी हिस्टरी की कोई गल आ उहदी पोस्ट पा के देखियो उत्थे ये लिख दियो भी पहली बार पता लगी मैं कीती आ खोज इदा लिख दियो नाल थोनू बहुत सारे सियाने बंदे थले जे उहदे विच तुहाडे च हैगे आ फ्रेंड लिस्ट विच जिहड़े कमेंट कर सकते आ उह इदा करनगे भी मैनू तां जी पहला मेरा पहला तो यह मैं तां छोटा हुंदा ही इदा सोचता हुंदा सी इह गल बड़े चिरां तो मेरे दिमाग विच इह सवाल बहुत चिर दा घूमदा सी उह लोक हुंदे आ जिहड़े जोड़ सारी चीज़ का जानते होंगे पर जिदा मैं कहना जे साड़ी भैन ब्याही हुई घर दे विच उत्थे उत्थे फिल्टर लग जाता उन्हूं फिल्टर कहने एहो जिहे लोगों ने हर थां ते फिल्टर लाया होंदा किते ये फिल्टर लगा होंदा भी मैं ओपीनियन दियां तो बेस्ट होना चाहिए किते ये लगा होंदा भी इत्थे दोस्ती आ इत्थे मैं गल कट हो जानी आ कितने ये लग्या हुंदा भी इत्थे असी गहां शायद रिश्ता करिए इन्हां दे किस तो कम की लोड़ हुंदी है किस तो कम लिया हुंदा किसी तो फ्यूचर च किसे नाल रिश्ता होया हुंदा किस तरह फ्यूचर च करना हुंदा हर घटना के उत्ते इन्ने एक फिल्टर लगते जो तुसी दो चार वारी फिल्टर ला लो ना अपनी गल कहण लगे दो चार बार ठीक है उदों थोड़े दिमाग ने भी अपने आप जिहड़ी सोच शक्ति है तुहाडी उहदे च ख्याल ही इदां दे आउण लग पैणे हौली हौली बंदे की जिंदगी का फॉर्मूला ही बन जाता भी लोड़ पै सकती कदे किसी भविख विच बिगाड़नी नहीं चाहिए चारक बंदे रख लेने चाहिए आ अर्थी नूं मोढ़ा भी देना की गल गुरबाणी ने कहा नहीं जो मृत को चंदन चढ़ावे उसते कहो कवन फल पावे जो मृत को बिष्टा माह रलाई तो मृतक का क्या कट जाई जो मर गए तुसी जे ना होया को अर्थी नूं लैके जाण लई
ਤਾਂ ਕੀ ਹੋ ਗਿਆ? ਮੰਨ ਲਓ ਗਿਰਜਾਂ ਕੁੱਤਿਆਂ ਨੇ ਖਾ ਲਈ ਤੁਹਾਡੀ ਲਾਸ਼, ਤਾਂ ਕੀ ਹੋਇਆ? ਸੋ ਵਟ? ਜਿਹੜੇ ਮਨ ਆ ਨਾ ਤੁਹਾਡੇ, ਉਹ ਜੀਂਦੇ ਹੁੰਦੇ ਆ। ਮਰਨ ਤੋਂ ਬਾਅਦ ਤੁਹਾਡੀ ਲਾਸ਼ ਦੀ ਬੇਕਦਰੀ ਨਾ ਹੋ ਜਾਏ, ਤੁਹਾਡੀ ਲਾਸ਼ ਕਿਤੇ ਰੁਲ ਨਾ ਜਾਵੇ, ਤੁਹਾਡੀ ਲਾਸ਼ ਨੂੰ ਵਧੀਆ ਤਰੀਕੇ ਨਾਲ ਨੜਾ ਕੇ, ਕਕਾਰ ਪਾ ਕੇ, ਸੋਹਣੇ ਕੱਪੜੇ ਪਾ ਕੇ, ਬਹੁਤ ਵੱਡੇ ਇਕੱਠ ਦੇ ਵਿੱਚ ਲਿਜਾ ਕੇ ਦਫਨਾਇਆ ਜਾਵੇ। ਇਸ ਆਸ ਦੇ ਵਿੱਚ ਅਸੀਂ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਲਾਸ਼ ਬਣਾ ਕੇ ਰੱਖ ਲੈਂਦੇ। ਜੀਂਦੇ ਅਸੀਂ ਇੱਦਾਂ ਤੁਰੇ ਫਿਰਦੇ ਜਿੱਦਾਂ ਇੱਕ ਲਾਸ਼ ਤੁਰੀ। ਸਾਡੇ 'ਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ, ਉਹ ਸਾਹ ਲੈਂਦੇ ਆ, ਖਾਂਦੇ ਆ, ਹੱਗਦੇ ਆ, ਹੱਸਦੇ ਆ, ਨੱਚਦੇ ਆ, ਸ਼ਰਾਬ ਪੀ ਲੈਂਦੇ ਆ, ਟੱਪਦੇ ਆ, ਪਰ ਜਿਹੜਾ ਮਨੁੱਖ ਇਹ ਸਾਰਾ ਕੁਛ, ਸਾਹ ਲੈਣਾ, ਖਾਣਾ, ਹੱਗਣਾ, ਬੱਚੇ ਪੈਦਾ ਕਰਨਾ, ਦੂਜਿਆਂ ਨਾਲ ਵਫ਼ਾਦਾਰ ਹੋ ਕੇ ਕੰਮ ਕਰਨਾ, ਕਿੰਨੇ ਪਸ਼ੂ ਆ ਜਿਹੜੇ ਵਫ਼ਾਦਾਰੀ ਨਾਲ ਜ਼ਿੰਦਗੀ ਨਿਭਾਉਂਦੇ ਆਪਣੀ। ਕੁੱਤੇ ਆ, ਘੋੜੇ ਆ, ਮੱਝਾਂ ਆ, ਗਾਈਆਂ ਆ, ਬਲਦ ਆ, ਕਿੰਨੇ ਜਾਨਵਰ ਆ ਜਿਹੜੇ ਵਫ਼ਾਦਾਰ ਹੋ ਕੇ ਵਿਚਰਦੇ ਆ। ਲੋਕਾਂ ਨੇ ਸ਼ੇਰਾਂ ਨੂੰ ਵੀ ਵਫ਼ਾਦਾਰ ਬਣਾ ਕੇ ਰੱਖਿਆ, ਪਾਲੇ ਸ਼ੇਰ, ਉਹਨਾਂ ਨੂੰ ਨਚਾ ਲੈਂਦੇ ਆ। ਇਹ ਸਾਰਾ ਕੁਛ ਕਰਨਾ ਜੀਂਦੇ ਹੋਣ ਦੀ ਨਿਸ਼ਾਨੀ ਥੋੜ੍ਹੋ ਆ। ਕਿਸੇ ਪਸ਼ੂ ਦੇ ਜੀਂਦੇ ਹੋਣ ਦੀ ਨਿਸ਼ਾਨੀ, ਉਹਦੇ ਜੀਂਦੇ ਹੋਣ ਦਾ ਪ੍ਰਮਾਣ ਤਾਂ ਹੋ ਸਕਦਾ ਕਿਸੇ ਪਸ਼ੂ ਦੇ, ਵੀ ਦੇਖੋ ਸਵੇਰੇ ਪੱਠੇ ਖਾਧੇ ਆ। ਤੂੰ ਕਹਿੰਦਾ ਕੋਈ ਪਸ਼ੂ ਬੋਲੇ ਨਾ, ਕਿਸੇ ਪਸ਼ੂ ਨੂੰ ਜਾ ਕੇ ਪੁੱਛੋ ਕਿ ਅੱਜ ਤੱਕ ਖੜਕਾ ਹੋ ਰਿਹਾ ਲੱਗਦਾ, ਰੌਲਾ ਪਿਆ ਪੋਲੀਟੀਕਲ ਲੀਡਰ ਦੇ ਘਰ, ਹੈ ਨਾ, ਲੱਗਦਾ ਕੁੜੀ ਦਾ ਪਤਾ ਲੱਗ ਗਿਆ, ਕੁੜੀ ਦਾ ਨਜਾਇਜ਼ ਰਿਸ਼ਤਾ ਸੀ, ਸਿਕਿਉਰਿਟੀ ਖੜੀ ਆ ਸਵੇਰ ਦੀ, ਤੁਸੀਂ ਮੱਝ ਦੇ ਮੂਹਰੇ ਖੜ ਕੇ ਕਹੋ ਇੱਦਾਂ, ਉਹ ਇੱਦਾਂ ਦੇਖੀ ਜਾਵੇ, ਕੁਛ ਨਾ ਇੱਦਾਂ ਬੋਲੇ ਨਾ ਕੁਛ ਵੀ, ਉਹਨੂੰ ਥੋੜ੍ਹਾ ਕਹਿ ਸਕਦੇ ਹਾਂ ਤੂੰ ਜਵਾਨ ਨਹੀਂ, ਤੇਰੇ ਓਪੀਨੀਅਨ ਨਹੀਂ ਤੈਨੂੰ ਦੇਣਾ ਆਉਂਦਾ, ਕੁਛ ਕਹਿਣਾ ਨਹੀਂ ਆਉਂਦਾ ਇਹਦੇ ਬਾਰੇ, ਮੁਰਦਾ ਹੈ ਤੂੰ, ਪਸ਼ੂ ਹੈ ਤੂੰ, ਉਹ ਤਾਂ ਹੈਗੀ ਪਸ਼ੂ ਆ। ਬੰਦੇ ਤੋਂ ਆਸ ਕੀਤੀ ਜਾਂਦੀ, ਮਨੁੱਖ ਤੋਂ ਆਸ ਕੀਤੀ ਜਾਂਦੀ ਇਸ ਗੱਲ ਦੀ, ਜਿਹੜੀ ਸਮਾਜਿਕ ਬਰਾਬਰੀ ਆ। ਜੇ ਗੁਰੂ ਨਾਨਕ ਪਾਤਸ਼ਾਹ ਦੀ ਦਸਾਂ ਪਾਤਸ਼ਾਹੀਆਂ ਦੀ ਸਟਰਗਲ ਨੂੰ ਸਿਰਫ ਦੋ ਅੱਖਰਾਂ 'ਚ ਅਸੀਂ ਬਿਆਨਣਾ ਹੋਵੇ ਵੀ ਸਮਾਜਿਕ ਬਰਾਬਰੀ ਦਾ ਸੰਘਰਸ਼ ਸੀ, ਬਸ ਸਾਰਾ ਕੁਛ ਆ ਜਾਂਦਾ। ਭਈ ਉਹ ਸਮਾਜਿਕ ਬਰਾਬਰੀ ਲਈ ਜੂਝੇ ਆ, ਇੰਨੀ ਗੱਲ ਕਹਿ ਦਿਓ, ਜਿਹੜਾ ਸਿਆਣਾ ਬੰਦਾ ਹੋਣਾ ਨਾ, ਉਹਨੂੰ ਸਾਰੀ ਸਟਰਗਲ ਦਾ ਪਤਾ ਲੱਗ ਜਾਣਾ, ਉਹ ਘਟਰਾਵਾਂ ਨੂੰ ਦੇਖਦੇ ਨੇ ਆਉਣਾ, ਚਾਹੇ ਉਹ ਜਾਤ ਪਾਤੀ ਸਿਸਟਮ ਸੀ, ਮੁੱਢਲੇ ਅਧਿਕਾਰਾਂ ਦੀ ਗੱਲ ਆ, ਬਾਦਸ਼ਾਹ ਵੱਲੋਂ ਅਤਿਆਚਾਰ ਆ, ਕਿੱਥੇ ਕਿੱਥੇ ਆਵਾਜ਼ ਉੱਠੀ। ਜੇ ਜੈਨੂਅਨ ਹਿਸਟਰੀ ਉਹਦੇ ਸਾਹਮਣੇ ਆਈ ਤਾਂ ਇੱਕਦਮ ਉਹਨੂੰ, ਔਰ ਜਿੱਥੇ ਉਹਦੇ 'ਚ ਫੇਰ ਜਦੋਂ ਉਹਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਦੇ ਨੂੰ ਇੱਦਾਂ ਉਹਨੂੰ ਪੰਜਵੇਂ ਪਾਤਸ਼ਾਹ 'ਤੇ ਆਉਣਾ, ਜਿੱਥੇ ਕਿਸੇ ਨੇ ਇਹ ਕਹਿਣਾ ਵੀ ਸਰਾਪ, ਜਦੋਂ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਗੱਲ ਆਉਣੀ ਆ, ਕਿਸੇ ਹਿਸਟਰੀ ਦੇ ਚੈਪਟਰ ਨੇ ਬਾਅਦ ਗੁਰੂ ਗੋਬਿੰਦ ਸਿੰਘ ਦੇ ਜਾਣ ਤੋਂ 150 ਸਾਲ ਬਾਅਦ ਕਿਸੇ ਲਿਖੇ ਹੋਏ ਹਿਸਟਰੀ ਦੇ ਪੰਨੇ ਨੇ ਇਹ ਕਹਿਣਾ ਵੀ ਮਾਤਾ ਭਾਨੀ ਨੇ ਗੱਦੀ ਮੰਗ ਲਈ ਸੀ ਘਰ ਲਈ, ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕਹੇ ਸੀ ਇਹ ਵੀ ਸ਼ਹੀਦੀਆਂ ਦੇਣੀਆਂ ਪੈਣਗੀਆਂ, ਇਸ ਕਰਕੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਆ। ਜਿਹੜਾ ਸਿਆਣਾ ਹੋਇਆ ਨਾ, ਉਹਨੂੰ ਇੱਕਦਮ ਕਲਿੱਕ ਹੋ ਜਾਣੀ ਵੀ ਨਹੀਂ, ਇਹ ਸਮਾਜਿਕ ਨਾ ਬਰਾਬਰੀ ਦੇ ਵਿਰੁੱਧ ਸੰਘਰਸ਼ ਸੀ, ਗੁਰੂ ਨਾਨਕ ਪਾਤਸ਼ਾਹ ਦਾ ਬਾਬਰ ਦੇ ਸੰਬੰਧ ਵਿੱਚ ਜਨੇਊ ਦੇ ਨਾਲ ਮੱਕੇ ਮਦੀਨੇ ਜਾ ਕੇ ਯੋਗੀਆਂ ਦੇ ਨਾਲ, ਜਿੱਥੇ ਉਹ ਅਨੁਪਾਤ ਬਦਲਦਾ,
जिथे मनुख नूं मनुख दी हैसियत विच देखे जाण दे उत्ते सवालिया चिन्ह खड़ा हुंदा उत्थे आवाज़ उठती है। मेहनत रौला कित्थे पैंदा? तुसीं घरे धनिया भी बीजना, तुसीं घाह बीजण लगे अपने, किसी ने इट्टां लाउणियां, थोड़ी उच्ची नीवी जगह आया, तुसी दो ट्राले मिट्टी दे सटवाए, हुण तुसी लाउण लगे आ, मेहनत कित्थे करनी पैणी है? जे दो मीटर जगह पहलां बराबर आ, उत्थे तां तुसी इदां इट्टां जड़ देणियां फटाफट। हुण जिथे उच्चा नीवा आ, उत्थे तुहानूं जिथे उच्चा आ उत्थों खिचणी पैणी है, जिथे नीवा उत्थे सिटणी पैणी, सिट के बराबर बराबर करना पैना, लैवल करना पैना। हुण समाज दे विच जदों बराबरी की गल आउंदी आ, उहदा मतलब कदे पैसे ना नहीं तोलिया जा सकता। जदों समाजिक नाम बराबरी दे उत्ते सवाल उठदा आ, ते उह हक्कां दे प्रति, मौकियां दे प्रति, अपरचुनिटीज़ दे प्रति ਉਹਦੇ ਅਨੁਪਾਤ ਵਿੱਚ ਦੇਖਿਆ ਜਾਂਦਾ। ਜਿਉਂ ਹੀ ਕਿਸੇ ਸਿਆਣੇ ਨੇ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹਦੇ ਨੇ ਆਉਣਾ, ਉਦੋਂ ਕਿਸੇ ਘਟਨਾ ਨੂੰ ਕਰਾਮਾਤ ਨਾਲ ਜੋੜ ਕੇ ਕਿਸੇ ਨੇ ਦੱਸਣਾ, ਕਿਸੇ ਨੂੰ ਵਰ ਦੇ ਨਾਲ ਜੋੜ ਕੇ ਦੱਸਣਾ, ਕਿਸੇ ਨੂੰ ਸਰਾਪ ਦੇ ਨਾਲ ਜੋੜ ਕੇ ਦੱਸਣਾ, ਉਹਨੂੰ ਇੱਕਦਮ ਕਲਿੱਕ ਹੋ ਜਾਣਾ ਵੀ ਨਹੀਂ ਇਹ ਨਹੀਂ ਹੈ। ਗੱਲ ਦੋ ਸ਼ਬਦਾਂ 'ਚ ਮੁੱਕ ਗਈ ਸੀ, ਸਮਾਜਿਕ ਨਾਮ ਬਰਾਬਰੀ। ਅਤੇ ਉਹ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਵੀ, ਜਿੰਨੇ ਸਾਲ ਅਸੀਂ ਬਿਤਾਉਂਦੇ ਹਾਂ, ਜਿਹੜਾ ਸਾਡਾ ਜੀਵਨ ਆ, ਉਹਦੇ ਵਿੱਚ ਵੀ ਸਾਡੇ ਨਾਲ ਇਹ ਜੁੜਨੀ ਚਾਹੀਦੀ ਆ। ਸਾਨੂੰ ਸਾਡਾ, ਅਸੀਂ ਇੱਕ ਲਾਸ਼ ਵਜੋਂ ਨਾ ਵਿਚਰਦੇ ਹੋਈਏ। ਜੇ ਛੋਟੀਆਂ ਛੋਟੀਆਂ ਘਟਨਾਵਾਂ ਦੇ ਉੱਤੇ ਆਪਣਾ ਓਪੀਨੀਅਨ ਦਈਏ, ਮੈਂ ਕਹਿੰਦਾ ਹੋ ਸਕਦਾ ਅਸੀਂ ਕਿਸੇ ਦੇ ਮੂਹਰੇ ਕੰਧ ਬਣ ਕੇ ਨਾ ਖੜੀਏ, ਅਸੀਂ ਕਿਸੇ ਨੂੰ ਝੰਝੋੜਾ ਨਾ ਦੇ ਸਕੀਏ, ਅਸੀਂ ਨਾ ਰੋਕ ਸਕੀਏ ਕਿਸੇ ਨੂੰ, ਅਸੀਂ ਕਿਸੇ ਬਾਬਰ ਨੂੰ ਜਾਵਰ ਨਾ ਕਹਿ ਸਕੀਏ, ਪਰ ਆਪਣੇ ਤੌਰ 'ਤੇ ਸਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਆਹ ਆ। ਆਪਣੇ ਆਪ ਨਾਲ ਗੱਲ ਕਰਨ ਤੋਂ ਜਦੋਂ ਕਿਸੇ ਦੇ ਸਾਹਮਣੇ ਜਾਈਏ, ਇੱਦਾਂ ਸਾਨੂੰ ਪਤਾ ਹੋਵੇ ਵੀ ਇਹਦੇ ਨਾਲ ਗਲਤ ਵਾਪਰਿਆ, ਇਹਦੇ ਵਿਰੁੱਧ ਕਿਸੇ ਨੇ ਧੱਕਾ ਕੀਤਾ, ਅਤੇ ਇੱਕ ਅੱਖਾਂ ਦੀ ਸਮਾਈਲ ਰਾਹੀਂ ਅਤੇ ਅਸੀਂ ਉਹਦੀ ਐਕਸੈਪਟੈਂਸ ਦੇ ਸਕਦੇ ਨਾ, ਉਹਨੂੰ ਇੱਕ ਸਹਿਮਤੀ ਦਾ ਦੇ ਸਕਦੇ ਨਾ। ਜਦੋਂ ਅਸੀਂ ਆਪਣੇ ਆਪ ਨਾਲ, ਆਪਣੇ ਆਪ ਨਾਲ ਗੱਲ ਕਰਨ ਤੋਂ ਵੀ ਘਬਰਾਉਂਦੇ ਹਾਂ, ਉਦੋਂ ਸਾਡੀ ਲੁੱਕ ਬਲੈਂਕ ਹੁੰਦੀ। ਜਦੋਂ ਕਿਸੇ ਵੱਲ ਨੂੰ ਤੁਸੀਂ ਦੇਖਣਾ, ਠੀਕ ਹੈ, ਮੰਨ ਲਓ ਤੁਹਾਡੇ ਗੁਆਂਢ ਵਿੱਚ ਕਿਸੇ ਲੜਕੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ, ਹੁਣ ਉਹਦੇ ਘਰ ਦੇ, ਉਹਦੇ ਰਿਸ਼ਤੇਦਾਰ, ਉਹਦਾ ਸਮਾਜ, ਉਹਦੇ ਧਰਮ ਦੇ ਲੋਕ, ਜਿਨ੍ਹਾਂ ਨੂੰ ਆਪੋ ਆਪਣੀਆਂ ਮੁਸ਼ਕਲਾਂ ਆ, ਬਹੁਤ ਸਾਰੇ ਸਮਾਜਾਂ ਵਿੱਚ, ਬਹੁਤ ਸਾਰੇ ਧਰਮਾਂ ਵਿੱਚ ਇਹ ਵਿਸ਼ਵਾਸ ਆ, ਅਸੀਂ ਸੁਪੀਰੀਅਰ ਹਾਂ। ਉਹਨਾਂ ਦੇ ਵਿੱਚ ਇੱਦਾਂ ਐਂਟਰੀ ਨਹੀਂ ਹੁੰਦੀ ਜਿੱਦਾਂ ਅਸੀਂ ਸਿੱਖ ਧਰਮ ਦੇ ਵਿੱਚ ਆ, ਵੀ ਕੋਈ ਵੀ ਉੱਠਿਆ ਜਾ ਕੇ, ਹੁਣ ਯਹੂਦੀ ਥੋੜ੍ਹੀ ਇੱਦਾਂ ਬਣ ਸਕਦਾ ਕੋਈ, ਤੁਸੀਂ ਜਾ ਕੇ ਕਹੋ ਉਹਨਾਂ ਨੂੰ ਵੀ ਮੈਂ ਯਹੂਦੀ ਬਣਨਾ, ਤੁਸੀਂ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋਵੋ, ਵਿਧਾਨੇ ਹੈ ਨਹੀਂ ਉਹਦੇ ਵਿੱਚ। ਹੁਣ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਅਗਲਿਆਂ ਨੇ ਮੁੱਢਲਾ ਹੱਕ ਇਹ ਮੰਗ ਲਿਆ ਵੀ ਇਹ ਸਵਰਗ ਵਰਗੀ ਧਰਤੀ ਆ, ਇੱਥੇ ਗੰਦ ਨਾ ਪੈ ਜਾਏ, ਬਾਹਰੋਂ ਆ ਕੇ ਕੋਈ ਹੋਰ ਕਿਸੇ ਤਰ੍ਹਾਂ ਦਾ ਵਿੱਚ ਇੱਥੇ ਮਿਲਾਵਟ ਨਾ ਕਰਦਾ, ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਦੋਂ ਇੰਡੀਆ ਦੇ ਨਾਲ ਰਲੇਵਾਂ ਹੋਇਆ ਤਾਂ ਉਹਨੇ ਸ਼ਰਤ ਰੱਖੀ ਵੀ ਜਿਹੜੇ ਇੱਥੇ ਦੇ ਪੱਕੇ ਵਸਨੀਕ ਆ, ਪੱਕਾ ਵਸਨੀਕ ਕੌਣ ਆ, ਉਹਦਾ ਫੈਸਲਾ ਇੱਥੇ ਦੀ ਸਰਕਾਰ ਕਰੂਗੀ ਜੰਮੂ ਕਸ਼ਮੀਰ ਦੀ। ਉਹਨੇ ਸ਼ਰਤਾਂ ਲਾ ਦਿੱਤੀਆਂ ਵੀ ਆਹ ਕੁਛ ਹੋਊਗਾ ਤਾਂ ਉਹਨੂੰ ਪੱਕਾ ਵਸਨੀਕ ਬੰਨਿਆ ਜਾਊਗਾ, ਨਹੀਂ ਤਾਂ 50 ਸਾਲ ਤੋਂ ਬੰਦਾ ਇੱਥੇ ਰਹਿੰਦਾ ਹੋਵੇ, ਜਿਹੜਾ ਬਾਹਰੋਂ ਆਇਆ ਹੋਇਆ ਆ ਉਹ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਇੱਥੇ। ਹੁਣ ਉੱਥੇ ਜ਼ਰੂਰੀ ਸੀ ਉਹਨਾਂ ਲਈ, ਜੇ 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 ਹਾਲਾਤ
ਇੱਦਾਂ ਦੇ ਜਦੋਂ ਜੇ ਕਿਸੇ ਜੰਮੂ ਕਸ਼ਮੀਰ ਦੇ ਪੱਕੇ ਵਸਨੀਕ ਦੇ ਮੰਨ ਲਓ ਉੱਥੇ ਦਾ ਰਾਜਾ ਆ ਕੋਈ ਉੱਥੇ ਦਾ ਕੋਈ ਮੰਤਰੀ ਆ ਜਿਹੜਾ ਪੁਸ਼ਤਾਂ ਤੋਂ ਉੱਥੇ ਰਹਿ ਰਿਹਾ ਜਿਹਦੇ ਕੋਲ ਉੱਥੇ 100 acres ਜ਼ਮੀਨ ਆ ਜੇ ਉਹਦੀ ਕੁੜੀ ਕਿਸੇ ਨਾਲ ਵਿਆਹ ਕਰਾ ਲਵੇ ਉਹਦੇ ਕੁੱਖੋਂ ਜਿਹੜੇ ਬੱਚੇ ਪੈਦਾ ਹੋਣੇ ਉਹਦਾ ਮੁੰਡਾ ਕਿਸੇ ਨਾਲ ਵਿਆਹ ਕਰਾ ਲਵੇ ਬਾਹਰ ਜਾ ਕੇ ਉਹਦੇ ਕੁੱਖੋਂ ਜਿਹੜੇ ਬੱਚੇ ਪੈਦਾ ਹੋਣੇ ਆ ਇਹੋ ਜਿਹੇ ਕਬੀਲੇ ਇਹੋ ਜਿਹਾ ਧਰਮ ਇਹੋ ਜਿਹਾ ਵਿਸ਼ਵਾਸਾਂ 'ਚ ਜੀਣੇ ਵਾਲੇ ਲੋਕ ਜੇ ਇਹ ਕਹਿੰਦੇ ਕਿ ਸਾਡੀ ਬੱਚੀ ਇਸ ਤਰ੍ਹਾਂ ਕਿਸੇ ਨਾਲ ਰਿਸ਼ਤਾ ਨਾ ਕਰਾ ਲੈ ਉਹ ਗੱਲ ਵੱਖਰੀ ਆ ਨਹੀਂ ਤਾਂ ਆਮ ਹਾਲਾਤਾਂ ਵਿੱਚ ਮੰਨ ਲਓ ਸਾਡੇ ਗੁਆਂਢ ਵਿੱਚ ਕਿਸੇ ਬੱਚੀ ਨੇ ਘਰਦਿਆਂ ਦੀ ਮਰਜ਼ੀ ਦੇ ਵਿਰੁੱਧ ਆਪਣੀ ਚੋਇਸ ਨਾਲ ਕਿਸੇ ਨਾਲ ਵਿਆਹ ਕਰਾ ਲਿਆ ਹੁਣ ਉਹਦੇ ਘਰਦੇ ਆ ਉਹਦੇ ਆਲੇ ਦੁਆਲੇ ਦੇ ਲੋਕ ਆ ਉਹ ਇਹਨੂੰ ਉਹਨੂੰ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਅਤੇ ਤੁਸੀਂ ਗੁਆਂਢ ਵਿੱਚ ਹੁਣ ਤੁਸੀਂ ਸੋਚ ਕੇ ਦੇਖੋ ਜਿਹੜਾ ਉਸ ਬੱਚੇ ਵੱਲ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਿਹਾ ਵੀ ਕਲੰਕ ਲਾਇਆ ਸਾਡੇ 'ਤੇ ਜਿਹੜੀ ਉਹਦੀ ਉਹਦੀਆਂ ਅੱਖਾਂ ਆ ਅਤੇ ਇੱਕ ਜਿਹੜਾ ਬਲੈਂਕ ਨਿਗਾਹ ਬਿਲਕੁਲ ਜਿਹਨੂੰ ਖਾਲੀ ਕਹਿੰਦੇ ਆ ਅਤੇ ਪਿੱਛੇ ਕੁਛ ਨਹੀਂ ਹੁੰਦਾ ਕੋਈ ਭਾਵ ਨਹੀਂ ਜਿਹਦੇ ਅੰਦਰ ਜਿਹੜੀ ਮੁਸਕਰਾਹਟ ਆ ਨਾ ਜਿਹੜੀ ਪ੍ਰਵਾਨਗੀ ਆ ਸਾਡੀ ਸਭ ਤੋਂ ਪਹਿਲਾਂ ਅੱਖਾਂ ਰਾਹੀਂ ਅਗਲੇ ਤੱਕ ਪਹੁੰਚਦੀ ਹੁਣ ਤੁਸੀਂ ਵੈਸੇ ਬਿਲਕੁਲ ਤੁਹਾਡਾ ਅੰਦਰ ਇਹ ਕਹਿ ਰਿਹਾ ਵੀ ਜੇ ਮੇਰੇ 10 ਧੀਆਂ ਹੋਣ ਨਾ ਜੇ ਮੇਰੇ 10 ਧੀਆਂ ਜੰਮਣ ਮੈਂ ਚਾਹੁੰਦਾ 10 ਧੀਆਂ 10 ਇੱਦਾਂ ਦੀਆਂ ਹੋਣ ਜਿਹਨੇ ਹਿੰਮਤ ਕਰਕੇ ਆਪਣੀ ਮਰਜ਼ੀ ਨਾਲ ਆਪਣਾ ਪਾਰਟਨਰ ਚੁਣਿਆ ਸਾਰੀ ਜ਼ਿੰਦਗੀ ਉਹਦਾ ਕਦੇ ਸ਼ੋਸ਼ਣ ਨਹੀਂ ਹੋ ਸਕਦਾ ਇਹਨੇ ਬਗਾਵਤ ਕੀਤੀ ਹੈ ਇਹਨੇ ਰਿਵੋਲਟ ਕੀਤਾ ਇਹ ਨਹੀਂ ਹੈ ਵੀ ਇਹਨੂੰ ਕੋਈ ਬਰਗਲਾ ਕੇ ਕੱਢ ਕੇ ਲੈ ਗਿਆ ਇਹਨੂੰ ਸਮਝਦਾ ਰਿਹਾ ਪੜ੍ਹੀ ਆ ਉਹਨੂੰ ਪਤਾ ਆ ਸਾਰੇ ਪੱਖਾਂ ਦਾ ਉਹਨੇ ਕੈਲਕੂਲੇਸ਼ਨ ਕਰਕੇ ਡਟ ਕੇ ਫਾਇਦਾ ਉੱਥੇ ਉੱਥੇ ਉਸੇ ਮੁਹੱਲੇ 'ਚ ਵੱਸ ਰਹੀ ਇੱਦਾਂ ਦੀ ਹਿੰਮਤ ਵਾਲੀਆਂ ਬੱਚੀਆਂ ਹੁਣ ਅਨਾਲਿਸਿਸ ਆਪਣੀ ਜ਼ਿੰਦਗੀ ਦਾ ਵਿਸ਼ਲੇਸ਼ਣ ਕਰ ਲੈਣ ਸਾਡੇ ਘਰ ਸਵਰਗ ਬਣ ਜਾਣ ਸਵਾਲ ਇਹ ਨਹੀਂ ਹੈ ਵੀ ਉਹ ਰਹਿ ਕਿਹਦੇ ਨਾਲ ਕਿਉਂਕਿ ਉਹਨੇ ਜੋੜ ਘਟਾਓ ਕਰ ਲੈਣਾ ਉਹਨੇ ਇੱਕ ਲੋਥ ਬਣ ਕੇ ਨਹੀਂ ਜੀਣਾ ਇੱਕ ਲਾਸ਼ ਬਣ ਕੇ ਨਹੀਂ ਤੁਰੀ ਫਿਰਨਾ ਉਹਦੇ ਅੰਦਰ ਆਪਣੀਆਂ ਫੀਲਿੰਗਸ ਜਿੱਦਾਂ ਦੀਆਂ ਵੀ ਹੈਗੀਆਂ ਉਹਦਾ ਇਜ਼ਹਾਰ ਕਰਨਾ ਉਹਨੇ ਜੇ ਗੁੱਸੇ ਉਹਨੂੰ ਕਹਿਣਾ ਮੈਂ ਗੁੱਸੇ ਹਾਂ ਜੋ ਖੁਸ਼ ਹੈ ਉਹ ਦੱਸੂਗੀ ਖੁਸ਼ ਹੈ ਉਹਦੇ ਰਾਹੀਂ ਜੰਮਣੇ ਵਾਲੇ ਬੱਚੇ ਉਹਦੇ ਹੱਥਾਂ 'ਚ ਪੜ੍ਹਨੇ ਵਾਲੇ ਬੱਚੇ ਬੜੇ ਬੈਲੈਂਸ ਹੋਣੇ ਹੁਣ ਜੇ ਤੁਹਾਡੇ ਅੰਦਰ ਤੁਹਾਡੇ ਦਿਮਾਗ ਵਿੱਚ ਇਹ ਚੱਲਦਾ ਤੁਸੀਂ ਮੰਨ ਕੇ ਇਹ ਬੈਠੇ ਵੀ ਸ਼ਾਬਾਸ਼ ਬੱਚੀਏ ਬਹੁਤ ਵਧੀਆ ਫੈਸਲਾ ਲਿਆ ਪਰ ਇੱਕ ਦਿਨ ਤੁਸੀਂ ਸਾਹਮਣੇ ਗਏ ਹਾਂ ਕਿਤੇ ਤੁਹਾਡੀ ਨਿਗਾਹ ਉਹਦੀਆਂ ਤੁਹਾਡੀਆਂ ਅੱਖਾਂ ਉਹਦੀਆਂ ਅੱਖਾਂ ਦੇ ਨਾਲ ਮਿਲੀਆਂ ਪਰ ਤੁਸੀਂ ਲੋਕਾਂ ਨੂੰ ਬਲੈਂਕ ਦਿੱਤੀ ਬਿਲਕੁਲ ਬਲੈਂਕ ਹੁਣ ਉਹਦੇ ਲਈ ਜਿਹੜੇ ਉਹਦਾ ਵਿਰੋਧ ਕਰ ਰਹੇ ਜਿਹੜੇ ਚਾਹੁੰਦੇ ਨਹੀਂ ਉਹਨੂੰ ਜਿਹੜੇ ਕਹਿੰਦੇ ਨੇ ਗਲਤ ਫੈਸਲਾ ਲਿਆ ਜਾਂ ਜਿਹੜੇ ਸੁਣੀਆਂ ਸੁਣਾਈਆਂ ਅਫਵਾਹਾਂ 'ਤੇ ਆਧਾਰ 'ਤੇ ਉਹਨੂੰ ਨਫ਼ਰਤ ਕਰਦੇ ਆ ਔਰ ਜਿਹੜਾ ਇੱਕ ਬਲੈਂਕ ਲੁੱਕ ਦੇ ਰਿਹਾ ਉਹਨਾਂ ਤਿੰਨਾਂ 'ਚ ਉਹਦੇ ਲਈ ਕੋਈ ਫਰਕ ਨਹੀਂ ਉਹਨੂੰ ਨਹੀਂ ਪਤਾ ਲੱਗਣਾ ਉਹਨੇ ਕਿਉਂਕਿ ਉਹਨੂੰ ਮਿਲਣਾ ਥੋੜ੍ਹੀ ਜਾਣ ਹੁਣ ਤੁਸੀਂ ਸੋਚਦੇ ਕੀ ਆ ਉਹਨੇ ਕਿਤੇ ਇਹਦੀ ਰਾਇਸ਼ਮਾਰੀ ਥੋੜ੍ਹੀ ਕਰਾਉਣੀ ਆ ਵੀ ਰਿਪ੍ਰਜੈਂਟੇਟਿਵ ਆਉਣੇ ਤੁਹਾਡੇ ਘਰ ਘੰਟਾ ਘੰਟਾ ਇੰਟਰਵਿਊ ਲੈਣੀ ਉਹਦੇ ਵਿੱਚ ਤੁਸੀਂ ਕਹਿ ਦੇਣਾ ਵੀ ਮੈਂ ਤਾਂ ਇੱਦਾਂ ਸੋਚਦਾ ਸਾਰੇ ਖਾਨੇ ਟਿਕ ਕਰ ਦੇਣੇ ਤੁਸੀਂ ਇੱਦਾਂ ਥੋੜ੍ਹੀ ਹੋਣੀ ਬਸ ਲੰਘ ਗਿਆ ਮੁੱਕਾ ਕਹਾਣੀ ਖਤਮ ਹੋ ਗਈ ਉੱਥੇ ਇਸ ਕਰਕੇ ਆਪਣਾ ਓਪੀਨੀਅਨ ਹੈ ਜਿਹੜਾ ਉਹ ਦੇਣ ਤੋਂ ਘਬਰਾਇਆ ਨਾ ਕਰੀਏ ਡਰਿਆ ਨਾ ਕਰੀਏ ਘੱਟੋ ਘੱਟ ਆਪਣੇ ਆਪ ਨਾਲ ਜੇ ਅਸੀਂ ਮੁਹੱਲੇ ਮੂਹਰੇ ਸਮਾਜ ਮੂਹਰੇ ਸਾਨੂੰ ਲੱਗਦਾ ਵੀ ਨਹੀਂ ਖੜ ਹੋਣਾ ਜਦੋਂ ਕਿਤੇ ਜਿੱਦਾਂ ਇਸ ਘਟਨਾ ਵਿੱਚੋਂ ਬੱਚੀ ਆ ਜਦੋਂ ਮੰਨ ਲਓ ਕਬੀਰ ਜੀ ਨਾਮਦੇਵ ਜੀ ਉਹਨਾਂ ਦੇ ਆਲੇ ਦੁਆਲੇ ਜਿਹੜੇ ਲੋਕ ਹੋਣੇ ਜਦੋਂ ਕਿਤੇ ਸਾਹਮਣੇ ਤੁਹਾਡੀਆਂ ਅੱਖਾਂ 'ਚ ਅੱਖਾਂ ਪੈ ਜਾਣ ਉਦੋਂ ਤੁਹਾਡੀਆਂ ਅੱਖਾਂ 'ਚ ਸਮਾਈਲ ਹੋਵੇ ਉਹਦੇ ਵੱਲ ਦੇਖ ਕੇ ਇੱਕ ਮੋਰਲ ਸਪੋਰਟ ਹੋਵੇ ਉਹਨੂੰ
बस इन्नी बहुत है, उन्हें पहाड़ चढ़ जाना उन्हें जिहड़ा आप खुद स्टैंड लैके बैठा हुंदा ना, उन्हूं पैसे की लोड़ नहीं हुंदी, ना उन्हूं थापड़े की, ना उन्हूं डाइयां की, ना उन्हूं फौड़ियां की, ना उन्हूं बूटां की, नहीं वो उहदा इश्क हुंदा अपना। पर तुसीं कितें उन्हां लाशां विच ना गिणे जामो जिहड़ियां पहलां सिवियां, जिहड़ियां पहलां कबरां च दफनाईयां जा चुकियां, उन्हां च गिणती थोड़ी ना आ जाए, जींदियां च आवे थोड़ी गिणती। थोड़े लिए बड़ा जरूरी है भी ओपीनियन तैयार रखो हर घटना के उत्ते। फिर सानू छोटिया छोटिया गल्लां च अपना ओपीनियन दें, हौली 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 सानू फैसले करन की हिम्मत आ जानी साढ़े अंदर हर पक्ष तो। आपां कोशिश करते हैं जी ज्ञानी जी होरां दे नाल पहलां गलबात कर लईए, फिर श्रोतियां देखते। हाँ जी, वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह जी। की हाल जी, की हाल? बहुत वधिया जी, बहुत वधिया। तुसी सुनाओ किदां? वधिया जी, वधिया। वधाइयां तुहानू विसाखी दियां जी। हाँ जी, साढ़े तां बस हुण हो जाणी आ, रह गया इक दिन 14 अप्रैल, बस 5-7 घंटे होर। रात नूं साडी गुरु नानक पातशाह दा पुरब भी ते वधाइयां भी, अपनी विसाखी भी। ठीक ते तुसीं पाया सी अज जिहड़ा पोस्टर? हाँ जी, करामातां दे संबंध विच। हाँ जी, ओह मट शेरों वाला मेरे ध्यान विच आउंदा सी। देखो आप पुजारी किद्दां अपने स्वार्थ लई कहानी जिहड़ी करामात वाली कहानी आ वह बना के पेश करदा। बिल्कुल, हुण उहदे जे पिछे ध्यान ना देखिए असीं किन्ने मकसद हो सकदे आ उहदे। हाँ जी, सब तो पहली गल तुसीं बाजार गए आ। हाँ जी, अपनी वाइफ ने तुहाडी ने कहा भई बच्चियां ने स्कूल का समान लेना सी, मैं दिने बिजी रही, तुसीं जा आओ। हाँ जी, तुसी दोहां बच्चियां नू लैके बाजार गए। हाँ जी, मैं आया काम तो, मैनू कहा प्रभ जी ने, मैं वीर नू लैके गया बाजार। हाँ जी, 2-4 घंटे बाद मुड़िया, मन लो किते कैंप ते जाना सी, 3 दिन बाद मुड़िया मैं। हाँ जी, मन लो किसे दूजे कंट्री विच ब्याह ते जाना सी, 15 दिन बाद मुड़िया मैं। हाँ जी, जदों आया तां मैं कल्ला आया। हाँ जी, हुण सहज आ उह पुछूगी पई बच्चा वीर या। मैं कहां पे कौम नू देश नू लोड़ सी, मैं कुरबानी दे आया, सड़क ते झगड़ा होया सी। बिल्कुल, मैं क्या मैं पुत बार देना अपना। वह मैनू पुछूगी ना पी वह केड़ी घटना सी जिथे तू आ गया सुखी सांदी। फिर तू ये फैसला किदा कर लिया भी मैं उन्होंने छोटे जे बच्चे इदा मैं करा झोकों बच्चे है ना अपने। हुण यह है मेरे अपने बच्चे की गल। बिल्कुल, तुसी अपने ग्रुप एक समाज के मान लो 15 जने कट्ठे गए हैं। हाँ जी, उहदे तो 2 जने कित कुछ हो गया, वापर गया, घटना हो गई, डैथ हो गई उन्होंने। हुण जिहड़ा सब तो बड़ा सवाल थोड़े ते उस ग्रुप ते थोड़े परिवार ते उठना ना, वो ये है कि जदों उन्होंने कुछ घटना वापरी सी तुसी क्यों नहीं नाल खड़े हुए? बिल्कुल, जे तां थोड़ियां भी बाहां कट हुई हुण, जे तां तुसी भी हस्पताल पए होवो, फिर तो फिर ठीक है, फिर तो गल समझ पै गई। जे तुसी ठीक ठाक आजमो। हुण पुजारी दे उत्ते वड्डी मुश्किल सानू इह आउंदी आ कि हर घटना दे विच इह आप पाटड़ा ठीक ठाक रहा। बिल्कुल, बंद बंद बाकियां दे होरां दे बच्चियां दे कलेजे कढ कढ के मूहां च पाए गए आ, इह गुट के लिख पोथियां लिखदा रहा। उस वेले सानू आउंदा भई उदों इहनूं इह कबूलण दी बजाए इहनूं मनणा चाहीदा सी भई मैं इस थां ते बिजी सी, मैनूं तां पता नहीं लगा। पर इन्हें उतो बचन लई झूठ बोल के उन्हों करामात ना किसी वरदान दे नाल किसी होर घटना ना जोड़िया। जदों जदों उहदे ते सवाल होए आ, ठीक है, फिर कहिंदा नक ना लकीरां कढ। हुण
ਮਾਫੀ ਮੰਗ। ਵੈਸੇ ਆਪਣੇ ਵੱਲੋਂ ਸਮਝਦੇ ਹੋਣਗੇ ਵੀ ਅਸੀਂ ਜਿੱਦਾਂ ਉਹਦੇ ਕੋਲੋਂ ਮਾਫੀ ਮੰਗਵਾਈ ਆ ਵੀ ਉਹਨੂੰ ਸਬਕ ਸਿਖਾਤਾ ਸੀ। ਹਾਂਜੀ, ਪਰ ਮੈਂ ਜਿੱਥੋਂ ਤੱਕ ਦੇਖਦਾ ਸੀਗਾ ਮੈਨੂੰ ਲੱਗਦਾ ਸੀਗਾ ਵੀ ਜਿਹਨੂੰ ਇਹ ਸਿੱਖ ਕੌਮ ਕਹਿੰਦੇ ਆ ਨਾ, ਹਾਂਜੀ, ਉਸ ਸਿੱਖ ਕੌਮ ਵਾਸਤੇ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਸੀਗੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹ ਵੀਰ ਦੇ ਨਾਲ ਜਿਸ ਤਰੀਕੇ ਦਾ ਬਿਹੇਵੀਅਰ ਇਹਨਾਂ ਨੇ ਕੀਤਾ ਆ। ਹਾਂਜੀ, ਕਿਉਂਕਿ ਮੇਰੇ ਸਾਹਮਣੇ ਪੋਸਟ ਆਈ ਨਹੀਂ ਵੈਸੇ ਜਿੱਦਾਂ ਮੈਂ ਉਹ ਟਰਾਈ ਕੀਤੀ ਪਰ ਮੈਨੂੰ ਕਦੇ ਮਿਲੀ ਨਹੀਂ ਵੀ ਉਹਨੇ ਲਿਖਿਆ ਕੀ ਸੀਗਾ, ਉਹਨੇ ਸ਼ਾਇਦ ਬਾਅਦ ਵਿੱਚ ਡਿਲੀਟ ਕਰ ਦਿੱਤੀ ਸੀ ਉੱਥੋਂ ਜਿੱਦਾਂ। ਹਾਂ, ਮੈਂ ਕਿਸੇ ਨੇ ਭੇਜੀ ਸੀ, ਮੇਰੇ ਤੋਂ ਉਦੋਂ ਪੂਰੀ ਪੜ੍ਹੀ ਨਹੀਂ ਗਈ, ਪਰ ਮੈਨੂੰ ਇੱਦਾਂ ਲੱਗਦਾ ਕੁਛ ਉਹਨੇ ਇੱਦਾਂ ਦੀ ਘਟਨਾ ਕੁਛ ਇੱਦਾਂ ਦੀ ਕੋਈ ਕਵਿਤਾ ਲਿਖੀ ਸੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਬਾਰੇ ਵੀ, ਜੇ ਕਰਾਮਾਤ ਹੁੰਦੀ ਤਾਂ ਕਿਹਦਾ ਜੀ ਕਰਦਾ ਸੀ ਆਪਣੇ ਛੋਟੇ ਛੋਟੇ ਬੱਚੇ ਕਟਵਾਉਣੇ। ਬਿਲਕੁਲ ਬਿਲਕੁਲ ਜਾ ਜਾ ਹਾਂਜੀ, ਪਰ ਹੈਰਾਨੀ ਦੀ ਗੱਲ ਆ ਵੀ ਉਹ ਮੈਂ ਜਿਹੜੇ ਪਹਿਲਾਂ ਕਮੈਂਟ ਪੜ੍ਹੇ ਆ ਲੋਕਾਂ ਦੇ ਜਿੱਦਾਂ, ਹਾਂਜੀ, ਉਹਨਾਂ ਦੇ ਵੀ ਉਹ ਸਮਝ ਤੋਂ ਬਾਹਰੇ ਆ, ਉਹਨੂੰ ਕਹਿੰਦੇ ਵੀ ਤੂੰ ਮੁਸਲਮਾਨ ਆ ਜਿੱਦਾਂ ਵੀ ਤੈਨੂੰ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਲੋੜ ਨਹੀਂ। ਹਾਂ, ਵੀ ਤੂੰ ਤੂੰ ਆਪਣੇ ਮੁਹੰਮਦ ਬਾਰੇ ਬੋਲ ਕੇ ਦਿਖਾਲ, ਤੈਨੂੰ ਪਤਾ ਲੱਗੇ, ਕੁਰਾਨ ਬਾਰੇ ਬੋਲ, ਤੂੰ ਤੈਨੂੰ ਇਹ ਕੋਈ ਕੋਈ ਸੈਂਸ ਥੋੜ੍ਹੀ ਬਣੀ ਆ ਵੀ ਤੂੰ ਆਪਣੇ ਘਰ 'ਚ ਰਹਿ, ਤੂੰ ਸਾਡੇ ਘਰ ਦੇ ਵਿੱਚ ਸਿੱਖੀ ਵਿੱਚ ਦਖਲ ਅੰਦਾਜ਼ੀ ਨਾ ਕਰ ਜਿੱਦਾਂ, ਜਿੱਦਾਂ ਉਹਨੂੰ ਧਮਕੀ ਜਿਹੜੀ ਦਿੱਤੀਆਂ ਜਾ ਰਹੀਆਂ ਸੀਗੀਆਂ। ਹਾਂਜੀ, ਵੀ ਜੇ ਤਾਂ ਕੋਈ ਉਹ ਮੱਠ ਸ਼ੁਰੂ ਵਾਲੇ ਨੇ ਕੋਈ ਗੱਲ ਕੀਤੀ ਆ, ਕੋਈ ਪੋਇਟਰੀ ਉਹਨੇ ਲਿਖੀ ਆ, ਜਿੱਦਾਂ ਪੋਇਮ ਲਿਖੀ ਆ ਉਹਨੇ, ਉਹਨੂੰ ਕਹਿੰਦੇ ਆ ਵੀ ਤੂੰ ਸਿੱਖ ਨਹੀਂ ਹੈਗਾ, ਤੇ ਜੇ ਅਸੀਂ ਗੱਲ ਕਰਦੇ ਹਾਂ ਸਾਨੂੰ ਕਹਿੰਦੇ ਤੁਸੀਂ ਪੱਗਾਂ ਲਾ ਦਿਓ, ਤੁਸੀਂ ਦਾੜੀ ਕਟਾ ਦਿਓ, ਸਾਨੂੰ ਕਹਿੰਦੇ ਤੁਸੀਂ ਸਿੰਘ ਸ਼ਬਦ ਲਾ ਨਹੀਂ ਸਕਦੇ। ਨਹੀਂ, ਦੂਜੀ ਗੱਲ ਫਿਰ ਜੇ ਜੇ ਮਤਲਬ ਸਮਾਜ ਦਾ ਨਿਯਮ ਇਹ ਆ, ਹਾਂਜੀ, ਜੇ ਅਸੀਂ ਇਹ ਕਹੀਏ ਵੀ ਜੇ ਕੋਈ ਇੱਕ ਧਰਮ ਦਾ ਬੰਦਾ ਦੂਜੇ ਧਰਮ ਦੇ ਉੱਤੇ ਕੋਈ ਇੱਦਾਂ ਦਾ ਕਿੰਤੂ ਕਰਦਾ ਤਾਂ ਉਹ ਮੰਨਿਆ ਨਹੀਂ ਜਾ ਸਕਦਾ, ਉਹਦੇ ਕੋਈ ਮਾਇਨੇ ਨਹੀਂ। ਹਾਂ ਹਾਂ, ਫਿਰ ਸਿੱਖ ਧਰਮ ਦੀ ਹੋਂਦ ਬਚਦੀ ਆ? ਬਿਲਕੁਲ ਨਹੀਂ। ਮੈਂ ਕਿਹਾ ਗੁਰੂ ਨਾਨਕ ਸਾਹਿਬ ਨੂੰ, ਚਲੋ ਆਪਾਂ ਕਹਿੰਦੇ ਵੀ ਉਹਨਾਂ ਨੇ ਜਨੇਊ ਦੀ ਗੱਲ ਕਰ ਲਈ ਹੈ ਨਾ, ਵੀ ਕਹਿ ਸਕਦੇ ਵੀ ਚਲੋ ਹਿੰਦੂ ਘਰਾਂ ਦੇ ਵਿੱਚ ਪੈਦਾ ਹੋਏ, ਜਨੇਊ ਦੀ ਗੱਲ ਕੀਤੀ ਆ, ਵਰਤਾਂ ਦੀ ਗੱਲ ਕੀਤੀ, ਗੱਲ ਸਮਝ ਵਿੱਚ ਪੈਂਦੀ ਆ। ਜਦੋਂ ਮੁਸਲਮਾਨਾਂ ਨਾਲ ਗੱਲ ਕੀਤੀਆਂ ਹੋਊਗੀ, ਨਮਾਜ਼ਾਂ ਦੀ ਗੱਲ ਕੀਤੀ ਹੋਊਗੀ ਵੀ ਕਿਹੜੀ ਕਿਹੜੀ ਨਮਾਜ਼ ਪੜ੍ਹਨੀ ਚਾਹੀਦੀ, ਵੀ ਹਰ ਨਮਾਜ਼ਾਂ ਪੜ੍ਹਨ ਦਾ ਤਾਂ ਫਾਇਦਾ ਕੋਈ ਨਹੀਂ, ਆਹ ਨਮਾਜ਼ਾਂ ਪੜ੍ਹੋ, ਮੁਸਲਮਾਨਾਂ ਆਖਿਆ ਆਖਣਗੇ ਉਹ ਵੀ ਤੂੰ ਆਪਣੇ ਘਰ ਦੀ ਗੱਲ ਕਰ, ਤੂੰ ਸਾਡੇ ਧਰਮ ਚ ਦਖਲ ਅੰਦਾਜ਼ੀ ਕਾਹਤੋਂ ਕਰ। ਜਦੋਂ ਜੋਗੀਆਂ ਨਾਲ ਮੁੰਡਾ ਸੰਤੋਖ ਸ਼ਰਮਪਤ ਝੋਲੀ ਦੀ ਗੱਲ ਕੀਤੀ ਹੋਊਗੀ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਕਿੰਤੂ ਪ੍ਰੰਤੂ ਕੀਤੇ ਹੋਣਗੇ, ਉਹਨਾਂ ਦੇ ਉੱਤੇ ਸਵਾਲ ਚੁੱਕੇ ਹੋਣਗੇ, ਤੇ ਜੋਗੀਆਂ ਨੇ ਵੀ ਉਹ ਆਖਣਾ ਸੀਗਾ ਫਿਰ ਵੀ ਤੂੰ ਹਿੰਦੂ ਹੋ ਕੇ ਸਾਡੇ ਮਤ ਬਾਰੇ ਕਾਹਤੋਂ ਬੋਲਦਾ, ਵੀ ਤੂੰ ਆਪਣੀ ਗੱਲ ਕਰ। ਫਿਰ ਨਾ ਤਾਂ ਗੁਰੂ ਸਾਹਿਬ ਇਸਲਾਮ ਬਾਰੇ ਗੱਲ ਕਰ ਸਕਦੇ ਆ, ਨਾ ਜੋਗੀਆਂ ਬਾਰੇ ਗੱਲ ਕਰ ਸਕਦੇ ਆ, ਨਾ ਉਹ ਜਿਹੜੇ ਜੈਨੀਆਂ ਬਾਰੇ। ਗੁਰੂ ਸਾਹਿਬ ਨੇ ਉਹ ਸ਼ਬਦ ਜਿੰਨਾ ਕਿੱਡੀ ਤਕੜੀ ਚੋਟ ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਮਾਰੀ ਆ, ਜਿਹੜਾ ਹੈਗਾ ਸਿਰ ਖੋ ਆਈ ਪੀ ਐ ਮਲਵਾਣੀ ਜੂਠਾ ਮੰਗ 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 ਖਾਈ, ਸ਼ਬਦ ਜਿਹੜਾ ਹੈਗਾ ਵਾ ਵੀ ਕਿੱਡੀ ਤਕੜੀ ਚੋਟ ਆ ਜਿਹੜੀ ਗੁਰੂ ਸਾਹਿਬ ਨੇ ਉਸ ਸ਼ਬਦ ਦੇ ਵਿੱਚ ਜੈਨੀਆਂ ਦੇ ਉੱਤੇ ਕੀਤੀ ਆ। ਹਾਂਜੀ, ਇਹਨੂੰ ਉਹ ਧਰਮ ਬਣਾ ਕੇ ਬੈਠੇ ਹੋਏ ਸੀ। ਤੋ ਜੈਨੀ ਵੀ ਕਹਿੰਦੇ ਵੀ ਤੂੰ ਆਪਣੇ ਜਨੇਊ ਬਾਰੇ ਗੱਲ ਕਰ, ਤੂੰ ਆਪਣੇ ਘਰ ਦੀ ਗੱਲ ਕਰ, ਤੂੰ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਾਹਤੋਂ ਕਰਦਾ, ਉਹ ਤੁਹਾਡਾ ਕਹਿਣਾ ਵੀ ਫਿਰ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਕਿੱਥੇ ਰਹਿ ਜੂਗੀ ਫਿਰ, ਕੋਈ ਹੁਣ ਬਚਦੀ ਆ ਕੋਈ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ, ਜੇ ਸਿਰਫ ਉੱਥੋਂ ਤੱਕ ਕੋਈ ਬੰਦਾ ਸੀਮਤ ਹੋ ਕੇ ਗੱਲ ਕਰੇ। ਫਿਰ ਤਾਂ ਇਵਨ ਇੱਥੋਂ ਤੱਕ ਜਿਹੜੇ ਗੁਰੂ ਸਾਹਿਬ ਨੇ ਰਾਜੇਸ਼ੀ ਮੁਕੱਦਮ ਕੁੱਤੇ ਦੀ ਗੱਲ ਕੀਤੀ ਆ, ਉੱਥੇ ਵੀ ਤਾਂ ਉਹਨਾਂ ਕਹਿਣਾ ਸੀਗਾ ਵੀ ਤੂੰ ਸਿਆਸੀ ਗੱਲਾਂ ਕਾਹਤੋਂ ਕਰਦਾ, ਵੀ ਤੂੰ ਰਾਜਿਆਂ ਦੀਆਂ ਗੱਲਾਂ ਕਾਹਤੋਂ ਕਰਦਾ ਵਾ, ਤੂੰ ਸਾਡੀਆਂ ਗੱਲਾਂ ਕਾਹਤੋਂ ਕਰਦਾ, ਤੂੰ ਆਪਣੇ ਘਰ ਪਰਿਵਾਰ ਦੀ ਗੱਲ ਜਿਹੜੀ ਹੈਗੀ ਆ ਉਹ ਕਰ। ਆਹ ਜਦੋਂ ਦੂਜੀ ਗੱਲ ਜਿਹੜੀ ਤੁਸੀਂ ਸਾਡੇ ਵੱਲ ਵੀ ਸਾਨੂੰ ਕਹਿੰਦੇ ਵੀ ਪੱਗਾਂ ਲਾ ਦਿਓ ਤੁਸੀਂ, ਤੇ ਉਹ 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 ਜਦੋਂ ਜਨੇਊ ਦੀ ਗੱਲ ਹੋ ਰਹੀ, ਹਿੰਦੂ ਧਰਮ ਦੇ ਕਿਸੇ ਕਰਮ ਕਾਂਡ ਦੇ ਉਲਟ ਗੱਲ ਹੋ ਰਹੀ ਆ, ਉਦੋਂ ਵੀ ਬਾਹਮਣ ਦਾ ਇਹੀ ਕਹਿਣਾ ਬਣਦਾ ਸੀ ਨਾ ਇਹਨਾਂ ਦੇ ਪਿਓ ਨੂੰ, ਇਹਦੇ ਟੱਬਰ ਨੂੰ, ਸਾਰਿਆਂ ਨੂੰ, ਜਿੱਦਾਂ ਮੂਸੇ ਵਾਲੇ ਦੀ ਮਾਤਾ ਤੋਂ ਵੀ ਨਹੀਂ, ਘਰਦਿਆਂ ਤੋਂ ਮਾਫ਼ੀ ਮੰਗਾਈ ਆ। ਬਿਲਕੁਲ, ਫਿਰ ਉਹ ਤਾਂ ਨੱਕ ਰਗੜਾ ਰਗੜਾ ਕੇ ਮਾਰਦਾ, ਮੈਂ ਤਾਂ ਕਾਲੂ ਨੂੰ ਮਾਤਾ ਤ੍ਰਿਪਤਾ ਨੂੰ ਉੱਥੋਂ ਮੁਹੱਲੇ 'ਚੋਂ ਪਿੰਡ 'ਚੋਂ ਕੱਢਦੇ, ਬਾਈਕਾਟ ਕਰਦੇ ਉਹ,
ਨਹੀਂ ਵੱਡੀ ਗੱਲ ਜਿਹੜੀ ਨਾ ਸਭ ਤੋਂ ਜ਼ਿਆਦਾ ਨਮੋਸ਼ੀ ਵਾਲੀ ਆ, ਭਾਵੇਂ ਇਸ ਗੱਲ ਦੇ ਵਿੱਚ ਇਹ ਫਖਰ ਮਹਿਸੂਸ ਕਰਦੇ ਹੁਣ ਵੀ ਅਸੀਂ ਬਹੁਤ ਵੱਡਾ ਕੰਮ ਕੀਤਾ, ਬਹਾਦਰੀ ਵਾਲਾ ਕੰਮ ਕੀਤਾ, ਜਿਹੜੀ ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ ਔਰ ਪਤਾ ਨਹੀਂ ਕਦੋਂ ਕਿੰਨਾ ਸਮਾਂ ਜੇ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਵਿੱਚ ਲੱਗ ਜਾਣਾ ਵੀ ਜਿਹੜੇ ਉਹ ਬੰਦੇ ਮੁਆਫ਼ੀ ਮੰਗਵਾ ਰਹੇ ਉਹ ਕਿਹੜੀ ਅਥਾਰਟੀ ਦੇ ਨਾਲ ਮੁਆਫ਼ੀ ਮੰਗਵਾ ਰਹੇ ਆ। ਹਾਂ ਹੋ ਸਕਦਾ ਪਿੰਡ ਦੀ ਪੰਚਾਇਤ ਆ ਕੇ ਉਹਨਾਂ ਗੱਲ ਕਰ ਲੈਂਦੀ ਹੈ ਨਾ, ਪਿੰਡ ਦੀ ਪੰਚਾਇਤ ਚਲੋ ਕਹਿੰਦੀ ਵੀ ਵੀ ਆਹ ਤੁਹਾਡੀਆਂ ਕੰਪਲੇਂਟਾਂ ਆਈਆਂ ਵਾ ਵੀ ਜਾਂ ਤਾਂ ਅਸੀਂ ਪਿੰਡ ਦੇ ਵਿੱਚੋਂ ਤੁਹਾਡਾ ਬਾਈਕਾਟ ਕਰਾਂਗੇ ਜਾਂ ਤੁਸੀਂ ਮੁਆਫ਼ੀ ਮੰਗੋ। ਚਲੋ ਪਿੰਡ ਦੀ ਪੰਚਾਇਤ ਹੈ ਉਹਦੇ ਕੋਲ ਵੀ ਕੋਈ ਨਾ ਕੋਈ ਅਥਾਰਟੀ ਆਪਾਂ ਕਹਿ ਸਕਦੇ ਹੈਗੀ। ਇੱਕ ਜਿਹੜੇ ਮਰਜ਼ੀ ਪੰਜ ਸੱਤ ਦਸ ਜਣੇ ਇਕੱਠੇ ਹੋ ਕੇ ਆ ਕੇ ਵੀ ਇਹ ਸਾਡਾ ਪੰਥ ਹੋ ਗਿਆ, ਪੰਥ ਤੋਂ ਹੁਣ ਮਾਫ਼ੀ ਮੰਗ ਲਈ ਇਹਨੇ। ਇਹ 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 ਘਟਨਾ ਗਿਆਨੀ ਜੀ ਜਿਹੜਾ ਨਾ ਪਛੜਿਆ ਸਮਾਜ ਹੁੰਦਾ ਉਹਦੇ ਵਿੱਚ ਇਹ ਟੈਕਟ ਵਰਤਿਆ ਜਾਂਦਾ ਆ ਆਪਣੇ ਆਪ ਨੂੰ ਲੈਨ ਵਿੱਚ ਅੱਗੇ ਲੈ ਕੇ ਜਾਣ ਲਈ, ਸ਼ਾਰਟਕੱਟ ਮਾਰ ਕੇ ਦੂਜੇ ਦੀ ਨਿਗਾਹ ਦੇ ਵਿੱਚ ਪ੍ਰਵਾਨ ਚੜ੍ਹਨ ਲਈ ਨਾ, ਆਪਣੇ ਆਪ ਨੂੰ ਮਹਾਨ ਦੱਸਣ ਲਈ ਸਭ ਤੋਂ ਸੌਖਾ ਰਾਹ ਇਹ ਵਰਤਿਆ ਜਾਂਦਾ। ਮੈਂ ਉਹੀ ਗੱਲ ਕਰਦੀ ਵੀ ਪਤਾ ਨਹੀਂ ਕਿੰਨਾ ਸਮਾਂ ਕਿੰਨੇ ਸਾਲ ਅਜੇ ਸਾਨੂੰ ਲੱਗ ਜਾਣੇ ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਵੀ ਕਿੰਨੇ ਸਾਲ ਅਸੀਂ ਅਜੇ ਪਛੜੇ ਹੋਏ ਇਹਨਾਂ ਗੱਲਾਂ ਨੂੰ ਸਮਝਣ ਤੋਂ। ਕੱਲ ਪਰਸੋਂ ਕਿਸੇ ਨੇ ਪੋਸਟ ਉਹ ਦੂਜੀ ਵੀ ਪਾਈ ਸੀ ਜਿਹੜਾ ਉਹ ਮਾਰਿਆ ਵਾ ਤਰਸੇਮ ਸਿੰਘ ਨਾ ਸੀ ਕਾਰਸੇ ਵਾਲਾ, ਤੇ ਉਹ ਮੈਂ ਪੜ੍ਹ ਕੇ ਹੈਰਾਨ ਹੋਇਆ ਵੀ ਉਸ ਜਿਹੜੇ ਮਾਮਲੇ ਦੇ ਵਿੱਚ ਉਹਨੂੰ ਹੁਣ ਜਾਨੋਂ ਮਾਰਿਆ ਵਾ, ਮਾਰਨ ਵਾਲੇ ਦੇ ਵਿੱਚੋਂ ਸ਼ਾਇਦ ਇੱਕ ਦਾ ਮੁਕਾਬਲਾ ਹੋ ਗਿਆ, ਸ਼ਾਇਦ ਮਾਰ ਦਿੱਤਾ ਗਿਆ ਇੱਕ ਉਹਨਾਂ ਦੇ ਵਿੱਚੋਂ ਵੀ, ਵੀ ਉਹਦੇ ਬਦਲੇ ਕਹਿੰਦੇ ਆ ਵੀ ਉਹ ਅਕਾਲ ਤਖ਼ਤ ਤੇ ਆ ਕੇ ਤੇ ਉੱਥੋਂ ਤਨਖਾਹ ਵੀ ਲਵਾ ਗਿਆ। 2019 ਦੀ ਸ਼ਾਇਦ ਘਟਨਾ, 19-20 ਦੀ ਆ। ਮੈਂ ਤਾਂ ਪਹਿਲੀ ਵਾਰੀ ਹਾ ਤੱਥ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਵੀ ਅਕਾਲ ਤਖ਼ਤ ਵੱਲੋਂ ਜੋ ਉਹਨੂੰ ਸਜ਼ਾ ਦਿੱਤੀ ਗਈ ਆ ਉਹ ਮੁਆਫ਼ੀ ਮੰਗ ਗਿਆ ਉਹਦੇ ਵਾਸਤੇ, ਜੋ ਸਜ਼ਾ ਹੈਗੀ ਉਹ ਭੁਗਤ ਵੀ ਗਿਆ। ਵੀ ਅਕਾਲ ਤਖ਼ਤ ਨੂੰ ਇੱਕ ਪਾਸੇ ਤੁਸੀਂ ਮਹਾਨ ਕਹਿੰਦੇ ਆ, ਸਰਵਉੱਚ ਕਹਿੰਦੇ ਆ, ਜੇ ਹੋਰ ਕੋਈ ਕਵੇ ਤਾਂ ਤੁਸੀਂ ਕਹਿੰਦੇ ਵੀ ਅਕਾਲ ਤਖ਼ਤ ਦਾ ਵਿਰੋਧੀ ਆ। ਵੀ ਜਿਹੜਾ ਬੰਦਾ ਉੱਥੋਂ ਮਿਲੀ ਹੋਈ ਸਜ਼ਾ ਵੀ ਭੁਗਤ ਚੁੱਕਿਆ ਹੋਵੇ, ਮੁਆਫ਼ੀ ਮੰਗ ਚੁੱਕਾ ਹੋਵੇ, ਫਿਰ ਦੋ ਬੰਦੇ ਉੱਠ ਕੇ ਜਾ ਕੇ ਉਹਨੂੰ ਕਹਿਣ ਵੀ ਅਸੀਂ ਸੋਧਾ ਲਾਤਾ ਤਾਂ ਸਾਰੇ ਜਿੰਨੇ ਹੈਗੇ ਆ ਇਹ ਗੁੰਡੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹੋਣ, ਬਹੁਤ ਵਧੀਆ ਕੰਮ ਕੀਤਾ ਤੇ ਬਾਬਾ ਆਲਮ ਨਿਰਾਲਾ ਹੀ ਆ ਜੀ ਸਾਡੀ ਕੌਮ ਦਾ। ਇਹਨਾਂ ਦਾ ਜਿਹੜੇ ਖਾੜਕੂ ਦਾ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਇਹਨਾਂ 'ਚ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਆ। ਅਸੀਂ ਜਿਹੜੀ ਨਾ ਉਹ ਇੱਕ ਬਿਰਤੀ ਦੀ ਗੱਲ ਕਰਦੇ ਵੀ ਮੰਗ ਖਾਣਿਆਂ ਵਾਲੀ, ਭਾਟੜਿਆਂ ਵਾਲੀ, ਇੱਦਾਂ ਜਿੱਦਾਂ ਵੀ ਫਿਰ ਬਸ ਵੀ ਇੱਦਾਂ ਵੀ ਡਰੂ ਜਾ। ਤੁਸੀਂ ਆ ਮੂਵੀ ਦੇਖੀ ਚਮਕੀਲਾ? ਨਹੀਂ ਮੈਂ ਨਹੀਂ ਦੇਖੀ। ਦੇਖ ਲਿਓ, ਨੈੱਟਫਲਿਕਸ 'ਤੇ ਪਈ ਆ, ਵਧੀਆ ਆ। ਅੱਧੋਂ ਵੱਧ ਸਮੇਂ ਤੱਕ ਨਾ ਜਾਣੀ ਇਹਦੇ ਪਹਿਲੇ 1.5 ਘੰਟੇ ਤੱਕ ਜਿਹੜਾ ਰਵੱਈਆ ਸੀ ਉਹਦਾ ਉਹ ਇੱਦਾਂ ਰਿਹਾ ਵੀ ਜਿੱਦਾਂ ਜਿਹੜਾ ਜਾਤ ਦਾ ਅਸਰ ਆ, ਜਿੱਦਾਂ ਗਰੀਬ ਆ, ਜਿੱਦਾਂ ਕੰਮੀ ਬੰਦਾ ਆ, ਇੱਦਾਂ ਵੀ ਡਰੂ ਮਤਲਬ ਐਡਾ ਵੱਡਾ ਮਸ਼ਹੂਰ ਹੋ ਗਿਆ। ਉਹਦੇ ਰਿਕਾਰਡ ਬਲੈਕ ਵਿੱਚ ਵਿਕਣ ਲੱਗ ਪਿਆ। ਇੱਕ ਸਟੇਜ ਇੱਦਾਂ ਦੀ ਵੀ ਆਈ ਵੀ ਜਦੋਂ ਉਹ ਇੱਕ ਉਹਦਾ ਨਵਾਂ ਰਿਕਾਰਡ ਆਇਆ, ਰੀਲ ਆਈ ਨਵੀਂ, ਪਹਿਲਾਂ ਤਵੇ ਹੁੰਦੇ ਸੀ, ਬੰਦਾ ਲੈਣ ਗਿਆ ਕੋਈ, ਉਹ ਦੁਕਾਨ ਵਾਲਾ ਕਹਿੰਦਾ ਵੀ ਜੇ ਤੂੰ ਉਹਦਾ ਤਵਾ ਖਰੀਦਣਾ ਨਾ, ਉਹਦਾ ਰਿਕਾਰਡ ਖਰੀਦਣਾ, ਉਹ ਤਾਂ ਮਿਲਣਾ ਤੈਨੂੰ, ਜਾਣੀ ਸਸਤਾ ਨਹੀਂ ਮਿਲਣਾ, ਮਿਲਣਾ ਪੂਰੇ ਰੇਟ 'ਤੇ ਹੀ ਆ, ਉਹ ਵੀ ਬਾਕੀ ਉਹਨਾਂ ਨੂੰ ਮਹਿੰਗਾ ਆ, ਪਰ ਉਹ ਤਾਂ ਮਿਲਣਾ ਜੇ ਉਹਦੇ ਨਾਲ ਕਿਸੇ ਹੋਰ ਕਲਾਕਾਰ ਦਾ ਵੀ ਇੱਕ ਰਿਕਾਰਡ ਖਰੀਦੇ। ਠੀਕ ਹੈ, ਮਤਲਬ ਜਿਹੜੇ ਜੈਨੂਅਨ ਸੀ ਬਲੈਕ 'ਚ ਮਿਲਦੇ ਸੀ ਉਸ ਵੇਲੇ ਵੀ, ਜਦੋਂ ਉਹਦੇ ਨਾਲ ਗੱਲ ਕਰਦਾ ਸੀ ਨਾ ਉਹ ਜਿੱਦਾਂ ਡਰਿਆ ਜਿਹਾ ਇੱਦਾਂ ਪਈ। ਫਿਰ ਇੱਕ ਅਖੀਰ 'ਤੇ ਜਾ ਕੇ ਇੱਕ ਜਦੋਂ ਤੁਸੀਂ ਦੇਖੋਗੇ ਤਾਂ ਉਹ ਬਾਕੀ ਵੀ ਜਿਹੜੇ ਸੁਣਦੇ ਆ ਜਿਹਨੇ ਦੇਖੀ ਹੋਵੇ ਮੂਵੀ ਉਹ ਇਹ ਜ਼ਰੂਰ ਦੱਸਿਓ ਵੀ ਜਿਹੜੇ ਕਨੇਡਾ ਵਿੱਚ ਉਹ ਟੂਰ 'ਤੇ ਗਿਆ ਸੀ ਜਿਹੜੇ ਚਾਰ ਪਿਆਰੇ ਸੀ ਉੱਥੇ, ਅੱਛਾ ਜੀ, ਉੱਥੇ ਚਾਰ ਪਿਆਰਿਆਂ ਨੇ ਪੇਸ਼ੀ ਕੀਤੀ ਉਹਦੀ, ਠੀਕ ਹੈ, ਸੱਦਿਆ ਬੈਠ ਕੇ ਉਹ ਤੋਂ ਉਹਨੂੰ ਚਾਰ ਰਹਿਤਾਂ ਦੱਸੀਆਂ, ਅੱਛਾ ਜੀ, ਵੀ ਹੁਣ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਉਹ ਨਹੀਂ ਹੈਗੇ ਜਿਹੜੇ ਤੈਨੂੰ ਪਹਿਲਾਂ ਚਿੱਠੀਆਂ ਲਿਖ ਕੇ ਪਾਉਂਦੇ ਆ, ਅੱਛਾ ਜੀ, ਅਸੀਂ ਉਹ ਹਾਂ ਜਿਹੜੇ ਕਰਦੇ ਹੁੰਦੇ ਹਾਂ। ਅੱਛਾ, ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ, ਕੈਨੇਡਾ 'ਚ ਟੂਰ 'ਤੇ ਗਿਆ ਸੀ ਉੱਥੇ ਸੱਦ ਕੇ ਉਹਨੇ ਕਿਹਾ ਉਹਨੂੰ, ਠੀਕ ਹੈ, ਵੀ ਤੈਂ ਇੱਦਾਂ ਆਹ ਗਾਣੇ ਨਹੀਂ ਗਾਉਣੇ, ਸਿਗਰਟ ਨਹੀਂ ਪੀਣੀ, ਆਹ 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 ਕੰਮ, ਚਾਰ ਗੱਲਾਂ ਕਹੀਆਂ ਉਹਨੂੰ,
ਉੱਥੇ ਜਾਕੇ ਉਹ ਖੀਰ ਜਹਿ ਦੀ ਗੱਲ, ਉੱਥੇ ਜਾ ਕੇ ਫੀਲ ਹੋਇਆ ਵੀ ਉਹਦੇ ਅੰਦਰ ਇੱਕ ਗਰੰਟ ਪੈਦਾ ਹੋਇਆ ਥੋੜ੍ਹਾ ਜਿਹਾ। ਉੱਥੇ ਇੱਦਾਂ ਜਾਣੀ ਜਦੋਂ ਸਾਹਮਣੇ ਖੜੇ ਸੀ ਗੱਡੀ 'ਚ ਬਹਿੰਦਿਆਂ ਸਾਰ ਉਹਨੂੰ ਸਿਗਰਟਾਂ ਦੀ ਡੱਬੀ ਕੱਢ ਲਈ ਅਤੇ ਸਿਗਰਟ ਕੱਢ ਲਈ ਵਿੱਚੋਂ। ਅੱਛਾ ਜੀ। ਉਹ ਜਿਹੜੀ ਨਾ ਮੈਂ ਗੱਲ ਕਰਦਾ ਵੀ ਹਮੇਸ਼ਾ ਜਿਹੜੀ ਮੰਗ ਖਾਣਿਆਂ ਵਾਲੀ ਬਿਰਤੀ ਆ, ਇੱਦਾਂ ਇਹਦੇ ਵਿੱਚ ਜਿਹੜੇ ਤਾਂ ਹੈਗੇ ਆ ਜਿੱਦਾਂ ਪਾਠੀ ਇੱਦਾਂ ਉਹ ਬੰਦਿਆਂ ਨੂੰ ਨਾ ਤੁਸੀਂ ਦੇਖੋਗੇ ਵੀ ਅਸੀਂ ਸਾਡਾ ਇੱਥੇ ਬੜੇ ਚਿਰਾਂ ਦਾ ਤਜਰਬਾ ਆਇਆ ਵੀ ਜਦੋਂ ਆਏ ਮੰਨ ਲਓ ਮਹੀਨੇ ਦਾ ਵੀਜ਼ਾ ਲੱਗਾ, ਹਾਂਜੀ, ਆ ਕੇ ਉਹਨੀ ਹਰੇਕ ਟੱਬਰ ਵਾਲੇ ਜਿਹੜਾ ਚੰਗੀ ਕਾਰ ਵਿੱਚ ਆਇਆ ਸੋਹਣੇ ਕੱਪੜੇ ਆ ਹਰੇਕ ਨੂੰ ਉਹਨੀ ਇੱਦਾਂ ਵੀ ਸਰਦਾਰ ਜੀ ਇੱਦਾਂ ਹੈ ਨਾ ਵੀ ਕਿੱਦਾਂ ਤੁਹਾਡਾ ਕੰਮ ਕਾਰ ਪਿੱਛਿਓ ਕਿੱਥੋਂ ਇੱਥੇ ਘਰ ਕਿੰਨੇ ਕੁ ਦਾ। ਜਦੋਂ ਨਾ ਬੰਦੇ ਮੈਂ ਅੱਗੇ ਕਹਿੰਦਾ ਸੀ ਵੀ ਜਦੋਂ ਬੰਦੇ ਇੱਦਾਂ ਪੁੱਛਣ ਲੱਗ ਪੈਂਦੇ ਆਏ ਹੋਏ ਵੀ ਇੱਥੇ ਪੜ੍ਹਾਈ ਲਈ ਕਿੱਦਾਂ ਜੀ ਨਿਆਣਿਆਂ ਦਾ, ਜਾਂ ਜਦੋਂ ਸਾਹਿਬ ਸਿੰਘ ਪੁੱਛਦਾ ਸੀ ਵੀ ਜਿਹੜੀ ਕੱਪੜੇ ਇੱਦਾਂ ਇੱਦਾਂ ਫੇਰਦੇ ਆ ਉੱਤੇ ਵੀ ਉਹ ਕੀ ਕਹਿੰਦੇ ਉਹਨੂੰ ਵੀ ਨਹੀਂ ਮਤਲਬ ਜਦੋਂ ਬੰਦਾ ਇੱਦਾਂ ਪੁੱਛਣ ਲੱਗਦਾ ਨਾ ਹੁਣ ਜਿਹੜੇ ਜਿਹੜੇ ਬਿਲਕੁਲ ਗਏ ਗੁਜ਼ਰੇ ਆ ਉਹ ਇੱਦਾਂ ਦੀ ਚੀਜ਼ਾਂ ਜਿਹੜੇ ਥੋੜ੍ਹੇ ਜਿਹਾ ਇੱਦਾਂ ਸਟੈਂਡਰਡ ਕਹਿੰਦੇ ਜੀ ਘਰ ਇੱਥੇ ਕਿੰਨੇ ਕੁ ਦਾ ਆ ਜਾਂਦਾ। ਅੱਛਾ ਜੀ। ਮਤਲਬ ਉਹ ਇੱਦਾਂ ਪੁੱਛਣ ਲੱਗ ਪੈਂਦੇ ਆ ਵੀ ਬੰਦੇ ਨੇ ਜੇ ਬਾਹਰੋਂ ਕਿਸੇ ਮੁਲਕ 'ਚੋਂ ਆ ਕੇ ਇੱਥੇ ਬਿਜ਼ਨਸ ਸੈੱਟ ਕਰਨਾ ਹੋਵੇ ਵੀ ਉਹ ਕਿੰਨੇ ਕੁ ਪੈਸੇ ਉਹਨੂੰ, ਕਿਉਂਕਿ ਉੱਥੋਂ ਪਤਾ ਲੱਗਦਾ ਵੀ ਹੁਣ ਇਹ ਚਾਹੁੰਦੇ ਆ ਵੀ ਮੰਨ ਲਓ ਬੱਚਾ ਇਹਨਾਂ ਦਾ ਪੜ੍ਹਾਈ ਕਰ ਚੁੱਕਾ, ਚਾਹੁੰਦੇ ਵੀ ਜੇ $2-4 lakh ਹੋਵੇ ਮੰਨ ਲਓ ਇੰਡੀਆ ਦਾ 2 crore ਬਣਿਆ ਵੀ ਇੱਥੇ ਮੁੰਡੇ ਨੂੰ ਸੈੱਟ ਕਰਾ ਦਈਏ, ਮਤਲਬ ਇੱਦਾਂ ਦੀ ਕੋਈ ਪਲੈਨ ਆ ਇਹਨਾਂ ਦੀ ਵੀ ਜਾਂ ਜੀ ਦੇਖੋ ਜੇ ਵੀਜ਼ਾ ਨਾ ਹੋਵੇ ਫਿਰ ਵੀ ਕੰਮ ਮਿਲ ਜਾਂਦਾ। ਫਿਰ ਬੰਦਾ ਕਹਿੰਦਾ ਵੀ ਮਹੀਨੇ ਦੇ ਵੀਜ਼ੇ ਦੇ ਆਏ ਦੌੜਨ ਵਿੱਚ ਆਏ ਵੀ ਓਵਰਸਟੇ ਹੋ ਕੇ ਕੰਮ ਕਰਾਂਗੇ ਇੱਦਾਂ ਇੱਦਾਂ, ਮਤਲਬ ਉਹਨਾਂ 'ਚ ਹੋਰ ਤਰ੍ਹਾਂ ਦੀ ਮੰਗ ਖਿਣੀ ਬਿਰਤੀ ਆ। ਹੁਣ ਜਿਹੜੇ ਵਧੀਆ ਕਥਾਕਾਰ ਜਿਹੜੇ ਵਧੀਆ ਜਾਣੀ ਹੁਣ ਪ੍ਰਵਾਨੇ ਵਰਗੇ ਬੰਦੇ ਆ, ਗਿਆਨੀ ਹਰਿੰਦਰ ਸਿੰਘ ਸੀਗੇ, ਜਦੋਂ ਉਹ ਜਾਂਦੇ ਆ ਉਹ ਕੋ ਪੁੱਛਦੇ, ਉਹ ਮਰਸੀਡੀ ਕਾਰ ਬਾਰੇ ਪੁੱਛਦੇ ਆ, ਉਹਨਾਂ ਨੂੰ ਇਹ ਹੁੰਦਾ ਵੀ ਗਿਫਟ ਵੇ। ਹੁਣ ਜਿਹੜਾ ਵਧੀਆ ਬੰਦਾ ਹੁੰਦਾ ਉਹਨੂੰ ਜੇ ਘੜੀ ਦੇਣੀ ਤਾਂ ਘੱਟੋ ਘੱਟ ਰਾਡੋ ਦੀ ਦਊਗਾ ਨਾ ਅਗਲਾ। ਬਿਲਕੁਲ। ਹੁਣ ਜੇ ਰਜਨੀਸ਼ ਕਿਸੇ ਦੇ ਘਰ ਜਾਂਦਾ ਹੋਊਗਾ ਗੇੜੀ ਮਾਰਨ, ਜਿਹਦੇ ਘਰੇ ਰੋਟੀ, ਜਿਹਨ ਕਿਸੇ ਨੇ ਕਿਹਾ ਵੀ ਜੀ ਆਇਓ ਸਵਾਮੀ ਜੀ ਵੀ ਮਕਾਨ ਦੇਖ ਕੇ ਜਾਇਓ, ਹੁਣ ਰਜਨੀਸ਼ ਨੂੰ ਸੱਦਣ ਵਾਲਾ ਬੰਦਾ ਐਵੇਂ ਥੋੜ੍ਹਾ ਹੋਊਗਾ ਫਿਰ। ਬਿਲਕੁਲ। ਉਹ ਤਾਂ ਜੇ ਗਾਈ ਨੂੰ ਕਹੂਗਾ ਵੀ ਗਿਫਟ ਆ ਜੀ ਛੋਟਾ ਜਿਹਾ ਤਾਂ ਘੱਟੋ ਘੱਟ ਰੋਇਲ ਰੋਇਸ ਹੋਊਗੀ, ਉਹਨੂੰ ਅਗਲੇ ਨੂੰ ਪਤਾ ਵੀ 50 ਕੋ ਪਹਿਲਾਂ ਆ। ਆਹੋ, ਉਹਨੂੰ ਪਤਾ ਵੀ ਖੁਸ਼ੀ ਇੰਨਾ ਹੁੰਦਾ ਵੀ ਨਹੀਂ ਹੁਣ ਮਰੂਤੀ ਦੀਆਂ ਚਾਬੀਆਂ ਥੋੜ੍ਹਾ ਦੇ ਦਊਗਾ ਉਹਨੂੰ ਵੀ ਤੁਹਾਡੇ ਲਈ ਗਿਫਟ ਆ ਜਾਣੀ। ਹੁਣ ਛੋਟੇ ਆ ਜਿਹੜੇ ਜਿਹੜੇ ਨਾ ਖਾੜਕੂ ਕਹਾਉਂਦੇ ਆਪਣੇ ਆਪ ਨੂੰ, ਇਹਨਾਂ ਦੀ ਜਿਹੜੀ ਮੰਗ ਖਾਣੀ ਬਿਰਤੀ ਹੈ, ਜਿਹੜੀ ਇਹਨਾਂ 'ਚ ਭਾਟੜਿਆਂ ਵਾਲੀ ਬਿਰਤੀ ਆ, ਉਹਦਾ ਇੱਥੋਂ ਪਤਾ ਲੱਗਦਾ ਜਦੋਂ ਜਾ ਕੇ ਕਿਸੇ ਨੂੰ ਧਮਕੀ ਦਿੰਦੇ ਆ, ਮਾਰਦੇ ਆ, ਕੁੱਟਦੇ ਆ। ਇਹਨਾਂ ਦਾ ਕਿਸੇ ਤੋਂ ਬਾਹਰਲਿਆਂ ਤੋਂ ਪੈਸੇ ਲੈਣ ਦਾ ਜਿਹੜਾ ਤਰੀਕਾ ਆ ਇਜ਼ਹਾਰ ਕਰਨ ਦਾ ਉਹ ਇਹ ਹੈ। ਠੀਕ। ਵੀ ਜਦੋਂ ਕਿਸੇ ਨੂੰ ਮਾਰਦੇ ਆ, ਫਿਰ ਯੋਧਿਆਂ ਵਿੱਚ ਕੋਈ ਟੱਬਰ ਮੁਸ਼ਕਲਾਂ 'ਚ ਜਾਂਦੇ ਆ, ਹੈ ਨਾ, ਉਹਦੇ ਲਈ ਫਿਰ ਜਦੋਂ ਇਹ ਕੀਰਨੇ ਪਾਉਣੇ, ਫਿਰ ਵਕੀਲਾਂ 'ਤੇ ਪੈਸੇ ਲੱਗਦੇ ਆ, ਕੋਰਟਾਂ ਵਿੱਚ ਇੱਦਾਂ ਬੰਦਾ ਇੱਦਾਂ ਟੱਬਰ ਦਾ ਗੁਜ਼ਾਰਾ ਨਹੀਂ, ਦੇਖੋ ਮਾਤਾ ਬੁੱਢੀ, ਹੈ ਨਾ, ਘਰ ਵਾਲੀ, 2 ਬੱਚੇ, ਉਦੋਂ ਅਗਰਾਹੀਆਂ ਪੈਸੇ ਮਿਲਦੇ ਆ ਇਹਨਾਂ ਨੂੰ। ਬਿਲਕੁਲ। ਹੁਣ ਬੇਅੰਤ ਸਿੰਘ ਦਾ ਮੁੰਡਾ ਵੋਟਾਂ 'ਚ ਖੜਿਆ, ਵੀ ਜਦੋਂ ਉਹਨੂੰ ਪੁੱਛੇ ਵੀ ਤੇਰੇ ਪੇ ਨੇ ਜਦੋਂ ਉੱਥੇ ਕਤਲ ਕਰਤਾ ਇਹਨੂੰ, ਉਦੋਂ ਨਹੀਂ ਸੰਸਥਾ ਨੂੰ ਸਮਝ ਆਈ ਵੀ ਸੰਵਿਧਾਨ ਦੇ ਰਾਹੀਂ ਗਾਹਾਂ ਜਾਣਾ ਹੈ। 30,000 ਬੰਦਾ ਮਰਾ ਕੇ ਹੁਣ ਤੂੰ ਇੱਥੋਂ ਵੋਟਾਂ 'ਚ ਲੱਗਾ ਖਾਣ, ਤੈਨੂੰ ਤਾਂ 100 vote ਨਹੀਂ ਪੈਣੀ। ਕੌਮ ਦੇ ਸਿਰ ਜਾਣੀ ਗੱਲ ਕੀ ਵੀ ਬਾਹਰੋਂ ਪੈਸੇ ਜਾਣਗੇ, ਸਮਝੀ ਸਮਾਨ ਆਹੀ ਕੁਛ ਕਰਦਾ ਰਿਹਾ, ਵੋਟਾਂ 'ਚ 5-7 crore ਇਕੱਠਾ ਕਰ ਲੈਣਾ, 5 saal ਲੰਘ ਜਾਣੇ। ਨਹੀਂ ਹੁਣ ਤਾਂ ਮਰਜ਼ੀ ਹੋਣਾ ਸਪੋਰਟ ਕਰ ਦਿੱਤੀ ਉਹਦੀ ਵੀ, ਮਤਲਬ ਹੈਰਾਨੀ ਇਹਨਾਂ ਦੀ ਸੋਚ 'ਤੇ ਜਿਹੜੀ ਆਪਾਂ ਗੱਲ ਤੁਸੀਂ ਕਰਦੇ ਹਾਂ ਉਹ ਮੈਂ ਕਹਿੰਦਾ ਵੀ ਇਹਨਾਂ ਦਾ ਨਾ ਜਿਹੜਾ ਮੰਗ ਖਾਣਿਆਂ ਵਾਲਾ ਇੱਕ ਆਪਣਾ ਇਜ਼ਹਾਰ ਕਰਨ ਦਾ ਤਰੀਕਾ ਇਹੀ ਆ ਵੀ ਕਿਸੇ ਨੂੰ ਮਾਰ ਕੁੱਟਦੇ ਹੋ ਤਾਂ ਬਸ। ਅੱਛਾ, ਮੈਂ ਜਿਹੜੀ ਗੱਲ ਆਪਾਂ ਗਾਂਹ ਤੁਰ ਤੋਂ ਪਹਿਲਾਂ ਹੱਥ ਹੀ ਗੱਲ ਕੀਤੀ, ਮੈਨੂੰ ਥੋੜ੍ਹਾ ਜਿਹਾ ਦੱਸ ਦਿਓ ਥੋੜ੍ਹਾ ਜਿਹਾ। ਹਾਂਜੀ। ਹਾਂ, ਜਿਹੜਾ ਤੁਸੀਂ ਇੰਸੀਡੈਂਟ ਦੱਸਿਆ ਵਾ ਉਹਦਾ, ਚਾਰ ਪਿਆਰਿਆਂ ਦਾ, ਹਾਂਜੀ, ਕਈ ਬਣ ਗਈਆਂ ਨਾ ਹੁਣ ਤੇ ਪੱਗ ਤੋਂ ਬਿਨਾਂ ਨੀ ਉਹਨੂੰ ਕੁਛ ਵੀ ਕੀਤਾ। ਠੀਕ ਹੈ, ਇੱਥੇ ਪੱਗ ਵੀ ਹੈ ਨੀ, ਪਰ ਇੱਕ ਗੱਲ ਆ ਜੀ, ਜਿੱਦਾਂ ਨਾ ਜਿਹਨਾਂ ਨੇ ਨਹੀਂ ਦੇਖੀ ਮੂਵੀ ਉਹਨਾਂ ਲਈ ਯਾਰ ਰਿਕੁਐਸਟ ਵੀ ਜ਼ਰੂਰ ਦੇਖਿਓ, ਕੁਛ ਵੀ ਨਾ ਤੁਹਾਨੂੰ ਪਤਾ ਹੋਵੇ ਫਿਰ ਵੀ ਨਾ ਉਹ ਫਾਸਟ ਇੰਨੀ ਬਣਾਈ ਹੋਈ, ਘਟਨਾਵਾਂ ਇੱਦਾਂ ਜੋੜੀਆਂ ਆ ਆਪਣੇ ਇੱਕ ਦੂਜੇ ਦੇ ਨਾਲ
ढाई घंटे बहुत वधिया इंटरटेनमेंट आ, गल्लां दा पता लगता लोगों का, हुण एडा वड्डा डायरैक्टर आ उह बॉलीवुड दा, वो इदा नहीं कर सकते भी बिना तत्थां तो कोई लिया के। जिहड़ी चमकीले दी, चमकीले दा पहला ब्याह हो चुका सी, हाँ जी पहला ब्याह होया सी, मुड़ के जदों गाउण लगा इन्हें गाने लिखे, चलो किसी कलाकार नूं कोई लैंदा नहीं सी, दुगाने सीगे किसी ने गाए, थोड़ा जिहा मुड़ के मौका बनिया आप गाउण लग पिया नाल। जदों इह कुड़ी शिंदा सीगा खनी मेरा, हाँ पहला इह कुड़ी शायद जट्टां दी सी अमरजोत, ठीक है ते जे मैं गलत ना होवां, उत्थे दस्सिया तां नहीं कुछ पर मैनूं हालातां तों लगदा सी जिहड़ा पिछों घरदिआं दे सारे इदां। ਹੁਣ ਉਹ ਅਗਲੇ ਥੋੜ੍ਹੀ ਚਾਹੁਣਗੇ ਪੇ ਇੱਦਾਂ ਕੁਆਰੀ ਕੁੜੀ ਨਾਲੇ, ਉਹ ਆਮ ਕਰਕੇ ਤੁਸੀਂ ਤੁਹਾਨੂੰ ਤਲਵਾੜੇ ਵਾਲੀਆਂ ਬੀਬੀਆਂ ਦਾ ਚੇਤਾ ਹੋਣਾ, ਹਾਂਜੀ ਸਾਡੇ ਸਿੱਖਾਂ ਵਿੱਚ ਵੀ ਜਿਹੜੀਆਂ ਕੁੜੀਆਂ ਪੈਸੇ ਕਮਾਉਣ ਲੱਗ ਪੈਂਦੀਆਂ ਆ, ਘਰ ਦੇ ਚਾਹੁੰਦੇ ਹੁੰਦੇ ਵੀ ਵਿਆਹ ਲੇਟ ਹੋਵੇ ਉਹਦਾ, ਕਿਉਂਕਿ ਪੈਸੇ ਆਉਂਦੇ ਆ, ਉਹਦੇ ਲਈ ਵੀ ਓਬੀਅਸ ਘਰਦਿਆਂ ਦੀ ਇਹੀ ਇੱਛਾ ਸੀ ਵੀ ਕਿਤੇ ਇੱਦਾਂ ਨਾ ਹੋ ਜਾਏ ਇਹ ਵਿਆਹ ਕਰਾ ਕੇ ਸਾਡੇ ਹੱਥਾਂ 'ਚੋਂ ਜਾਵੇ, ਵੀ ਕਿਸੇ ਵਿਆਹੋ ਬੰਦੇ ਨਾਲ ਵਾਈਫ ਵਾਲੇ ਬੰਦੇ ਨਾਲ ਹੋਵੇ ਤਾਂ ਗੱਲ ਵੱਖਰੀ ਆ। ਇਹਨੇ ਦੱਸਿਆ ਨਹੀਂ ਸੀ ਆਪਣਾ, ਉਹ ਜਿਹੜੀ ਪਹਿਲੀ ਵਾਈਫ ਹੈ ਨਾ ਇਹਦੀ ਦਿਖਾਲੀ, ਉਹ ਦੀਪ ਸਿੱਧੂ ਦੀ ਭੈਣ ਆ, ਦੀਪ ਸਿੱਧੂ ਸ਼ਹੀਦ ਜਿਹੜਾ ਸਾਡਾ ਸ਼ਹੀਦ ਦੀਪ ਸਿੱਧੂ। ਹੁਣ ਇਹ ਤਾਂ ਇਹਨਾਂ ਲਈ ਬਹੁਤ ਵੱਡਾ ਚੈਲੰਜ ਆ ਇਹਨਾਂ ਲਈ। ਨਹੀਂ ਉਹ ਤੁਸੀਂ ਸ਼ਾਇਦ ਉਹਦੀ ਦੇਖੀ ਹੋਣੀ ਵੀਡੀਓ, ਉਹਦੀ ਇੰਟਰਵਿਊ ਵੀ ਆਈ ਹੈ ਇੱਕ, ਉਹਦੀ ਤਾਂ ਜਿੰਨਾ ਵੀ ਇਹ ਪੇਸ਼ੀ ਇੱਕ ਕਿਸਮ ਦੀ ਭੁਗਤਾ ਚੁੱਕੇ ਆ, ਗਾਲਾਂ ਗੁਣਾਂ ਦਾ ਚੰਗਾ ਮੀਂਹ ਭਰਾ ਚੁੱਕੇ ਉਹਦੇ ਉੱਤੇ ਚੰਗੀ ਤਰ੍ਹਾਂ। ਅੱਛਾ ਜੀ, ਹਾਂਜੀ ਉਹਦੀ ਇੱਕ ਇੰਟਰਵਿਊ ਵੀ ਆਈ ਹੋਈ ਆ ਜਿਹਦੇ ਵਿੱਚ ਉਹਨੇ ਉਹ ਦੱਸਿਆ ਵੀ ਆ, ਜਿੱਦਾਂ ਕਿਤੇ ਲਾਈਵ ਵੀ ਹੋਈ ਆ ਸਿੱਧੀ ਉਹ ਵੇਲੇ ਉਹ। ਓਕੇ ਨਹੀਂ ਉਹ ਅੱਛਾ ਉਹ ਨਹੀਂ ਜੀ ਮੇਰੇ ਸਾਹਮਣੇ ਆਈ ਘਟਨਾ, ਠੀਕ ਆ ਉਹਦਾ ਨਾਂ ਕੁਲ ਸਿੱਧੂ ਆ ਸ਼ਾਇਦ ਨਾਂ, ਸਮਥਿੰਗ ਕੁਛ ਇੱਦਾਂ ਦਾ ਸ਼ਾਇਦ ਆ, ਠੀਕ ਆ ਉਹਦਾ। ਪਰ ਉਹਨੇ ਦੱਸਿਆ ਕਹਿੰਦੀ ਵੀ ਇਹਦੇ ਬਾਰੇ, ਕਿਉਂਕਿ ਗੱਲ ਤਾਂ ਬੜੇ ਚਿਰ ਦੀ ਚੱਲਦੀ ਸੀਗੀ ਜਿੱਦਾਂ ਇਹ, ਉਹ ਕਹਿੰਦੀ ਵੀ ਇਹਦੇ ਬਾਰੇ ਦੀਪ ਸਿੱਧੂ ਨੂੰ ਪਤਾ ਸੀਗਾ ਵੀ ਮੈਂ ਇਸ ਫਿਲਮ 'ਚ ਕੰਮ ਕਰ ਰਹੀ ਹਾਂ, ਮੈਨੂੰ ਇਹਦੀ ਆਫਰ ਆਈ ਹੋਈ ਆ, ਔਰ ਦੀਪ ਸਿੱਧੂ ਨੇ ਮੈਨੂੰ ਕਿਹਾ ਵੀ ਤੈਨੂੰ ਆਉਣੀ ਚਾਹੀਦੀ, ਤੂੰ ਡਿਜ਼ਰਵ ਕਰਦੀ ਹੈ, ਵੀ ਉਹਨੇ ਮੈਨੂੰ ਅਲਾਓ ਕੀਤਾ ਸੀਗਾ। ਉਹ ਮੇਰੀ ਉਹਨਾਂ ਗੱਲ ਹੋ ਚੁੱਕੀ ਸੀ ਉਸ ਵੇਲੇ ਵੀ ਜਦੋਂ ਮੈਨੂੰ ਇਹਦੇ ਫਿਲਮ ਬਾਰੇ ਮੈਨੂੰ ਸਿਲੈਕਟ ਕੀਤਾ ਗਿਆ ਵਾ, ਮੈਂ ਦੱਸਿਆ ਸੀਗਾ ਅਤੇ ਮੈਨੂੰ ਦੀਪ ਸਿੱਧੂ ਨੂੰ ਇਹਦੇ ਬਾਰੇ ਪਤਾ ਸੀਗਾ ਅਤੇ, ਪਰ ਪਤਾ ਨਹੀਂ ਹਾਂ ਵੀ ਜਿੱਦਾਂ ਹੁਣ ਦਲਜੀਤ ਦੇ ਦੁਆਲੇ ਵੀ ਹੁਣ ਜਿੱਦਾਂ ਇਹ ਹੋਏ ਹੋਏ ਆ ਪਰਮਜੀਤ ਅਕਾਲੀ ਵਰਗੇ ਜਾਂ ਹੋਰ ਜਿੰਨੇ ਵੀ ਹੈਗੇ ਆ ਧਮਕੀਆਂ ਦੇ ਵਾਸਤੇ ਜਾਂ ਹੋਰ ਜੋ ਵੀ ਬੋਲਦੇ ਆ ਉਹਦੇ ਬਾਰੇ, ਅੱਗੇ ਵੀ ਤੁਸੀਂ ਇਹ ਗੱਲ ਕੀਤੀ ਆ ਕਈ ਵਾਰੀ ਆਪਣੇ ਡਿਸਕਸ਼ਨ ਦੇ ਵਿੱਚ ਗੱਲ ਆਈ ਆ ਵੀ ਅਸੀਂ ਇਹ ਭੁੱਲ ਹੀ ਜਾਂਦੇ ਹਾਂ ਵੀ ਉਹ ਕਲਾਕਾਰ ਆ ਜਿੱਦਾਂ, ਵੀ ਜੇ ਇਸ ਵੇਲੇ ਤੇ ਉਹ ਆਪਣੇ ਉਹਦੀ ਖਾਲਡੇ ਦਾ ਰੋਲ ਕਰਦਾ ਉਸ ਵੇਲੇ ਅਸੀਂ ਉਹਦੇ ਸਿਫਤ ਦੇ ਪੁੱਲ ਬੰਨ ਦਿੰਦੇ, ਜਦਕਿ ਉਦੋਂ ਵੀ ਸਾਨੂੰ ਸੋਚਣਾ ਚਾਹੀਦਾ ਉਹ ਕਲਾਕਾਰ ਆ ਯਾਰ, ਖਾਲੜਾ ਥੋੜੀ ਬਣ ਗਿਆ ਉਹ। ਹਾਂ ਉਦੋਂ ਵੀ ਸਾਨੂੰ ਚੇਤਾ ਰੱਖਣਾ ਚਾਹੀਦਾ ਵੀ ਉਹ ਇੱਕ ਕਲਾਕਾਰ ਆ, ਵੀ ਉਹ ਖਾਲੜਾ ਨਹੀਂ ਬਣ ਗਿਆ। ਇਸੇ ਤਰ੍ਹਾਂ ਤੁਸੀਂ ਅਡਾਨੀਆਂ ਦੀ ਅੱਗੇ ਗੱਲ ਕੀਤੀ ਸੀਗੀ ਆ ਜਿਹੜਾ ਉਹਨਾਂ ਦੇ ਵਿਆਹ ਦੇ ਉੱਤੇ, ਵੀ ਜਦੋਂ ਉਹਨਾਂ ਦੇ ਵਿਆਹ ਦੇ ਉੱਤੇ ਜਾ ਕੇ ਗਾਇਆ ਉਦੋਂ ਉਦੋਂ ਇਹਨੂੰ ਗਦਾਰ ਦੱਸਣਾ ਸ਼ੁਰੂ ਕਰ ਦਿੱਤਾ, ਜਦੋਂ ਕਿਸਾਨ ਮੋਰਚੇ ਦੇ ਵਿੱਚ ਉਹਨੇ ਜਾ ਕੇ ਕਰੋੜ ਦਿੱਤਾ ਸੀਗਾ ਉਸ ਵੇਲੇ ਉਹ ਪੰਜਾਬ ਦਾ ਸਾਰਾ ਕੁਛ ਬਣਿਆ ਹੋਇਆ ਸੀਗਾ, ਉਹਨੂੰ ਬਣਾਇਆ ਹੋਇਆ ਸੀਗਾ, ਕਿਸੇ ਪਾਸੇ ਤੇ ਅਸੀਂ ਆਪਣਾ ਰੱਖੀਏ ਵੀ ਜੇ ਬੰਦਾ ਕੱਲ ਨੂੰ ਦੂਸਰੇ ਪਾਸੇ ਜਾਵੇ ਤਾਂ ਅਸੀਂ ਕਹਿਣਾ ਕੀ ਉਸ ਵੇਲੇ, ਕਿੱਥੇ ਖਲੋ। ਮੈਂ ਪਿੱਛੇ ਇੱਕ ਵੀਡੀਓ ਕਲਿੱਪ ਦੇਖਿਆ ਉਹ 'ਚ ਬੰਦਾ ਸਕੂਟਰ 'ਤੇ ਜਾਂਦਾ ਸੀ ਅਤੇ ਉਹਨੂੰ ਉਹ ਸੀਗਾ ਕਿਤੇ ਉਹ 'ਚੋਂ ਆਇਆ ਜਿੱਥੋਂ ਰਾਮਲੀਲਾ ਤੋਂ, ਹਾਂਜੀ ਰਾਹ 'ਚ ਉਹਨੂੰ ਪੰਜ ਸੱਤ ਬੰਦਿਆਂ ਨੇ ਘੇਰ ਲਿਆ ਤਾਂ ਉਹਨੂੰ ਇੱਦਾਂ ਗਾਲਮ ਗਾਲੀ ਹੋਣ ਲੱਗੀ ਉਹਦੇ ਨਾਲ, ਨਾਲੇ ਤਾਂ ਉਹਨੂੰ ਗਾਲਾਂ ਕੱਢਣ ਲੱਗੇ ਉਹ, ਨਾਲੇ ਉਹਨੂੰ ਇਹ ਕਹਿਣ ਵੀ ਤੂੰ ਰਾਮਲੀਲਾ 'ਚ ਭਗਵਾਨ ਰਾਮ ਬਣਿਆ ਸੀ, ਉਹੀ ਕੱਪੜੇ ਪਾਏ ਹੋਏ ਸੀ ਉਹਨਾਂ ਜੀ, ਵੀ ਤੂੰ ਆਉਂਦੇ ਨੇ ਉੱਥੋਂ ਠੇਕੇ ਤੋਂ ਖੜ ਕੇ ਸ਼ਰਾਬ ਦੀ ਬੋਤਲ ਕਿਉਂ ਲਈ ਆ, ਜਾਣੀ ਗੁੱਸਾ ਉਹਨਾਂ ਨੂੰ ਇਹ ਸੀ ਵੀ ਬੋਤਲ ਕਿਉਂ। ਪਰ ਮੈਂ ਸੋਚਿਆ, ਮੈਂ ਕਿਹਾ ਵੀ ਜਦੋਂ ਹੁਣ ਤੁਸੀਂ ਜੇ ਉਹਨੂੰ ਭਗਵਾਨ ਰਾਮ ਸਮਝਦੇ ਆ ਫਿਰ ਤਾਂ ਤੁਸੀਂ ਸਿੱਧੀ ਇਹ ਗੱਲ ਕਹੋ ਵੀ ਭਗਵਾਨ ਤੇਰੀ ਲੀਲਾ ਕੀ ਆ, ਵੀ ਤੈਨੂੰ ਸ਼ਰਾਬ ਨਹੀਂ ਸੀ ਪੀਣੀ ਚਾਹੀਦੀ, ਸਾਨੂੰ ਸਮਝ ਨਹੀਂ ਆ। ਹੋ ਸਕਦਾ ਉਹ ਕਹੇ ਵੀ ਬੰਦਾ ਬਿਮਾਰ ਪਿਆ ਸੱਟ ਲੱਗ ਗਈ ਉਹਦਾ ਜ਼ਖਮ ਧੋਣਾ ਜਾ ਕੇ, ਵੀ ਮੈਂ ਤਾਂ ਲੋਕਾਂ ਦੀ ਭਲਾਈ ਕਰਨ ਆਇਆ ਤੇ ਉਹੀ ਕਰ ਰਿਹਾ ਮੈਂ, ਗੱਲ ਮੁੱਕ ਗਈ।
ਬਿਲਕੁਲ ਤੇ ਜਿਹਨੂੰ ਤੁਸੀਂ ਭਗਵਾਨ ਕਹਿ ਕੇ ਇਸ ਗੱਲੋਂ ਗੁੱਸੇ ਆ ਵੀ ਸ਼ਰਾਬ ਦੀ ਬੋਤਲ ਕਿਉਂ ਲਈ ਆ, ਹੁਣ ਤੁਸੀਂ ਆਪ ਉਹਨੂੰ ਗਾਲਾਂ ਕੱਢਣ ਲੱਗੇ ਹੋ। ਨਹੀਂ ਉਹਦੇ ਤੇ ਨਾ ਦੂਜੇ ਕੋਲੋਂ ਜਿਹੜਾ ਗਾਇਕ ਕੀ ਨਾ ਕਮਰ ਗਲੇਵਾਲ, ਉਹਦੀ ਇੰਟਰਵਿਊ ਜੀ ਪਿੱਛੇ ਮੈਂ ਸੁਣਦਾ ਸੀਗਾ ਇੱਕ, ਤੇ ਉਹਦੇ ਕੋਲੋਂ ਹਾਂ ਦਲਜੀਤ ਬਾਰੇ ਪੁੱਛਦੇ ਸੀਗੇ ਵੀ ਉਹ ਅਡਾਨੀਆਂ ਦੇ ਗਿਆ ਤੁਸੀਂ ਇਹਨੂੰ ਕਿੱਦਾਂ ਸਮਝਦੇ ਆ ਜਿੱਦਾਂ ਹਨਾ ਵੀ ਅਡਾਨੀਆਂ ਦੇ ਖਿਲਾਫ਼ ਤੇ ਇੱਥੇ ਵੀ ਜਿੱਦਾਂ ਕਿਸਾਨਾਂ ਨੇ ਇੰਨਾ ਲੰਮਾ ਸੰਘਰਸ਼ ਕੀਤਾ ਇੱਥੇ, ਇੰਨਾ ਉਹਨਾਂ ਦੀ ਵਿਰੋਧਤਾ ਕੀਤੀ, ਸਾਰੇ ਉਹਨਾਂ ਦੇ ਜੇ ਇੱਥੇ ਸਟੋਰ ਆ ਵੱਡੇ ਵੱਡੇ ਉਹ ਬੰਦ ਕੀਤੇ, ਜਿੱਦਾਂ ਮਾਲ ਵੱਡੇ ਵੱਡੇ ਬੰਦ ਕੀਤੇ, ਜਿੱਦਾਂ ਵੀ ਇਹ ਉੱਥੇ ਜਾ ਕੇ ਜਿੱਦਾਂ ਉੱਥੇ ਨੱਚ ਕੇ ਆਇਆ, ਗਾ ਕੇ ਆਇਆ, ਪ੍ਰੋਗਰਾਮ ਕਰਕੇ ਆਇਆ ਵਾ, ਤੇ ਉਹ ਪਹਿਲਾਂ ਤੋਂ ਨਿਹਾਈ ਜਵਾਬ ਦਿੱਤਾ, ਕਹਿੰਦਾ ਵੀ ਨਹੀਂ ਜੀ ਉਹ ਕਲਾਕਾਰ ਆ, ਕਲਾਕਾਰ ਨੂੰ ਕਲਾਕਾਰ ਰਹਿਣ ਦੇਣਾ ਚਾਹੀਦਾ, ਉਹਨੇ ਹਰੇਕ ਥਾਂ 'ਤੇ ਜਾਣਾ ਜਿੱਦਾਂ, ਅਤੇ ਹੋ ਸਕਦਾ ਮੈਨੂੰ ਸਾਦੇ ਤਾਂ ਮੈਂ ਵੀ ਜਾਂਦਾ। ਇਹ ਜਿੰਨੇ ਨਾ ਉਦੋਂ ਮੋਰਚੇ ਵੇਲੇ ਬੋਲੇ ਸੀ ਉਹਦੇ ਵਿਰੁੱਧ, ਉਹ ਸਾਰਿਆਂ ਦੇ ਉੱਤੇ ਇਨਕਮ ਟੈਕਸ ਵਾਲਿਆਂ ਦਾ ਸ਼ਿਕੰਜਾ ਕੱਸਿਆ ਗਿਆ, ਥੋੜ੍ਹੀ ਥੋੜ੍ਹੀ ਚੂਟੀ ਟਾਈਟ ਕੀਤੀ ਵੀ ਨਹੀਂ। ਬਿਲਕੁਲ 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 ਉਹਦੇ ਵਿੱਚ ਮੰਨਦਾ ਵੀ ਹਾਲਾਂਕਿ ਉਸ ਵੇਲੇ ਜਦੋਂ ਕਿਸਾਨ ਮੋਰਚੇ ਦੇਖੋ ਇਹ ਉਦੋਂ ਪੰਜਾਬ ਤੋਂ ਇੱਕ ਝੋਲਾ ਜਿਹਾ ਮਿੱਟੀ ਦਾ ਭਰ ਕੇ ਲੈ ਕੇ ਗਿਆ ਆਹੋ ਉੱਥੇ ਦਿੱਲੀ ਵੀ ਪੰਜਾਬ ਦੀ ਮਿੱਟੀ ਲੈ ਕੇ ਆਇਆ, ਜਿੱਦਾਂ ਗੀਤ ਵੀ ਕਿੰਨੇ ਗਾਏ, ਪੇਚਾ ਪੈ ਗਿਆ ਸੈਂਟਰ ਨਾਲ ਜਾਂ ਕਿੰਨੇ ਗੀਤ ਉੱਥੇ ਇਹਨੇ ਗਾਏ, ਜਿੱਦਾਂ ਇਹਨੂੰ ਪੁੱਛਦੇ ਸੀਗੇ ਕਹਿੰਦੇ ਵੀ ਹੁਣ ਫੇਰ ਮੋਰਚਾ ਲੱਗਾ ਵੀ ਹੁਣ ਨੀ ਤੁਸੀਂ ਗਏ, ਕਹਿੰਦੇ ਉਦੋਂ ਤੁਸੀਂ ਗਏ, ਕਹਿੰਦਾ ਉਦੋਂ ਅਸਲ ਵਿੱਚ ਅਸੀਂ ਵਿਹਲੇ ਸੀਗੇ, ਕਹਿੰਦਾ ਕਰੋਨਾ ਆਇਆ ਸੀਗਾ, ਪ੍ਰੋਗਰਾਮ ਹੈ ਨੀ ਸੀ ਕੋਈ, ਹੁਣ ਕਹਿੰਦਾ ਬਿਜ਼ੀ ਆ ਥੋੜੇ ਜਿਹੇ, ਕਹਿੰਦਾ ਮਾਰਚ ਮਾਰਚ ਮਹੀਨਾ, ਕਹਿੰਦਾ ਫਰਵਰੀ ਮਾਰਚ ਮਹੀਨਾ ਟੈਕਸ ਦੇ ਮਹੀਨੇ ਹੁੰਦੇ। ਨਹੀਂ ਇਹਨੂੰ ਮੈਨੂੰ ਲੱਗਿਆ, ਮੈਂ ਕਿਹਾ ਵੀ ਜਦੋਂ ਨਾ ਅਗਲੇ ਦਬਕਾ ਮਾਰਨ ਆਏ ਆ ਹੁਣ ਇਹਨੂੰ, ਹਨਾ ਵੀ ਚੱਪੂਆ ਜਿਹਾ ਤੂੰ ਚੱਕ ਕੇ ਚੱਲ ਗਿਆ, ਲੱਗਿਆ ਮੋਦੀ ਨੂੰ ਗਾਲਾਂ ਕੱਢਣ, ਹਨਾ ਵੀ 5 ਸਾਲ ਹੋ ਗਿਆ ਤੈਨੂੰ, 4 ਟ੍ਰਿਪ ਲਾ ਕੇ ਆਇਆ, ਕੱਢ ਇੱਥੇ ਬਕਾਇਆ ਕੱਢ ਕਿੰਨਾ ਬਣਦਾ, ਹਨਾ ਵੀ ਖਬਰ ਜਦੋਂ ਅਗਲੇ ਕਹਿੰਦੇ ਵੀ ਖਬਰਦਾਰ ਜੇ ਮੁੜ ਕੇ ਉੱਥੇ ਦਿਸਿਆ, ਇਹਨੇ ਕਿਹਾ ਹੋਣਾ ਵੀ ਮੈਂ ਬਹਾਨਾ ਕੀ ਪਾਊਂਗਾ, ਉਹ ਕਹਿੰਦੇ ਹੁਣ ਤੂੰ ਕਹਿੰਦੇ ਮੈਂ ਟੈਕਸ ਦੇਣ ਦੀ ਤਿਆਰੀ ਕਰਦਾ। ਨਹੀਂ ਉੱਥੇ ਜਾ ਕੇ ਵਿੱਚ ਰਹਿ ਕੇ ਦੇਖ ਵੀ ਤਾਂ ਲਿਆ ਨਾ, ਉਹ ਜਿੱਦਾਂ ਜਦੋਂ ਮੋਰਚਾ ਖਤਮ ਹੋਇਆ ਵੀ ਆ, ਜਦੋਂ ਮੋਦੀ ਨੇ ਕਿਤੇ ਮੰਗਾਂ ਮੰਨ ਲਈਆਂ, ਮੇਰੇ ਖਿਆਲ ਵੀ ਮਹੀਨਾ ਕੁ ਮੋਦੀ ਹੋਰ ਨਾ ਮੰਨਦਾ, ਤੇ ਇਹਨਾਂ ਦੇ ਆਪਸ ਵਿੱਚ ਜਿੱਦਾਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ, ਫਲਾਣਾ 1,00,000 ਖਾ ਗਿਆ, ਫਲਾਣਾ 1,00,000 ਖਾ ਗਿਆ ਵਾ, ਉਹ ਕਈ ਕੁਛ ਸਾਹਮਣੇ ਜੇ ਹੋਰ ਇਹਨਾਂ ਦਾ ਆ ਜਾਣਾ ਸੀ ਉਸ ਵੇਲੇ, ਤੇ ਇਹ ਤਾਂ ਹੁਣ ਵਿੱਚ ਰਹਿ, ਇਹਨਾਂ ਨੂੰ ਵਿੱਚ ਪਤਾ ਹੀ ਹੈ ਜਿੱਦਾਂ ਵੀ ਜਿਸ ਤਰੀਕੇ ਦਾ ਹਿਸਾਬ ਕਿਤਾਬ ਉਸ ਵਿੱਚ ਚੱਲਦਾ ਸੀਗਾ। ਨਾਲੇ ਆਪਾਂ ਜਿਹੜੀ ਗੱਲ ਕਰਦੇ ਸੀਗੇ ਵੀ ਦਲਜੀਤ ਜੇ ਖਾਲੜੇ ਦਾ ਰੋਲ ਕਰਦਾ, ਉਹ ਖਾਲੜਾ ਨਹੀਂ ਬਣ ਗਿਆ, ਹੈ ਨਾ, ਜੇ ਉਹਨੇ ਚਮਕੀਲੇ ਦਾ ਰੋਲ ਕੀਤਾ ਤਾਂ ਚਮਕੀਲਾ ਨਹੀਂ ਬਣ ਗਿਆ। ਕੱਲ ਨੂੰ ਹੋ ਸਕਦਾ ਆਪਣੇ ਦੀਪ ਸਿੱਧੂ ਦੇ ਉੱਤੇ ਵੀ ਫਿਲਮ ਬਣਾ ਦੇਵੇ, ਹੋ ਸਕਦਾ ਉਹ ਸਿੱਧੂ ਮੂਸੇਵਾਲੇ ਦੇ ਉੱਤੇ ਵੀ ਫਿਲਮ ਬਣਾ ਦੇਵੇ ਉਹ, ਹਾਲਾਂਕਿ ਚਮਕੀਲੇ ਦੇ ਬਾਰੇ ਇੱਕ ਫਿਲਮ ਪਹਿਲਾਂ ਬਣਾ ਵੀ ਚੁੱਕਾ ਵਾ ਹਜੇ। ਹਾਂਜੀ ਵੀ ਉਹ ਉਹਦਾ ਰੋਲ ਆ ਇੱਕ, ਜਾਂ ਮੈਨੂੰ ਯਾਦ ਆ ਛੋਟੇ ਹੁੰਦੇ ਨਾ ਉਹ ਦਿਖਾਉਂਦੇ ਹੁੰਦੇ ਸੀਗੇ, ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਹੁੰਦਾ ਸੀਗਾ, ਡਰਾਮੇ 'ਚ ਦਿਖਾਉਂਦੇ ਹੁੰਦੇ ਸੀਗੇ ਸਾਊਂਡ ਲਾਈਟ ਵਾਲੇ, ਜਿੱਦਾਂ ਧਾਰਮਿਕ ਡਰਾਮੇ ਜਿੱਦਾਂ, ਉਹ ਇੱਕ ਵਾਰੀ ਉਹ ਸਾਹਿਬਜ਼ਾਦਿਆਂ ਦਾ ਉਹ ਡਰਾਮਾ ਦਿਖਾਇਆ ਜਿੱਦਾਂ ਸਰਹੰਦ ਦੇ ਸੰਬੰਧ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਬੈਸਟ ਐਕਟਰ ਦਾ ਜਿਹੜਾ ਅਵਾਰਡ ਮਿਲਿਆ ਸੀ ਨਾ ਉਹ ਉਹਨੂੰ ਮਿਲਿਆ ਸੀ ਜਿਹਨੇ ਵਜ਼ੀਰ ਖਾਨ ਦਾ ਰੋਲ ਕੀਤਾ ਸੀ। ਜੇ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਇੱਦਾਂ ਕਿਸੇ ਨੂੰ ਬੈਸਟ ਐਕਟਰ ਦਾ ਅਵਾਰਡ ਦਿਓ, ਪਤਾ ਨਹੀਂ ਕਿੰਨੇ ਮੋਰਚੇ ਖੁੱਲ੍ਹ ਜਾਣੇ ਵੀ ਇਹਨਾਂ ਨੇ ਵਜ਼ੀਰ ਖਾਨ ਦੀ ਜਿਹੜੀ ਹੈਗੀ ਉਹਦੀ ਸਿਫਤ ਕਰ ਦਿੱਤੀ, ਉਹਨੂੰ ਅਵਾਰਡ ਦੇ ਦਿੱਤਾ ਚਲੋ। ਪਰ ਉਹਦੀ ਐਕਟਿੰਗ ਵੀ ਜਿਹੜੀ ਹੁਣ ਮੈਨੂੰ ਬਹੁਤ ਛੋਟਾ ਸੀ, ਮੈਨੂੰ ਥੋੜ੍ਹਾ ਥੋੜ੍ਹਾ ਯਾਦ ਹੈ ਇੱਦਾਂ ਵੀ ਜਦੋਂ ਬਾਅਦ ਵਿੱਚ ਉਹਦਾ ਨਾਮ ਬੋਲਿਆ ਸਟੇਜ ਦੇ ਉੱਤੇ ਆਇਆ ਉਹ ਅਵਾਰਡ ਲੈਣ ਵਾਸਤੇ ਆਇਆ, ਉਹ ਅਜੇ ਤੱਕ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਪਿਕਚਰ ਜਿਹੜੀ ਹੈਗੀ ਅਜੇ ਵਸੀ ਹੋਈ ਹੈ। ਅੱਜ ਜਿਹੜੀ ਆ ਪਿੱਛੇ ਜੇ ਦੂਸਰੀ ਮੂਵੀ ਆਈ ਸੀਗੀ, ਮੈਨੂੰ ਆਪਾਂ ਇੱਕ ਦਿਨ ਉਹ ਦੂਜੇ ਦੀ ਵੀ ਗੱਲ ਕੀਤੀ ਸੀ, ਜਿਹੜਾ ਸ਼ਾਇਦ ਕੁਲਵਿੰਦਰ ਢਿੱਲੋਂ ਸੀਗਾ ਜਿਹਨੇ ਸਾਡਾ ਹੱਕ ਫਿਲਮ ਬਣਾਈ ਸੀਗੀ, ਨਹੀਂ ਕੁਲਜਿੰਦਰ ਸੀ ਹਾਂ ਸ਼ਾਇਦ, ਹਾਂ ਕੁਲਜਿੰਦਰ ਢਿੱਲੋਂ ਸ਼ਾਇਦ ਇਹਦਾ ਦਾ ਕੁਛ ਨਾਂ ਸੀਗਾ, ਵੀ ਜਿਹਨੇ ਹਵਾਰੇ ਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਮੂਵੀ ਬਣਾਈ ਸੀਗੀ,
ਔਰ ਜਿਹੜੀ ਉਹ ਤੋਂ ਇਨਕਮ ਹੋਈ ਸੀ ਉਹਦੇ ਨਾਲ ਫਿਰ ਉਹਨੇ ਬਿਊਟੀ ਪਾਰਲਰ ਪੂਰੇ ਪੰਜਾਬ ਦੇ ਵਿੱਚ 12-13 ਖੋਲ ਦਿੱਤੇ ਸੀ ਯਾਨੀ ਕਿ ਪਹਿਲਾਂ ਤਾਂ ਉਹਦੀ ਸਾਰੇ ਜਣੇ ਸਪੋਰਟ ਕਰਦੇ ਪਏ ਸੀ ਉਹਦੇ ਹੱਕ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੱਕ ਜਿਹੜਾ ਕਾਨਫਰੰਸਾਂ ਕਰਦਾ ਪਿਆ ਸੀਗਾ ਵੀ ਇਹ ਸਿੱਖਾਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ ਵੀ ਸਿੱਖਾਂ ਨੂੰ ਜਿਹੜੇ ਹੱਕ ਨਹੀਂ ਦਿੱਤੇ ਜਾ ਰਹੇ ਆਪਣੀ ਮੂਵੀ ਵੀ ਨਹੀਂ ਚਲਾਉਣ ਦਿੱਤੀ ਜਾ ਰਹੀ ਇਹਦੇ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਅਤੇ ਜਿਸ ਵੇਲੇ ਉਹਨੂੰ ਇਨਕਮ ਹੋ ਗਈ ਬਾਅਦ ਵਿੱਚ ਉਹਨੇ 12-13 ਬਿਊਟੀ ਪਾਰਲਰ ਜਿਹੜੇ ਹੈਗੇ ਪੰਜਾਬ ਦੇ ਵਿੱਚ ਖੋਲ੍ਹ ਦਿੱਤੇ ਉਹਨੇ ਕਿਹਾ ਵੀ ਮੇਰੀ ਕਮਾਈ ਆ ਇਹ ਫਿਰ ਪਿੱਟ ਸੇ ਆਪਾਂ ਪੈ ਗਿਆ ਕੌਮ ਦਾ ਪੈਸਾ ਮੈਨੂੰ ਇੱਕ ਹੋਰ ਵੀਡੀਓ ਆਈ ਸੀਗੀ ਮੂਵੀ ਆਈ ਸੀਗੀ ਇਹਦੀ ਮਸਤਾਨੇ ਨਾਂ ਸੀ ਸ਼ਾਇਦ ਉਹਦੀ ਜੇ ਮੈਂ ਗਲਤ ਨਹੀਂ ਤਾਂ ਹਾਂਜੀ ਇਹ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੇ ਇੱਕ ਦੋ ਹੋਰ ਸੀਗੇ ਜਿਹੜੇ ਜਿਹੜੇ ਪੁਰਾਤਨ ਸਿੰਘਾਂ ਦੇ ਸੰਬੰਧ ਦੇ ਵਿੱਚ ਸੀਗੀ ਵੀ ਉਹਨਾਂ ਦੇ ਸੰਬੰਧ ਵਿੱਚ ਜਦੋਂ ਉਹਦੀ ਵਡਿਆਈ ਕਰਨ ਲੱਗੇ ਉਦੋਂ ਜੀ ਫਲਾਣੀ ਜਗ੍ਹਾ ਤੇ ਫਲਾਣਾ ਉਹਨੇ ਉਹ ਮੂਵੀ ਦੇਖੀ ਮੂਵੀ ਦੇਖ ਕੇ ਉਹਨੇ ਜੀ ਆਪਣੇ ਕੇਸ ਰੱਖ ਲਏ ਜਿੱਦਾਂ ਉਸ ਤੋਂ ਬਾਅਦ ਜਿੱਦਾਂ ਵੀ ਇੰਨਾ ਪ੍ਰਭਾਵ ਹੋਇਆ ਵੀ ਮੂਵੀ ਤੋਂ ਜਿੱਦਾਂ ਉਹਦੀ ਸਿਫਤ ਆਈਡੀਆ ਇੱਦਾਂ ਕੀਤੀ ਕਈ ਉਦੋਂ ਏਦਾਂ ਦੇ ਕਲਿੱਪ ਸਾਹਮਣੇ ਆਏ ਕਿ ਉੱਥੇ ਜਦੋਂ ਉਹਦੇ ਵੀਡੀਓ ਦੇਖ ਕੇ ਉਹਦੇ ਅੱਖਾਂ ਲੋਕਾਂ ਦੀਆਂ ਭਰੀਆਂ ਹੁੰਦੀਆਂ ਜਿੱਦਾਂ ਵੀ ਰੋਂਦੇ ਆ ਮੂਵੀ ਦੇਖ ਕੇ ਜਿੱਦਾਂ ਵੀ ਬਹੁਤ ਵਧੀਆ ਵਾ ਵੀ ਇੰਨੇ ਪ੍ਰਭਾਵਿਤ ਹੁੰਦੇ ਇਮੋਸ਼ਨਲ ਤਰੀਕੇ ਦੇ ਨਾਲ ਵੀ ਕਈਆਂ ਨੇ ਉਹ ਮੂਵੀ ਦੇਖ ਕੇ ਕੇਸ ਰੱਖ ਲਏ ਵੀ ਕਈਆਂ ਨੇ ਤਾਂ ਕੇਸ ਰੱਖ ਲਏ ਗੁਰਪ੍ਰੀਤ ਘੁੱਗੀ ਨੇ ਤਾਂ ਰੱਖੇ ਨੀ ਨਾ ਉਹਨੇ ਦਾੜੀ ਰੱਖੀ ਆ ਕਰਮਜੀਤ ਅਨਮੋਲ ਜਿਹੜਾ ਹੈਗਾ ਨਾ ਉਹਨੇ ਰੱਖੀ ਦਾੜੀ ਨਾ ਉਹਨੇ ਵੀ ਉਹਨਾਂ ਦੀ ਵੀਡੀਓ ਦੇਖ ਦੇਖ ਕੇ ਤਾਂ ਲੋਕੀ ਕੇਸ ਰੱਖਦੇ ਪਏ ਆ ਦਾੜੀ ਕੇਸ ਰੱਖਦੇ ਪਏ ਆ ਤੇ ਜਿਹਨਾਂ ਨੇ ਉਹ ਵੀਡੀਓ ਬਣਾਈਆਂ ਹੈਗੀਆਂ ਵਾ ਫਿਲਮਾਂ ਬਣਾਈਆਂ ਹੈਗੀਆਂ ਉਹਨਾਂ ਨੇ ਦਾੜੀ ਕੇਸ ਨਹੀਂ ਰੱਖੇ ਉਹ ਪ੍ਰਭਾਵਿਤ ਨਹੀਂ ਹੋਏ ਉਹਨਾਂ ਗੱਲਾਂ ਤੇ ਇੰਨਾ ਕੁ ਸਮਝ ਲਓ ਵੀ ਉਹ ਸਿਰਫ ਪਰਦੇ ਦੇ ਉੱਤੇ ਕਲਾਕਾਰੀ ਆ ਉਹਨਾਂ ਦੋ ਉਹ ਆਪਣਾ ਕੰਮ ਹੈ ਜਿਹੜਾ ਉਹਨਾਂ ਨੂੰ ਰੋਲ ਦਿੱਤਾ ਜਾਂਦਾ ਆਪਣੇ ਉਸ ਰੋਲ ਨੂੰ ਜਿਹੜਾ ਹੈਗਾ ਉਹ ਨਿਭਾਉਂਦੇ ਨਹੀਂ ਜੀ ਨਾਲੇ ਘਰਾਂ 'ਚ ਤੁਹਾਡੇ ਜਿਹੜੇ ਪਸ਼ੂ ਪਾਲਦੇ ਨਾ ਤੁਸੀਂ ਆਪਣੇ ਜਿਹੜੇ ਜਿਹਨਾਂ ਨੂੰ ਅਸੀਂ ਪੈਟ ਕਹਿ ਦਿੰਦੇ ਹਾਂ ਜਿਹੜੇ ਪਾਲਤੂ ਆ ਉਹਨਾਂ ਨੂੰ ਵੀ ਤੁਸੀਂ ਦੇਖ ਲਿਓ ਵੀ ਜਦੋਂ ਘਰ ਅਸੀਂ ਹੋਪਨਾ ਤਜਰਬਾ ਕਰਦੇ ਹੁੰਦੇ ਹਾਂ ਜਦੋਂ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਇਸ ਕੰਮ ਤੋਂ ਖੁਸ਼ ਹੁੰਦੇ ਆ ਉਹ ਕੰਮ ਵਾਰ ਵਾਰ ਕਰਦੇ ਆ ਬਿਲਕੁਲ ਬਿਲਕੁਲ ਠੀਕ ਆ ਉਹ ਕਿਉਂਕਿ ਤੁਹਾਡੀ ਟੋਨ ਤੁਹਾਡੇ ਐਕਸ਼ਨ ਤੁਹਾਡਾ ਉਹਨੂੰ ਟੱਚ ਤੁਹਾਡੀ ਅਟਰੈਕਸ਼ਨ ਉਹਦੇ ਵੱਲ ਖਿੱਚੇ ਜਾਣਾ ਤੁਸੀਂ ਉਹਦੇ ਨਾਲ ਰੁੱਝ ਜਾਣਾ ਹੈ ਨਾ ਅਤੇ ਉਹ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਆ ਰਾ ਗਿਆ ਇਹਨਾਂ ਦੀ ਨੱਪ ਖੁਸ਼ ਹੋਣਾ ਇੱਥੇ ਖੁਸ਼ ਹੋ ਕੇ ਇਹਨੇ ਮੈਨੂੰ ਕੁਛ ਦੇਣਾ ਵਾ ਬਸ ਈਵਨ ਅਸੀਂ ਘਰ ਵੀ ਜਦੋਂ ਇਹਨੂੰ ਡੌਗੀ ਨੂੰ ਕੁਛ ਦੇਣਾ ਹੋਵੇ ਤੇ ਇਹਨੂੰ ਕਹਿਣਾ ਪਹਿਲਾਂ ਬਹਿ ਜਾ ਉੱਥੇ ਜਾ ਕੇ ਇਹਨੇ ਉੱਥੇ ਕਈ ਵਾਰੀ ਅਸੀਂ ਗੱਲ ਕੁਛ ਹੋਰ ਕਰਦੀ ਉਹਦੇ ਜਾ ਕੇ ਰਾਹ ਅਸੀਂ ਜਦੋਂ ਘੁਮਾਉਣ ਲਿਜਾਂਦੇ ਨਾ ਸਾਨੂੰ ਹੁੰਦਾ ਵੀ ਇਹ ਕਿਉਂ ਛੋਟੀ ਸੀ ਜਦੋਂ 3 ਮਹੀਨੇ ਦੀ ਸਾਡੇ ਕੋਲ ਆ ਗਏ ਜਦੋਂ ਹੁਣ 2 ਸਾਲ ਤੱਕ ਬੜੇ ਚੰਚਲ ਹੁੰਦੇ ਆ ਵੀ ਹਰੇਕ ਨੂੰ ਦੇਖ ਕੇ ਇੱਦਾਂ ਕਿਸੇ ਨੂੰ ਦੇਖਣਾ ਪਈ ਉਹਦੇ ਕੱਪੜੇ ਹੋਰ ਤਰ੍ਹਾਂ ਦੇ ਨੂੰ ਥੋੜ੍ਹਾ ਭੌਂਕਣਾ ਜਾਂ ਹਰੇਕ ਨਾਲ ਮਗਰ ਇੱਦਾਂ ਕਰਨਾ ਤੁਰਨਾ ਅਸੀਂ ਕੋਸ਼ਿਸ਼ ਕਰ ਰਹੀ ਵੀ ਇਹਨੂੰ ਸਾਈਡ 'ਤੇ ਹੋਵੇ ਕਈ ਬੰਦੇ ਮਾਇੰਡ ਕਰਦੇ ਅਗਲਾ ਆਪ ਖੇਡੇ ਤਾਂ ਖੇਡੇ ਅਸੀਂ ਟ੍ਰੀਟ ਲੈ ਜਾਣੀ ਕੋਲ ਕੋਸ਼ਿਸ਼ ਹੋਣੀ ਪਈ ਸਾਈਡ 'ਤੇ ਬਹਿ ਜਾਵੇ ਜਦੋਂ ਅਗਲਾ ਇੱਦਾਂ ਜੇ ਆਇਆ ਜਾਂ ਆਉਂਦੇ ਤਾਂ ਪਹਿਲਾਂ ਦੇ ਦੇਣੀ ਜਾਂ ਲੰਘੇ ਤਾਂ ਉਹ ਕਈ ਵਾਰ ਨਾ ਇਹ ਪਹਿਲਾਂ ਹੀ ਇੱਦਾਂ ਕੋਲੋਂ ਦੂਰ ਹੁੰਦਾ ਸੀ ਇਹਨੂੰ ਉੱਥੇ ਬਹਿ ਜਾਣਾ ਇੱਦਾਂ ਵਿਆਹ ਦੇ ਕੋਲ ਵਿਆਹ ਦੇ ਆ ਗਿਆ ਹੁਣ ਦੱਸੋ ਦਿਓ ਮੈਨੂੰ ਹੁਣ ਜਾਣੀ ਜਾਣੀ ਕਿ ਜਿਸ ਹਿਸਾਬ ਨਾਲ ਇਹਨਾਂ ਦਾ ਕਹਿੰਦੇ ਵੀ ਇਹਨਾਂ ਦਾ ਦਿਮਾਗ 3 ਸਾਲ ਦੇ ਬੱਚੇ ਤੱਕ ਇੰਨਾ ਕੁ ਵਿਕਸਿਤ ਹੁੰਦਾ ਜਿੱਦਾਂ ਇਹ ਮੰਨਿਆ ਜਾਣਾ ਚਾਹੀਦਾ ਫਿਰ ਸਾਡੀ ਕੌਮ ਆ ਜੇ ਏਡੀ ਕੁ ਵਿਕਸਿਤ ਹੋਈ ਨਹੀਂ ਮੈਂ ਕਿਹਾ ਫਿਰ ਇਹ ਬਸ ਇੰਨਾ ਹੀ ਆ ਫਿਰ ਇਹ ਰਜਾਉਣ ਲਈ ਨਾ ਇੱਦਾਂ ਜਦੋਂ ਇਹਨੂੰ ਪਤਾ ਫਿਰ ਇਸ ਗੱਲੋਂ ਖੁਸ਼ ਹੁੰਦੇ ਆ ਇੱਦਾਂ ਅਤੇ ਉਹੀ ਮੁੜ ਮੁੜ ਕਰੀ ਜਾਂਦੇ ਸਾਡੀ ਕੌਮ ਨੂੰ 50-60 ਸਾਲ ਹੋ ਗਏ ਸੋਧੇ ਲਾਈ ਜਾਂਦੇ ਵੀ ਇੱਦਾਂ ਖੁਸ਼ ਹੋ ਜਾਂਦੇ ਆਈ ਜਾਣ ਕੇ ਸੋਧਾ ਲਾਇਆ ਕਿਸੇ ਨੂੰ ਵੱਡੇ ਉਹ ਬਾ ਠੀਕ ਆ ਨਹੀਂ ਹੁਣ ਉਹਨੂੰ ਫਿਰ ਉਹਨੂੰ ਦਲਜੀਤ ਨੂੰ ਪਤਾ ਹੋਣਾ ਵੀ ਇਹ ਬਸ ਜ਼ਿਆਦਾ 1-2 ਲੱਖ ਰੁਪਇਆ ਦਿੱਤਿਆ ਖੁਸ਼ ਹੋ ਜਾਣੇ ਆ ਜਾਂ ਫਿਰ ਇੱਕ ਅੱਧੀ ਫਿਰ ਦੀਪ ਸਿੱਧੂ ਸ਼ਹੀਦ ਦੇ ਉੱਤੇ ਫਿਲਮ ਬਣਾ ਦੇਣਗੇ ਪਰ ਇੱਕ ਚੀਜ਼ ਫਿਕਰ ਵਾਲੀ ਆ ਉਹਦਾ ਗਿਆਨੀ ਜੀ ਇਹਨਾਂ ਲਈ ਮੂਵੀ ਦੇਖਿਓ ਤੁਸੀਂ ਉਹਦੇ 'ਚ ਇਹ ਨਹੀਂ ਹੋ ਸਕਦਾ ਕਿਉਂਕਿ ਮੈਂ ਨਾ ਮੈਂ ਸੋਚਦਾ ਸੀਗਾ ਕਰਾਊਨ ਤੁਸੀਂ ਦੇਖੀ ਆ ਦ ਕਰਾਊਨ ਵੈਬ ਸੀਰੀ ਦੇਖਿਓ ਟਾਈਮ ਕੱਢ ਕੇ ਉਹ 'ਚੋਂ ਥੋੜ੍ਹਾ ਜਿਹਾ ਸੈਕਿੰਡ ਵਰਲਡ ਵਾਰ ਜਦੋਂ ਖਤਮ ਹੁੰਦੀ ਆ ਵੀ ਜਿਹੜਾ ਚਰਚਲ ਜਦੋਂ ਬਸ ਜਾਣੇ ਵਾਲਾ ਆ ਅਤੇ ਇਹ ਐਲਿਜ਼ਬੈਥ ਜਿਹੜੀ ਆ
ਇਹਦੀ ਚਾਰਲਸ ਦੀ ਮਾਂ ਸੀ ਉਹ ਉਹ ਉਹਦੀ ਤਿਆਰੀ ਆ ਬਣਨੇ ਦੀ ਠੀਕ ਪਰ ਉਹਦੀ ਬੈਕਗਰਾਊਂਡ ਦਿਖਾਲੀ ਗਈ ਆ ਵੀ ਸ਼ਾਹੀ ਪਰਿਵਾਰ ਦੇ ਵਿੱਚ ਬੱਚੇ ਜਿਹੜੇ ਆ ਉਹ ਜਿੱਦਾਂ ਸਕੂਲਾਂ 'ਚ ਕਾਲਜਾਂ 'ਚ ਤਾਂ ਜਾਂਦੇ ਨਹੀਂ ਡਿਗਰੀ ਕੋਈ ਨਹੀਂ ਉੱਥੇ ਪੜ੍ਹਾਇਆ ਜਾਂਦਾ ਸੀ ਉਹਨਾਂ ਨੂੰ ਇੰਨਾ ਕੁ ਵੀ ਇਹਨੇ ਰਾਜਾ ਬਣਨਾ ਹੈ ਉੱਥੇ ਦੇ ਪ੍ਰੋਟੋਕਾਲ ਆ ਉਹਨਾਂ ਦੇ ਸ਼ਾਹੀ ਪਰਿਵਾਰਾਂ ਦੇ ਵੀ ਪਾਰਲੀਮੈਂਟ ਨਾਲ ਪ੍ਰਾਈਮ ਮਿਨਿਸਟਰ ਨਾਲ ਦੂਜੇ ਕੰਟਰੀਆਂ ਦੇ ਬੰਦਿਆਂ ਨਾਲ ਕਿੱਦਾਂ ਜਹਾਜ਼ਾਂ 'ਚ ਜੋ ਕੁਛ ਹੋਣਾ ਖਾਣਾ ਕਿੱਦਾਂ ਖਾਣਾ ਉਹ ਸਿਖਾ ਦਿੱਤਾ ਜਾਂਦਾ ਸਾਰਾ ਅਤੇ ਉਹਦੇ ਉਹਦੇ ਜੀਵਨ 'ਤੇ ਸਾਰੀ ਕਹਾਣੀ ਆ ਉਹਦੇ ਵਿੱਚ ਕਈ ਪੱਖ ਜਿਹੜੇ ਇੰਡੀਆ ਜਦੋਂ ਆਜ਼ਾਦ ਹੁੰਦਾ 47 'ਚ ਉਦੋਂ ਕੋਈ ਸੰਸਾਰ ਜੰਗ ਖਤਮ ਹੁੰਦੀ ਆ ਉਹ ਜਿਹੜੇ ਬੰਦੇ ਉੱਥੋਂ ਰਿਟਾਇਰ ਹੋ ਕੇ ਆਏ ਆ ਇੰਡੀਆ ਦੇ ਵਿੱਚੋਂ ਕੰਮ ਕਰਕੇ ਆਏ ਉਹਨਾਂ ਦਾ ਵੀ ਮਾਊਂਟ ਬੈਂਟਨ ਵਰਗਿਆਂ ਦਾ ਥੋੜ੍ਹਾ ਥੋੜ੍ਹਾ ਵਿੱਚੋਂ ਦੀਦਾ ਰੋਲ ਆ ਅਤੇ ਬਾਕੀ ਇਹਨਾਂ ਦੀ ਕਹਾਣੀ ਇਹਦਾ ਆਪਣਾ ਆਪਣੇ ਘਰ ਵਾਲੇ ਨਾਲ ਸਮੀਕਰਨ ਕਿੱਦਾਂ ਦੇ ਸੀਗੇ ਇਹਦੇ ਅਤੇ ਆ ਚਾਰਲਸ ਆ ਉਹਦੇ ਡਿਆਨਾ ਦੀ ਗੱਲ ਆ ਉਹ ਹੁਣ ਅਜੇ ਚਾਰਲਸ ਹੈਗਾ ਆ ਜਦੋਂ ਉਹ ਆ ਗਈ ਸੀ ਸੀਰੀ ਉਦੋਂ ਰਾਣੀ ਵੀ ਸੀਗੀ ਉਹਦਾ ਪਹਿਲੇ ਪਹਿਲੇ ਸੀਜ਼ਨ ਵੇਲੇ ਤਾਂ ਉਹਦਾ ਘਰ ਵਾਲਾ ਵੀ ਸੀਗਾ ਹੁਣ ਉਹਦੇ ਘਰ ਵਾਲੇ ਦੇ ਪਤਾ ਨਹੀਂ ਕਿੰਨੇ ਕੁ ਫੇਰ ਦਿਖਾਲੇ ਆ ਉਹਨੇ ਅੱਛਾ ਜੀ ਇਹ ਕੋਈ ਨਹੀਂ ਹੈਗਾ ਵੀ ਜਿਹਨੂੰ ਲੁਕ ਛੁਪੋ ਕੇ ਕਹਿਣ ਪਏ ਕੋਈ ਫਿਲਮ ਬਣਾਈ ਆ ਜੀ ਅਗਲੇ ਮੁੱਕਰਨ ਪਏ ਨਹੀਂ ਪਰਿਵਾਰ ਦੇ ਉੱਤੇ ਕਹਾਣੀ ਆ ਪੂਰੀ ਸਾਫ਼ ਕਲੀ ਉੱਥੇ ਦੀ ਸ਼ੂਟਿੰਗ ਆ ਹੋਈ ਉਹ ਪਰਿਵਾਰ ਦੀ ਆਗਿਆ ਤੋਂ ਬਿਨਾਂ ਕਿੱਦਾਂ ਬਣ ਸਕਦੀ ਆ ਜਾਂ ਆਗਿਆ ਨਾ ਬਣੀਆਂ ਜਾਂ ਉਹਨਾਂ ਕੋਲ ਸੱਚੀਆਂ ਗਵਾਹੀਆਂ ਆ ਜਿਹਦੇ 'ਤੇ ਨੈੱਟਫਲਿਕਸ ਅਗਲੇ ਨਹੀਂ ਤਾਂ ਕਹੂਗੇ ਕੇਸ ਕਰਾਂਗੇ ਅਸੀਂ ਹੁਣ ਕੋਈ ਬੰਦਾ ਯੂਟਿਊਬ 'ਤੇ ਬਣਾ ਕੇ ਪਾ ਦੇਵੇ ਗੱਲ ਵੱਖਰੀ ਆਪਣਾ ਚੈਨਲ ਨੈੱਟਫਲਿਕਸ ਵਾਲੇ ਥੋੜ੍ਹੀ ਇੱਦਾਂ ਕਰੂਗੇ ਉਹ ਤਾਂ ਉਹਨਾਂ 'ਤੇ ਤਾਂ ਕੇਸ ਵੀ ਮਿਲੀਅਨਾਂ ਦੇ ਹੋਣੇ ਆ ਹੁਣ ਮੈਂ ਕਿਹਾ ਚਮਕੀਲੇ ਦੀ ਮੂਵੀ ਦੇ ਨਾਂ 'ਤੇ ਜਿਹੜੀਆਂ ਘਟਨਾਵਾਂ ਵਿੱਚ ਆਈਆਂ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਟੂਰ 'ਤੇ ਗਿਆ ਅਤੇ ਉਹ ਜਿਹੜੇ ਚਾਰ ਬੰਦੇ ਬੈਠੇ ਆ ਅੰਮ੍ਰਿਤਧਾਰੀ ਅੱਛਾ ਜੀ ਸਿਆਣੇ ਸਾਰੇ 45-50 ਦੀ ਏਜ ਦੇ ਆ ਹੁਣ ਇੱਦਾਂ ਤਾਂ ਹੈ ਨਹੀਂ ਵੀ ਉੱਦਾਂ ਹੀ ਨਹੀਂ ਤਾਂ ਕੈਨੇਡਾ ਵਾਲੇ ਤਾਂ ਝੱਟ ਠੋਕ ਦੇਣ ਉਹਨਾਂ ਨੂੰ ਬਿਲਕੁਲ ਅਤੇ ਤੂੰ ਇਹ ਘਟਨਾ ਇਸ ਬੰਦੇ ਨੇ ਸੱਦਿਆ ਕੈਨੇਡਾ ਦੇ ਵਿੱਚ ਇੱਥੇ ਖੜਾ ਹੋਇਆ ਆਹ ਸ਼ਰਾਬ ਪੀਤੀ ਇਹਨੇ ਆਹ ਰੈਸਟੋਰੈਂਟ 'ਚ ਖਾਣਾ ਖਾਧਾ ਆਹ ਕਿਹੜੀ ਮੀਟਿੰਗ ਦਾ ਜ਼ਿਕਰ ਕਰ ਦਿੱਤਾ ਬਈ ਤਾਂ ਸਾਡੀ ਕੌਮ ਦੀ ਬਦਨਾਮੀ ਹੁੰਦੀ ਆ ਫਿਰ ਉੱਥੇ ਵੀ ਚਿੱਠੀ ਸਿੱਟੀ ਗਈ ਆ ਇਹਦੇ ਕੋਲ ਧਮਕੀ ਵਾਲੀ ਚਿੱਠੀ ਗਈ ਆ ਜਿਨ੍ਹਾਂ ਦਿਨਾਂ 'ਚ ਧਮਕੀ ਵਾਲੀ ਚਿੱਠੀ ਗਈ ਉਹਨਾਂ ਦਿਨਾਂ 'ਚ ਉੱਥੇ ਕੋਈ ਇਨਕਮ ਟੈਕਸ ਡਿਪਾਰਟਮੈਂਟ ਦਾ ਅਫਸਰ ਘੁੰਮਦਾ ਸੀਗਾ ਉਹ ਚਿੱਠੀਆਂ ਵੰਡਦਾ ਫਿਰਦਾ ਸੀਗਾ ਉਹ ਤਾਂ ਆਪਣੀਆਂ ਟੈਕਸ ਦੀਆਂ ਚਿੱਠੀਆਂ ਦਿੰਦਾ ਸੀ ਇਹਨਾਂ ਨੂੰ ਭੁਲੇਖਾ ਪੈਂਦਾ ਉਸ ਵੇਲੇ ਵੀ ਉਹ ਵੀ ਸਰਦਾਰ ਬੰਦਾ ਆ ਅਜੇ ਵੀ ਹੈਗਾ ਲਿਖਕ ਆ ਸਿਬੀਆ ਹੁਣ ਬਾਅਦ 'ਚ ਗਾਣਾ ਵੀ ਲਿਖਿਆ ਸਾਤੋ ਬਾਬਾ ਖੋਲਿਆ ਤੀਰਾ ਨਨਕਾਣਾ ਸਿਬੀਆ ਹਾਂਜੀ ਫਿਰ ਇੱਕ ਵਾਰੀ ਦਰਬਾਰ ਸਾਹਿਬ ਵੀ ਇਹਦੀ ਪੇਸ਼ੀ ਹੋਈ ਆ ਹਾਂਜੀ ਉੱਥੇ ਵੀ ਗਿਆ ਹੈ ਅੱਛਾ ਹੁਣ ਚਮਕੀਲੇ ਦੇ ਨਾਂ 'ਤੇ ਉਹ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਘਟਨਾਵਾਂ ਆ ਉਹ ਵੀ ਸਾਹਮਣੇ ਆ ਗਈਆਂ ਬਿਲਕੁਲ ਜੇ ਕਿਸੇ ਨੇ ਭੜਕੇ ਨੂੰ ਨਿਰੰਕਾਰੀ ਗੁਰਬਚਨ ਸਿੰਘ ਜਿਹੜਾ DSP ਸੀ ਜਿਹਦਾ ਟੱਬਰ ਮਾਰਿਆ ਸੀ ਅੰਮ੍ਰਿਤਸਰ ਹਾਂਜੀ ਜੇ ਕਿਤੇ ਉਹਨਾਂ ਦੇ ਉੱਤੇ ਮੂਵੀਆਂ ਬਣਾਤੀਆਂ ਬਿਲਕੁਲ DIG ਅਟਵਾਲ ਦੇ ਕਤਲ ਬਾਰੇ ਕਿਸੇ ਨੇ ਮੂਵੀ ਬਣਾਤੀ ਸੋਢੀ ਦੇ ਕਤਲ ਬਾਰੇ ਕਿਸੇ ਨੇ ਬਣਾਤੀ ਆਹੋ ਇਹਨਾਂ ਨੇ ਉਹ ਆਪਣਾ ਇੱਕ ਪੱਖ ਪੇਸ਼ ਕੀਤਾ ਹੋਇਆ ਜੇ ਜਿਹੜੀ ਆ ਸੋਢੀ ਦੇ ਸੰਬੰਧ 'ਚ ਬਣਾਈ ਵੀ ਇੱਕ ਕਿਹੜੀ ਆ ਜਿਹੜੀ ਉਹਨੇ ਕਿਹੜੀ ਫਿਲਮ ਬਣਾਈ ਆ ਪਿੱਛੇ ਮੈਨੂੰ ਨਾਂ ਭੁੱਲ ਗਿਆ ਉਹਦਾ ਕੋਈ ਦਰਬਾਰ ਸਾਹਿਬ ਦੇ ਅਟੈਕ ਦੇ ਸੰਬੰਧ 'ਚ ਹੀ ਆ ਵੀ ਸਾਡਾ ਹੱਕ ਦੇ ਵਿੱਚ ਹੀ ਆ ਸ਼ਾਇਦ ਉਹਦੇ 'ਤੇ ਦਿਖਾਇਆ ਹੋਇਆ ਕੁਛ ਪਰ ਜਦੋਂ ਵਿਰੁੱਧ ਜਦੋਂ ਅਗਲੇ ਨੇ ਬੈਲੈਂਸ ਦੋਏ ਪੱਖ ਰੱਖਣੇ ਆ ਠੀਕ ਹੈ ਫਿਰ ਤਾਂ ਇਹਨਾਂ ਕੋਲ ਖੜਨੇ ਨੂੰ ਜਗ੍ਹਾ ਨਹੀਂ ਹੋਣੀ ਕੋਈ ਠੀਕ ਹੈ ਹੁਣ ਚਮਕੀਲੇ ਦੇ ਗਾਣਿਆਂ ਬਾਰੇ ਤੁਸੀਂ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨਾ ਮੈਨੂੰ ਕੱਲ੍ਹ ਇੱਕ ਵੀਰ ਦਾ ਫੋਨ ਆਇਆ ਅਤੇ ਉਹ ਗੱਲ ਕਰੇ ਮੈਂ ਕਿਹਾ ਵੀ ਤੂੰ ਮੈਨੂੰ ਉਹ ਅਸੀਂ ਮੈਂ ਪੋਸਟ ਪਾ ਦਿੱਤੀ ਸੀ ਨਾ ਵੀ ਮੂਵੀ ਆਉਣੀ ਆ ਇੱਦਾਂ ਅਤੇ ਉਹ ਕਹਿੰਦਾ ਜੀ ਤੁਸੀਂ ਵੀ ਇੱਦਾਂ ਕਹੀ ਜਾਂਦੇ ਵੀ ਉਹ ਤਾਂ ਗੰਦੇ ਗਾਣੇ ਗਾਉਂਦਾ ਸੀ ਮੈਂ ਕਿਹਾ ਮੈਨੂੰ ਦੱਸ ਕੋਈ ਉਹਨੇ 2-3 ਗਾਣੇ ਇੱਦਾਂ ਦੱਸੇ ਵੀ ਜਿੱਦਾਂ ਉਹ ਕੰਡਾ ਕੱਢਿਆ ਨਾ ਜੀ ਨੇ ਭੈਣ ਦੀ ਨਨਾਣ ਦਾ ਉਹ ਬੈਲੀ ਕਾਹਦਾ ਹੈ ਨਾ ਮੈਂ ਉਹਨੂੰ ਕਿਹਾ ਮੈਂ ਨਿਊਜ਼ੀਲੈਂਡ 'ਚੋਂ ਮੈਂ ਕਿਹਾ ਤੈਨੂੰ ਚਾਰ ਪਰਿਵਾਰ ਚੰਗੇ ਵਧੀਆ ਸਿਆਣੇ ਹੁਣ ਦਿਖਾ ਦਿੰਦਾ ਦੱਸ ਦਿੰਦਾ ਤੈਨੂੰ ਵੀ ਮੈਂ ਤੂੰ ਚਾਹੇ ਰੇਡੀਓ 'ਤੇ ਫੋਨ ਕਰ ਲਾ ਮੈਂ ਤੈਨੂੰ ਨੰਬਰ ਦਊਂਗਾ ਉਹਨਾਂ ਨੂੰ ਫੋਨ ਕਰ ਲਾ ਮੇਰੇ ਸਾਹਮਣੇ ਮੁੱਕਰ ਜਾਣ ਤਾਂ ਕਹਿ ਦੇਈਂ ਜਿਹਦੇ ਵਿੱਚ ਭੈਣ ਦੀ ਨਨਾਣ ਦੇ ਨਾਲ
ਜਾਂ ਭੈਣ ਦੀ ਨਣਾਨ ਦੇ ਨਿਆਣਿਆਂ ਨਾਲ ਸੰਬੰਧ, ਸਰੀਰਕ ਸੰਬੰਧ ਨਾ ਬਣੇ ਹੋਣ। ਨਹੀਂ, ਨਾਲੇ ਉਹ ਤਾਂ ਅਸ਼ਲੀਲਤਾ ਚਲੋ ਹੋ ਗਈ ਆਪਾਂ ਕਹਿ ਦਿੱਤਾ, ਪਰ ਹਾ ਜਿਹੜੀਆਂ ਕਹਾਣੀਆਂ ਜਦੋਂ ਦਸਮ ਗ੍ਰੰਥ ਵਿੱਚ ਲਿਖੀਆਂ ਉਹਨੂੰ ਅਸੀਂ ਮੱਥੇ ਟੇਕਦੇ ਹਾਂ। ਫਿਰ ਉਹਨੂੰ ਮੈਂ 4-5 ਗਾਣੇ ਸਦੀਕ ਦੇ ਦੱਸ ਦਿੱਤੇ, ਦੇਰ ਭਰਜਾਈ ਬਾਰੇ, ਜੇਠ ਬਾਰੇ, ਹੈਂ ਵੀ ਜਿੱਥੇ ਉਹ ਕਹਿੰਦਾ ਤੇਰਾ ਜੇਠ ਨਹੀਂ ਜੇ ਆਉਂਦਾ ਇਹ ਲੱਤ ਹੇਠ ਨਹੀਂ ਫਿਰ ਕਾਹਤੋਂ ਹੁੰਦੀ ਲੇਟ ਨਹੀਂ, ਵੰਡ ਮੁੱਠੀਆਂ ਪਰ ਭਰਨੀ ਕੀ ਮੂੰਹ ਵਿੱਚ ਪਾ ਲਊ, ਹੈ ਨਾ, ਇੱਕ ਦੇਰ ਬਾਰੇ, ਫਿਰ ਕਿੰਨੇ ਗਾਣੇ ਸਹੁਰਿਆਂ ਬਾਰੇ, ਸੱਸ ਸਹੁਰੇ, ਯਾਨੀ ਸਹੁਰੇ ਤਾਂ ਨੂੰਹ ਬਾਰੇ ਵੀ ਗਾਣੇ ਹੈਗੇ ਆ ਚੰਗੇ ਜਿਹੜੇ ਪ੍ਰਚਲਿਤ ਆ। ਮਤਲਬ ਉਹ ਉਹ ਹੁਣ ਅਸ ਉਹਦਾ ਲੌਜਿਕ ਇਹ ਸੀਗਾ ਉਸ ਵੇਲੇ ਵੀ, ਕਿਉਂਕਿ ਅਸੀਂ ਇੰਡੀਆ ਸੀਗੇ ਉਦੋਂ, ਉਹ ਕਹਿੰਦਾ ਮੈਂ ਜੋ ਦੇਖਿਆ ਮੈਂ ਲਿਖ ਦਿੱਤਾ ਪਰਿਵਾਰਾਂ ਵਿੱਚ। ਤਾਂ ਮੈਂ ਕਹਿੰਦਾ ਵੀ ਉਹ ਅਗਲੇ ਦਾ ਤਾਂ ਆਪਣਾ ਪੱਖ ਸੀ, ਅਸੀਂ ਉਹ ਲੈ ਕੇ ਬੈਠੇ ਹਾਂ, ਸਾਡੇ ਕੋਲ ਗ੍ਰੰਥਾਂ ਦੇ ਵਿੱਚ ਇੰਨਾ ਕੁਛ ਇੰਨਾ ਗੰਦਾ ਮੰਦਾ ਲਿਖਿਆ ਹੋਇਆ ਹੈ। ਤ੍ਰਿਆ ਚਰਿੱਤਰ ਉਹਦਾ ਮੁਕਾਬਲਾ ਤਾਂ ਕੋਈ ਬਲੂ ਮੂਵੀ ਨਹੀਂ ਕਰ ਸਕਦੀ ਤ੍ਰਿਆ ਚਰਿੱਤਰ। ਨਹੀਂ ਵੈਸੇ ਉਸ ਵੇਲੇ ਨਾ ਇੱਕ ਤਾਂ ਹਾਜ਼ਰਾਂ ਸੋਸ਼ਲ ਮੀਡੀਆ ਆ ਗਿਆ ਵਾ, ਹੁਣ ਇਹਦਾ ਇਹ ਫਾਇਦਾ ਹੈਗਾ ਵੀ ਦੂਸਰਾ ਪੱਖ ਜਿਹੜਾ ਹੈਗਾ ਉਹ ਵੀ ਸਾਹਮਣੇ ਆ ਜਾਂਦਾ। ਨਹੀਂ ਤਾਂ ਅੱਗੇ ਹੁਣ ਮੈਨੂੰ ਵੀ ਯਾਦ ਆ ਜਿੱਦਣ ਇਹਨੂੰ ਚਮਕੀਲੇ ਨੂੰ ਮਾਰਿਆ, ਮੈਂ ਉਦੋਂ 11ਵੀਂ 'ਚ ਪੜ੍ਹਦਾ ਸੀਗਾ। ਹਾਂਜੀ, ਅਤੇ ਕਪੂਰਥਲੇ ਅਸੀਂ ਟਿਊਸ਼ਨ ਪੜ੍ਹਦਾ ਹੁੰਦਾ ਸੀ ਮੈਂ ਅਕਾਊਂਟਿੰਗ ਦੀ, ਅਤੇ ਉਹ ਟੀਚਰ ਦੇ ਘਰ ਹੀ ਸੀਗੇ ਅਸੀਂ ਬੈਠੇ ਹੋਏ। ਹਾਂਜੀ, ਅਤੇ ਦੋ ਤਿੰਨ ਮੁੰਡੇ ਹੋਰ ਸੀ ਨਾਲ, ਅਸੀਂ ਵੀ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਸੀਗੇ ਉਸ ਵੇਲੇ ਵੀ ਬਹੁਤ ਵਧੀਆ ਕੀਤਾ ਜੇ ਤਾਂ। ਅਤੇ ਉਹ ਟੀਚਰ ਜਿਹੜਾ ਹੈਗਾ ਸੀਗਾ ਉਹਨੇ ਉਹ ਜਦੋਂ ਆਇਆ ਸੀ ਉਹਦੇ ਨਾਲ ਵੀ ਇੱਦਾਂ ਹੀ ਗੱਲ ਕੀਤੀ, ਉਹਨੇ ਜਾਣੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਵੇਲੇ, ਅਤੇ ਪਰ ਜਦੋਂ ਉਹਨੇ ਦੇਖਿਆ ਵੀ ਇਹ ਸਮਝਣ ਵਾਲੇ ਹੈ ਨਹੀਂ, ਫਿਰ ਉਹ ਗੱਲ ਉੱਥੇ ਛੱਡ ਗਿਆ ਚੇਤਾ। ਯਾਨੀ ਉਹ ਇਸ ਗੱਲੋਂ ਸਮਝਾਉਣ ਲੱਗਾ ਸਾਨੂੰ ਵੀ ਇਹ ਇਸ ਤਰੀਕੇ ਦੇ ਨਾਲ ਮਾਰਨਾ ਜਿਹੜਾ ਹੈਗਾ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ ਹੈਗਾ। ਅਤੇ ਪਰ ਉਹ ਹੁਣ ਉਹ ਗੱਲਾਂ ਯਾਦ ਆਉਂਦੀਆਂ ਜਿੱਦਾਂ ਉਹਨਾਂ ਨੇ ਉਹ ਉਹਨੇ ਗੱਲ ਸ਼ੁਰੂ ਕੀਤੀ ਸੀ, ਪਰ ਅਸੀਂ ਉਸ ਵੇਲੇ ਸੁਣਨ ਦੇ ਮੂਡ ਵਿੱਚ ਹੈ ਹੀ ਨਹੀਂ ਸੀ ਉਹ ਗੱਲਾਂ ਜਿੱਦਾਂ ਵੀ ਇੱਕੋ ਹੀ ਪੱਖ ਜਿਹੜਾ ਉਸ ਵੇਲੇ ਜਿਹੜਾ ਜਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਸੀ, ਸਾਡੇ ਕੋਲ ਉਸ ਵੇਲੇ ਜਿਹੜੀ ਇਨਫੋਰਮੇਸ਼ਨ ਆ ਉਹਦੇ ਸਰੋਤ ਵੀ ਕਿਹੜੇ ਹੁੰਦੇ ਸੀਗੇ, ਜਿਹੜੀ ਵੀ ਆਪਾਂ ਗੱਲ ਸੁਣੀ ਜਾਂ ਸੋਢੀ ਦੀ ਗੱਲ ਕਰਦੇ ਹਾਂ ਤੁਸੀਂ ਜਾਂ ਪਿੰਡਰਾਂਵਾਲੇ ਦੇ ਸੰਬੰਧ 'ਚ ਗੱਲਾਂ ਕਰਦੇ ਹਾਂ ਜਾਂ ਚਮਕੇ, ਅਸੀਂ ਸੁਣਦੇ ਤਾਂ ਢਾਡੀਆਂ ਕੋਲੋਂ ਸੀਗੇ, ਇਹੋ ਹੀ ਸਾਡੇ ਕੋਲ ਸਰੋਤ ਹੁੰਦੇ ਸੀ ਜੋ ਸਟੇਜਾਂ ਤੋਂ ਸੁਣਿਆ ਜਾਂਦਾ ਸੀਗਾ। ਉਹ ਤਾਂ ਹੁਣ ਪਤਾ ਲੱਗਦਾ ਵੀ ਇਹਦੇ ਵਿੱਚੋਂ ਸੱਚਾਈ ਲੱਭਣੀ ਹੈ ਵੀ ਸੱਚ ਇਹਦੇ 'ਚ ਹੈ ਕੀ ਆ, ਕਿੱਥੇ ਆ ਸੱਚ, ਵੀ ਸੋਦਾ ਹੀ ਤਾਂ ਝੂਠ ਬੋਲਿਆ ਜਾਂਦਾ। ਜਿੰਨੇ ਇਹ ਗ੍ਰੰਥ ਭਰੇ ਪਏ ਆ ਉਹ ਕਿਸੇ ਚੀਜ਼ ਦੀ ਸੈਂਸ ਬਣਦੀ ਨਹੀਂ, ਗੱਲ ਬਣਦੀ ਨਹੀਂ ਕਿਸੇ ਤਰੀਕੇ ਦੇ ਨਾਲ ਵੀ। ਵੀ ਜਿਹੜੀ ਗੱਲ ਤੁਸੀਂ ਸ਼ੁਰੂ 'ਚ ਕਰਾਮਾਤ ਦੀ ਗੱਲ ਕਰਦੇ ਸੀ ਆਪਾਂ ਜਿੱਦਾਂ, ਉਹ ਗੱਲ ਬੜੀ ਜ਼ਰੂਰੀ ਆ ਵੀ ਹਰੇਕ ਚੀਜ਼, ਚਾਹੇ ਤੁਸੀਂ ਉੱਧਰ ਬਿਹੇਵੀਅਰ ਦੀ ਗੱਲ ਕੀਤੀ, ਧਰਮ ਦੀ, ਸਾਇੰਸ ਦੀ ਗੱਲ ਕੀਤੀ ਆ, ਵੀ ਉਹ ਸਮਝਣਾ ਬੜੇ ਜ਼ਰੂਰੀ ਆ ਵੀ ਜਦੋਂ ਆਪਾਂ ਕੋਈ ਵੀ ਟਰਮ ਯੂਜ ਕਰਦੇ ਹਾਂ ਉਹਦੀ ਡੈਫੀਨੇਸ਼ਨ ਅਸੀਂ ਕੀ ਲੈ ਕੇ ਚੱਲਦੇ। ਕਰਾਮਾਤ ਦੀ ਗੱਲ ਕਰਦੇ ਉਹਦੀ ਡੈਫੀਨੇਸ਼ਨ ਅਸੀਂ ਕੀ ਲੈ ਕੇ ਚੱਲਦੇ, ਔਰ ਇਹ ਨਹੀਂ ਹੋ ਸਕਦਾ ਵੀ ਸਾਡੇ ਵਿਦਵਾਨ ਜਿਹੜੇ ਆ ਉਸ ਗੱਲ ਨੂੰ ਨਾ ਸਮਝਦੇ ਹੋ। ਜਿੱਦਾਂ ਉਹ ਹਤਰੀ ਮੱਠ ਸ਼ੇਰੋ ਵਾਲੇ ਦੀ ਗੱਲ ਕੀਤੀ ਸੀਗੀ, ਮੈਂ ਤਾਂ ਹੈਰਾਨ ਰਹਿ ਗਿਆ ਜਿਹੜਾ ਆਪਣੇ ਉਹਦਾ ਉਦੋ ਕੇ ਦਾ ਜਿਹੜਾ ਉਹਦੀ ਸਪੀਚ ਆਈ ਆ ਡਾਕਟਰ ਸੁਖਪ੍ਰੀਤ ਸਿੰਘ ਉਦੋ ਕੇ ਦੀ, ਉਹ ਵੀਡੀਓ ਉਹਨੇ ਆਪਣੇ ਪੇਜ ਦੇ ਉੱਤੇ ਪਾਈ ਆ, ਤੇ ਉਸ ਵੀਡੀਓ ਦੇ ਉੱਤੇ ਜਿਹੜਾ ਉਹਨੇ ਲਿਖ ਕੇ ਲਾਇਆ ਉਹ ਵੀ ਇਹੀ ਆ ਵੀ ਮੱਟ ਸ਼ੇਰੋਂ ਵਾਲੇ ਨੂੰ ਠੋਕਵਾਂ ਜਵਾਬ, ਤੇ ਉਹਦੇ ਵਿੱਚ ਉਹਨੂੰ ਖੁੱਲਾ ਚੈਲੰਜ ਕਰਤਾ ਡਿਬੇਟ ਕਰਨ ਵਾਸਤੇ, ਟੇਬਲ ਟਾਕ ਕਰਨ ਵਾਸਤੇ ਵੀ ਸਾਡੇ ਨਾਲ ਆ ਕੇ ਡਿਬੇਟ ਕਰੇ ਉਹ, ਵੀ ਜਿਹੜੀ ਉਹਨੇ ਉਹ ਗੱਲਾਂ ਲਿਖੀਆਂ ਵਾ ਵੀ ਉਹ ਗਲਤ ਆ ਲਿਖੀਆਂ ਜਿਹੜੀਆਂ ਪੋਇਟਰੀ ਦੇ ਵਿੱਚ। ਪਰ ਉਹ ਜਦੋਂ ਮੈਂ ਉਹਦੀ ਸਪੀਚ ਸੁਣੀ ਉਹਦੇ ਵਿੱਚੋਂ ਮੈਨੂੰ ਜਿੱਦਾਂ ਲੱਗਿਆ ਵੀ ਜਿਹੜੇ ਤਰੀਕੇ ਦੇ ਨਾਲ ਮੱਟ ਸ਼ੇਰੋਂ ਵਾਲੇ ਨੇ ਗੱਲ ਕੀਤੀ ਆ ਵੀ ਉਹ ਕਰਾਮਾਤ ਨੂੰ ਉਹਨੇ ਕਿਹੜੇ ਐਂਗਲ ਤੋਂ ਲਿਆ ਹੋਇਆ, ਔਰ ਜਦੋਂ ਉਸ ਐਂਗਲ ਤੋਂ ਆਪਾਂ ਦੇਖਦੇ ਹਾਂ ਉਸ ਐਂਗਲ ਤੋਂ ਤਾਂ ਜਿੰਨੇ ਸਾਡੇ ਪ੍ਰਚਾਰਕ ਆ ਸਾਰੇ ਕਰਾਮਾਤਾਂ ਨੂੰ ਭੰਡਦੇ ਆ,
ਉੱਥੇ ਤਾਂ ਇਹ ਗੱਲਾਂ ਵੀ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਜੀ ਨੂੰ ਕਰਾਮਾਤ ਦਿਖਾਲਣ ਵਾਸਤੇ ਆਖਿਆ, ਗੁਰੂ ਸਾਹਿਬ ਨੇ ਆਖਿਆ ਵੀ ਜਿਹੜਾ ਦਸਮ ਗ੍ਰੰਥ ਦੇ ਵਿੱਚੋਂ ਵੀ ਹਵਾਲਾ ਦਿੰਦੇ ਵੀ ਨਾਟਕ ਚਿੜਕ ਕੀ ਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਚਾ, ਵੀ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਆ ਵੀ ਉਹ ਜੇ ਇੱਦਾਂ ਦੀ ਕਰਾਮਾਤਾਂ ਦਿਖਾਉਣ, ਇਸ ਵਾਸਤੇ ਅਸੀਂ ਕਰਾਮਾਤ ਨਹੀਂ ਦਿਖਾਉਂਦੇ। ਵੀ ਜਿਸ ਐਂਗਲ ਤੋਂ ਉਹਨੇ ਉਹ ਪੋਇਟਰੀ ਲਿਖੀ ਹੋਈ ਆ ਉਸ ਐਂਗਲ ਤੋਂ ਮੈਂ ਕਹਿੰਦਾ 101% ਉਹ ਗੱਲ ਜਿਹੜੀ ਹੈਗੀ ਆ ਗੁਰਮਤ ਦੇ ਅਨੁਸਾਰੀ ਆ, ਗੁਰਮਤ ਦੇ ਅਨੁਕੂਲ ਆ। ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਾ ਉਸੇ ਤਰੀਕੇ ਦੇ ਨਾਲ ਹੀ ਉਹ ਲਿਖੀ ਹੋਈ ਆ। ਪਰ ਅਸੀਂ ਉਹਦੇ ਸੰਬੰਧ ਵਿੱਚ ਕਹਿੰਦੇ ਹਾਂ ਉਹਨੂੰ ਚੈਲੰਜ ਅਸੀਂ ਕਰੀ ਜਾਂਦੇ ਹਾਂ, ਉਹਨੂੰ ਅਸੀਂ ਕਹਿੰਦੇ ਵੀ ਠੋਕਵਾਂ ਜਵਾਬ ਦਿੱਤਾ ਮੱਠ ਸ਼ਿਰੋਂ ਵਾਲੇ ਨੂੰ ਵੀ ਵੀ ਸਮਝ ਨਹੀਂ ਆਉਂਦੀ ਵੀ ਜਿਹੜੇ ਇਹਨਾਂ ਗ੍ਰੰਥਾਂ ਦੇ ਵਿੱਚ ਐਡੀਆਂ ਐਡੀਆਂ ਵੱਡੀਆਂ ਗੱਪਾਂ ਜਿਹੜੀਆਂ ਕਰਾਮਾਤਾਂ ਦੇ ਨਾਂ ਦੇ ਉੱਤੇ ਲਿਖੀਆਂ ਹੋਈਆਂ ਔਰ ਜਿਨ੍ਹਾਂ ਨੇ ਲਿਖੀਆਂ ਔਰ ਜਿਹੜੇ ਉਹਨਾਂ ਨੂੰ ਪ੍ਰਚਾਰ ਦੇ ਪਏ ਆ, ਉਹਨਾਂ ਨੂੰ ਚੈਲੰਜ ਅਸੀਂ ਕਦੋਂ ਕਰਨਾ? ਦਮਦਮੀ ਟਕਸਾਲ ਜਿਹੜੀ ਹੈਗੀ ਆ ਕੋਈ ਬਹੁਤ ਹੀ ਦੂਰ ਥੋੜੀ ਆ, ਇਹਦੇ ਪੰਜਾਬ ਦੇ ਵਿੱਚ ਹੀ ਆ, ਉਹ ਮਿਲਦੇ ਹੀ ਆ ਜਾਂ ਅਜਨਾਲੇ ਆ। ਸੁਖਪ੍ਰੀਤ ਸਿੰਘ ਉਦੋਂ ਕਿ ਕਿਸੇ ਜਗ੍ਹਾ ਤੇ ਵੀ ਚੱਲ ਜਾਵੇ ਉਹਨਾਂ ਨੂੰ ਜਾ ਕੇ ਚੈਲੰਜ ਕਰੇ ਵੀ ਉਹ ਗ੍ਰੰਥ ਕਹਿੰਦੇ ਆ ਵੀ ਆਹ ਹੁਣ ਜਿਹੜਾ ਵਿਸਾਖੀ ਦਾ ਦਿਹਾੜਾ ਜਿਹੜਾ ਭਾਈ ਦਇਆ ਸਿੰਘ ਹੈ ਇਹ ਲਵ ਦਾ ਅਵਤਾਰ ਆ, ਉਹ ਮੱਠ ਸ਼ੇਰੋਵਾਲਾ ਦਾ ਤਾਂ ਕਹਿਤਾ ਵੀ ਉਹ ਮੁਸਲਮਾਨ ਆ, ਯਾਨੀ ਕਿ ਫਿਰ ਇਹ ਗੱਲ ਮੰਨ ਲਈ ਵੀ ਮੁਸਲਮਾਨ ਨੂੰ ਨਹੀਂ ਕਹਿਣ ਦੇਣਾ ਅਸੀਂ ਕਿਸੇ ਦੂਸਰੇ ਧਰਮ, ਸਾਡੇ ਆਪਣੇ ਜੋ ਮਰਜ਼ੀ ਕਹੀ ਜਾ। ਉਹ ਜਿੱਦਾਂ ਉਹ ਦੂਜਾ ਭੱਲਾ ਨਹੀਂ ਕਹਿੰਦਾ ਅਸੀਂ ਮਰ ਗਏ, ਅਗਰ ਕੁੜੀਆਂ ਛੇੜਨਾ ਹੋਏ ਅਸੀਂ ਮਰ ਗਏ ਹਾਂ ਕਹਿੰਦਾ। ਸਾਡੀ ਸਾਨੂੰ ਪਤਾ ਜੀ ਅਸੀਂ ਛੋਟੇ ਛੋਟੇ ਹੁੰਦੇ ਸੀ, ਇੱਕ ਵਾਰੀ ਬਹੁਤ ਵੱਡੀ ਲੜਾਈ ਹੋਈ, ਹਾਂਜੀ, ਹੁਣ ਸਾਨੂੰ ਨਹੀਂ ਸੀ ਪਤਾ, ਮੁੰਡੇ ਸੀ ਸਾਤੋਂ ਮਤਲਬ 10 ਸਾਲ ਵੱਡੇ ਹੋਣਗੇ, ਸੌਕਰ ਖੇਡਦੇ ਤੇ ਉਦੋਂ ਇਹ ਸ਼ਾਇਦ ਇਹ ਹਾਂ 84 ਤੋਂ ਕਾਫੀ ਪਹਿਲਾਂ ਦੀ ਗੱਲ ਆ ਨਾ, ਤੇ ਉਹਨਾਂ ਦਿਨਾਂ 'ਚ ਇਹਦਾ ਚੀਮੇ ਹੋਣਾ ਦਾ ਤਾਂ ਮੱਖਣ ਹੋਣਾ ਦਾ ਗਰੁੱਪ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਜਾਣੀ ਵੱਡੇ ਮਸ਼ਹੂਰ ਸੀਗੇ ਚੰਡੀਗੜ੍ਹ 'ਚ, ਮੱਖਣ ਗਿਆਨੀ ਜੈਸੂ ਦਾ ਬੰਦਾ ਸੀਗਾ ਤੇ ਚੀਮੇ ਹੁਣੀ ਦਰਬਾਰਾ ਸੂ ਦੇ ਬੰਦੇ ਸੀ, ਠੀਕ ਹੈ, ਉਹਨਾਂ ਦੀ ਪਹਿਲਾਂ ਹੀ ਲੱਗਦੀ ਸੀ। ਪੰਜਾਬ 'ਚ ਜਦੋਂ ਨਾ ਉੱਥੇ ਇੰਡੀਆ 'ਚ ਨੈਕਸਲਵਾਦੀ ਲਹਿਰ ਚੱਲੀ ਆ, ਉਹ ਜਾਣੀ ਇੰਦਰਾ ਗਾਂਧੀ ਦਾ ਜਦੋਂ ਰੁਝਾਨ ਇੰਦਰਾ ਗਾਂਧੀ ਸ਼ੁਰੂ ਹੋਈ ਸੀ ਉਦੋਂ ਹੀ ਇਹ ਲਹਿਰ ਚੱਲੀ ਆ, ਹੋਇਆ ਵੀ ਉਹ ਵੀ ਕਹਾਣੀ ਬੜੀ ਰੌਚਕ ਆ ਵੀ ਇੰਦਰਾ ਗਾਂਧੀ ਦੇ ਪੈਰ ਨਹੀਂ ਸੀ ਉਹ ਲੱਗਣ ਦਿੰਦੇ, ਇਹਨੇ ਕਾਂਗਰਸ ਵਾਲਿਆਂ ਨੇ ਕੱਢ ਦਿੱਤਾ, ਇਹਨੇ ਜਿਹੜੀਆਂ ਕੌਮਨਿਸਟ CPI ਉਹ ਤੋਂ ਗਾਂਹ CPIM ਬਣੀ ਸੀ, ਉਹ ਛੋਟੀਆਂ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕਰਕੇ ਇਹਨੇ ਇਲੈਕਸ਼ਨ ਲੜ ਲਈ ਅਤੇ ਉਹ ਇਕੱਠੇ ਮੁੜ ਕੇ ਉਹ ਜਿਹੜੇ ਕੌਮਨਿਸਟ ਸੀਗੇ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ CPI ਤੋਂ CPIM ਬਣੀ ਸੀ ਵੀ ਇਹ ਵੀ ਕਾਂਗਰਸ ਨਾਲ ਕਰਕੇ ਤਾਂ ਸਰਕਾਰ ਬਣਾ ਕੇ ਬੰਗਾਲ 'ਚ ਬਹਿ ਗਏ, ਵੀ ਅਸੀਂ ਸਾਡਾ ਮਕਸਦ ਕਿਉਂਕਿ ਚਾਈਨਾ ਦੀ ਸਪੋਰਟ ਸੀ ਪਿੱਛਿਓਂ, ਸ਼ਾਇਦ ਵਿੱਚੋਂ ਕੁਛ ਬੰਦਿਆਂ ਨੂੰ ਕੌਮਨਿਸਟ ਪੱਖਾਂ ਨੂੰ ਇਹ ਹੋਵੇ ਵੀ ਨਹੀਂ ਨਹੀਂ ਤੁਸੀਂ ਤਾਂ ਸਟੇਟ ਦੇ ਵਿਰੁੱਧ ਲੜਨਾ ਆ ਬਸ, ਵੀ ਡੈਮੋਕ੍ਰੇਸੀ ਤੋੜ ਕੇ ਅਸੀਂ ਹੈ ਨਾ, ਅਗਲੇ ਕਹਿੰਦੇ ਵੀ ਭਾਵਾਂ ਆਪਣੀ ਸਰਕਾਰ ਆ ਕੋਈ ਗੱਲ ਥੋੜ੍ਹੀ ਬਣੀ ਆਪਾਂ ਤਾਂ ਲੜਨਾ ਸੀ, ਉਹ ਫਿਰ ਜਿਹੜੀ ਲੜਾਈ ਉਦੋਂ ਬੰਗਾਲ 'ਚ ਸਰਕਾਰ ਵੀ ਉਹਨਾਂ ਦੇ ਸੀ, ਜਿਹੜੀ ਲੜਾਈ ਸ਼ੁਰੂ ਹੋਈ ਨਕਸਲਵਾੜੀ ਪਿੰਡ ਤੋਂ ਹੋਈ ਸੀ, ਅੱਛਾ ਜੀ, ਉਹ ਮੁੜ ਕੇ ਵੱਡੀ ਲਹਿਰ ਬਣ ਗਈ, ਬੰਦੇ 70, 71, 72 ਤੱਕ ਤਾਂ ਫਿਰ ਹਨੇਰੀ ਆ ਗਈ ਉਹਨਾਂ ਦੇ ਵਿਰੁੱਧ, ਕਿਉਂਕਿ ਬੰਗਾਲ ਵਿੱਚ ਸਰਕਾਰ ਕਾਂਗਰਸ ਦੀ ਅਤੇ CPIM ਦੀ ਰਲ ਕੇ ਸੀ, ਉਹਨਾਂ ਦੇ ਵਿਰੁੱਧ ਉਹ ਲਹਿਰ ਉੱਠੀ ਅਤੇ ਕਾਂਗਰਸ ਇੰਦਰਾ ਗਾਂਧੀ ਨੇ ਦਬਾਉਣ ਦੀ ਗੱਲ ਕੀਤੀ ਉਹਨਾਂ ਨੂੰ, ਉਹ ਜਦੋਂ ਪੰਜਾਬ ਤੱਕ ਸਾਰੇ ਇੰਡੀਆ ਪੂਰੇ ਤੱਕ ਪਹੁੰਚੀ, ਕਾਲਜਾਂ ਦੇ ਵਿੱਚ ਪਹੁੰਚੀ, ਉਹ ਪੰਜਾਬ 'ਚ ਵੀ SFI ਦਾ ਬਹੁਤ ਜ਼ਿਆਦਾ ਜ਼ੋਰ ਰਿਹਾ, ਉਦੋਂ SFI ਦੇ ਜ਼ੋਰ ਦੇ ਹੁੰਦਿਆਂ ਹੋਇਆਂ ਵੀ ਚੰਡੀਗੜ੍ਹ ਦੇ ਵਿੱਚ ਇਹਨਾਂ ਦੋਹਾਂ ਗਰੁੱਪਾਂ ਦਾ ਹੋਲਡ ਵਧੀਆ ਰਿਹਾ, ਅਤੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਣੀ ਜਿੰਨੇ ਥੱਲੇ ਹੁਸ਼ਿਆਰਪੁਰ ਜ਼ਿਲ੍ਹੇ ਤੱਕ ਜਿੰਨੇ ਸਾਰੇ ਕਾਲਜ ਸੀ, ਕਾਲਜਾਂ ਵਿੱਚ ਫਿਰ ਉਹ ਵਿੰਗ ਬਣੇ ਹੁੰਦੇ ਉਹਨਾਂ ਦੇ ਹੀ ਗਾਹਾਂ, ਵੀ ਜੇ ਹੁਣ ਇਹ ਪਈ ਇੱਦਾਂ ਚੀਮੇ ਵਾਲਾ ਗਰੁੱਪ ਆ, ਇਹ ਮੱਖਣ ਵਾਲਾ ਗਰੁੱਪ ਆ, ਠੀਕ ਆ, ਉਹ ਗਾਹਾਂ ਜਿਹੜੇ ਕਾਲਜਾਂ 'ਚੋਂ ਨਿਕਲ ਕੇ ਮੁੰਡੇ ਜਦੋਂ ਕਲੱਬਾਂ 'ਚ ਖੇਡਣ ਜਾਂਦੇ ਆ, ਸਾਡੇ ਜ਼ਿਲ੍ਹੇ 'ਚ ਸੌਕਰੇ ਜ਼ਿਆਦੇ ਆ ਠੀਕ ਫੁੱਟਬਾਲ, ਅਤੇ ਉਹ ਓਬੀਅਸਲੀ ਫੁੱਟਬਾਲ ਵਾਲੇ ਮੁੰਡੇ ਇਨਵੋਲਵ ਹੋਣਗੇ ਉਹਦੇ ਵਿੱਚ, ਉਹ ਲੜਾਈ ਹੋਈ ਵੱਡੀ ਕਾਫੀ ਹੁਸ਼ਿਆਰਪੁਰ ਤੋਂ ਆਏ ਬੰਦੇ, ਅਤੇ ਉਹ ਜੀ ਬੜੀ ਚਰਚਾ ਹੋਈ ਸਾਡੇ ਉੱਥੇ ਵੀ ਕਾਲਜ ਤੋਂ ਬਾਹਰ ਜਾ ਕੇ, ਠੀਕ ਆ, ਵੀ ਉੱਥੇ ਜੀਪਾਂ ਦੇ ਉੱਤੇ ਹਾਕੀਆਂ ਦੇ ਨਾਲ ਇੱਦਾਂ ਪੁਲਿਸ ਲੱਭਦੀ ਫਿਰੇ ਅਤੇ ਮੋਹਰੇ ਇੱਦਾਂ, ਵੱਡੀ ਹੋਈ ਲੜਾਈ, ਬਾਅਦ 'ਚ ਪਤਾ ਲੱਗਾ ਵੀ ਉਹ ਤਾਂ ਕੁੜੀ ਤੋਂ ਸੀ,
ਵੀ ਕੋਈ ਫਲਾਣੇ ਹੋਰ ਪਿੰਡ ਦਾ ਮੁੰਡਾ ਸਾਡੇ ਪਿੰਡ ਦੀ ਕੁੜੀ ਸੀ ਉਹਨੂੰ ਜੀ ਦਾ ਪਸੰਦ ਕਰਦਾ ਸੀ ਅਤੇ ਇਹ 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 ਨਾ ਇਹਨਾਂ ਨੇ ਪਿੰਡ ਵਾਲਿਆਂ ਨੇ ਸਟੈਂਡ ਲਏ ਹੁਣ ਅਸੀਂ ਨਿੱਕੇ ਨਿੱਕੇ ਸੀ ਅਸੀਂ ਕਹੀਏ ਵੀ ਇਹ ਜਿਹੜਾ ਲੜਿਆ ਇਹ ਤਾਂ ਆਪ ਗੇੜੀਆਂ ਮਾਰਦਾ ਹੁੰਦਾ ਸੀ ਉਹਦੇ ਮਗਰ ਹੁਣ ਉਹ ਲੜਾਈ ਭੈਣ ਦੀ ਥੋੜ੍ਹੋ ਸੀ ਬਿਲਕੁਲ ਉਹਦੀ ਇੱਜ਼ਤ ਦੀ ਲੜਾਈ ਨਹੀਂ ਸੀ ਲੜਾਈ ਇਹ ਸੀ ਵੀ ਅਸੀਂ ਅਸੀਂ ਜਾਣੀ ਅਸੀਂ ਮਰ ਗਏ ਹਾਂ ਹੈ ਨਾ ਹੁਣ ਤੁਸੀਂ ਪਾਕਿਸਤਾਨੀ ਡਰਾਮਾ ਦੇਖ ਲਓ ਉਹਦੇ ਵਿੱਚ ਅਕਸਰ ਉਹ ਕਜ਼ਨ ਨਾਲ ਵਿਆਹ ਕਰਾ ਲੈਂਦੇ ਆ ਜਾਣੀ ਭੂਆ ਦੀ ਚਾਚੇ ਦੀ ਮਾਮੇ ਦੀ ਕੁੜੀ ਨਾ ਵੀ ਜਦੋਂ ਕਾਲਜ ਹੋਰ ਕੋਈ ਛੇੜਦਾ ਫਿਰ ਫਿਰ ਉਹ ਕਹਿੰਦਾ ਨਹੀਂ ਉਹ ਨਹੀਂ ਤਾਂ ਜੇ ਉਹ ਉਹ ਬੰਦਾ ਇੱਕ ਪਾਸੇ ਨੂੰ ਕਹੀ ਜਾਂਦੀ ਵੀ ਦੂਜੇ ਧਰਮ ਦਾ ਹੈਗਾ ਇਸਲਾਮ ਧਰਮ ਦਾ ਹੈਗਾ ਹੈ ਨਾ ਦੂਸਰੇ ਪਾਸੇ ਤੁਹਾਡੇ ਆਪਣੇ ਜਿਹੜੇ ਜਿੰਨੇ ਗ੍ਰੰਥ ਹੈ ਇਹਨਾਂ ਦੇ ਮੈਂ ਕਹਿੰਦਾ ਵੀ ਆ ਉਹ ਜਿਹੜੀ ਮੈਂ ਇਹਨਾਂ ਨਾਲ ਤੂੰ ਮੈਂ ਕਹਿੰਦਾ ਧਰਮ ਸੋਹਣਿਆ ਫਿਰ ਚੰਗਾ ਨਿਕਲਿਆ ਜਿਹੜਾ ਠੋਕੇ ਗਲਤ ਕਹਿ ਕੇ ਕਹਿੰਦੀ ਆਪਣੀ ਉਹ ਕਹਿੰਦਾ ਜਿੰਨੀ ਵੱਡੀ ਗੱਪ ਮਾਰਦੇ ਓਡੇ ਵੱਡੇ ਬ੍ਰਹਮ ਗਿਆਨੀ ਕਹਿੰਦਾ ਸਹੀ ਗੱਲ ਜਿੱਡੀ ਵੱਡੀ ਗੱਪ ਕਹਿੰਦੇ ਓਡਾ ਵੱਡਾ ਬ੍ਰਹਮ ਗਿਆਨੀ ਕਹਿੰਦਾ ਹੁਣ ਠਾਕੁਰ ਸਾਹਿਬ ਨੂੰ ਕਹਿੰਦਾ ਤਾਂ ਗੱਪਾਂ ਮਾਰਦੇ ਉਹ ਕਹਿੰਦੇ ਆ ਵੀ ਤੂੰ ਮਹਾਂਪੁਰਖਾਂ ਤੋਂ ਵੀ ਵੱਡੀਆਂ ਗੱਪਾਂ ਮਾਰੀ ਜਾਂਦਾ ਏਡੀਆਂ ਗੱਪਾਂ ਤਾਂ ਕਹਿੰਦਾ ਉਹਨਾਂ ਨੇ ਮਾਰੀ ਜਿੱਡੀਆਂ ਤੂੰ ਮਾਰੀ ਜਾਣ ਡਿਆ ਹੁਣ ਵੀ ਉਹ ਤੋਂ ਵੱਡੀ ਗੱਪ ਨਾ ਮਾਰ ਤੂੰ ਉਹ ਤਾਂ ਹੀ ਜਿਹੜੇ ਨਾ ਅਖੰਡ ਕੀਰਤਨੀ ਜਥੇ ਵਾਲੇ ਆ ਉਹ ਉਹ ਧਰਮ ਸਿੰਘ ਦੇ ਜ਼ਿਆਦਾ ਨੇੜੇ ਆ ਠੀਕ ਕਿਉਂਕਿ ਟਕਸਾਲ ਦੀ ਮੰਜੀ ਠੋਕਦਾ ਦਸਮ ਗ੍ਰੰਥ ਨੂੰ ਤਾਂ ਪ੍ਰਮੋਟ ਕਰਦਾ ਪੂਰਾ ਬਿਲਕੁਲ ਬਿਲਕੁਲ ਪਰ ਗੁਰਬਾਣੀ ਦੇ ਅਰਥਾਂ ਦੂਜੀਆਂ ਗੱਲਾਂ ਤੋਂ ਟਕਸਾਲ ਦੇ ਕਾਫ਼ੀ ਉਹ ਦੁਆਲੇ ਹੁੰਦਾ ਜਾਣੀ ਨਹੀਂ ਹੁਣ ਦੇਖਿਆ ਵੀ ਜਾਵੇ ਗੁਰਬਾਣੀ ਪਾਠ ਦਰਪਣ ਦਰਪਣ ਦਰਸ਼ਨ ਜਿਹੜੀ ਦਮਦਮੀ ਟਕਸਾਲ ਦੀ ਬੁੱਕ ਗਿਆਨੀ ਗੁਰਬਚਨ ਸਿੰਘ ਪਿੰਡਰਾਂਵਾਲੇ ਦੀ ਲਿਖੀ ਹੋਈ ਆ ਮੈਂ ਕਹਿੰਦਾ ਉਹਦੇ ਵਿੱਚੋਂ ਮੁਸ਼ਕਲ ਦੇ ਨਾਲ ਦੋ ਪੜ੍ਹਨੇ ਨੇ ਤੁਹਾਨੂੰ ਸਹੀ ਲੱਭਣੇ ਜਿਹਦੇ ਉੱਤੇ ਤੁਹਾਡੇ ਸਵਾਲ ਨਾ ਖੜੇ ਹੁੰਦੇ ਹੋਣਗੇ ਜਿਹੜੀ ਉਹਨਾਂ ਦੀ ਉਹ ਵਿਚਾਰਧਾਰਾ ਵਾ ਪੰਜਾਂ ਪਿਆਰਿਆਂ ਦੀ ਗੱਲ ਆ ਹੁਣ ਦਇਆ ਸਿੰਘ ਨੂੰ ਲਵ ਦਾ ਅਵਤਾਰ ਬਣਾ ਦਿੱਤਾ ਉਹਦੇ ਵਿੱਚ ਤੇ ਜੇ ਹੁਣ ਦਸਮ ਗ੍ਰੰਥ ਨੂੰ ਪੜ੍ਹਦੇ ਹਾਂ ਤਾਂ ਸਾਰੇ ਗੁਰੂ ਗੋਬਿੰਦ ਸਿੰਘ ਨੂੰ ਲਵ ਦਾ ਅਵਤਾਰ ਬਣਾਈ ਜਾਂਦੀ ਸ਼ੁਰੂ ਉੱਥੋਂ ਕਰਦੀ ਹੈਗੀ ਉਹ ਫਿਰ ਸਿੱਖ ਵੱਖਰੀ ਕੌਮ ਦਾ ਨਾਰਾ ਤੁਹਾਡਾ ਕਿੱਧਰ ਗਿਆ ਨਾ ਨਾ ਬਲਕਿ ਉਹਦੇ ਵਿੱਚ ਤਾਂ ਜਿੰਨੇ ਉਹ ਪੰਜ ਜਿਹੜੇ ਪੰਜ ਪੰਜਾਂ ਪਿਆਰਿਆਂ ਨੂੰ ਇੱਦਾਂ ਹੁਣ ਭਗਤ ਨਾਮਦੇਵ ਦਾ ਅਵਤਾਰ ਬਣਾ ਦਿੱਤਾ ਉਹਦੇ ਵਿੱਚ ਭਾਈ ਮੋਹਕਮ ਨੂੰ ਭਾਈ ਮੋਹਕਮ ਸਿੰਘ ਹੁਣ ਉਹਦੇ 'ਚ ਉਹ ਨੁਕਤਾ ਉਹਨਾਂ ਨੇ ਕੀ ਰੱਖਿਆ ਤਰੀਕਾ ਕੀ ਰੱਖਿਆ ਕਿ ਭਾਈ ਮੋਹਕਮ ਸਿੰਘ ਜਿਹੜੇ ਆ ਉਹ ਕਿਉਂਕਿ ਛਿੰਬੇ ਛਿੰਬੇ ਆ ਉੱਧਰ ਨਾਮਦੇਵ ਛਿੰਬਾ ਵਾ ਚਲੋ ਜੀ ਨਾਮਦੇਵ ਦਾ ਅਵਤਾਰ ਭਾਈ ਸਾਹਿਬ ਸਿੰਘ ਉਹ ਨਾਈ ਆ ਉੱਧਰੋਂ ਭਗਤ ਸੈਣ ਉਹ ਨਾਈ ਆ ਉਹਨੂੰ ਭਗਤ ਸੈਣ ਦਾ ਅਵਤਾਰ ਬਣਾ ਭਾਈ ਧਰਮ ਸਿੰਘ ਉਹ ਕਿਉਂਕਿ ਜੱਟ ਆ ਉਹਨੂੰ ਧਨੇ ਜੱਟ ਦਾ ਅਵਤਾਰ ਬਣਾ ਅੱਛਾ ਆਪਣਾ ਉਹ ਵੀ ਹੈਗਾ ਆ ਠੀਕ ਆ ਫਿਰ ਫਿਰ ਠੀਕ ਆ ਬਈ ਮੈਂ ਤਾਂ ਧਨੇ ਜੱਟ ਦਾ ਅਵਤਾਰ ਆ ਭਾਈ ਧਰਮ ਸਿੰਘ ਮੈਂ ਸਗਾ ਇੱਧਰ ਕਈ ਬੰਦੇ ਗੁੱਸੇ ਹੋਏ ਫਿਰਦੇ ਕਹਿੰਦੇ ਲੈ ਅਸੀਂ ਸਾਰਿਆਂ ਦੇ ਹੈਗੇ ਆ ਜੇ ਹੁਣ ਜੱਟਾਂ ਦੇ ਨਹੀਂ ਹੈਗੇ ਤਾਂ ਫਿਰ ਨਹੀਂ 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 ਇੱਦਾਂ ਥੋੜ੍ਹੀ ਹੈਗਾ ਅਤੇ ਹਿੰਮਤ ਸਿੰਘ ਦੇ ਸੰਬੰਧ 'ਚ ਤਾਂ ਦੋ ਕੁ ਵੀਕਾਂ ਪਹਿਲਾਂ ਸਤਨਾਮ ਸਿੰਘ ਦੱਸ ਹੀ ਗਿਆ ਵੀ ਪਿਛਲੇ ਜਨਮ 'ਚੋਂ ਸ਼ਿਕਾਰੀ ਸੀਗਾ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਜਿਹੜਾ ਹੈਗਾ ਜਾਨਵਰ ਦਾ ਰੂਪ ਧਾਰਨ ਕਰਕੇ ਬੈਠੇ ਝਾੜੀ 'ਚ ਲੋਕ ਕੇ ਬੈਠੇ ਹੋਏ ਸੀਗੇ ਚਤੁਰਭੁਜੀ ਜਾਨਵਰ ਬਣ ਕੇ ਬੈਠੇ ਵੀ ਕਿਸੇ ਗੱਲ ਦੀ ਵੀ ਸੈਂਸ ਜਿਹੜੀ ਹੈਗੀ ਆ ਉਹਦੇ ਵਿੱਚੋਂ ਤੁਸੀਂ ਜੋੜ ਨਹੀਂ ਸਕਦੇ ਅਤੇ ਜੇ ਉਹਨਾਂ ਨੂੰ ਪੁੱਛ ਲਓ ਵੀ ਤੁਹਾਡੇ ਕੋਲ ਸਰੋਤ ਕੀ ਆ ਉਹ ਫਿਰ ਗਾਂ ਨਾ ਇਹੋ ਜਿਹੇ ਗ੍ਰੰਥ ਦਾ ਦੇਣਗੇ ਵੀ ਜਿਹੜੇ ਗ੍ਰੰਥ ਨੂੰ ਤੁਸੀਂ ਕਦੇ ਸੁਣਿਆ ਨਹੀਂ ਹੈ ਜਿੱਦਾਂ ਆਪਾਂ ਪਿਛਲੀ ਵੀ ਇੱਕ ਵਾਰੀ ਕੀਤਾ ਵੀ ਕਿਹੜਾ ਸੀਗਾ ਨਾਮ ਧਰਮ ਵਿਜੈ ਮੁਕਤ ਸ਼ਾਸਤਰ ਗ੍ਰੰਥ ਵੀ ਤੁਹਾਡੀ ਆ ਕਿਤਾਬ ਪੜ੍ਹ ਕੇ ਇੰਨੇ ਖਿਲਾਰੇ ਪੈ ਰਹੇ ਆ ਜੇ ਉਹ ਗ੍ਰੰਥ ਖੋਲ ਲਿਆ ਤਾਂ ਫਿਰ ਪਤਾ ਨਹੀਂ ਕਿੰਨੇ ਖਿਲਾਰੇ ਗਾਂ ਦੀ ਗਾਂ ਪੈਣੇ ਇੱਕ ਚੀਜ਼ ਨੋਟ ਕਰੋ ਜਿਹੜੀ ਫਿਕਰ ਕਰਨ ਵਾਲੀ ਗਿਆਨੀ ਜੀ ਵਾਰ ਵਾਰ ਜਦੋਂ ਇਹ ਬੰਦੇ ਨਾ ਕਿਸੇ ਕਿਤਾਬ ਕਿਸੇ ਲਿਖਤ ਦਾ ਹਵਾਲਾ ਦੇ ਕੇ ਉਹਦੇ ਨਾਂ ਨਾਲ ਗ੍ਰੰਥ ਸ਼ਬਦ ਜੋੜਦੇ ਆ ਉਦੋਂ ਸਾਨੂੰ ਬਹੁਤ ਸੀਰੀਅਸ ਹੋ ਕੇ ਲੈਣਾ ਚਾਹੀਦਾ ਉਹਨੂੰ ਜਾਂ ਗ੍ਰੰਥ ਜੋੜਨਗੇ ਜਾਂ ਪੋਥੀ ਜੋੜਨਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸ਼ਬਦ ਜੋੜਿਆ ਗੋਜ ਪੋਥੀ ਗੋਜ ਪੋਥੀ ਦੇ ਵਿੱਚ ਕਹਿੰਦੇ ਗੱਲਾਂ ਲਿਖੀਆਂ ਹੋਈਆਂ ਉਹ ਗੁਰਬਾਣੀ 'ਚ ਉਹ ਵੀ ਆਉਂਦਾ ਪੋਥੀ ਪਰਮੇਸ਼ਰ ਕਾ ਥਾਨ ਬਿਲਕੁਲ ਬਿਲਕੁਲ ਹੁਣ ਜਿਹੜਾ ਗੁਰੂ ਮਾਨਿਓ ਗ੍ਰੰਥ ਆ ਨਾ ਉਹ ਬਹੁਤ ਸਾਰੇ ਲੋਕਾਂ 'ਚ ਇਹ ਭਰਮ ਪਾਇਆ ਗਿਆ ਆ ਵੀ ਗੁਰੂ ਸਾਹਿਬ ਨੇ ਇਹ ਕਿਹਾ ਵੀ ਜਿਹੜਾ ਗ੍ਰੰਥ ਹੁੰਦਾ ਨਾ ਉਹ ਗੁਰੂ ਦਾ ਹੀ ਰੂਪ ਆ ਬਿਲਕੁਲ
ठीक है, इस करके वो इदा नहीं है भी हूँ जाने कह रहे हैं वो उस सचमुचे इदा मानते हैं भी जे कोई मेरे को लिखत हैगी है जिदे नाल ग्रंथ लगा आ तो वह महान आ बिल्कुल ता ही हवाले देंदे आ। मैं तो अज भी अपने घर भी गल करता सी माता जी होना दे नाल वो इत्थे टीवी दे उत्ते कथा आ रही सीगी उहदे कोल टकसाली आ अमृतसर तो शायद किसी चैनल तो करदे आ रोज सूरज प्रकाश दी हाँ जी उहदे विच हुण आ विसाखी दा देवी प्रगट दा सारा प्रसंग चलदा सीगा जिदे भी जिथे जी करदा उत्थे अपनी मर्जी नाल उहनूं बदल दिंदे आ यानी कि हालांकि किन्ने 10-12 अध्यायां दे विच जिहड़ा हैगा वा उहने संतोख सिंह ने जिस तरीके दे नाल पंडित नूं बुला के लिआंदा ਉਹਨੂੰ ਲੱਖਾਂ ਰੁਪਈਆ ਉਹਦੀ ਭੇਟਾ ਦਿੱਤੀ ਸਮੱਗਰੀ ਦਿੱਤੀ ਜਿੰਨਾ ਇੱਕ ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੈਗਾ ਉਹ ਆਉਣ ਮੁਣਮੁਣ ਵਾਲੇ ਮੰਤਰ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਕੀਤਾ 36-36 ਘੰਟੇ ਲਗਾਤਾਰ ਜਾਪ ਕੀਤਾ ਫਿਰ ਉਹ ਦੇਵੀ ਪ੍ਰਗਟ ਹੋਈ ਔਰ ਨਗਨ ਹਾਲਤ ਦੇ ਵਿੱਚ ਪ੍ਰਗਟ ਹੋਈ ਔਰ ਹੈਰਾਨੀ ਦੀ ਗੱਲ ਆ ਵੀ ਸੰਤੋਖ ਸਿੰਘ ਕਹਿੰਦਾ ਵੀ ਜਦੋਂ ਨੰਗੀ ਦੇਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪ੍ਰਗਟ ਹੋਈ ਤੇ ਗੁਰੂ ਗੋਬਿੰਦ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਦੇਖ ਕੇ ਉਹ ਦੇਵੀ ਕਹਿੰਦੀ ਵੀ ਮੈਨੂੰ ਦੇਖ ਕੇ ਅੱਖਾਂ ਬੰਦ ਕਿਉਂ ਕੀਤੀਆਂ ਹੁਣ ਚਲੋ ਬੰਦਾ ਇੱਕ ਤਾਂ ਇਹ ਕਹਿੰਦਾ ਵੀ ਬੰਦਾ ਚਲੋ ਸ਼ਰਮ ਆਉਂਦਾ ਵੀ ਤੁਸੀਂ ਕੱਪੜੇ ਨਹੀਂ ਪਾਏ ਹੋਏ ਹਨਾ ਅਚਨਚੇਤ ਮੇਰੇ ਸਾਹਮਣੇ ਆ ਗਏ ਵੀ ਮੈਂ ਤੁਸੀਂ ਮੇਰੀ ਮਾਤਾ ਹੈ ਚਲੋ ਇਹੋ ਕਹਿੰਦੇ ਵੀ ਤੁਸੀਂ ਮਾਤਾ ਹੈ ਮੇਰੇ ਵੀ ਮੈਂ ਤੁਹਾਨੂੰ ਦੇਖਣਾ ਫਿਰ ਤਾਂ ਮੈਂ ਅੱਖਾਂ ਨੀਵੀਆਂ ਸ਼ਰਮ ਦੇ ਸ਼ਰਮ ਕਰਕੇ ਉੱਥੇ ਬੇਸ਼ਰਮੀ ਦੇ ਨਾਲ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਕਹਾਉਂਦਾ ਵੀ ਮੈਂ ਤੁਹਾਨੂੰ ਦੇਖ ਕੇ ਅੱਖਾਂ ਤਾਂ ਬੰਦ ਕੀਤੀਆਂ ਵੀ ਤੁਹਾਡਾ ਇਹ ਸਰੂਪ ਮੈਂ ਆਪਣੇ ਅੰਦਰ ਵਸਾ ਲਿਆ ਤੁਹਾਡਾ ਸਰੂਪ ਮੈਨੂੰ ਕਦੀ ਵਿਸਰੇ ਨਾ ਕਦੀ ਭੁੱਲੇ ਨਾ ਇਸ ਵਾਸਤੇ ਮੈਂ ਤੁਹਾਨੂੰ ਵੇਖ ਕੇ ਅੱਖਾਂ ਬੰਦ ਕਰਕੇ ਤੁਹਾਡਾ ਸਰੂਪ ਆਪਣੇ ਅੰਦਰ ਹੀ ਵਸਾ ਲਿਆ ਜਿੱਦਾਂ ਪੂਰੇ ਜਿਹੜੇ ਬੈਲੀ ਕਹਿੰਦੇ ਛੜੇ ਕਹਿੰਦੇ ਨਾ ਜਾਣੀ ਉਹਨਾਂ ਸਰੂਪ ਬਿਆਨ ਕੀਤਾ ਗੁਰੂ ਸਾਹਿਬ ਦਾ ਬਿਲਕੁਲ 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 ਉਹ ਹਾਂ ਹੁਣ ਕਰਾਮਾਤਾ ਦੀ ਉਹ ਗੱਲ ਕਰਦਾ ਪਿਆ ਵੀ ਪੰਜ ਪਿਆਰੇ ਇੱਦਾਂ ਸਿਰ ਵੱਡੇ ਵੀ ਬੱਕਰੇ ਨਹੀਂ ਹਾਲਾਂਕਿ ਸੰਤੋਖ ਸਿੰਘ ਨੇ ਲਿਖਿਆ ਹੋਇਆ ਵੀ ਉਹ ਸਿੱਖ ਜਿਹੜਾ ਬੱਕਰੇ ਲੈ ਕੇ ਆਇਆ ਆਹੋ ਤੇ ਗੁਰੂ ਗੋਬਿੰਦ ਸਿੰਘ ਨੇ ਉੱਥੇ ਬੱਕਰੇ ਵੱਢੇ ਆ ਨਹੀਂ ਕਹਿੰਦਾ ਜੀ ਬੱਕਰੇ ਨਹੀਂ ਵੱਢੇ ਜਿੱਥੇ ਜੀ ਕੀਤਾ ਉੱਥੇ ਪਤਲੇ ਥਲ ਕੇ ਗੁਰੂ ਗੋਬਿੰਦ ਸਿੰਘ ਨੇ ਸਿਰ ਵੱਢੇ ਆ ਉਹ ਜਿਹੜਾ ਕਥਾ ਕਰ ਰਿਹਾ ਨਾ ਆਪਾਂ ਇੱਕ ਵਾਰੀ 4-5 ਸਾਲ ਪਹਿਲਾਂ ਉਹਦਾ ਕਲਿੱਪ ਇੱਥੇ ਚਲਾਇਆ ਵੀ ਸੀਗਾ ਉਹਨੇ ਜਿੱਦਾਂ ਆਹ ਗੱਲ ਲਿਖੀ ਸੀਗੀ ਵੀ ਸਿਰ ਬਦਲ ਬਦਲ ਕੇ ਇੱਕ ਦੂਸਰੇ ਦੇ ਲਾ ਦਿੱਤੇ ਸੀਗੇ ਵੀ ਦਇਆ ਸਿੰਘ ਦਾ ਸਿਰ ਜਿਹੜਾ ਧਰਮ ਸਿੰਘ ਨੂੰ ਧਰਮ ਸਿੰਘ ਦਾ ਸਿਰ ਜਿਹੜਾ ਹਿੰਮਤ ਸਿੰਘ ਨੂੰ ਹਿੰਮਤ ਸਿੰਘ ਦਾ ਮੋਹਕਮ ਸਿੰਘ ਨੂੰ ਏਦਾਂ ਪੰਜਾਂ ਦੇ ਸਿਰ ਜਿਹੜੇ ਬਦਲ ਬਦਲ ਕੇ ਇੱਕ ਦੂਸਰੇ ਦੇ ਸਿਰ ਤੇ ਲਾ ਦਿੱਤੇ ਸੀ ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਵੀ ਇਹਦੀ ਪ੍ਰੈਕਟੀਕਲਿਟੀ ਕੀ ਆ ਤੁਸੀਂ ਹਾਰਟ ਕਹਿ ਦੋਗੇ ਵੀ ਗੁਰੂ ਦੇ ਵਿੱਚ ਸ਼ਕਤੀ ਆ ਗੁਰੂ ਦੇ ਵਿੱਚ ਕਰਾਮਾਤ ਆ ਗੁਰੂ ਚਾਹੇ ਉਹ ਕਰ ਸਕਦਾ ਆ ਪਰ ਇਹਦੀ ਪ੍ਰੈਕਟੀਕਲਿਟੀ ਕੀ ਆ ਵੀ ਜੇ ਦਇਆ ਸਿੰਘ ਦਾ ਸਿਰ ਧਰਮ ਸਿੰਘ ਦੇ ਧੜ ਦੇ ਉੱਤੇ ਲੱਗਾ ਤੇ ਉਹ ਅਸਲ ਦੇ ਵਿੱਚ ਬੰਦਾ ਹੈ ਕਿਹੜਾ ਵਾ ਧਰਮ ਸਿੰਘ ਉਹਨੂੰ ਕਵਾਂਗੇ ਕਿ ਉਹਨੂੰ ਦਇਆ ਸਿੰਘ ਆਖਾਂਗੇ ਉਹਨੇ ਜਦੋਂ ਜਾਣਾ ਕਿਹੜੇ ਘਰ ਦੇ ਵਿੱਚ ਜਾਣਾ ਆਖਿਰਕਾਰ ਉਹਨਾਂ ਦੇ ਪਰਿਵਾਰ ਹੋਣਗੇ ਉਹਨਾਂ ਦੀਆਂ ਘਰ ਵਾਲੀਆਂ ਹੋਣਗੀਆਂ ਉਹਨਾਂ ਦੇ ਸਰੀਰਕ ਸੰਬੰਧ ਵੀ ਆਪਣੇ ਗਾਂਹ ਬਣੇ ਹੋਣਗੇ ਵੀ ਅਸੀਂ ਤੇ ਪੰਜਾਂ ਪਿਆਰਿਆਂ ਤੋਂ ਪਹਿਲਾਂ ਉੱਥੇ ਕੁਰਾਤਾ ਕਰਾਈ ਜਾ ਰਹੇ ਹਾਂ ਵੀ ਸਿਰ ਕਿਸੇ ਹੋਰ ਦਾ ਧੜ ਕਿਸੇ ਹੋਰ ਦਾ ਕਿਹੜੇ ਘਰ ਦੇ ਵਿੱਚ ਹੋ ਗਿਆ ਨਹੀਂ ਹੁਣ ਵਾਲਾ ਦਿਮਾਗ ਅੱਖਾਂ ਮੂੰਹ ਉਹ ਜਾਣੀ ਸੁਣਨੇ ਦੀ ਸ਼ਕਤੀ ਦੇਖਣ ਦੀ ਸ਼ਕਤੀ ਫਿਰ ਵਿਸ਼ਲੇਸ਼ਣ ਕਰਨਾ ਫਿਰ ਮੂੰਹ ਬੋਲਣਾ ਬਿਲਕੁਲ ਉਹ ਤਾਂ ਹੈਗਾ ਇੱਕ ਦਾ ਬਿਲਕੁਲ ਹੁਣ ਉਹ ਦੇਖ ਕੇ ਸਰੀਰ ਸਾਰਾ ਕੁਛ ਕਰਕੇ ਹੁਣ ਜਦੋਂ ਜੇ ਮੰਨ ਲਓ ਧਰਮ ਸਿੰਘ ਦਾ ਧਾੜਿਆ ਇੱਕ ਹਰਨੇਕ ਸਿੰਘ ਦਾ ਧਾੜਿਆ ਉਹ ਤੇ ਜਿਹੜਾ ਉਤਲਾ ਪਾਸਾ ਹੈਗਾ ਹੋਰ ਕਿਸੇ ਦਾ ਹੁਣ ਉਹ ਜਦੋਂ ਜੇ ਮੰਨ ਲਓ ਮੇਰੇ ਮੂੰਹ ਦੇ ਉੱਤੇ ਧੜ ਕਿਸੇ ਹੋਰ ਦਾ ਨਾਲ ਲੱਗਾ ਆ ਜਦੋਂ ਮੈਂ ਪ੍ਰਭਜੀਤ ਨੂੰ ਦੇਖੂੰਗਾ ਤਾਂ ਮੈਂ ਪ੍ਰਭਜੀਤ ਕਹੂੰਗਾ ਜੇ ਕਿਸੇ ਹੋਰ ਦੀ ਵਾਈਫ ਨੂੰ ਦੇਖੂੰਗਾ ਮੈਂ ਭੈਣ ਜੀ ਕਹੂੰਗਾ ਉਹ ਤਾਂ ਮੇਰੇ ਮੂੰਹ ਨੇ ਬੋਲਣਾ ਨਾ ਦਿਮਾਗ ਨੇ ਐਨਾਲਿਸਿਸ ਕਰਨਾ ਬਿਲਕੁਲ ਹੁਣ ਜਦੋਂ ਧੜ ਮੇਰਾ ਆ ਧੜ ਕਿਸੇ ਹੋਰ ਦਾ ਤੇ ਉੱਤਿਓਂ ਬੋਲਣੇ ਵਾਲਾ ਪੱਖ ਜਿਹੜਾ ਹਿੱਸਾ ਮੇਰਾ ਆ ਹੁਣ ਮੈਂ ਚਲਾ ਗਿਆ ਜਾਣੀ ਜਿਹੜਾ ਜਿਹਦਾ ਜਿਹਦਾ ਮੂੰਹ ਆ ਉਹਨਾਂ ਦੇ ਘਰ ਆਪਣੇ ਹੁਣ ਪ੍ਰਭਜੀਤ ਦੇ ਹੁਣ ਉਹਨੂੰ ਮੈਂ ਮੂੰਹੋਂ ਤਾਂ ਉਹ ਕਹਿ ਰਿਹਾ ਪਰ ਜਦੋਂ ਸਰੀਰ ਦੇਖਿਆ ਸਰੀਰ ਨੇ ਦੇਖਣਾ ਬਿਲਕੁਲ ਉਹ ਤਾਂ ਕਿਸੇ ਹੋਰ ਦਾ ਹੀ ਹੋਣਾ ਆ ਕੱਦ ਕਿੰਨਾ ਫਰਕ ਪੈ ਗਿਆ ਹੋਣਾ ਆਪਾਂ ਬੜੇ ਡਿਟੇਲ ਦੇ ਵਿੱਚ ਆਹ ਗੱਲ ਕੀਤੀ ਹੈ ਇੱਥੇ ਵੀ ਉਹ
ਇਹਦੀ ਪ੍ਰੈਕਟੀਕਲ ਹੋ ਕਲਟੀ ਹੋ ਕਿੱਦਾਂ ਸਕਦੀ ਹੈ? ਹਾਲਾਂਕਿ ਜਿਹੜੀ ਜਿਹੜਾ ਜਿਹੜਾ ਜੁੜਨਾ ਹੈ ਨਾ ਬ੍ਰੇਨ ਵਾਲਾ ਪੱਖ, ਕਿਉਂਕਿ ਜਾਣੀ ਹਾਰਟ ਨੇ ਤਾਂ ਪੰਪ ਕਰਕੇ ਬਲੱਡ ਮਾਰਿਆ, ਹੁਣ ਬ੍ਰੇਨ ਨੇ ਬ੍ਰੇਨ ਸਾਰੇ ਕੁਛ ਨੂੰ ਕੰਟਰੋਲ ਕਰ ਰਿਹਾ ਹੈ। ਇਹਦਾ ਮਤਲਬ ਜਦੋਂ ਤੁਹਾਡੇ ਸਰੀਰ ਦੀ ਕੋਈ ਨਾੜ ਕੱਟੀ ਜਾਂਦੀ ਕੁਛ ਹੁੰਦਾ, ਅਗਲੇ ਕਹਿੰਦੇ ਵੀ ਇਹ ਹਿੱਸਾ ਬੜਾ ਸੈਂਸਿਟਿਵ ਆ ਜੀ, ਤੇ ਇਹ ਇਹ ਜੇ ਇਹ ਠੀਕ ਹੋ ਵੀ ਗਿਆ ਤੇ ਫੀਲਿੰਗ ਨਹੀਂ ਬਣਨੀ। ਬਿਲਕੁਲ ਠੀਕ ਆ। ਮੈਂ ਸ਼ਾਇਦ ਮੇਰੀਆਂ ਉਂਗਲਾਂ ਦੇ ਕੁਛ ਹਿੱਸੇ ਆ ਜਿਹੜੀ ਸਾਰੀ ਉਮਰ ਮੁੜ ਕੇ ਉਹ ਟੱਚ ਮੈਨੂੰ ਫੀਲ ਨਾ ਹੋਵੇ ਜਾਣੀ। ਬਿਲਕੁਲ। ਓਕੇ, ਹੁਣ ਜੇ ਉਹ ਹੱਥ ਇਹ ਨਾੜਾਂ ਇੱਥੇ ਆ ਕੇ ਇੰਨੀਆਂ ਇੰਪੋਰਟੈਂਟ ਆ, ਤਾਂ ਜਿੱਥੋਂ ਸਰੀਰ ਸਿਰ ਨਾਲ ਜੁੜਦਾ ਆ ਆਹ ਜਿਹੜਾ ਹਿੱਸਾ, ਉਹ ਆਪਸ ਵਿੱਚ ਹੀ ਕਨੈਕਟ ਕਰਨਾ, ਇੱਦਾਂ ਉਹ ਉਹਨਾਂ ਨੂੰ ਸਾਰੀਆਂ ਨੂੰ ਥਾਂ ਸਿਰ ਜੋੜਨਾ ਵੀ ਉਨੀ ਸਪਲਾਈ ਹੁੰਦੀ ਹੋਵੇ, ਪਤਾ ਨਹੀਂ ਇਹਨਾਂ ਦਾ ਜਾਣੀ। ਇਹਨੂੰ ਕਹਿੰਦੇ ਵੀ ਮੰਨੋ ਤੁਸੀਂ, ਇਹਨੂੰ ਕਹਿੰਦੇ ਵੀ ਇਹ ਕਰਾਮਾਤਾਂ ਹੈ, ਇਹਨਾਂ ਤੇ ਸਵਾਲ ਨਾ ਕਰੋ, ਇਹਨਾਂ ਦੇ ਉੱਤੇ ਸਵਾਲ ਕਰੋਗੇ ਤੇ ਨੱਕ ਦੇ ਨਾਲ ਲਕੀਰਾਂ। ਤੁਸੀਂ ਉਹ ਗੁਰਬਾਣੀ ਪਾਠ ਦਰਪਣ ਪੜੋ ਨਾ ਜਦੋਂ, ਉਹਦੇ ਵਿੱਚ ਤਾਂ ਗੁਰਬਚਨ ਸਿੰਘ ਭਿੰਡਰਾਂਵਾਲੇ ਨੇ ਹੋਰ ਹੀ ਗੱਲ ਲਿਖੀ ਹੋਈ ਹੈ। ਉਹ ਕਹਿੰਦੇ ਵੀ ਧੜਾਂ ਦੇ ਉੱਤੇ ਨਵੇਂ ਸਿਰ ਪੈਦਾ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ। ਵੀ ਨਵੇਂ ਸਿਰ ਹੀ ਪੈਦਾ ਹੋ ਗਏ ਜਿੱਦਾਂ ਉਹਨਾਂ ਤੋਂ ਧੜਾਂ ਦੇ ਉੱਤੇ ਜਿਹੜੇ ਹੈਗੇ। ਇਹ 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 ਉਹਨਾਂ ਦੀ ਬੁੱਕ ਦੇ ਵਿੱਚ ਉਸ ਕਿਤਾਬ ਦੇ ਵਿੱਚ ਉਹਨਾਂ ਲਿਖਿਆ ਹੋਇਆ ਇਸ ਤਰੀਕੇ ਤੇ। ਮੈਂ ਉਹ ਸੋਚਦਾ ਸੀਗਾ ਵੀ ਇਹਨੂੰ ਉਦੋਂ ਕਿਹਨੂੰ ਟਕਸਾਲ ਦੱਸਦੀ ਨੀ ਲੱਗੇ ਜਾ ਕੇ ਕਰੇ ਚੈਲੰਜ ਉਹਨਾਂ ਨੂੰ। ਲੈਕਚਰ ਦੇ ਵਿੱਚ ਇਹਨੇ ਉਹ ਪ੍ਰਸੰਗ ਸੁਣਾਏ ਆ ਦੂਜੇ ਚਮਕੌਰ ਦੀ ਗੜੀ ਦੇ, ਉਹ ਚ ਫਿਰ ਜੋਗੀ ਅੱਲਾ ਯਾਰ ਖਾਂ ਦੇ ਹਵਾਲੇ ਦਿੰਦਾ ਹੁੰਦਾ ਜਿਸ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ। ਹੁਣ ਸੰਤੋਖ ਸਿੰਘ ਜਿਹੜਾ ਕਰਾਮਾਤਾਂ ਦੀ ਗੱਲ ਕਰਦਾ ਵਾ, ਜੋ ਮੱਠ ਸ਼ੇਰੋ ਵਾਲੇ ਨੇ ਆਖਿਆ ਨਾ ਵੀ ਜੇ ਉਹ ਕਰਾਮਾਤਾਂ ਹੁੰਦੀਆਂ ਤੇ ਵੀ ਗੁਰੂ ਸਾਹਿਬ ਦੇ ਪੁੱਤ ਜਿਹੜੇ ਸ਼ਹੀਦ ਨਾ ਹੀ ਸੀ ਹੋਣੇ, ਕੁਛ ਏਦਾਂ ਹੀ ਲਿਖਿਆ ਨਾ ਉਹਨਾਂ ਨੇ। ਔਰ ਸੰਤੋਖ ਸਿੰਘ ਨੇ ਜੇ ਕਰਾਮਾਤਾਂ ਨੂੰ ਮੰਨਿਆ ਤਾਂ ਉਹਨੇ ਲਿਖਿਆ ਵੀ ਇਸੇ ਤਰੀਕੇ ਦੇ ਨਾਲ ਆ, ਚਮਕੌਰ ਦੀ ਗੜੀ ਦੇ ਵਿੱਚ ਲਿਖਿਆ ਵੀ ਸਾਹਿਬਜ਼ਾਦੇ ਸ਼ਹੀਦ ਨਹੀਂ ਹੋਏ। ਜੇ ਅਜੀਤ ਸਿੰਘ ਦੀ ਗੱਲ ਆਈ ਆ, ਮੈਂ ਇੱਥੇ ਪੰਕਤੀਆਂ ਲਿਖੀਆਂ ਸੀਗੀਆਂ ਉਹਦੀਆਂ ਅਜੀਤ ਸਿੰਘ ਵਾਲੀਆਂ, ਵੀ ਇਮਕੀਨ ਯੁੱਧ ਗਨ ਸ਼ਤਰ ਹੱਥ ਲੋਪ ਭਏ ਤਤਕਾਲ, ਸਭ ਦਿਖਤ ਅਚੰਭੇ ਹੋਏ ਰਹੇ, ਕਹਾਂ ਗਇਓ ਕਿਤ ਛਪਿਓ ਹਨ। ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਬਹੁਤ ਜ਼ਿਆਦਾ ਸ਼ਤਰੂਆਂ ਨੂੰ ਵੈਰੀਆਂ ਨੂੰ ਮਾਰ ਦਿੱਤਾ ਤੇ ਜਦੋਂ ਹਰੇਕ ਪਾਸੇ ਉਹਨਾਂ ਨੂੰ ਘੇਰਾ ਪੈ ਗਿਆ, ਜਿਹੜੇ ਉਹਨਾਂ ਦੇ ਤੀਰ ਮੁੱਕ ਗਏ, ਤਲਵਾਰ ਟੁੱਟ ਗਈ, ਉਹ ਖੰਜਰ ਵੀ ਜਿਹੜਾ ਹੈਗਾ ਕਿਸੇ ਦੀ ਛਾਤੀ ਦੇ ਵਿੱਚ ਮਾਰਿਆ ਤੇ ਉੱਥੇ ਖੁੱਭਾ ਰਹਿ ਗਿਆ, ਜਦੋਂ ਤਾਂ ਆਲੇ ਦੁਆਲੇ ਜਦੋਂ ਘੇਰਾ ਪੈ ਗਿਆ ਬਹੁਤ ਜ਼ਿਆਦਾ, ਕੋਈ ਉਹਨਾਂ ਦੇ ਕੋਲ ਰਸਤਾ ਬਾਕੀ ਨਾ ਬਚਿਆ। ਸੰਤੋਖ ਸਿੰਘ ਕਹਿੰਦਾ ਵੀ ਸਾਹਿਬਜ਼ਾਦਾ ਅਜੀਤ ਸਿੰਘ ਉੱਥੋਂ ਅਲੋਪ ਹੋ ਗਏ, ਦਿਸਣੋਂ ਹੀ ਹਟ ਗਏ। ਕਹਿੰਦੇ ਸਭ ਦਿਖਤ ਅਚੰਭੇ ਹੋਏ ਰਹੇ, ਕਹਾਂ ਗਏ ਕਿਤ ਛਪਿਓ ਹਨ। ਵੀ ਸਾਹਿਬਜ਼ਾਦਾ ਅਜੀਤ ਸਿੰਘ ਕਿਸੇ ਨੂੰ ਦਿਸੇ ਹੀ ਨਹੀਂ, ਉਹ ਰਣ ਭੂਮੀ ਦੇ ਵਿੱਚੋਂ ਅਲੋਪ ਹੋ ਗਏ। ਕੇਵਲ ਸਾਹਿਬਜ਼ਾਦਾ ਅਜੀਤ ਸਿੰਘ ਹੀ ਨਹੀਂ ਬਲਕਿ ਸਾਹਿਬਜ਼ਾਦਾ ਜੋਰਾਵਰ ਸਿੰਘ ਵੀ, ਕਿਉਂਕਿ ਆਪਾਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਜੁਝਾਰ ਸਿੰਘ ਦੀ ਜਗ੍ਹਾ ਤੇ ਸੰਤੋਖ ਸਿੰਘ ਨੇ ਜੋਰਾਵਰ ਦੀ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਕੀਤਾ ਉਹਨਾਂ ਨੇ, ਉਹਨਾਂ ਵਾਸਤੇ ਉਹ ਦੂਸਰਾ ਸਾਹਿਬਜ਼ਾਦਾ ਜੋਰਾਵਰ ਸਿੰਘ ਹੈ। ਜੁਝਾਰ ਸਿੰਘ ਤੇ ਫਤਿਹ ਸਿੰਘ ਦੀ ਉਹ ਸਰਹੰਦ ਦੇ ਵਿੱਚ ਗੱਲ ਕਰਦਾ ਹੈ ਵੀ ਦੋਨੋਂ ਉਹ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਨਹੀਂ ਹੋਏ, ਜਿਸ ਵੇਲੇ ਉਹਨਾਂ ਨੂੰ ਘੇਰਾ ਪੈ ਗਿਆ ਉਸ ਵੇਲੇ ਦੋਨੋਂ ਸਾਹਿਬਜ਼ਾਦੇ ਜਿਹੜੇ ਸੀ ਉੱਥੋਂ ਅਲੋਪ ਹੋ ਗਏ। ਜੇ ਸੰਤੋਖ ਸਿੰਘ ਕਰਾਮਾਤਾਂ ਦੀ ਗੱਲ ਕਰਦਾ ਉਹ ਤੇ ਕਰਾਮਾਤਾਂ ਨੂੰ ਮੰਨਦਾ ਹੀ ਇਸੇ ਤਰੀਕੇ ਦੇ ਨਾਲ ਵੀ ਸਾਹਿਬਜ਼ਾਦੇ ਸ਼ਹੀਦ ਨਹੀਂ। ਘਟਨਾ ਨੂੰ ਵੀ ਫਿਰ ਤਾਂ ਗੱਲ ਕੋਈ ਇਹਦਾ ਮਤਲਬ ਜਿਹੜਾ ਮੱਟ ਸ਼ੇਰੋਂ ਵਾਲੇ ਦਾ ਸਵਾਲ ਆ ਉਹ ਤੁਹਾਡੀਆਂ ਕਈਆਂ ਗੱਲਾਂ ਤੇ ਆ। ਬਿਲਕੁਲ ਬਿਲਕੁਲ, ਕਿਉਂਕਿ ਇਤਿਹਾਸ ਨੇ ਤਾਂ ਲਿਖਿਆ ਹੀ ਇਹ ਵੀ ਕਰਾਮਾਤ ਹੋਈ ਹੈ। ਅਸੀਂ ਸ਼ੇਰੋਂ ਵਾਲੇ ਨੂੰ ਅਸੀਂ ਚੈਲੰਜ ਕਰਦੇ ਹਾਂ, ਉਹਨੂੰ ਠੋਕਵਾਂ ਜਵਾਬ ਦਿੰਦੇ ਹਾਂ, ਤੁਸੀਂ ਤਾਂ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਜਿੰਨੇ ਫੱਟ ਲੱਗੇ ਉਹਨਾਂ ਦੀ ਗਿਣਤੀ ਵੀ ਆਪਣੇ ਲੈਕਚਰਾਂ ਦੇ ਵਿੱਚ ਦੱਸਦੇ ਹਾਂ ਤੁਸੀਂ, ਕਦੀ 400 ਕਹਿੰਦੇ ਆ, ਕਦੀ 700 ਕਹਿੰਦੇ ਆ, ਕਦੀ 375, ਕਦੀ ਕੋਈ ਗਿਣਤੀ, ਕਦੀ ਕੋਈ ਗਿਣਤੀ ਤੁਸੀਂ ਦੱਸਦੇ ਆ। ਜਦਕਿ ਉਹ ਸੰਤੋਖ ਸਿੰਘ ਤੇ ਉਹ ਲਿਖਦਾ ਪਿਆ ਜਿਹੜਾ ਕਰਾਮਾਤਾਂ ਨੂੰ ਮੰਨਦਾ ਪਿਆ ਵੀ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਨੀ, ਅਲੋਪ ਹੋ ਗਏ। ਔਰ ਦੇਖੋ ਤੁਸੀਂ ਜੇ
संतोख सिंह दे सूरज प्रकाश दे विचों ना ये दोवें अध्याय पढ़ोगे तो हम जिन्हें ने भी साहबजादे की जीवनी लिखी होनी है उत्थे सरलेख बाबा जीत सिंह की शहीदी बाबा जुझार सिंह की शहीदी इस तरीके दे नाल प्रसंग लिखे हुए हैं उन्होंने सरलेख विच भी इदां लिखिया भी साहबजादा अजीत सिंह दा युद्ध साहबजादा जोरावर सिंह दा युद्ध यानी कि शहीदी का जिक्र किधरे किया ही नहीं होया और जिन्होंने इहदी व्याख्या की है भाई वीर सिंह भाई वीर सिंह दे कोलों भी यह गल नहीं उत्थे लिख होई भी यह संतोख सिंह ने गलत लिखा भाई वीर सिंह ने इन्ना जरूर लिखा उत्थे बल्कि इसे गल की उन्होंने एक किस्म की आपां हमायत की उन्होंने लिखा वा भी जदों वो लिखा ना लोप पए तत्काल भी साहबजादा अजीत सिंह अलोप हो गए वो कहिंदे भी इहदा मतलब वह किधरे लुके नहीं इहदा मतलब यह आ भी उन्होंने अपना शरीर जिहड़ा वैरियां दे हाथ नहीं आउण दित्ता भी वैरी किधरे मेरे शरीर की बेअदबी ना कर बल्कि वह जिहड़ा जिद्दां कहिंदे भी अगली पंक्तियों विच लिखिया भी वह हरी दे धाम चले गए जाने कि उत्थों अलोप हो गए वह सचखंड चले इस तरीके दे नाल बाबा जोरावर सिंह दूसरे साहबजादे जिहड़े वड्डे आ भी इस गल के संबंध में भाई वीर सिंह ने भी उत्थे इन्ना लिखण का हौसला नहीं किया भी उत्थे साहबजादे लड़ के शहीद हो वैरिया ने उन्होंने गुरु गोबिंद सिंह दी अखां दे एक पासे ते सी कहिंदे भी गुरु साहब ने जकारा छड़िया जदों पुत्तर साहबजादे नूं शहीद हुंदिआं देखिआ एक पासे वह जोगी अल्लाह यार खां दे असीं हवाले दिंदे आ भी गुरु साहब ने आख्या भी हम आंख से बाशी तुझे खाते हुए देखे भी साड़ी तमन्ना भी असी अपने अखां दे नाल तैनू अपनी छाती दे उत्ते वर्षे दा वार खांदिया होया तैनू शहीद हुंदिआं होया तकीए साड़ी इह खाहिश जिहड़ी है पूरी कर एक पासे असी उह प्रसंग सुणाउणे दूसरे पासे उहनां ग्रंथां नूं असी पूजदे पए जिहड़े ग्रंथ कहिंदे भी साहिबजादे शहीद नहीं होए कदीआं उहनां ग्रंथां नूं प्रचारन वालिआं नूं जिहड़ा हैगा असी कदी चैलेंज नहीं कीता यूट्यूब दे उत्ते अपने उहदी जिहड़ा हैगा शेर सिंह ज्ञानी शेर सिंह अंबाले वाले उहनां दी कथा कीती होई पई है इहनां इस प्रसंग दी एक होर मैं थानू मैं देखदा मैनू वो लभनी पैनी आ मैं थानू क्लिप भेजदा उहदे च इंटरव्यू हो रही है ते वो पुछदा आ जर्नलिस्ट उहनू बंदे नू आही करामातां दी गल चलदी आ सॉरी वह बंदा कानू आ इहदा वकील जिहड़ा थारा किहड़ा आ उहदा अमृतपाल दा वकील की उह जिहड़ा राजदेव समथिंग इहदा दा नाम नहीं नहीं इह वी उहदा ही आ अठारह अठारह करके आ काफ़ी हैगा मुन्ना उदा देसी जो पग अमली जहा लगता उदा पर हैगा पिछों किताबा एडा एडा ढेर लाया इंटरव्यू देंदे ने उन्हें एक मिनट एक होर भी है ना कोई राजदेव राजदेव सिंह खालसा वह पहला जिहड़ा आर एस एस चला गया आ अमृतपाल सिंह का वकील है वैसे ओ भी है ते ए भी है नाल नाल कईआं दे फ्री केस लड़े आ दो तीन जणे बैठे हुंदे आ जिहदा बड़े इदां जिहदा डरामे वाले नाटक नहीं हाय मैनूं किद्दां गल समझाओ थोड़ी जी वी किद्दां वी आर एस एस दा वकील अमृतपाल दा केस लड़दा ओ फिर ओ कोई लोकेशन पे थोड़ो बहुत असीं इदां मन्नी जाने आ जाणी हुण साडे उदां ही साडे बंदिआं नूं है ही नहीं तुसीं बादलां नूं भाजपा दे नाल समीकरण जिहड़े आ जे किसे बंदे नूं कल्ले नूं खड़े करके तुसीं दो मिंट पुछदे पिआ आह गल मैनूं समझा अच्छा एक गल होर थोड़ी मैं ऐड कर देवां इत्थे तुसीं अपनी गल याद रखिओ जिहड़ी तुसीं ओह करनी उहदे वकील दी पिछे जाए जदों हरदीप निज्जर दा अपने कतल होया सरी दे विच हांजी ते तो बाद अपने जेड़ा अमेरिका दे विच आ पन्नू ओदे कतल दा भी रौला पिया भी जेड़ी गवर्नमेंट आ उहने सिफारिश दित्ती आ उहनूं धमकी मिली हांजी मारना चाहुंदे आ हांजी उस वेले कनेडा अमेरिका दे विच क्योंकि कहिंदे सीगे भी कनेडा वाली गवर्नमेंट जेड़ी हैगी आ उहने इह इल्जाम लगाए आ अमेरिका वालिआं ने सबूत दित्ते आ और कनेडा दे विच भी अमेरिका दे विच भी और उदां भी अक्सर ही चाहे जून दा महीना आ गया चाहे 15 अगस्त जां होर कोई दिन इदां दे आउंदे आ जिन्ने हाई कमिशन वाले उत्थे जाके रोस मुजहरा करदे आ हूं
ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਭੰਨ ਤੋੜ ਵੀ ਕਈ ਵਾਰ ਕਰ ਦਿੰਦੇ ਆ ਜਾਂ ਝੰਡਾ ਵੀ ਲਾ ਦਿੰਦੇ ਇੰਡੀਆ ਦਾ ਹਾਂ ਸਰ ਇੰਗਲੈਂਡ ਦੇ ਵਿੱਚ ਉਹਨਾਂ ਨੇ ਉੱਥੋਂ ਝੰਡਾ ਵੀ ਲਾ ਦਿੱਤਾ ਸੀ ਅੱਛਾ ਤੇ ਦੂਸਰੇ ਪਾਸੇ ਅਮਰੀਕਾ ਦਾ ਅਮਰੀਕਾ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਦੀ ਜੋਬ ਦੇ ਉੱਤੇ ਸੀਗਾ ਤਰਨਜੀਤ ਸਿੰਘ ਸੰਧੂ ਨਾਂ ਤੁਸੀਂ ਸੁਣਿਆ ਹੋਣਾ ਇੰਡੀਅਨ ਹਾਈ ਕਮਿਸ਼ਨ ਔਰ ਉਹਦਾ ਖਾਨਦਾਨ ਪਤਾ ਕਿਹੜਾ ਵਾ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਆ ਮੇਰਾ ਖਿਆਲ ਆ ਪੋਤਾ ਜਾਂ ਪੋਤਾ ਹੀ ਆ ਸ਼ਾਇਦ ਵਾਹ ਵਾਹ ਕੀ ਬਾਤ ਆ ਕੀ ਬਾਤ ਤੇਜਾ ਸਿੰਘ ਜਿਹਨਾਂ ਦੇ ਸ਼ਹੀਦੀ ਵੀ ਹੋਈ ਆ ਜਿਹਨਾਂ ਦਾ ਬੜਾ ਖਾਨਦਾਨ ਪੰਥਕ ਮੰਨਿਆ ਗਿਆ ਪੰਥਕ ਖਾਨਦਾਨ ਉਹ ਇੰਡੀਅਨ ਹਾਈ ਕਮਿਸ਼ਨ ਅਮਰੀਕਾ ਦੇ ਵਿੱਚ ਰਿਹਾ ਵਾ ਜਿੱਦਾਂ ਇੱਥੋਂ ਰਿਟਾਇਰ ਹੋ ਕੇ ਉਹ ਇੰਡੀਆ 'ਚ ਗਿਆ ਇੰਡੀਆ ਜਾ ਕੇ ਉਹ ਅੰਮ੍ਰਿਤਸਰ ਤੋਂ ਭਾਜਪਾ ਦਾ ਉਮੀਦਵਾਰ ਆ ਭਾਜਪਾ ਨੇ ਉਹਨੂੰ ਆਪਣਾ ਉਮੀਦਵਾਰ ਜਿਹੜਾ ਹੈਗਾ ਐਲਾਨ ਕਰ ਦਿੱਤਾ ਉਹਨੂੰ ਔਰ ਆਪਣੀ ਇਲੈਕਸ਼ਨ ਕੰਪੇਨ ਸ਼ੁਰੂ ਕਰਨ ਵਾਸਤੇ ਸਭ ਤੋਂ ਪਹਿਲਾਂ ਉਹ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਜਾ ਕੇ ਮਿਲ ਕੇ ਦਮਦਮੀ ਟਕਸਾਲ 'ਚ ਜਾ ਕੇ ਉਹਨਾਂ ਤੋਂ ਜਾ ਕੇ ਆਸ਼ੀਰਵਾਦ ਲੈ ਕੇ ਆਇਆ ਤੇ ਬਾਬਾ ਹਰਨਾਮ ਸਿੰਘ ਧੁੰਮਾ ਉਹ ਆ ਜਿਹੜੇ ਅੰਮ੍ਰਿਤਸਰ ਮੋਰਚੇ ਜਾ ਕੇ ਉੱਥੇ ਮੋਦੀ ਨੂੰ ਅਮਿਤ ਸ਼ਾਹ ਵਰਗੇ ਨੂੰ ਲਲਕਾਰ ਮਾਰਦੇ ਪਏ ਵੀ ਸਿੰਘਾਂ ਨੂੰ ਰਿਹਾ ਕਰੋ ਸਿੰਘਾਂ ਦੀ ਜਿਹਨਾਂ ਤਵੀਲ ਬਾਬਾ ਦੀਪ ਸਿੰਘ ਦੀ ਥਾਂ ਬੈਠੇ ਆ ਜਿਹਨੂੰ ਕਹਿੰਦੇ ਆ ਵੀ ਨਹੀਂ ਤਾਂ ਉਹ ਜਿਹੜਾ ਆਇਆ ਸੀਗਾ ਜਿਹੜੇ ਕਲਿੱਪ ਆਏ ਸੀਗੇ ਉੱਥੇ ਕਿੱਦਾਂ ਲਿਖਿਆ ਹੋਇਆ ਸੀਗਾ ਵੀ ਬੜੇ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਬਾਬੇ ਧੁੰਮੇ ਨੇ ਸਰਕਾਰ ਤੇ ਭਾਜਪਾ ਦੇ ਉਮੀਦਵਾਰ ਨੂੰ ਆਸ਼ੀਰਵਾਦ ਦੇ ਕੇ ਜਿਹੜਾ ਹੈਗਾ ਅੰਮ੍ਰਿਤਸਰ ਤੋਂ ਲੜਾ ਰਹੇ ਨਹੀਂ 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 ਅਸੀਂ ਜੋੜ ਘਟਾਓ ਜਿਹੜਾ ਨਾ ਜਿਹਨੂੰ ਗਿਆਨੀ ਜੀ ਦੇਖੋ ਇੱਕ ਨਾ ਪਿੱਛੇ ਇੱਕ ਵੀਡੀਓ ਕਲਿੱਪ ਘੁੰਮਦਾ ਸੀ ਨਿਆਣਾ ਸੀ ਨਿੱਕਾ ਜਿਹਾ ਉਹ ਇੱਕ ਦੋ ਪੜ੍ਹਦਾ ਸੀ ਉਹ ਜਾਣੀ ਜਿੱਦਾਂ ਨਾ ਵੀ ਕਾਟ ਬਾਟ ਤਰੇਟ ਇੱਕ ਲੈਨ ਇਹ ਆ ਇੱਕ ਚੌਥ ਬਹੁਤ ਵਾਇਰਲ ਹੋਈ ਸੀ ਕਲਿੱਪ ਉਹ ਜਾਣੀ ਉਹ 65-67 ਤੇ ਪਹੁੰਚ ਕੇ ਫਿਰ 35-37-39 ਪਤਾ ਨੀ 38 ਉਹ 38 ਸਾਡੀ ਕੌਮ ਜਿਹੜੀ ਹੈਗੀ ਵੀ ਇਹਨਾਂ ਤੋਂ ਆਸ ਲਗਾ ਕੇ ਬੈਠੀ ਹੈ ਵੀ ਇਹ ਸਾਡਾ ਬੇੜਾ ਬੰਨੇ ਲਾਉਣਗੇ ਜਦੋਂ ਨਾ 37 ਤੋਂ ਬਾਅਦ 38 ਕਹਿੰਦਾ ਪੱਕਾ ਇਹ ਪੱਕਾ ਸਿੱਖਾਂ ਦਾ ਯੋਧਾ ਬਣ ਸਕਦਾ ਜਾਣੀ ਦੇਖੋ ਜਿਹਨੂੰ ਇੱਕ ਦੋ ਨਹੀਂ ਆ ਰਿਹਾ ਤੁਸੀਂ ਸੋਚਦੇ ਉਹਨੂੰ ਜੋੜ ਕਰਨਾ ਆ ਜਾਊਗਾ ਹੁਣ ਜਿਹਨੂੰ ਜੋੜ ਨਹੀਂ ਆਉਂਦਾ ਉਹਨੂੰ ਘਟਾਓ ਵੀ ਨਹੀਂ ਆਉਣਾ ਫਿਰ ਗੁਣਾ ਤਾਂ ਬਿਲਕੁਲ ਹੀ ਨਹੀਂ ਆਉਣੀ ਹੁਣ ਇਹ ਇਹ ਘਟਨਾਵਾਂ ਨੂੰ ਜੋੜਨਾ ਘਟਨਾਵਾਂ ਨੂੰ ਮਾਈਨਸ ਕਰਨਾ ਘਟਨਾਵਾਂ ਨੂੰ ਗੁਣਾ ਕਰਨਾ ਉਹ ਜਿਹੜਾ ਮੈਥ ਆ ਨਾ ਇਹ ਤਾਂ ਇੰਨਾ ਜ਼ਰੂਰੀ ਆ ਤੁਹਾਨੂੰ ਹਰ ਇੱਕ ਦੇ ਵਿੱਚ ਹਰ ਜੋ ਵੀ ਤੁਸੀਂ ਕਰਨਾ ਜ਼ਿੰਦਗੀ 'ਚ ਬਿਲਕੁਲ ਬਿਲਕੁਲ ਠੀਕ ਹੈ ਉਹਦੇ ਨਾਲ ਤੁਹਾਨੂੰ ਘਟਨਾਵਾਂ ਦੇ ਬਾਰੇ ਅੰਦਾਜ਼ਾ ਲੱਗਦਾ ਆ ਸਾਡਿਆਂ ਦੇ ਅਸਤਨਾਮ ਵੀਰ ਨੇ ਮੈਸੇਜ ਭੇਜਿਆ ਮੌਂਟਰੀਅਲ ਨੇ ਕਹਿੰਦਾ ਵੀ ਜਿਹੜੀ ਜਿੱਦਾਂ ਗੁਰਬਚਨ ਸਿੰਘ ਕਹਿੰਦਾ ਵੀ ਉਹਦਾ ਸਿਰ ਉਹਦੇ ਸਿਰ ਲਾਤਾ ਜੇ ਕਹਿੰਦਾ ਕਿਤੇ ਇੱਦਾਂ ਦਾ ਸਬੱਬ ਹੋਵੇ ਵੀ ਉਦੋਂ ਕਿ ਇਹਦੇ ਉੱਤੇ ਜਾਣੀ ਧੁੰਮੇ ਦਾ ਸਿਰ ਲੱਗ ਜਾਵੇ ਆ ਵੀ ਜੇ ਹੁਣ ਤੁਸੀਂ ਚੈਲੰਜ ਕਰਦੇ ਵੀ ਕਰਾਮਾਤ ਹੁੰਦੀਆਂ ਫਿਰ ਇੱਦਾਂ ਹੋ ਹੀ ਸਕਦਾ ਫਿਰ ਉਹ ਸਭ ਕੁਛ ਲਈ ਨਾ ਜਿਹੜਾ ਵੀ ਬੰਦਾ ਇਹ ਇੱਦਾਂ ਕਹਿੰਦਾ ਵੀ ਹਿਸਟਰੀ 'ਚ ਆ ਕੁਛ ਹੋਇਆ ਜੇ ਕਿਸੇ ਨੇ ਚਲੋ ਮੰਨ ਲਓ ਜਿੱਦਾਂ ਹੁਣ ਕੋਈ ਬੰਦਾ ਕਹਿੰਦਾ ਵੀ ਪਿਰਾਮਿਡ ਬਣਾ ਦਿੱਤੇ ਵੀ ਨਹੀਂ ਉਦੋਂ ਹੁਣ ਕੋਈ ਬੰਦਾ ਕਹਿੰਦਾ ਯਾਰ ਏਡੇ ਏਡੇ ਬਿਨਾਂ ਕਰੀਨਾ ਤੋਂ ਕਿੱਦਾਂ ਬਣ ਗਏ ਉਹ ਕਹਿੰਦੇ ਚਲੋ ਇਹ ਤਾਂ ਮੰਨਿਆ ਜਾ ਸਕਦਾ ਵੀ ਕਰੀਨਾ ਹੋਣਗੀਆਂ ਜਾਂ ਨਹੀਂ ਪਰ ਪਿਰਾਮਿਡ ਤਾਂ ਤੁਹਾਡੇ ਸਾਹਮਣੇ ਆ ਸਾਹਮਣੇ ਬਣੇ ਹੋਏ ਇਹ ਜੇ ਇਹਦੀ ਮਿਣਤੀ ਭੂਮਾ ਰੇਖਾ ਨਾਲ ਮਿਣ ਕੇ ਦੇਖ ਲਓ ਇਹਨੂੰ ਆਪਸ ਵਿੱਚ ਹੀ ਬਿਲਕੁਲ ਕੋਣ ਸਿੱਧਾ ਬਣਦਾ ਉਹਦਾ ਬਿਲਕੁਲ ਉਹਦੀ ਹਾਈਟ ਦੇਖ ਲਓ ਭਾਰ ਦੇਖ ਲਓ ਤੁਸੀਂ ਲੱਭ ਲਓ ਫਿਰ ਕਿੱਦਾਂ ਹੋਇਆ ਬਿਲਕੁਲ ਹੁਣ ਇਹ ਤੋਂ ਬਿਨਾਂ ਜੇ ਕੋਈ ਬੰਦਾ ਨਾ ਕਿਸੇ ਘਟਨਾ ਬਾਰੇ ਕਹਿੰਦਾ ਜਿਹਦਾ ਸਬੂਤ ਕੋਈ ਨਹੀਂ ਹੈਗਾ ਵੀ ਇੱਦਾਂ ਹੁੰਦੀ ਸੀ ਜਿੱਦਾਂ ਕੋਈ ਬੰਦਾ ਕਹਿੰਦਾ ਵੀ ਸੂਰਜ ਦੀ ਮਾਂ ਨੇ ਜਦੋਂ ਅੰਡਾ ਦੇ ਦਿੱਤਾ ਵੀ ਇੱਦਾਂ ਵੀ ਜਾਣੀ ਔਰਤਾਂ ਦੇ
पेट दे विच्चों इदां ग्रह जमदे सी पे धरती किसी ने जम दिती किसी औरत ने सूरज जम दिता पे ब्रह्मांड इदां बनिया जे को कहिंदा ते उहदे उत्ते सवाल एक ए उठदा पे ए हुणों हटिया कदों गया। बिल्कुल नहीं हाँ नुकता बड़ा वधिया वा जिद्दां हां तुसीं गल करदे आ ना वैसे साइंस ते धर्म दी वी तो आपां गल करदे सीगे क्योंकि साइंस दे विच ना साइंस ने जिहड़े निजम लभे आ मेनू चेता साल डेढ़ साल पहले की गल होनी आ किसी वीर नाल गल होंदी पई सीगी उह पर गल इस संबंध विच ही जुड़दी आ के जिता भी साइंस ने उस आपां कहिंदे भी जदों किसी निजम नूं लभ लिया जांदा भी जदों हुण बिजली लभ ली आ तैयार हो सकता सी पर उन्हें लभ लिया है ना और लभण तो बाद फिर ओहदे विच होर विकास हुंदा गया ये तो हो नहीं सकता भी जिदां दी अज लाइटां चलदियां इदां दियां एडिसन ने तैयार कीतियां होणगियां उस वेले ਉਹਦੇ ਵਿੱਚ ਹੋਰ ਵਿਕਾਸ ਹੁੰਦਾ ਗਿਆ ਹੋਰ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਉਹ ਤੋਂ ਗਾਂ ਦੀ ਗਾਂ ਗਾਂ ਦੀ ਗਾਂ ਖੋਜ ਹੁੰਦੀ ਗਈ ਠੀਕ ਹੈ ਨਾ ਪਰ ਉਹਨੇ ਉਹ ਚੀਜ਼ ਉਹ ਲੱਭ ਲਈ ਆ ਇਹ ਤਾਂ ਨਹੀਂ ਹੋਇਆ ਵੀ ਐਡੀਸਨ ਨੇ ਬਲਬ ਜਗਾਇਆ ਸੀਗਾ ਇੱਕ ਵਾਰੀ ਮੁੜ ਕੇ ਬੰਦ ਹੋ ਗਿਆ ਮੁੜ ਕੇ ਅਗਲੇ ਕਹਿਣ ਤੇ ਪੁਰਾਣੇ ਟਾਈਮ 'ਚ ਹੁੰਦਾ ਸੀ ਹੁਣ ਕੁਦਰਤ 'ਚ ਬਣ ਹੁਣ ਉਹ ਹਟ ਗਈ ਹੈ ਇੱਦਾਂ ਦਾ ਪਿੰਦਰਪਾਲ ਦੀ ਵੀਡੀਓ ਕਲਿੱਪ ਦਾ ਕਿੱਕਰਾਂ ਨੂੰ ਮਠਿਆਈ ਵਾਲਾ ਵੀ ਕਿੱਕਰਾਂ ਨੂੰ ਮਠਿਆਈ ਲੱਗੀ ਜੇ ਤੁਸੀਂ ਕਹਿੰਦੇ ਵੀ ਏਦਾਂ ਦਾ ਕੋਈ ਨਿਯਮ ਹੈਗਾ ਆਪਾਂ ਕਹਿੰਦੇ ਵੀ ਨਿਯਮ ਹੈ ਹੀ ਨਹੀਂ ਕਿੱਕਰਾਂ ਨੂੰ ਮਠਿਆਈ ਨਹੀਂ ਲੱਗਦੀ ਵੀ ਚਲੋ ਜੇ ਕੋਈ ਇੱਦਾਂ ਦਾ ਨਿਯਮ ਹੈਗਾ ਸੀਗਾ ਕਿ ਕਰਨ ਨੂੰ ਮਠਿਆਈ ਲੱਗਦੀ ਸੀ ਗੁਰੂ ਨਾਨਕ ਸਾਹਿਬ ਨੇ ਆਪਾਂ ਕਹੀ ਵੀ ਉਹ ਨਿਯਮ ਲੱਭ ਲਿਆ ਵੀ ਉਹ ਤੋਂ ਬਾਅਦ ਵਿੱਚ ਕਿ ਕਰਨ ਨੂੰ ਮਠਿਆਈ ਲੱਗਣੋਂ ਕਾਹਤੋਂ ਹਟ ਗਈ ਜਿਹੜੀ ਇੱਕ ਵਾਰੀ ਖੋਜ ਕੀਤੀ ਆ ਉਹ ਖੋਜ ਮੁੜ ਕੇ ਹਮੇਸ਼ਾ ਚੱਲਦੀ ਗਈ ਗਾਂ ਦੀ ਗਾਂ ਨਹੀਂ ਬਾਅਦ ਚ ਰੱਬ ਨੇ ਹਲਵਾਈ ਬਣਾ ਤੇ ਨਹੀਂ ਜਿੱਦਾਂ ਤਰੱਕੀ ਹੋਈ ਆ ਜਿੱਦਾਂ ਹਰੇਕ ਚੀਜ਼ ਤਰੱਕੀ ਹੋਈ ਆ ਅੱਜ ਤਾਂ ਚਾਹੀਦਾ ਸੀਗਾ ਵੀ ਕਿੱਕਰਾਂ ਨੂੰ ਮਠਿਆਈਆਂ ਛੱਡ ਕੇ ਪੀਜੇ ਬਰਗਰ ਸਬਵੇ ਸਾਰਾ ਕੁਛ ਲੱਗਣਾ ਚਾਹੀਦਾ ਸੀ ਨਹੀਂ ਚਲੋ ਮੈਂ ਠਾਕਰ ਸਿੰਘ ਦਾ ਚੇਲਾ ਹਾਂ ਤੁਸੀਂ ਮੈਨੂੰ ਪੁੱਛੋ ਸਵਾਲ ਮੈਂ ਦਿੰਦਾ ਜਵਾਬ ਦੱਸੋ ਮੇਰੇ ਕੋਲ ਸਾਰੇ ਜਵਾਬ ਤੁਸੀਂ ਕਹੋ ਜਵਾਬ ਤਾਂ ਉਹਨੇ ਮੈਨੂੰ ਦਿੱਤਾ ਹੁਣ ਜਵਾਬ ਤਾਂ ਹਾਈ ਹੈ ਜਿੱਦਾਂ ਮੈਂ ਗੱਲ ਕੀਤੀ ਵੀ ਐਡੀਸਨ ਨੇ ਬਲਬ ਜਗਾਇਆ ਸੀਗਾ ਆਹੋ ਮੁੜ ਕੇ ਨਹੀਂ ਜਗਿਆ ਵੀ ਹੁਣ ਕੋਈ ਐਡੀਸਨ ਵਰਗਾ ਹੋਊਗਾ ਫੇਰ ਜਗਾਊ ਉਹ ਕਹਿੰਦੇ ਵੀ ਗੁਰੂ ਨਾਨਕ ਕਿੱਕਰਾਂ ਨੂੰ ਮਠਿਆਈ ਲਾ ਸਕਦੇ ਸੀਗੇ ਵੀ ਹੁਣ ਕੋਈ ਗੁਰੂ ਨਾਨਕ ਵਰਗਾ ਹੋਵੇ ਤੇ ਫਿਰ ਕਿੱਕਰਾਂ ਨੂੰ ਮਠਿਆਈ ਹੁਣ ਵੀ ਲੱਗ ਜੂ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਬਾਰੇ ਕੀ ਖਿਆਲ ਆ ਵੀ ਆਨੰਦਪੁਰ ਦਾ ਕਿਲਾ ਅਸੀਂ ਕਹਿੰਦੇ ਵੀ ਭੁੱਖ ਤੋਂ ਦੁੱਖ ਤੋਂ ਤੰਗ ਆ ਕੇ ਗੁਰੂ ਸਾਹਿਬ ਨੂੰ ਆਨੰਦਪੁਰ ਛੱਡਣਾ ਪਿਆ ਹੁਣ ਅਸੀਂ ਗੁਰੂ ਨਾਨਕ ਵਰਗੇ ਅਸੀਂ ਤਾਂ ਨਹੀਂ ਹੋ ਸਕਦੇ ਕਿੱਕਰਾਂ ਨੂੰ ਮਠਿਆਈ ਨਹੀਂ ਲਾ ਸਕਦੇ ਪਰ ਅਸੀਂ ਕਹਿੰਦੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੋਨੋਂ ਇੱਕ ਰੂਪ ਆ ਫਿਰ ਘੱਟੋ ਘੱਟ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਆਨੰਦਪੁਰ ਦੇ ਅੰਦਰ ਰੁੱਖਾਂ ਨੂੰ ਦਰਖਤਾਂ ਨੂੰ ਮਠਿਆਈਆਂ ਲਾਉਣੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਸੂਰਜ ਪ੍ਰਕਾਸ਼ ਨੇ ਕਹਾਣੀ ਤਾਂ ਇਹ ਦਿੱਤੀ ਆ ਵੀ ਸੰਗਤਾਂ ਕਰਤਾਰਪੁਰ ਇਕੱਠੀਆਂ ਹੋਈਆਂ ਹੋਈਆਂ ਤਿੰਨ ਚਾਰ ਦਿਨ ਹੋ ਗਏ ਆ ਮੀਂਹ ਪਈ ਜਾਂਦਾ ਮੀਂਹ ਨਹੀਂ ਹਟਦਾ ਪਿਆ ਸੰਗਤਾਂ ਭੁੱਖੀਆਂ ਬੈਠੀਆਂ ਤੇ ਗੁਰੂ ਸਾਹਿਬ ਨੇ ਸੰਗਤਾਂ ਦੀ ਭੁੱਖ ਮਿਟਾਉਣ ਵਾਸਤੇ ਕੌਂਤਕ ਵਰਤਾ ਦਿੱਤਾ ਯਾਨੀ ਕਿ ਮੀਂਹ ਪਿਆ ਤਿੰਨ ਚਾਰ ਦਿਨ ਕੋਈ ਬੰਦਾ ਉੱਥੇ ਮਰਿਆ ਨਹੀਂ ਹੈਗਾ ਵੀ ਇੰਨੀ ਭਿਆਨਕ ਹਾਲਤ ਹੋ ਗਈ ਹੋਵੇ ਉਹਦੇ ਮੁਕਾਬਲੇ ਦੇ ਉੱਤੇ ਆਨੰਦਪੁਰ ਦੇ ਵਿੱਚ 8 ਮਹੀਨੇ ਹੋ ਗਏ ਕਹਿੰਦੇ ਘੇਰੇ ਪਏ ਹੋਏ ਨੇ ਪਰ ਉੱਥੇ ਮੀਂਹ ਨਹੀਂ ਨਾ ਪਿਆ ਮੀਂਹ ਚ ਮਠਿਆਈ ਲੱਗ ਗਈ ਕਿੰਨੇ ਸਿੱਖ ਜਿਹੜੇ ਹੈਗੇ ਭੁੱਖ ਦੇ ਨਾਲ ਮਰ ਗਏ ਜਾਨਵਰ ਜਿਹੜੇ ਤੜਫ ਕੇ ਮਰ ਗਏ ਇੱਕ ਪਾਸੇ ਤਾਂ ਸਿਰਫ 3 ਦਿਨ ਤੋਂ ਸੰਗਤਾਂ ਭੁੱਖੀਆਂ ਬੈਠੀਆਂ ਤਾਂ ਗੁਰੂ ਸਾਹਿਬ ਕਹਿੰਦੇ ਆ ਵੀ ਕਿੱਕਰਾਂ ਨੂੰ ਹਲਾਓ ਤੇ ਵਿੱਚੋਂ ਮਠਿਆਈ ਡਿੱਗੂਗੀ ਤੇ ਸੰਗਤਾਂ ਰੱਜਣਗੀਆਂ ਇੱਕ ਪਾਸੇ 8 ਮਹੀਨੇ ਹੋ ਗਏ ਘੇਰਾ ਪਏ ਨੂੰ ਉਹ ਸਿੱਖ ਜਿਹੜੇ ਹੈਗੇ ਭੁੱਖ ਦੇ ਨਾਲ ਤੜਫ ਤੜਫ ਕੇ ਮਰਦੇ ਪਏ ਆ ਸਾਰਾ ਕੁਛ ਤਬਾਹ ਹੁੰਦਾ ਪਿਆ ਆਨੰਦਪੁਰ ਛੱਡਣ ਦੀ ਨੌਬਤ ਆ ਗਈ ਗੁਰੂ ਗੋਬਿੰਦ ਸਿੰਘ ਨੂੰ ਉਹ ਰੁੱਖ ਨਹੀਂ ਉੱਥੇ ਲੱਭਾ ਜਾਂ ਗੁਰੂ ਗੋਬਿੰਦ ਸਿੰਘ ਨੂੰ ਉਹ ਨਿਯਮ ਨਹੀਂ ਲੱਭਾ ਕੁਦਰਤ ਦੇ ਵਿੱਚੋਂ ਜਿਹਦੇ ਨਾਲ ਰੁੱਖਾਂ ਨੂੰ ਮਠਿਆਈ ਲਾਈ ਜਾ ਸਕਦੀ ਨਹੀਂ ਇਹ ਪਹਿਲਾਂ ਤੋਂ ਤੁਸੀਂ ਇਹ ਗੱਲ ਦੱਸ ਸਕਦੇ ਯਕੀਨ ਨਾ ਵੀ ਆਨੰਦਪੁਰ ਦੇ ਅੰਦਰ ਕਿੱਕਰ ਸੀਗੀ ਉੱਥੇ ਲੱਗੀ
जे किकरे ही है नहीं नाले जो तीन दिन मीह लगातार पिया तो मठियाई लग गई उन्हों मीह च मठियाई लग सकती किकर नू सुके पक्के च नहीं लग सकती कोई संतोख सिंह ने किते नहीं लिखा किकर सीगी ना दसम ग्रंथ च आया किते नहीं जे हा साबित कर दूंगा ना जदों किकरा है सी कि नहीं है उदो तक बच्चे का सौ पूरा हो जाना कहना जेडे वकील दी मैं गल करदा तुहानू वीडियो भेजी आ सुनियो जरूर झुड्डू बंदा जानी जानी मैनू पत्र प्रेरकां ते भी हैरानी हुंदी असीं कईआं दीआं इंटरव्यू सुनियां पर सब तो ज्यादा झुड्डू वकील सीगा खारा है इहदा नां जो ना इथे आउंदी गल पत्र पे पुछता भी ਉਹ ਤਾਂ ਫਿਰ ਅਗਲੇ ਸਵਾਲ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਅਫੀਮ ਖਾਣ ਦੀ ਗੱਲ ਆਈ ਹੈ ਵੀ ਜਿੱਦਾਂ ਹੁਣ ਇਹਦੇ 'ਤੇ ਤੁਸੀਂ ਬੁੱਲ ਇੱਦਾਂ ਸਾਰੇ ਕਹੀ ਜਾਂਦੇ ਵੀ ਗਲਤ ਕੀਤਾ ਨੇ ਗਲਤ ਕੀਤਾ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਗੁਰੂ ਗੋਬਿੰਦ ਸਿੰਘ ਬਾਰੇ ਉਹਦੇ ਬਾਰੇ ਨਹੀਂ ਤੁਸੀਂ ਇੱਦਾਂ ਬੋਲਦੇ ਉੱਥੇ ਕਿਉਂ ਨਹੀਂ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਲੜਦੇ ਜਾ ਕੇ ਠੀਕ ਉਹ ਜਵਾਬ ਉਹਦਾ ਬੜਾ ਕਮਾਲ ਦਾ ਸੀ ਜਦ ਸੁਣੋਗੇ ਨਾ ਤੁਸੀਂ ਇੰਨਾ ਜਾਣੀ ਕੁਛ ਗੱਲਾਂ ਹੁੰਦੀਆਂ ਜਿੱਦਾਂ ਕਹਿੰਦੇ ਜਿਹੜੀ ਨਾ ਜਿਹੜਾ ਇੱਦਾਂ ਗੂੰਗਾ ਮਠਿਆਈ ਖਾ ਲਵੇ ਜਿਹੜਾ ਬੋਲੇ ਉਹਦੇ ਕੋਲੋਂ ਸੁਣਨੀ ਚਾਹੀਦੀ ਜਾਣੀ ਗੂੰਗਾ ਗੂੰਗਾ ਮਠਿਆਈ ਖਾ ਲੈ ਤੁਸੀਂ ਕਹੋ ਵੀ ਦੱਸ ਕਿੱਦਾਂ ਦੀ ਆ ਬਸ ਉਹ ਤੁਸੀਂ ਨਾ ਜਾਣੀ ਇੱਦਾਂ ਮੈਨੂੰ ਮੈਂ ਤਾਂ ਮੈਨੂੰ ਜਿੱਦਾਂ ਮੈਂ ਹੱਸਦਾ ਤਾਂ ਤੁਹਾਨੂੰ ਅੰਦਾਜ਼ਾ ਲੱਗਣਾ ਬਾਕੀ ਸੁਣ ਕੇ ਦੇਖਿਓ ਮੈਂ ਕਹਿੰਦਾ ਮਜਾਲ ਉਹ ਬੰਦਾ ਜਿੱਦਾਂ ਫੜ ਹੋ ਗਿਆ ਹੋਵੇ ਵੀ ਮੁੜ ਕੇ ਤੂੰ ਉਸ ਗੱਲ ਦੇ ਉੱਤੇ ਆ ਜਾ ਉਹਨ ਜਿੰਨੇ ਸੰਘਰਸ਼ ਕੀਤੇ ਸਿੱਖਾਂ ਨੇ ਸਾਰੇ ਗਣਾ ਤੇ ਵੀ ਉੱਥੇ ਸਰੂਪ ਚੱਕੇ ਆ ਉੱਥੇ ਲੜੇ ਆ ਉੱਥੇ ਲੜੇ ਆ ਇਹਦੇ ਨਾਲ ਲੜੇ ਉਹ ਤੋਂ ਮਾਫ਼ੀ ਮੰਗਾਈ ਉਹ ਤੋਂ ਜਾਣੀ ਇੱਦਾਂ ਬਹੁਤ ਲੜਦੇ ਹਾਂ ਅਸੀਂ ਜਾਣੀ ਮਤਲਬ ਜਿਹੜਾ ਸਵਾਲ ਸੀਗਾ ਵੀ ਫੀਮ ਵਾਲੇ ਬਾਰੇ ਕਿਉਂ ਨਹੀਂ ਬੋਲੇ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਉਹਨੇ ਨਾ 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 ਉਹਦੇ ਸਾਰੇ ਜਵਾਬ ਬੜੇ ਬੜੇ ਫਨੀ ਸੀਗੇ ਉਹਦੇ ਚਲੋ ਇਹ ਨਹੀਂ ਪਰ ਹਾ ਜਿਹੜਾ ਜਿੱਦਾਂ ਉਦੋਂ ਕਿਸੇ ਨੇ ਕੀਤਾ ਹੈ ਤਾਂ ਜਿੱਦਾਂ ਉਮੀਦ ਵੈਸੇ ਨਾ ਮੈਂ ਸ਼ਬਦ ਇੱਦਾਂ ਤੇ ਬੋਲਦਾ ਨਹੀਂ ਹੁੰਦਾ ਜਿੱਦਾਂ ਪਰ ਦਿਮਾਗ 'ਚ ਆਉਂਦੀ ਜ਼ਰੂਰ ਗੱਲ ਵੀ ਜਿਹੜੇ ਇਹ ਸ਼ਬਦ ਇਹਨਾਂ ਦੇ ਵਾਸਤੇ ਕਮੀਨਾ ਪਾਠੇ ਵਗੈਰਾ ਵਰਤੇ ਜਾਂਦੇ ਆ ਵੀ ਉਹ ਸ਼ਬਦ ਇਹਨਾਂ ਵਾਸਤੇ ਬੜੇ ਸਤਿਕਾਰ ਵਾਲੇ ਸ਼ਬਦ ਆ ਅਨਿਆ ਜਾਣੀ ਪਾਟੜਿਆਂ ਨਾਲ ਅਨਿਆ ਹੋ ਰਿਹਾ ਆ ਇਹਨਾਂ ਨੂੰ ਜਦੋਂ ਕਹਿੰਦੇ ਅਸੀਂ ਕਮੀਨਿਆਂ ਦੇ ਨਾਲ ਵੀ ਅਨਿਆ ਹੋ ਰਿਹਾ ਪਰ ਚਲੋ ਐਨੀਵੇ ਆਮ ਲੋਕਾਂ ਵਾਸਤੇ ਜਿਹੜਾ ਹੈਗਾ ਗੱਲਾਂ ਸਮਝਣ ਵਾਲੀਆਂ ਵੀ ਕੋਈ ਕਰਾਮਾਤ ਜੇ ਇਸ ਨਜ਼ਰੀਏ ਤੋਂ ਇਹ ਕਰਾਮਾਤ ਸ਼ਬਦ ਦੀ ਡੈਫੀਨੇਸ਼ਨ ਦਿੰਦੇ ਆ ਗੁਰੂ ਸਾਹਿਬ ਨੇ ਨਾ ਆਪਣੇ ਜੀਵਨ ਦੇ ਅੰਦਰ ਓਦਾਂ ਦੀ ਕੋਈ ਕਰਾਮਾਤ ਕੀਤੀ ਆ ਤੇ ਨਾ ਕੋਈ ਉਹੋ ਜਿਹੀ ਕਰਾਮਾਤ ਦੇ ਉੱਤੇ ਗੁਰੂ ਸਾਹਿਬ ਨੇ ਭਰੋਸਾ ਕੀਤਾ ਬਲਕਿ ਗੁਰਬਾਣੀ ਨੇ ਲਾਹਣਤਾਂ ਪਾਈਆਂ ਹੋਈਆਂ ਤਿੱਗ ਸਿੱਧੀ ਤਿੱਗ ਕਰਾਮਾਤ ਤ੍ਰਿਗ ਆਖਿਆ ਪਿਆ ਹੁਣ ਟਕਸਾਲੀਆਂ ਦੇ ਕੋਲੋਂ ਤੁਸੀਂ ਪੁੱਛ ਕੇ ਦੇਖ ਲਓ ਉਹਦਾ ਤ੍ਰਿਗ ਸ਼ਬਦ ਦੇ ਅਰਥ ਵੀ ਜਦੋਂ ਕਰਦੇ ਖਨੀ ਕਿੰਨੇ ਵਾਰੀ ਕਿਸੇ ਨੂੰ ਫਿਟੇ ਮੂੰਹ ਕਹੋ ਤਾਂ ਖਨੀ ਇੱਕ ਵਾਰੀ ਆਹ ਬਣਦਾ ਤੇ ਕਿੰਨੀ ਵਾਰੀ ਕਿਸੇ ਨੂੰ ਆਹ ਕਹੋ ਕਿਸੇ ਫੇਰ ਉਹਦਾ ਅਰਥ ਤ੍ਰਿਗ ਬਣਦਾ ਖਨੀ ਇੰਨੀਆਂ ਲਾਹਣਤਾਂ ਇੱਕ ਗਿਆਨੀ ਜੀ ਇੱਕ ਗੱਲ ਮੈਂ ਦੱਸਾਂ ਥੋੜੀ ਖਰਬੀ ਆ ਸ਼ਾਇਦ ਬੁਰੀ ਲੱਗੀ ਔਰ ਮੈਂ ਸਹੁੰ ਖਾ ਕੇ ਕਹਿੰਦਾ ਵੀ ਲੱਗਣੀ ਚਾਹੀਦੀ ਹੈ ਬੁਰੀ ਜਿਹੜਾ ਨਾ ਜਿਹੜੀ ਚੀਜ਼ ਦਾ ਕੁਦਰਤ ਵਿੱਚ ਨਿਯਮ ਹੈ ਨਹੀਂ ਜੇ ਕੋਈ ਧਰਤੀ 'ਤੇ ਆ ਕੇ ਇਹ ਦਾਅਵਾ ਕਰੇ ਵੀ ਮੈਂ ਬਣਾਉਣੇ ਵਾਲਾ ਮੈਂ ਰੱਬ ਹਾਂ ਕੁਦਰਤ ਦੇ ਨਿਯਮ ਇਹੋ ਜਿਹੀ ਚੀਜ਼ ਆ ਉਹ ਵੀ ਨਹੀਂ ਕਰ ਸਕਦਾ ਉਹਨੂੰ ਬਿਲਕੁਲ ਪਰ ਗੱਲ ਇਹਦਾ ਦੂਜਾ ਪੱਖ ਇਹ ਆ
ਵੀ ਉਹ ਵਿਸ਼ਾਲ ਇੰਨੀ ਆ, ਬੇਅੰਤ ਇੰਨੀ ਆ, ਉਹਦੇ 'ਚ ਕੋਈ ਲਿਸਟ ਨਹੀਂ ਬਣਾਈ ਜਾ ਸਕਦੀ ਵੀ ਆਹ ਹੈਗਾ ਆ ਇਹਦੇ ਵਿੱਚ ਅਤੇ ਆਹ ਹੈ ਨਹੀਂ। ਬੰਦੇ ਦੇ ਦਿਮਾਗ ਵਿੱਚ ਇੰਨਾ ਕੁਛ ਪਾਇਆ ਗਿਆ ਆ ਵੀ ਕੁਛ ਵੀ ਸੰਭਵ ਕਰ ਸਕਦਾ ਉਹ। ਬਿਲਕੁਲ ਬਿਲਕੁਲ, ਤੁਹਾਨੂੰ ਕਰਾਂ ਮਤਾਂ ਤਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਜਦੋਂ ਤੁਸੀਂ ਅੱਜ ਸਾਇੰਸ ਨੇ ਕੀ ਕੁਛ ਕਰ ਦਿੱਤਾ ਉਹਨੂੰ ਦੇਖਦੇ ਹਾਂ। ਨਹੀਂ ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਇਹ, 200 ਸਾਲ ਪਹਿਲਾਂ ਕੋਈ ਕਵੇ ਵੀ ਇੱਦਾਂ ਪ੍ਰੋਗਰਾਮ ਗੱਲਬਾਤ ਹੋਇਆ ਕਰੂਗੀ ਹੁਣ ਜਾਂ ਹੁੰਦੀ ਆ, ਉਸ ਵੇਲੇ ਕਰਾਮਾਤ ਸੀਗੀ ਵੀ ਇੱਕ ਬੰਦਾ ਕੈਨੇਡਾ 'ਚ ਬੈਠਾ, ਇੱਕ ਬੰਦਾ ਨਿਊਜ਼ੀਲੈਂਡ 'ਚ ਬੈਠਾ, ਹਜ਼ਾਰਾਂ ਮੀਲਾਂ ਦੀ ਦੂਰੀ 'ਤੇ ਇੱਕ ਦੂਸਰੇ ਤੋਂ ਬੈਠੇ ਹੋਏ ਆ, ਇੱਦਾਂ ਲੱਗਦਾ ਜਿੱਦਾਂ ਆਪਣੇ ਸਾਹਮਣੇ ਇੱਕ ਦੂਸਰੇ ਦੇ ਨਾਲ ਬੈਠੇ ਗੱਲਬਾਤ ਕਰਦੇ ਪਏ ਆ। ਮੈਂ ਇੱਥੇ ਗੱਲ ਕਰਨੀ ਆ ਤਾਂ 1000 ਕਿਲੋਮੀਟਰ 'ਚ ਦੂਰ ਦੂਸਰੇ ਬੰਦੇ ਨੂੰ ਜਾ ਕੇ ਮੇਰੀ ਗੱਲ ਉਸੇ ਵੇਲੇ ਸੁਣ ਪੈਣੀ ਆ। ਉਸ ਵੇਲੇ ਤਾਂ ਇਹ ਕਰਾਮਾਤ ਸੀਗੀ, ਪਰ ਅੱਜ ਹੁਣ ਇਹਨੂੰ ਕਰਾਮਾਤ ਥੋੜ੍ਹੀ ਆਖਾਂਗੇ, ਪਰ ਇਹਨੂੰ ਅਸੀਂ ਆਖਾਂ ਵੀ ਕੁਦਰਤ ਦਾ ਨਿਯਮ ਆ। ਇਹਦੇ 'ਚ ਇਹ ਆ ਨਾ, ਜਿਹੜਾ ਨਿਯਮ ਇੱਕ ਵਾਰੀ ਲੱਭ ਲਿਆ, ਜੇ ਇੱਕ ਵਾਰੀ ਪੈਟਰੋਲ ਨੂੰ ਕਿਸੇ ਨੇ ਦੇਖਿਆ ਨਾ ਵੀ ਯਾਰ ਪਾਣੀ ਨੂੰ ਅੱਗ ਲੱਗ ਗਈ, ਇਹ ਤਾਂ ਕੁਛ ਇਹਦਾ ਮਤਲਬ ਆਹ ਜਿਹੜਾ ਇਸ ਕਿਸਮ ਦਾ ਪਾਣੀ ਆ ਜਿਹੜਾ ਨਾ, ਜਿਹੜਾ ਆਹ ਲਿਕੁਇਡ ਆ, ਇਹਨੂੰ ਬਾਲਿਆ ਜਾ ਸਕਦਾ, ਬਸ ਉਹਨੂੰ ਅਗਲੇ ਨੁਕਤਾ ਫੜ ਲਿਆ ਉਹਨੂੰ ਬਾਲਣ ਦਾ, ਉਹਨੂੰ ਲਿਆ ਕੇ ਇੰਜਣ ਵਿੱਚ ਬਾਲ ਲਿਆ, ਹੁਣ ਕਿੱਥੇ ਜਹਾਜ਼ ਜਿਹੜਾ ਤੇ ਹੁਣ ਤਾਂ ਬਿਲਕੁਲ। ਮਤਲਬ ਜਿਹੜਾ ਇੱਕ ਵਾਰੀ ਨਿਯਮ ਲੱਭ ਲਿਆ ਉਹ ਚਾਹੇ 2000 ਸਾਲ ਪਹਿਲਾਂ ਲੱਭਿਆ ਗਿਆ ਸੀ, ਹੁਣ ਇੰਜੀਨੀਅਰਿੰਗ ਦੇ ਜਿੰਨੇ ਆ ਬ੍ਰਿਜ ਬਣੇ ਉਹ ਜੋ ਕੁਛ ਆ, ਜਿਹੜਾ ਇੱਕ ਵਾਰੀ ਪਤਾ ਲੱਗ ਗਿਆ ਉਹਨੂੰ ਦੇਖ ਦੇਖ ਕੇ ਉਹ ਤੋਂ ਗਾਹਾਂ ਜਾਂਦੇ ਗਏ ਆ। ਆਹ ਉਹ ਹੋ ਹੀ ਜਾਣਾ, ਜੇ ਨਹੀਂ ਵੀ ਹੁੰਦਾ ਨਾ ਤਾਂ ਉਹਨਾਂ ਨੂੰ ਉਹਦਾ ਰੀਜਨ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਆਹ ਸ਼ਰਤ ਜਿਹੜੀ ਇਹਦੀ ਪੂਰਤੀ ਨਹੀਂ ਹੋ ਰਹੀ। ਹੁਣ ਆਪਣਾ ਪ੍ਰੋਗਰਾਮ ਫਿਰ ਨਹੀਂ ਜੁੜ ਰਿਹਾ ਕਨੈਕਸ਼ਨ, ਕਹਿਣਾ ਵੀ ਕਿਸੇ ਪਾਸੇ ਇੰਟਰਨੈਟ ਜਿਹੜਾ ਹੈਗਾ ਚੱਲ ਨਹੀਂ ਰਿਹਾ ਪ੍ਰੋਪਰ ਕੰਪਲੀਟ, ਕੋਈ ਨਾ ਕੋਈ ਕਮੀ ਹੈਗੀ ਹੈ ਵਿੱਚ, ਕੋਈ ਨੁਕਸ ਹੈਗਾ ਵਾ, ਇਸ ਵਾਸਤੇ ਗੱਲਬਾਤ ਨਹੀਂ ਹੋ ਰਹੀ। ਹੁਣ ਇੱਕ ਗੱਲ ਹੋਰ ਬਹੁਤ ਵੱਡੀ ਗਿਆ ਨੀ ਜੀ, ਦੇਖੋ ਮੰਨ ਲਓ ਇੱਕ ਬੰਦੇ ਦਾ ਉਹਦੇ ਕਿਸੇ ਤਰ੍ਹਾਂ ਸੱਟ ਲੱਗੀ, ਐਕਸੀਡੈਂਟ ਹੋ ਗਿਆ, ਉਹਦਾ ਹਾਰਟ ਦਿਲ ਇੱਥੋਂ ਛਾਤੀ ਚੀਰੀ ਗਈ, ਦਿਲ ਬਾਹਰ ਸੀਗਾ ਉਹਦਾ ਇੱਦਾਂ, ਅਤੇ ਉਹ ਉਹਨੇ ਨਾ 20 ਸਾਲ 50 ਸਾਲ ਰੱਬ ਨੂੰ ਧਿਆਇਆ ਸੀ, 7 ਜਨਮ ਨੂੰ ਭਗਤੀ ਕੀਤੀ ਹੋਈ ਸੀ, ਬਹੁਤ ਕਰਾਮਾਤੀ ਸੀ ਬੰਦਾ, ਅਤੇ ਉਹ ਉਹਨੇ ਦਿਲ ਨੂੰ ਆਪਣੇ ਨੂੰ ਜਿੱਦਾਂ ਇੱਦਾਂ ਚੱਕਿਆ, ਉਹਨੂੰ ਕੋਈ ਖਾਸ ਕਿਸਮ ਦੀ ਬਾਣੀ ਪੜ੍ਹੀ ਅਤੇ ਮੁੜ ਕੇ ਇੱਦਾਂ ਰੱਖਿਆ ਛਾਤੀ 'ਤੇ, ਅਤੇ ਉਹ ਨੋਰਮਲ 5 ਮੀਲ 10 ਮੀਲ 50 ਮੀਲ ਸਾਹ ਲੈ ਕੇ ਚਲਾ ਗਿਆ। ਇੱਕ ਸੀਗਾ ਆਮ ਬੰਦਾ, ਬੜੇ ਗਰੀਬ ਘਰ 'ਚ ਬੱਚਾ ਪੈਦਾ ਹੋਇਆ, ਕੋਈ ਉਹਦੇ ਘਰਦਿਆਂ ਨੇ ਭਗਤੀ ਨਹੀਂ ਕੀਤੀ ਸੀ, ਛੋਟੀ ਜਾਤ ਦਾ ਸੀਗਾ, ਪੜ੍ਹਿਆ ਵੱਡਾ ਹੋਇਆ ਉਹਨੇ ਸਾਇੰਸ, ਉਹਨੂੰ ਖੋਜ ਕੀਤੀ, ਉਹਨੂੰ ਖੋਜ ਕਰਕੇ ਇੱਦਾਂ ਦੀ ਮਸ਼ੀਨ ਬਣਾ ਦਿੱਤੀ ਵੀ ਜੇ ਕਿਸੇ ਨੂੰ ਹਾਰਟ ਅਟੈਕ ਹੋ ਜਾਏ, ਜੇ ਕਿਸੇ ਦਾ ਹਾਰਟ ਫੇਲ ਹੋ ਜਾਏ ਵੀ ਇਹ ਤਰ੍ਹਾਂ ਦੀਆਂ ਨਾੜੀਆਂ ਆ, ਇੱਦਾਂ ਇੱਦਾਂ ਕਰਕੇ ਇਹਨੂੰ ਬਾਈਪਾਸ ਕਰਕੇ ਸਰਜਰੀ ਕਰ ਦਿਓ, ਅਤੇ ਉਹ ਸਾਰੀ ਸਰਕਾਰ ਨੇ ਫੰਡਿੰਗ ਦੇ ਦਿੱਤੀ, ਮਸ਼ੀਨ ਲੱਗ ਗਈ, ਉੱਥੇ ਕੋਈ ਵੀ ਬੰਦਾ ਆ ਕੇ ਓਪਰੇਸ਼ਨ ਕਰਾ ਕੇ, ਸਾਲ ਦੇ 200-200, 500-500 ਓਪਰੇਸ਼ਨ, ਉਹ ਉੱਦਾਂ ਦੀਆਂ ਕਈ ਮਸ਼ੀਨਾਂ ਬਣ ਗਈਆਂ। ਬਿਲਕੁਲ, ਹੁਣ ਤੁਸੀਂ ਇੱਥੇ ਬ੍ਰਹਮ ਗਿਆਨੀ ਕਿਹਨੂੰ ਕਹੋਗੇ? ਬਿਲਕੁਲ ਉਹੀ ਬ੍ਰਹਮ ਗਿਆਨੀ, ਠੀਕ ਹੈ ਨਾ, ਉਹ ਜਿਹੜਾ ਆਪ ਸੈਲਫਿਸ਼ ਨਿਕਲਿਆ, ਪਤਾ ਉਹਨੂੰ ਸੀਗਾ, ਨੁਕਤਾ ਉਹਦੇ ਕੋਲ ਸੀ, ਪਰ ਉਹਦੇ ਮਗਰ ਆਉਣੇ ਵਾਲੇ ਕਿੱਦਾਂ ਉਹਦਾ ਫਾਇਦਾ ਲੈ ਸਕਣ, ਉਹਦੇ ਲਈ ਕੁਛ ਨਹੀਂ ਕਰਕੇ ਗਿਆ, ਆਪਣਾ ਕੰਮ ਕੱਢ ਕੇ ਰਾਹ ਪਿਆ, ਬੰਦਾ ਉੱਡ ਕੇ ਚਲਾ ਗਿਆ, ਪਤਾ ਉਹਨੂੰ ਲੱਗ ਗਿਆ ਸੀ ਵੀ ਇਸ ਤਰੀਕੇ ਨਾਲ ਉੱਡਿਆ ਜਾ ਸਕਦਾ। ਇੱਕ ਹੋਰ ਨੇ ਜਦੋਂ ਉਹਨੂੰ ਉੱਡਣ ਦਾ ਨੁਕਤਾ ਪਤਾ ਲੱਗਾ, ਉਹਨੂੰ ਉਹਦੀ ਮਸ਼ੀਨ ਬਣਾ ਦਿੱਤੀ, ਉਹਦੇ 'ਤੇ ਹਜ਼ਾਰਾਂ ਲੋਕ, ਕੱਲ੍ਹ ਕਹਿੰਦੇ ਇੱਥੇ ਸਾਡੇ ਹਵਾ ਜ਼ਿਆਦਾ ਚੱਲਦੀ ਸੀ, 60-70 ਫਲਾਈਟਾਂ ਕੈਂਸਲ ਹੋ ਗਈਆਂ ਏਅਰ ਨਿਊਜ਼ੀਲੈਂਡ, ਇੱਕ ਦਿਨ ਵਿੱਚ ਇੱਕ ਏਅਰਵੇਜ਼ ਦੀਆਂ ਜਾਣੀ ਇੰਨੀਆਂ ਫਲਾਈਟਾਂ ਕੈਂਸਲ, ਦੁਨੀਆਂ 'ਚ ਕਿੰਨੇ ਜਹਾਜ਼ ਹੋਣਗੇ, ਕਿੰਨੀਆਂ ਏਅਰਪੋਰਟਾਂ ਆ ਸਾਲ ਦੇ ਵਿੱਚ, ਤੁਸੀਂ ਪਤਾ ਕਰੋ ਵੀ ਕੈਨੇਡਾ ਦੇ ਵਿੱਚ ਕਿੰਨੇ ਲੱਖ ਬੰਦਾ ਆਇਆ, ਕਿੰਨੇ ਲੱਖ ਗਿਆ। ਬਿਲਕੁਲ, ਹੁਣ ਅੱਜ ਦੇ ਸਮੇਂ 'ਚ ਬ੍ਰਹਮ ਗਿਆਨੀ ਕਿਹਨੂੰ ਕਹੋਗੇ ਤੁਸੀਂ? ਬਿਲਕੁਲ, ਜਦੋਂ ਸਮਾਜ ਦੇ ਵਿਗਿਆਨ ਨੂੰ ਪੜ੍ਹਦੇ ਹਾਂ, ਸਮਾਜ ਦੇ ਸੁਧਾਰ ਦੀ ਗੱਲ ਆਉਂਦੀ ਆ, ਅਤੇ ਮਹਾਨ ਉਹਨੂੰ ਮੰਨਿਆ ਜਾਂਦਾ ਜਿਹੜਾ ਆਪਣੇ ਮਗਰ ਆਉਣ ਵਾਲਿਆਂ ਲਈ ਇੱਕ ਪਹਿਰਾ ਬਣਾ ਕੇ ਜਾਂਦਾ। ਨਹੀਂ ਨਹੀਂ, ਅਸੀਂ ਤਾਂ ਕਰਾਮਾਤ ਉਸੇ ਨੂੰ ਕਹਿਣਾ ਵਾ ਵੀ ਜਿਹੜਾ ਕਿੱਕੜਾਂ ਨੂੰ ਮਠਿਆਈ ਲਾ ਪਾ ਦੇਵੇ। ਉਹ ਨੁਕਤੇ ਦੁਨੀਆਂ 'ਚ ਜਿੰਨੇ ਇਨਕਲਾਬ ਹੋਏ ਆ, ਸਾਰਿਆਂ 'ਚ ਉਹਨਾਂ ਦੀ ਵਡਿਆਈ ਕੀਤੀ ਜਾਂਦੀ, ਉਹਨਾਂ ਨੂੰ ਮਹਾਨ ਮੰਨਿਆ ਜਾਂਦਾ। ਜਿਹੜਾ ਕੋਈ ਬੰਦਾ ਰਾਜੇ ਕੋਲ ਗਿਆ ਸੀ, ਮੰਨ ਲਓ ਰਾਜਾ ਕਾ ਸੀਗਾ ਅਤਿਆਚਾਰੀ,
ਬੰਦਾ ਗਿਆ ਰਾਜੇ ਨਾਲ ਬਹਿ ਕੇ ਆਪਣੇ ਟੱਬਰ ਬਾਰੇ ਗੱਲ ਕਰਕੇ ਆ ਗਿਆ। ਹੁਣ ਇੱਕ ਹੋਰ ਸੀ, ਉਹਨੇ ਦੇਖਿਆ ਵੀ ਰਾਜੇ ਦਾ ਆਹ ਜਿਹੜਾ ਕਾਨੂੰਨ ਆ ਠੀਕ ਨਹੀਂ, ਉਹਨੇ ਅਖਬਾਰਾਂ ਦੇ ਵਿੱਚ ਗੱਲ ਦਿੱਤੀ, ਮੀਡੀਆ ਵਿੱਚ ਬੋਲਿਆ, ਬੰਦੇ ਇਕੱਠੇ ਕੀਤੇ, ਹੁਣ ਕਾਨੂੰਨ ਬਦਲਾਇਆ ਉਹ, ਅਸੀਂ ਮਹਾਨ ਕਿਹਨੂੰ ਮੰਨਾਂਗੇ? ਬਿਲਕੁਲ ਉਸੇ ਨੂੰ ਜਿਹਨੇ ਸਾਰੇ ਲੋਕਾਂ ਲਈ ਕਰ ਦਿੱਤਾ ਜੀ ਨੇ, ਠੀਕ ਹੈ। ਹੁਣ ਕਰਾਮਾਤ ਵਿੱਚੋਂ ਦੱਸੋ ਆਮ ਬੰਦੇ ਨੂੰ ਉਹਦੇ ਵਿੱਚੋਂ ਕੀ, ਆਪਣੇ ਆਪ ਨੂੰ ਤਾਂ ਰੱਬ ਬਣਾ ਕੇ ਲੋਕਾਂ ਦਾ ਰੱਬ ਦਾ ਸ਼ਰੀਕ ਬਣ ਕੇ ਬਹਿ ਗਿਆ। ਆਹੋ ਉਹ ਬਹਿ ਵੀ ਗਿਆ, ਪਰ ਉਹ ਵੀ ਤਾਂ ਹੈ ਵੀ ਜੇ ਹੋਇਆ ਵੀ ਹੋਵੇ, ਮਸਲਾ ਇਹ ਵੀ ਹੋਇਆ ਵੀ ਨਹੀਂ ਹੈਗਾ, ਹੋਇਆ ਵੀ ਨਹੀਂ ਹੋਇਆ ਵੀ ਭੀੜਾ ਪੁਲ ਸੀਗਾ, ਕਹਿ ਤਾਂ ਵਾਹਿਗੁਰੂ ਕਹਿ ਕੇ ਗੱਡੀ ਲੰਘਾ ਦੇ ਤੇ ਪੁਲ ਚੌੜਾ ਹੋ ਗਿਆ, ਮਿੱਟੀ ਦੀਆਂ ਗੋਲੀਆਂ ਦਿੱਤੀਆਂ ਤੇ ਪੰਜ ਪੰਜ ਨਿਆਣੇ ਹੋ ਗਏ। ਮੈਨੂੰ ਤਾਂ ਲੱਗਦਾ ਇਹ ਕਹਾਣੀਆਂ ਜਿਹੜੀਆਂ ਸਾਡੇ ਅੰਦਰ ਪਾਈਆਂ ਉਹਨਾਂ ਸਨਾਤਨੀ ਲੋਕਾਂ ਨੇ ਆ ਵੀ ਇਹਨਾਂ ਨੂੰ ਸਾਖੀਆਂ ਇੱਦਾਂ ਦੀ ਦੇ ਦਿਓ, ਜਦੋਂ ਇਹ ਸਾਖੀਆਂ ਮੰਨਣਗੇ ਸਾਡੀਆਂ ਸਾਖੀਆਂ ਦੇ ਉੱਤੇ ਕਿੰਤੂ ਨਹੀਂ ਕਰ ਸਕਣਗੇ। ਨਹੀਂ ਬਣਾਉਂਦਾ, ਦਿਮਾਗ ਬਣਾਉਂਦਾ ਵੀ ਆ ਗਿਆ ਜੀ ਤੁਹਾਡਾ। ਨਹੀਂ ਹਾਂ ਜਿਹੜੀ ਨਾ ਸਿਰ ਬਦਲਣ ਵਾਲੀ ਗੱਲ ਹੈ, ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਦੱਸਿਆ ਇੱਕ ਵਾਰੀ 95-96 ਦੀ ਗੱਲ ਹੈ, ਮੈਂ ਜਲੰਧਰ ਸੀਗਾ ਉਦੋਂ, ਮੈਂ ਕਿਸੇ ਗੁਰਦੁਆਰੇ ਚੱਲਿਆ ਸੀ ਕਥਾ ਕਰਨ, ਸਕੂਟਰ 'ਤੇ ਜਾ ਰਿਹਾ ਸੀਗਾ ਮੈਂ। ਹਾਂਜੀ। ਅਤੇ ਮੇਰੇ ਦਿਮਾਗ 'ਚੋਂ ਜਿੱਦਾਂ ਹੁਣ ਇੱਕ ਜਗ੍ਹਾ ਕਥਾ ਕਰਕੇ ਦੂਸਰੀ ਜਗ੍ਹਾ 'ਤੇ ਕਥਾ ਕਰਨਾ, ਦਿਮਾਗ 'ਚੋਂ ਗੱਲਾਂ ਚੱਲਦੀ ਵੀ ਜਾ ਕੇ ਆਹ ਬੋਲਣਾ, ਉਹ ਲੈਕਚਰ ਪੂਰਾ ਦਿਮਾਗ ਦੇ ਵਿੱਚ ਉਹ ਤਿਆਰ ਹੁੰਦਾ ਜਿੱਦਾਂ ਵੀ ਆਹ ਜਾ ਕੇ ਬੋਲਣਾ, ਜਾਨੀ ਕੋਈ ਜਾਂਦਿਆਂ ਜਾਂਦਿਆਂ ਮੇਰੇ ਦਿਮਾਗ 'ਚ ਕੁਦਰਤੀ ਉਹਦੇ ਹੀ ਦਾ ਖਿਆਲ ਹੈ, ਜਦੋਂ ਦੇਖਿਆ ਨਾ ਦਿਮਾਗ ਕਹਾਣੀ ਬਣਾਉਂਦਾ ਵਾ, ਮੇਰੇ ਦਿਮਾਗ 'ਚ ਆਹ ਕਹਾਣੀ ਬਣੀ ਕੁਦਰਤੀ ਪਈ। ਜੇ ਭਾਵੇਂ ਮੈਂ ਉੱਥੇ ਇੱਦਾਂ ਹੀ ਕਹਿ ਦੇਵਾਂ ਜਿੱਦਾਂ ਵੀ ਸਿਰ ਕੱਟੇ ਸੀਗੇ ਤਾਂ ਇੱਕ ਦਾ ਸਿਰ ਦੂਜੇ ਨੂੰ ਲਾਤਾ, ਦੂਜੇ ਦਾ ਸਿਰ ਤੀਜੇ ਨੂੰ ਲਾਤਾ, ਤੀਜੇ ਦਾ ਸਿਰ ਗੁਰੂ ਸਾਹਿਬ ਨੇ ਸਿਰ ਇੱਦਾਂ ਬਦਲ ਦਿੱਤੇ, ਵੀ ਮੇਰੇ ਦਿਮਾਗ ਮੈਂ ਕਿਧਰੇ ਉਹ ਗੱਲ ਨਹੀਂ ਸੀ ਪੜ੍ਹੀ, ਇਹ ਕਿਸੇ ਕੋਲੋਂ ਉਦੋਂ ਤੱਕ ਮੈਂ ਸੁਣੀ ਨਹੀਂ ਸੀ, ਜਾਨੀ ਮੇਰੇ ਦਿਮਾਗ 'ਚ ਹਾਰ ਨੁਕਤਾ ਆਇਆ ਉਸ ਵੇਲੇ ਵੀ ਭਾਵੇਂ ਮੈਂ ਇੱਦਾਂ ਕਹਿ ਦੇਵਾਂ ਵੀ ਇਹ ਇੱਦਾਂ ਕਹਿਣ ਦੇ ਨਾਲ ਤਾਂ ਬਾਹਲੀ ਵਧੀਆ ਲੱਗਣੀ ਕਥਾ ਮੇਰੀ, ਲੋਕਾਂ ਦੇ ਉੱਤੇ ਪ੍ਰਭਾਵ ਜ਼ਿਆਦਾ ਪੈਣਾ, ਬਸ 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 ਉਹ ਜਦੋਂ ਮੈਂ ਉੱਥੇ ਪਹੁੰਚਿਆ ਮੇਰੇ ਜਾਂਦਿਆਂ ਨੂੰ ਢਾਡੀ ਜਥਾ ਲੱਗਾ ਹੋਇਆ, ਤੇ ਢਾਡੀ ਜਥਾ ਹਾਂ ਹੀ ਗੱਲ ਸੁਣਾਉਣ ਡਿਆ ਹੋਇਆ ਵੀ ਸਿਰ ਇੱਕ ਦਾ ਵੱਢ ਕੇ ਦੂਜੇ ਨੂੰ ਲਾਤਾ, ਦੂਜੇ ਦਾ ਵੱਢ ਕੇ ਤੀਜੇ ਨੂੰ, ਵੀ ਉਹ ਕਹਿੰਦਾ ਉਹਨੇ ਜਦੋਂ ਨੁਕਤਾ ਇਹ ਰੱਖੀ ਵੀ ਫਿਰ ਪਤਾ ਨਹੀਂ ਲੱਗਾ ਵੀ ਕਿਹੜਾ ਜੱਟ ਆ, ਕਿਹੜਾ ਖੱਤਰੀ ਆ, ਕਿਹੜਾ ਨਾਈ ਆ, ਕਿਹੜਾ ਛੀਂਬਾ ਆ, ਕਿਹੜਾ ਚੂਰ ਆ, ਸਾਰਿਆਂ ਨੂੰ ਜਿੱਦਾਂ ਇੱਕ ਬਾਟੇ 'ਚ ਪਾ ਕੇ ਸਾਰਾ ਕੁਛ ਇਕੱਠਾ ਹੀ ਕਰ ਦਿੱਤਾ, ਜਿੱਦਾਂ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਉਹ ਗਿਆ ਮਠਿਆਈ ਲੈਣ ਪਹਿਲਾਂ ਗੱਚਕ ਬਣਵਾਈ ਜਿਹਨੇ, ਇੱਕ ਕਿਲੋ ਕਹਿੰਦਾ ਆ ਕੇ ਜਲੇਬੀਆਂ ਕਰਦੇ, ਇੱਕ ਕਿਲੋ ਬਰਫੀ ਕਰਦੇ, ਇੱਕ ਕਿਲੋ ਲੱਡੂ ਕਰਦੇ, ਪੰਜ ਸੱਤ ਮਠਿਆਈਆਂ ਕਿਲੋ ਕਿਲੋ ਕਰਕੇ ਕਹਿੰਦਾ ਇੱਕ ਕੜਾਹੀ 'ਚ ਪਾ ਕੇ ਇਕੱਠੀਆਂ ਕਰਦੇ, ਕਹਿੰਦਾ ਚੰਗੀ ਤਰ੍ਹਾਂ ਲਾ ਲਾ ਕੇ ਕਹਿੰਦਾ ਹੁਣ ਇਹਦੇ 'ਚ 100 ਗ੍ਰਾਮ ਕਹਿੰਦਾ ਮੈਨੂੰ ਰਬੜੀ ਦੇ ਦੇ, ਕਹਿੰਦਾ ਸਾਡੇ ਧਰਮ ਦੀ ਉਹ ਹਾਲਤ ਜਿਹੜੀ ਆ ਕੀਤੀ ਹੋਈ ਹੈ, ਸਾਡੀ ਨਹੀਂ ਹੈਗੀ ਵੈਸੇ ਹਰੇਕ ਦੇ ਵਿੱਚ, ਜਿਹਦੇ ਨਾਲ ਲੋਕੀ ਆਪਣਾ ਨੁਕਸਾਨ ਕਰਵਾਉਂਦੇ ਵੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਆਮ ਲੋਕਾਂ ਦਾ ਨੁਕਸਾਨ ਹੁੰਦਾ, ਆਰਥਿਕ ਪੱਖੋਂ ਵੀ ਹੁੰਦਾ ਵਾ, ਹਰੇਕ ਪੱਖੋਂ ਹੀ ਹੁੰਦਾ, ਲੋਕੀ ਲੰਬੇ ਸਮੇਂ ਤੱਕ ਬੁੱਧੂ ਬਣੇ ਰਹਿੰਦੇ, ਔਰ ਜਿੰਨੀ ਦੇਰ ਤੱਕ ਲੋਕੀ ਬੁੱਧੂ ਬਣੇ ਰਹਿਣ ਓਨੀ ਦੇਰ ਤੱਕ ਇਹਨਾਂ ਲੋਕਾਂ ਨੂੰ ਫਾਇਦੇ ਆ। ਅਕਾਲੀ ਅੱਜ ਮੈਨੂੰ ਬੇਟਾ ਦੱਸਦਾ ਪਿਆ ਸੀ, ਔਰ ਇਹ ਹਰੇਕ ਮੁਲਕ ਦੇ ਵਿੱਚ ਹੋ ਰਿਹਾ ਵਾ, ਕੈਲੀਫੋਰਨੀਆ ਦੀ ਆ ਮੈਂ ਨਿਊਜ਼ ਆ, ਉੱਥੇ ਕੋਈ ਜਨਾਨੀ ਸੀਗੀ, ਉਹਦਾ ਨਾਂ ਸੀਗਾ ਡੈਨੀਅਲ ਜੌਨਸਨ, ਉਹ ਜਿਹੜੇ ਆ ਜੋਤਸ਼ੀ ਹੁੰਦੇ ਆ ਨਾ, ਇਹੋ ਜਿਹਾ ਕੰਮ ਕਰਦੀ ਸੀ ਜਿੱਦਾਂ ਗ੍ਰਹਿ ਗੁਰੂਆਂ ਦਾ, ਜਿੱਦਾਂ ਉਹ ਇੱਕ ਦੂਸਰੇ ਨੂੰ ਦੱਸਦੇ ਆ ਜਿੱਦਾਂ ਆਹ ਹੁਣ ਸਾਡੇ ਸੋਮਵਾਰ ਇੱਥੇ ਸੂਰਜ ਗ੍ਰਹਿਣ ਲੱਗਾ ਇੱਥੇ, ਤੇ ਉਹਦੇ ਸੰਬੰਧ ਦੇ ਵਿੱਚ ਉਹਨੇ ਪਤਾ ਨਹੀਂ ਕਿੱਥੋਂ ਹਿਸਾਬ ਕਿਤਾਬ ਲਾਇਆ, ਪਹਿਲਾਂ ਵੀ ਇੱਦਾਂ ਦੀਆਂ ਕਈ ਅਫਵਾਹਾਂ ਚੱਲਦੀਆਂ ਰਹਿੰਦੀਆਂ, ਕਦੇ 2000 ਦੇ ਵਿੱਚ ਵੀ ਚੱਲੀ ਸੀ ਵੀ ਦੁਨੀਆਂ ਖਤਮ ਹੋ ਜਾਣੀ ਆ, ਫਿਰ 2012 ਦੇ ਵਿੱਚ ਵੀ ਕਹਿੰਦੇ ਸੀ ਵੀ ਦੁਨੀਆਂ ਖਤਮ ਹੋ ਜਾਣੀ ਆ, 2020 ਦੇ ਵਿੱਚ ਵੀ ਕਹਿੰਦੇ ਸੀਗੇ ਵੀ ਦੁਨੀਆਂ ਖਤਮ ਹੋ ਜਾਣੀ ਆ, ਜਿੱਦਾਂ ਜਦੋਂ ਹਰ ਵੇਲੇ ਤੁਹਾਡਾ ਦਿਮਾਗ ਉਹੋ ਹੀ ਸੋਚਦਾ ਰਹਿੰਦਾ, ਸੁੱਤਿਆਂ ਬਹਿੰਦਿਆਂ ਉੱਠਦਿਆਂ ਜਾਗਦਿਆਂ, ਉਹ ਕਈ ਵਾਰੀ ਤੁਸੀਂ ਉਸ ਗੱਲ ਨੂੰ ਕਹਾਣੀਆਂ ਦੇ ਨਾਲ ਮੰਨ ਲੈ, ਕਹਾਣੀਆਂ ਬਣਾਉਣ ਲੱਗ ਪੈਂਦਾ, ਕਲਪਨਾ ਕਰਨ ਲੱਗ ਪੈਂਦਾ ਆ, ਤੇ ਕਰਨ ਲੱਗ ਪੈਂਦਾ, ਔਰ ਉਹਦੇ ਉੱਤੇ ਤੁਹਾਡਾ ਯਕੀਨ ਵੱਧ ਜਾਂਦਾ ਉਹ ਬਸ ਉਹ ਜਿਹੜੀ ਤੁਸੀਂ ਮੰਨਣ ਲੱਗ ਪੈਂਦੇ ਵੀ ਵਾਕਿਆ ਏਦਾਂ ਹੀ ਹੋਣਾ। ਕਈ ਸੁਪਨੇ ਸੁੱਤਿਆਂ ਦੇ ਹੁੰਦੇ ਆ, ਕਈ ਜਾਗਦਿਆਂ ਦੇ ਹੁੰਦੇ ਆ, ਬਿਲਕੁਲ ਕਿਉਂਕਿ ਮਨ ਦਾ ਜਿਹੜਾ, ਹਾਂਜੀ ਹਾਂ, ਮਨ ਦਾ ਕੰਮ ਹੀ ਕਲਪਨਾ ਕਰਨਾ ਆ ਨਾ,
ਉਹਦੇ ਤੇ ਉਹਦਾ ਇੰਨਾ ਅਸਰ ਹੋ ਗਿਆ ਵੀ ਦੁਨੀਆ ਸੂਰਜ ਗ੍ਰਹਿਣ ਲੱਗਣਾ ਤੇ ਦੁਨੀਆ ਖਤਮ ਹੋ ਜਾਣੀ ਤੇ ਜੀਸਸ ਨੇ ਆਉਣਾ ਵਾ ਤੇ ਉਹਨੇ ਜਿੱਦਾਂ ਆਪਣੇ ਬੰਦੇ ਨੂੰ ਨਾਲ ਲੈ ਕੇ ਜਾਣਾ ਉਹਦੀ ਇੱਕ ਲੜਕੀ ਸੀਗੀ 9 ਸਾਲ ਦੀ ਇੱਕ ਬੁਆਏਫ੍ਰੈਂਡ ਸੀਗਾ ਇੱਕ ਲੜਕੀ ਉਹਦੀ 6 ਮਹੀਨੇ ਦੀ ਯਾਨੀ ਕਿ ਜਿਹੜੇ ਉਹ 6 ਮਹੀਨੇ ਦੀ ਲੜਕੀ ਸੀਗੀ ਉਸ ਬੁਆਏਫ੍ਰੈਂਡ ਉਹਨਾਂ ਦੀ ਸੀਗੀ ਇੱਕ ਪਹਿਲਾ ਸੀਗਾ ਉਹਦਾ ਜਿੱਦਾਂ ਐਕਸ ਉਹ ਤੋਂ 9 ਸਾਲ ਦੀ ਬੱਚੀ ਸੀਗੀ ਯਾਨੀ ਕਿ ਉਹ ਪਤਾ ਨਹੀਂ ਉਹਦੇ ਦਿਮਾਗ ਦੇ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਪਹਿਲਾਂ ਤਾਂ ਉਹਨੇ ਨਾਈਫ ਦੇ ਨਾਲ ਜਿਹੜਾ ਆਪਣਾ ਬੁਆਏਫ੍ਰੈਂਡ ਸੀਗਾ ਉਹਨੂੰ ਕਤਲ ਕੀਤਾ ਮੁੜ ਕੇ ਆਪਣੀਆਂ ਦੋਨਾਂ ਬੱਚੀਆਂ ਨੂੰ ਨਾਲ ਲੈ ਕੇ ਉਹ ਗੱਡੀ 'ਚ ਬਹਿ ਕੇ ਡਰਾਈਵ 'ਤੇ ਚੱਲ ਗਈ ਛੋਟੀ ਬੱਚੀ ਜਿਹੜੀ ਹੈਗੀ ਆ ਉਹ ਵੱਡੀ ਬੱਚੀ ਦੇ ਪੱਟਾਂ 'ਚ ਬਿਠਾਈ ਹੋਈ ਆਪਣੇ ਬਰਾਬਰ ਪੈਸੰਜਰ ਸੀਟ ਦੇ ਉੱਤੇ ਤੇਜ਼ ਗੱਡੀ ਜਾਂਦੀ ਪਈ ਆ ਧੱਕਾ ਦੇ ਕੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਮੁੜ ਕੇ ਆਪ ਗੱਡੀ ਕਾਹੇ ਰੁੱਖ ਦੇ ਵਿੱਚ ਜਾ ਕੇ ਮਾਰੀ ਆ ਆਪ ਵੀ ਮਰੀ ਆ ਆਪਣਾ ਬੁਆਏਫ੍ਰੈਂਡ ਵੀ ਮਾਰਿਆ ਆਪਣੀ ਉਹ ਜਿਹੜੀ 6 ਮਹੀਨੇ ਦੀ ਬੱਚੀ ਆ ਉਹ ਵੀ ਮਾਰੀ ਆ ਤੇ ਉਹ 9 ਸਾਲ ਦੀ ਬੱਚੀ ਜਿਹੜੀ ਹੈਗੀ ਉਹ ਕਿਸੇ ਤਰੀਕੇ ਦੇ ਨਾਲ ਬਚ ਗਈ ਯਾਨੀ ਕਿ ਇਸੇ ਹੀ ਵਿਸ਼ਵਾਸ ਦੇ ਵਿੱਚ ਆਪਾਂ ਕਹਿ ਲਈਏ ਭਰੋਸੇ ਵਿੱਚ ਕਹਿ ਲਈਏ ਉਹਨੂੰ ਸ਼ਰਧਾ ਕਹਿ ਲਈਏ ਵੀ ਅੱਜ ਦੁਨੀਆ ਸੂਰਜ ਗ੍ਰਹਿਣ ਲੱਗਣਾ ਅੱਜ ਦੁਨੀਆ ਜਿਹੜੀ ਖਤਮ ਹੋ ਜਾਣੀ ਅੱਜ ਹੁਣ ਜੀਸਸ ਨੇ ਆਉਣਾ ਵਾ ਤੇ ਮੈਂ ਉਹ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਖਤਮ ਕਰਕੇ ਮੈਂ ਜੀਸਸ ਦੇ ਕੋਲ ਜਾਣਾ ਉਹ ਦਿਮਾਗ ਦੇ ਉੱਤੇ ਲੋਕਾਂ ਦੇ ਅਸਰ ਹੋ ਜਾਂਦਾ ਤਾਂ ਹੁਣ ਜਿਹੜੇ ਹੁਣ ਸਾਡੇ ਪਤਾ ਨਹੀਂ ਕਦੋਂ ਤੋਂ ਆਹ ਕਹਾਣੀਆਂ ਸ਼ੁਰੂ ਤੋਂ ਹੈਗੀਆਂ ਸੁਣਾਈ ਜਾਂਦੇ ਯਾਨੀ ਅਸਲ 'ਚ ਇਹੀ ਕਰਾਮਾਤਾਂ ਆ ਅਸਲ 'ਚ ਜਿਹੜਾ ਇੱਦਾਂ ਦੀ ਕਹਾਣੀ ਸੁਣਾਉਂਦਾ ਉਹਨੂੰ ਬ੍ਰਹਮ ਗਿਆਨੀ ਨਹੀਂ ਕਹਿਣਾ ਚਾਹੀਦਾ ਉਹਨੂੰ ਮਾਨਸਿਕ ਰੋਗੀ ਕਹਿ ਕੇ ਉਹਦੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਤਾਂ ਹਾਂ ਹੀ ਹੈ ਜਿਹੜੇ ਸਾਡੇ ਵਿੱਚ ਮਾਨਸਿਕ ਰੋਗੀ ਆ ਉਹ ਅਸੀਂ ਬ੍ਰਹਮ ਗਿਆਨੀ ਉਹ ਬ੍ਰਹਮ ਗਿਆਨੀ ਬਣਾਏ ਹੋਏ ਆ ਉਹ ਧਰਮ ਸਿੰਘ ਨੇ ਅੰਗਦਾ ਕਹਿੰਦਾ ਜਿਹੜਾ ਵੱਡੇ ਗੱਪੀ ਆ ਉਹ ਵੱਡੇ ਬ੍ਰਹਮ ਗਿਆਨੀ ਗੱਪੀ ਆਪਣੇ ਆਪ ਹੀ ਹੋ ਜਾਂਦਾ ਜਦੋਂ ਬੰਦਾ ਮਾਨਸਿਕ ਰੋਗੀ ਆ ਉਹਨੇ ਕੋਈ ਸਿੱਧੀ ਗੱਲ ਤਾਂ ਕਰਨੀ ਨਹੀਂ ਹੈਗੀ ਵੀ ਜਿਹਨਾਂ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਜਿਹੜੇ ਲੋਕ ਪਾਗਲਖਾਨੇ ਦੇ ਵਿੱਚ ਜਿਹੜੇ ਭਰਤੀ ਹੋਣੇ ਚਾਹੀਦੇ ਆ ਉਹਨਾਂ ਨੂੰ ਅਸੀਂ ਬ੍ਰਹਮ ਗਿਆਨੀ ਬਣਾ ਕੇ ਆਪਣੇ ਸਿਰਾਂ ਦੇ ਉੱਤੇ ਬਿਠਾਇਆ ਹੋਇਆ ਉਹਨਾਂ ਦੀ ਅਸੀਂ ਪੂਜਾ ਕਰਦੇ ਪਏ ਤੇ ਚਲੋ ਟਾਈਮ ਅੱਜ ਤੁਹਾਡਾ ਕਾਫੀ ਲੈ ਲਿਆ ਮੈਂ ਕੋਈ ਨਹੀਂ ਜੀ ਅਸੀਂ ਕੱਲ੍ਹ ਨੂੰ ਵੀ ਕਰ ਲੈਣਾ ਪ੍ਰੋਗਰਾਮ ਕੱਲ੍ਹਾਂ ਬਹੁਤੀਆਂ ਕੱਲ੍ਹ ਨੂੰ ਲੈ ਲੈਣੀਆਂ ਸਤਨਾਮ ਨਾਲ ਗੱਲ ਕਰਨੀ ਆ ਹੁਣ ਆਪਾਂ ਇੱਕ ਗੱਲ ਮੂਵੀਜ਼ ਮੈਨੂੰ ਬੜੀ ਵਧੀਆ ਲੱਗੀ ਜੀ ਜਦੋਂ ਨਾ ਕੈਨੇਡਾ ਗਿਆ ਇਹ ਹਾਂਜੀ ਕੈਨੇਡਾ ਦੇ ਟੂਰ 'ਤੇ ਉੱਥੇ ਜਾਣ ਤੋਂ ਪਹਿਲਾਂ ਸਟੇਜ 'ਤੇ ਜਾਣ ਤੋਂ ਪਹਿਲਾਂ ਇਹਦੇ ਨਾਲ ਬੰਦੇ ਕੁਛ ਮਿਲਣ ਆਏ ਉਹਨੂੰ ਉਹਨਾਂ ਦਾ ਮੂੰਹ ਚਿਹਰਾ ਨਹੀਂ ਦਿਖਾ ਲਿਆ ਉਹਨੀ ਅੱਛਾ ਜੀ ਇਹ ਨਹੀਂ ਪਤਾ ਲੱਗਾ ਕਿਹੜੇ ਧਰਮ ਕੌਮ ਦੇ ਬੰਦੇ ਸੀ ਪਰ ਗੱਲ ਇਹੀ ਕਹਿ ਰਹੇ ਸੀ ਵੀ ਤੂੰ ਇੱਦਾਂ ਨਾ ਕਰ ਜਿੱਦਾਂ ਤੂੰ ਕਰਦਾ ਆ ਵੀ ਅਸੀਂ ਇੱਦਾਂ ਤੈਨੂੰ ਚੇਤਾਵਨੀ ਦੇਣ ਆਏ ਹਾਂ ਓਬਵੀਅਸਲੀ ਆ ਵੀ ਉਹਨਾਂ ਸਮੇਂ ਦੀ ਗੱਲ ਕਰੀਏ ਤੇ ਕਿਸੇ ਹੋਰ ਧਰਮ ਦੇ ਲੋਕ ਕਦੇ ਵਾਸਤੇ ਕਹਿਣਗੇ ਇਹਨੂੰ ਹਾਂ ਅੱਛਾ ਜਦੋਂ ਨਾ ਉਹ ਗੱਲ ਕਹਿ ਰਿਹਾ ਇਹਨੂੰ ਤੇ ਇਹਦਾ ਧਿਆਨ ਸਟੇਜ ਵਾਲੇ ਆ ਇੱਦਾਂ ਠੀਕ ਹੈ ਇਹ ਖੜਾ ਉਹਨਾਂ ਨੂੰ ਕਹਿੰਦਾ ਵੀ ਹਾਂਜੀ 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 ਚਲੋ ਇੱਦਾਂ ਜਦੋਂ ਉਹ ਗੱਲ ਇੱਦਾਂ ਕਰੀ ਜਾਂਦੇ ਕਹਿੰਦਾ ਜੀ ਤੁਸੀਂ ਥੋੜ੍ਹਾ ਜਿਹਾ ਛੇਤੀ ਕਰ ਲਓ ਵੀ ਮੈਂ ਜਾਣਾ ਆ ਉਹ ਕਹਿੰਦੇ ਤੈਨੂੰ ਸਮਝ ਨਹੀਂ ਆਉਂਦੀ ਵੀ ਤੈਨੂੰ ਅਸੀਂ ਧਮਕੀ ਦੇ ਰਹੇ ਹਾਂ ਅੱਛਾ ਜੀ ਕਹਿੰਦਾ ਹਾਂਜੀ ਹਾਂਜੀ ਮੈਂ ਵੀ ਉਹੀ ਕਹਿੰਦਾ ਵੀ ਛੇਤੀ ਛੇਤੀ ਦੇ ਲਓ ਮੈਂ ਜਾਣਾ ਉਹ ਫਿਰ ਕਹਿੰਦੇ ਵੀ ਅਸੀਂ ਇੱਦਾਂ ਗੱਲਾਂ ਨਹੀਂ ਕਰ ਪਏ ਤੈਨੂੰ ਇੱਦਾਂ ਤੈਨੂੰ ਐਂ ਕਰਦੇ ਹਾਂ ਕਹਿੰਦਾ ਹਾਂਜੀ ਜੋ ਵੀ ਕਰਨਾ ਤੁਸੀਂ ਜੋ ਕਹਿਣਾ ਛੇਤੀ ਕਹਿ ਦਾ ਉਹ ਵੀ ਮੇਰਾ ਨਾਲ ਦੇ ਬੰਦੇ ਨੂੰ ਉਹ ਗੱਲ ਕਰਦੇ ਨਾਲ ਦੇ ਨੂੰ ਕਹਿੰਦਾ ਕਹਿੰਦਾ ਉਹਨਾਂ ਨੂੰ ਕਹਿ ਮੈਂ ਆਉਣ ਲੱਗਾ ਇੱਦਾਂ ਇੱਦਾਂ ਹੀ ਮੱਟ ਸ਼ੇਰੂ ਵਾਲਾ ਕਰਦਾ ਉਹ ਕਹਿੰਦੇ ਆ ਵੀ ਕਿਉਂਕਿ ਉਹ ਵੀ ਕਹਿੰਦਾ ਸ਼ੇਰ ਸ਼ੇਰੀ ਵੀ ਹਾਂ ਵੀ ਕਹਿ ਉਹ ਵੀ ਨਾਲ ਨਾਲ ਕਹਿੰਦਾ ਵੀ ਹਾਂ ਵੀ ਕਹਿ ਦਿੰਦਾ ਹੋਰ ਦੱਸੋ ਕੀ ਕਹਾਉਣਾ ਤੁਸੀਂ ਇੱਕ ਫਿਲਮ ਦੇ ਵਿੱਚ ਮੈਨੂੰ ਲੱਗਦਾ ਮੇਹਰ ਮਿੱਤਲ ਸੀ ਸ਼ਾਇਦ ਉਹ ਕੋ ਗਲਤੀ ਹੋ ਜਾਂਦੀ ਉਹਨੂੰ ਕਹਿੰਦੇ ਵੀ ਗੇੜਾ ਵੀ ਕਾਲਾ ਮੂੰਹ ਕਰਕੇ ਇਹਦਾ ਖੋਤੇ ਤੇ ਚਾੜ ਕੇ ਗੇੜਾ ਖੜਾਓ ਜਿੱਦਾਂ ਉਹ ਜਦੋਂ ਕੱਢ ਕੇ ਆਇਆ ਇੱਕ 2 ਗੇੜੇ ਕੱਢਣ ਤਾਂ ਕਿੰਨਾ ਟਾਈਮ ਲਾਉਣਾ ਸੀ ਘਰ ਘਰਦਿਆਂ ਨੂੰ ਕਹਿੰਦਾ ਵੀ ਤੁਸੀਂ ਬਣਾਓ ਰੋਟੀ ਮੈਂ ਛੇਤੀ ਛੇਤੀ ਕੱਢ ਕੇ ਆ ਜਾ ਚਾਰ ਤਾਂ ਭਾਂਡੇ ਰਹਿ ਗਏ ਹੁਣ ਮੈਂ ਆ ਗਿਆ ਬਸ ਚਾਹ ਬਣਾਓ ਤੁਸੀਂ ਕਹਿੰਦਾ ਬਸ ਮੈਂ ਆਇਆ ਨਹੀਂ ਨਹੀਂ ਚਲੋ ਐਨੀਵੇ ਥੈਂਕ ਯੂ ਤੁਹਾਡਾ ਤੁਸੀਂ ਇੰਨਾ ਟਾਈਮ ਦਿੱਤਾ ਅੱਜ ਮੈਨੂੰ ਤੇ ਆਪਾਂ ਫਿਰ ਅਗਲੇ ਹਫਤੇ ਕਰਦੇ ਗੱਲ ਠੀਕ ਹੈ ਜੀ ਠੀਕ ਹੈ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਜੀ ਗਿਆਨੀ ਜੀ ਹੋਰਾਂ ਦਾ ਜਿਨ੍ਹਾਂ ਨੇ ਕਿਉਂਕਿ ਵੱਖਰੇ ਵੱਖਰੇ ਐਂਗਲਾਂ ਤੋਂ ਗੱਲ ਹੋ ਜਾਂਦੀ ਆ ਥੋੜ੍ਹੀ ਜਿਹੀ ਸਾਨੂੰ ਆਪਣਾ ਤਾਂ ਸਾਨੂੰ ਪਤਾ ਹੀ ਹੁੰਦਾ ਠੀਕ ਹੈ ਵੈਸੇ ਵੀ ਮੈਂ ਜਦੋਂ ਇੱਦਾਂ ਕਿਉਂਕਿ ਮੈਂ ਤਿਆਰੀ ਨਹੀਂ ਬਹੁਤੀ ਕਰ ਹੁੰਦੀ ਮੇਰੇ ਤੋਂ ਟਾਈਮ ਘੱਟ ਹੁੰਦਾ ਆ
ਅਤੇ ਗੱਲ ਦਾ ਖਲਾਰਾ ਜ਼ਿਆਦਾ ਪਿਆ ਹੁੰਦਾ। ਅਸੀਂ ਤਾਂ ਸਿਰਫ ਇੱਕ ਮਾਧਿਅਮ ਹੁੰਦਾ ਬੈਠੀ ਦਾ ਆ ਕਿ ਇੱਥੇ ਗੱਲਾਂ ਉਹੀ ਹੁੰਦੀਆਂ, ਉੱਨੀ ਇੱਕੀ ਦੇ ਫਰਕ ਨਾਲ। ਠੀਕ ਹੈ ਵੀ ਜਿੱਦਾਂ ਵੀ ਅੱਜ ਹੁਣ ਇੱਕ ਆਰੰਭ ਬਹੁਤ ਵਾਰੀ ਹੁੰਦਾ ਇੱਦਾਂ ਆ ਵੀ ਜਦੋਂ ਕੋਈ ਗੱਲ ਟੋਪਿਕ ਰੱਖੀ ਦਾ ਆਪਾਂ ਸੂਚੀ ਦਾ ਆ ਡਿਸਕਸ ਕਰਨੇ ਨੂੰ, ਉਹ ਵੀ ਇੱਦਾਂ ਹੀ ਹੁੰਦਾ ਵੀ ਸਾਹਮਣੇ ਗੱਲ ਆਈ ਹੁੰਦੀ ਆ ਕੇ ਉਹਦੇ ਉੱਤੇ ਕੋਈ, ਕਈ ਵਾਰ ਸੀਰੀਅਲ ਦੇ ਵਿੱਚ ਛੋਟੀ ਮੋਟੀ ਗੱਲ ਆਉਂਦੀ ਹੈ। ਠੀਕ ਹੈ, ਰਾਤ ਮੈਂ ਪੋਸਟ ਵੀ ਪਾਈ ਸੀ ਵੀ ਇਹਦਾ ਇਹ ਮੂਵੀ ਦੇਖਦਾ ਸੀ ਮੈਂ ਚਮਕੀਲੇ ਵਾਲੀ ਜਿਹੜੀ, ਵੀ ਕੋਈ ਕਿਸੇ ਡਰਾਮੇ ਦੇ ਵਿੱਚ ਵੀ ਕੋਈ ਗੱਲ ਆਉਂਦੀ ਆ, ਉਹ ਗੱਲ ਹੁੰਦੀ ਬੇਸ਼ੱਕ ਆਮ ਜਿਹੀ ਆ, ਠੀਕ ਹੈ, ਪਰ ਜਦੋਂ ਤੁਸੀਂ ਉਹ ਸਾਹਮਣੇ ਫਲਮਾ ਹੁੰਦੀ ਦੇਖ ਰਹੇ ਹੁੰਦੇ ਆ, ਠੀਕ ਹੈ, ਉਦੋਂ ਖਿਆਲ ਜਿਹੜੇ ਆ ਆਉਂਦੇ ਤੁਹਾਡੇ ਦਿਮਾਗ ਦੇ ਵਿੱਚ, ਅਤੇ ਉਹ ਖਿਆਲ ਉਹਨਾਂ ਨੂੰ ਜਦੋਂ ਤੁਸੀਂ ਕਿਸੇ ਤਰ੍ਹਾਂ ਬਣਾ ਕੇ ਉਹਦੀ ਸੈਂਸ ਕਰਕੇ ਕਰ ਲੈਂਦੇ ਹਾਂ ਅਤੇ ਉਹਨੂੰ ਐਕਸਪੈਂਡ ਕਰਨੇ ਨੂੰ ਜਿੰਨਾ ਮਰਜ਼ੀ ਕਰ ਲਓ ਤੁਸੀਂ ਉਹਦੇ 'ਚ ਕੋਈ। ਮੈਂ ਰਾਤ ਸੋਰੀ ਆਪਣੀ ਫੈਮਿਲੀ ਮੈਨ ਦਾ ਫੈਮਿਲੀ ਮੈਨ ਵੈਬ ਸੀਰੀ ਆ, ਠੀਕ ਹੈ, ਉਹਦੇ ਵਿੱਚ ਗੱਲ ਹੁੰਦੀ ਆ ਵੀ ਮੈਂ ਪੋਸਟ ਪਾਈ ਹੋਈ ਸੀ ਵੀ ਸਾਡੀ ਜ਼ਿੰਦਗੀ ਦਾ 10% ਹਿੱਸਾ ਹੁੰਦਾ ਆ ਜੋ ਸਾਡੇ ਨਾਲ ਵਾਪਰਿਆ ਹੁੰਦਾ, ਅਤੇ 90% ਉਹ ਆ ਜਿਹੜਾ ਅਸੀਂ ਪ੍ਰਤੀਕਰਮ। ਉਹ 'ਚ ਉਹ ਇੱਕ ਫੈਮਿਲੀ ਮੈਨ ਦੀ ਵਾਈਫ ਆ ਜਿਹੜਾ ਅਸਲ ਦੇ ਵਿੱਚ ਉਹ ਹੈਗਾ ਏਜੰਟ ਆ, ਵੱਡੀ ਏਜੰਸੀ ਆ ਉਹਦਾ ਏਜੰਟ ਆ, ਉਹਦੀ ਵਾਈਫ ਆ, ਉੱਤੇ ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਥੋੜ੍ਹੀ ਜਿਹੀ ਵਿਗੜ ਜਾਂਦੀ ਆ, ਉਹ ਆਪ ਕੌਂਸਲਰ ਦੇ ਕੋਲ ਜਾਂਦੀ ਆ ਅਤੇ ਉਹ ਉਹਨੂੰ ਸਵਾਲ ਪੁੱਛਦਾ ਗੱਲਾਂ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਆ ਉਹਦੇ ਬਾਰੇ ਪੁੱਛਦਾ ਵੀ ਹੁਣ ਤੂੰ, ਜਦੋਂ ਉਹ ਸਵਾਲ ਪੁੱਛਦਾ ਹੁਣ ਕਿੱਦਾਂ ਸੋਚਦੀ ਆ ਤੂੰ, ਉਹ ਕਹਿੰਦੀ ਉਹ ਮੈਂ ਨਾ ਨਹੀਂ ਰੱਖਦਾ, ਤੂੰ ਮੇਰੇ ਨਾਲ ਘਟਨਾਵਾਂ ਦੀ ਗੱਲ ਕਰ। ਉਦੋਂ ਉਹ ਕਹਿੰਦਾ ਜ਼ਿੰਦਗੀ ਦੇ ਵਿੱਚ ਜੋ ਕੁਛ ਸਾਡੇ ਨਾਲ ਹੋ ਰਿਹਾ ਆ ਨਾ ਇਸ ਵੇਲੇ, ਉਹਦੇ ਵਿੱਚੋਂ ਸਿਰਫ 10% ਉਹ ਆ ਜੋ ਘਟਨਾਵਾਂ ਵਾਪਰੀਆਂ, ਬਾਕੀ 90% ਉਹ ਆ ਜੋ ਅਸੀਂ ਉਹਨਾਂ ਘਟਨਾਵਾਂ ਦੇ ਉੱਤੇ ਪ੍ਰਤੀਕਰਮ ਦਿੱਤਾ, ਰਿਐਕਟ ਕੀਤਾ। ਇਸ ਕਰਕੇ ਕੁਛ ਵੀ ਵਾਪਰਦਾ ਸਾਡੇ ਨਾਲ ਉਹ ਇੰਨਾ ਇੰਪੋਰਟੈਂਟ ਨਹੀਂ ਹੁੰਦਾ ਜਿੰਨਾ ਇੰਪੋਰਟੈਂਟ ਆ ਅਸੀਂ ਉਹਦੇ ਪ੍ਰਤੀ ਰਿਐਕਟ ਕਿੱਦਾਂ ਕਰਦੇ ਹਾਂ, ਐਟੀਚਿਊਡ ਕੀ ਆ ਸਾਡਾ ਉਹ ਘਟਨਾ ਨੂੰ ਦੇਖਣ ਦਾ, ਕੁਛ ਵੀ ਹੋਵੇ ਚਾਹੇ। ਠੀਕ ਹੈ ਜੀ, ਸਾਡੇ ਨਾਲ ਸਤਨਾਮ ਸਿੰਘ ਹੈਗੇ ਆ ਜੀ, ਆਪਾਂ ਉਹਨਾਂ ਨਾਲ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਬਸ ਠੀਕ ਹੈ, ਤੁਸੀਂ ਸੁਣਾਓ? ਵਧੀਆ ਵਧੀਆ ਜੀ। ਜੇ ਪ੍ਰੋਗਰਾਮ ਕਰਨਾ ਬੰਦ, ਮੈਂ ਕੱਲ ਨੂੰ ਕਾਲ ਕਰ ਲੂੰਗਾ, ਕੋਈ ਇਦਾਂ ਦੀ ਗੱਲ ਨਹੀਂ। ਨਾ ਨਾ ਹੈਗਾ ਟਾਈਮ ਤਾਂ? ਨਾ 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 ਨਾ, ਅੱਜ ਤਾਂ ਟਾਈਮ ਤਾਂ ਖੁੱਲ੍ਹਾ ਹੀ ਆ ਸਾਡੇ ਕੋਲ। ਪਰ ਉਹਦੇ 'ਚ ਮੈਨੂੰ ਇੱਦਾਂ ਸੀ ਨਾ, ਜਦੋਂ ਅਸੀਂ ਉੱਦਣ ਨੋਟ ਕੀਤਾ ਵੀ ਜਦੋਂ ਨਾ ਅਸੀਂ ਜਿੱਦਾਂ ਹੁਣ ਆਪ ਗੱਲ ਕਰਕੇ ਗਿਆਨੀ ਜੀ ਦੀ ਗੱਲ ਤੋਂ ਬਾਅਦ ਕਹਿੰਦੇ ਹਾਂ ਵੀ ਕਾਲ ਕਰ ਲਓ, ਹਾਂਜੀ, ਫਿਰ ਕਈ ਵਾਰ ਜਿੱਦਾਂ ਪਤਾ ਨਹੀਂ ਹੁਣ ਅਗਲੇ ਤੋਂ ਗੱਲ ਨਹੀਂ ਕਰ ਹੁੰਦੀ ਕੁਛ, ਉੱਦਣ ਅਸੀਂ ਸ਼ੁਰੂ 'ਚ ਇੱਦਾਂ ਕਰ ਦਿੱਤਾ ਵੀ ਹਾਂ ਕਾਲਾਂ ਲੈ ਲਈਆਂ ਨਾ। ਉਹ ਸੁਣਿਆ ਪ੍ਰੋਗਰਾਮ, ਬੜਾ ਚੰਗਾ ਲੱਗਾ ਪ੍ਰੋਗਰਾਮ ਭਾਜੀ, ਬਹੁਤ ਵਧੀਆ ਸੀਗਾ, ਹੈ ਨਾ, ਵਧੀਆ ਗੱਲ ਆ ਉਹ। ਤਾਂ ਫਿਰ ਮੈਨੂੰ ਲੱਗਿਆ ਸੀ ਵੀ ਚਲੋ ਜਦੋਂ ਵੀ ਟਾਈਮ ਕਈ ਵਾਰ ਹੁਣ ਹੁੰਦਾ ਨਹੀਂ ਸਬੱਬ ਬਣਦਾ ਨਹੀਂ ਇੱਦਾਂ ਤਾਂ ਗੱਲ ਵੱਖਰੀ, ਜੇ ਹੋਵੇ ਟਾਈਮ ਜੀ ਤਾਂ ਫਿਰ ਅਸੀਂ ਰੱਖ ਲਿਆ ਕਰਾਂਗੇ। ਹਾਂਜੀ ਹਾਂਜੀ, ਕੱਲ ਤਾਂ ਮੂਵੀ ਬਾਰੇ ਵੀ ਥੋੜੀ ਜਿਹੀ ਕਰਨੀ ਆ, ਤੇ ਇੱਕ ਛੋਟੀ ਜਿਹੀ ਤੁਸੀਂ ਆ ਗੱਲ ਕਰਦੇ ਸੀਗੇ ਐਂਡ ਦੇ ਵਿੱਚ ਜਾ ਕੇ ਨਾ, ਉਹੀ ਕਰਾਮਾਤਾਂ ਦੀ ਗੱਲ ਜਾਂ ਉਹ ਸਿਰ ਵੱਢਣ ਦੀ ਗੱਲ ਹੈ ਨਾ, ਹੁਣ ਉਹ ਕਰਾਮਾਤ ਕਾਹਦੀ ਹੈ ਵੀ ਜਿਹੜੀ ਇੱਕ ਵਾਰੀ ਕੋਈ ਚੀਜ਼ ਵੀ ਕਿਸੇ ਨੇ ਬਣਾਈ ਜਿਹੜੀ ਇੱਕੋ ਵਾਰੀ ਚੱਲੀ, ਉਹਨੂੰ ਤਾਂ ਕੋਈ ਉਹ ਤਾਂ ਮਤਲਬ ਉਹ ਤਾਂ ਨਾ ਨਲਾਇਕ ਸਾਇੰਟਿਸਟ ਵੀ ਨਹੀਂ ਗਿਣਦਾ, ਨਹੀਂ ਉਹਨੂੰ ਕੋਈ ਕਿਸੇ ਗਿਣਤੀ ਚ ਨਹੀਂ ਬੰਦਾ ਹੁੰਦਾ ਉਹ, ਉਹਨੂੰ ਤਾਂ ਉਹਦੀ ਕੋਈ ਨਾ ਹੀ ਨਹੀਂ ਹੁੰਦਾ, ਉਹਨੂੰ ਕੋਈ ਪੁੱਛਦਾ ਹੀ ਨਹੀਂ, ਜਿਹੜਾ ਇੱਕੋ ਵਾਰੀ ਚਲਾ ਕੋਈ ਚੀਜ਼ ਬਣਾਈ ਉਹਨੇ ਚਲਾਈ ਮੁੜ ਕੇ ਬਣੀ ਨਹੀਂ, ਉਹਦਾ ਤਾਂ ਕੋਈ ਨਾ ਹੋਣਾ ਵੀ ਨਹੀਂ ਚਾਹੀਦਾ, ਕੀ ਫਾਇਦਾ ਉਹਦਾ, ਉਹਦਾ ਕੋਈ ਫਾਇਦਾ ਨਹੀਂ ਨਾ ਸੰਸਾਰ ਦੁਨੀਆਂ ਨੂੰ ਹੋਇਆ। ਵੀ ਹੁਣ ਜਿੱਦਾਂ ਅਸੀਂ ਹੋਰ ਤੁਸੀਂ ਗੱਲ ਕਰਦੇ ਸੀਗੇ ਬਾਕੀ ਵੀ ਜਿੱਦਾਂ ਹੁਣ ਜਦੋਂ ਇੱਕ ਨੁਕਤਾ ਆ ਗਿਆ ਹੱਥ ਪਈ ਤਲੀ ਤੇ ਸੀਸ ਰੱਖ ਲੈਣਾ ਹੈ ਨਾ, ਨੁਕਤਾ ਆ ਗਿਆ ਚਲੋ ਇੰਨਾ ਵੀ ਅਸੀਂ ਇਹਨਾਂ ਨੂੰ, ਵੈਸੇ ਤਾਂ ਉਹ ਨੁਕਤਾ ਬਹੁਤ ਵਧੀਆ, ਤਾਂ ਜੇ ਉਹ ਨੁਕਤਾ ਬਾਕੀ ਇਹਨਾਂ ਨੂੰ ਹੱਥ ਆ ਗਿਆ ਸੀਗਾ ਉਹਦੇ ਨਾਲ ਤਾਂ ਕੌਮ ਅੱਜ ਤੱਕ ਰਾਜ ਕਰਦੀ ਹੋਣੀ ਸੀਗੀ, ਨਾ ਸਾਡੇ ਬਹੁਤ ਜਿਹੜੇ ਗਾਹਾਂ ਜਿਹੜੇ ਉਹ ਤੋਂ ਬਾਅਦ ਇੰਨੇ
ਸ਼ਹੀਦੀਆਂ ਹੋਈਆਂ, ਬਹੁਤ ਨੁਕਸਾਨ ਹੋਏ, ਕੌਮ ਦੇ ਬਚ ਜਾਣੇ ਸੀ। ਜਿਹੜਾ ਸਿਰ ਵੱਢ ਹੁੰਦਾ ਉਦੋਂ ਗੋਲੀ ਤਾਂ ਹੈ ਨਾ, ਤਲਵਾਰ ਹੀ ਲੱਗਦੀ ਸੀਗੀ। ਜਿਹੜਾ ਸਿਰ ਵੱਢ ਹੁੰਦਾ ਸਿਰ ਤਲੀ ਤੇ ਸਿਰ ਤੇ ਰੱਖ ਲੈਂਦੇ, ਜਿਹਦੀ ਬਾਂਹ ਵੱਢ ਹੁੰਦੀ ਬਾਂਹ ਵੀ ਜੋੜ ਲੈਂਦੇ, ਜਿਹਦੀ ਲੱਤ ਵੱਢ ਹੁੰਦੀ ਲੱਤ ਜੋੜ ਲੈਂਦੇ। ਉਹ ਤਾਂ ਜੇ ਸਿਰ ਜੋੜ ਸਕਦਾ ਬਾਕੀ ਵੀ ਤਾਂ ਅੰਗ ਜੁੜੇ ਜਾਣੇ ਸਭ ਕੁਛ। ਉਹ ਜਾਣੀ ਉਹਨਾਂ ਨੂੰ ਇੱਦਾਂ ਕਰਨਾ ਚਾਹੀਦਾ ਸੀ, ਉਹ ਫਾਰਮੂਲਾ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਵੀ ਇਸ ਤਰੀਕੇ ਨਾਲ ਨਾਮ ਜਪੋ, ਇੱਦਾਂ ਇੱਦਾਂ ਕਰੋ, ਇੱਦਾਂ ਹੋਣ ਲੱਗ ਪੈਂਦੇ ਆ। ਅਤੇ ਮਗਰ ਇੱਦਾਂ ਹੁੰਦੇ ਆਉਂਦੇ, ਬਸ ਗੱਲ ਮੁੱਕ ਗਈ ਸੀ। ਚਲੋ ਫਾਰਮੂਲਾ ਹੋਣਾ ਵੀ, ਮੈਂ ਕਹਿੰਦਾ ਵੀ ਚਲੋ ਆਪਣੇ ਆਪਣਾ ਇੱਕੋ ਹੀ ਗਿਲਾ ਹੈ, ਇੱਕੋ ਹੀ ਸਾਡਾ ਇਸ ਕੌਮ ਨੂੰ ਗੱਲ ਦੱਸਣੇ ਦੀ ਗੱਲ ਹੈ। ਮੰਨ ਲੈਂਦੇ ਉਹਦੇ ਕੋਲ ਇਕੱਲੇ ਕੋਲ ਫਾਰਮੂਲਾ ਸੀਗਾ ਬਾਬਾ ਦੀਪ ਸਿੰਘ ਕੋਲ, ਹੈਨਾ। ਉਹ ਫਾਰਮੂਲਾ ਫਿਰ ਜਿੱਦਣ ਸਰਹੰਦ ਨੀਹਾਂ ਵਿੱਚ ਬੱਚੇ ਚਿੰਨ ਹੋ ਰਹੇ ਸੀ ਉਦੋਂ ਵਰਤਣਾ ਜ਼ਰੂਰੀ ਸੀਗਾ। ਬਿਲਡਿੰਗ ਤਾਂ ਦੁਆਰਾ ਵੀ ਬਣ ਗਈ, ਬੱਚੇ ਥੋੜਾ ਸਾਨੂੰ ਦੁਆਰਾ ਮਿਲੇ ਆ। ਬਿਲਡਿੰਗ ਇੱਟਾਂ ਦੀ ਬਿਲਡਿੰਗ ਤਾਂ ਕਦੇ ਵੀ ਬਣ ਜਾਣੀ ਹੈ, ਉਹਦਾ ਕੀ ਹੈ ਮਤਲਬ? ਜੇ ਅੱਜ ਢਹਿ ਝਾਲਾਂ ਲਿਟਾ ਜਾਂਦੀਆਂ ਦੁਨੀਆਂ ਦੀ ਬਿਲਡਿੰਗਾਂ ਤੇ ਉਹ ਬਣ ਜਾਂਦੀਆਂ, ਮਤਲਬ ਜੇ ਹੁਣ ਸਾਹਿਬਜ਼ਾਦੇ ਆ ਉਸ ਵੇਲੇ ਮਾਤਾ ਗੁਜਰੀ ਦਾ ਦਰਦ ਆ, ਉਹ ਸਾਨੂੰ ਸਾਰੀ ਦੁਨੀਆਂ ਤੋਂ ਪਹਿਲ ਜੇ ਅੱਜ ਸਿੱਖ ਦੇਖੇ ਤਾਂ ਇਹਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਵੀ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਸੀਗੇ। ਉਹ ਬਹੁਤ ਵੱਡਾ ਕਹਿਰ ਸੀਗਾ ਜਾਣੀ ਬਿਲਕੁਲ। ਜੇ ਅਸੀਂ ਵੈਸੇ ਵੀ ਟੋਟੈਲਿਟੀ ਦੇ ਵਿੱਚ ਦੇਖੀਏ ਨਾ, ਸਮੁੱਚਤਾ ਵਿੱਚ, ਹਾਂਜੀ, ਤਾਂ ਇੱਕ ਪਾਸੇ ਤਾਂ ਹੈਗਾ ਆ ਭਈ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਵਿੱਚ ਬਹੁਤ ਸਾਰੇ ਗੁਰਦੁਆਰੇ ਬਣਾਏ ਗਏ ਆ, ਉਹਨਾਂ ਚੋਂ ਇੱਕ ਗੁਰਦੁਆਰੇ ਦੇ ਉੱਤੇ ਕਬਜ਼ੇ ਦੀ ਕਹਾਣੀ ਆ। ਇੱਕ ਪਾਸੇ ਤਾਂ ਹੈਗਾ ਇਹ, ਦੂਜੇ ਪਾਸੇ ਇਹ ਆ ਭਈ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਜਿਹੜੇ ਦਸਵੇਂ ਪਾਤਸ਼ਾਹ ਆ ਨਾ, ਹਾਂਜੀ, ਜਿਹੜੇ ਪੀਕ 'ਤੇ ਪਹੁੰਚ ਗਏ ਜੀ, ਜਿਨ੍ਹਾਂ ਨੇ ਜਾਣੀ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਕਿਸਮ ਦੀ ਫਕੀਰੀ ਜਿੱਥੇ ਕੁਛ ਵੀ ਨਹੀਂ ਸੀਗਾ ਜੀ, ਉੱਥੋਂ ਸ਼ੁਰੂ ਹੋਈ ਸਲਤਨਤ ਨੂੰ ਬਾਦਸ਼ਾਹਤ ਤੱਕ ਲੈ ਆਂਦਾ। ਹਾਂਜੀ, ਇੱਕ ਪੂਰੀ ਸਲਤਨਤ ਖੜੀ ਆ ਅਨੰਦਪੁਰ ਦੇ, ਉਹ ਖਤਮ ਹੋ ਰਹੀ ਆ, ਉਹਨਾਂ ਦੇ ਬੱਚੇ ਖਤਮ ਹੋ ਰਹੇ ਤੇ ਆਪ ਉਹਨਾਂ ਦੀ ਉਹ ਜੋਤੀ ਜੋਤ ਸਮਾ ਰਿਹਾ, ਆਪਣਾ ਕਤਲ ਹੋ ਰਿਹਾ ਉਹਨਾਂ ਦਾ। ਹਾਂ ਬਿਲਕੁਲ, ਉਹਨਾਂ ਦੇ ਪਿੱਛੇ ਕੁਛ ਨਹੀਂ ਬਚਿਆ। ਇੱਕ ਪਾਸੇ ਉਹ ਆ ਜੀ, ਹੁਣ ਜੇ ਕਰਾਮਾਤ ਦੀ ਇੱਦਾਂ ਦੀ ਕੋਈ ਸੰਭਾਵਨਾ ਸੀ ਜੀ, ਤੇ ਉਹ ਗੁਰਦੁਆਰਾ ਬਚਾਉਣ ਲਈ ਕਿਸੇ ਬਾਬਾ ਦੀਪ ਸਿੰਘ ਦੇ ਸਿਰ ਨਾਲ ਜੁੜਨ ਦੀ ਬਜਾਏ ਜਦੋਂ ਦਸਵੇਂ ਪਾਤਸ਼ਾਹ ਦੇ ਛੁਰਾ ਲੱਗਾ ਸੀ ਉੱਥੇ ਜੁੜਨੀ ਚਾਹੀਦੀ ਸੀ ਕਰਾਮਾਤ। ਹਾਂ, ਉੱਥੇ ਜੁੜਨੀ ਚਾਹੀਦੀ ਸੀ, ਸਾਹਿਬਜ਼ਾਦਿਆਂ ਨਾਲ ਜੁੜਨੀ ਚਾਹੀਦੀ ਸੀ, ਤਾਂ ਕਿ ਦਸਵੇਂ ਪਾਤਸ਼ਾਹ ਤੋਂ ਬਾਅਦ ਕੋਈ ਕੋਈ ਹੁੰਦਾ ਜਿਹੜਾ ਅੱਗੇ ਲੈ ਕੇ ਜਾਂਦਾ। 42 ਸਾਲ ਦੀ ਏਜ ਕੁਛ ਵੀ ਨਹੀਂ ਹੁੰਦੀ ਨਾ, ਤੇ ਉੱਥੇ ਉੱਥੇ ਬਹੁਤ ਜ਼ਰੂਰੀ, ਕਿੰਨੀ ਲੋੜ ਸੀਗੀ, ਹਲੇ ਕਿੰਨੇ ਉਹ ਕਾਰਜ ਥੇੜੇ ਜਿਹੜੇ ਰਹਿ ਗਏ ਗੁਰੂ ਬਹੁਤ ਸੱਚਮੁੱਚ ਇਹੀ ਹੈ ਕਿ ਕਾਰਜ ਤਾਂ ਬਹੁਤ ਰਹਿ ਗਏ ਆ, ਜਿਹੜੇ ਅਧੂਰੇ ਰਹਿ ਗਏ, ਜਿਹੜੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਸ਼ਾਇਦ ਹੋ ਸਕਦਾ ਉਹਨੀ ਮਗਰ ਆਉਣਾ ਸੀਗਾ। ਆਪਾਂ ਕਈ ਵਾਰੀ ਗੱਲ ਕਰੀ ਵੀ ਆ ਉਹਨਾਂ ਦੀ ਕੀ ਪਲੈਨਿੰਗ ਸੀਗੀ, ਉਹ ਸਾਰੀ ਦੀ ਸਾਰੀ ਰਹਿ ਗਈ ਨਾ, ਕੀ ਪਤਾ ਉਹਨੀ ਮੋਹਰੇ ਹਜੇ ਹੋਰ ਪਲੈਨਿੰਗਾਂ ਕਿੰਨੀਆਂ ਸੀਗੀ। ਸਾਨੂੰ ਉਹ ਜ਼ਰੂਰੀ ਸੀਗਾ ਜੇ ਬਾਬਾ ਦੀਪ ਸਿੰਘ ਨੇ ਸਿਰ ਤਲੀ ਤੇ ਰੱਖਣਾ ਹੀ ਸੀਗਾ ਤਾਂ ਬਿਲਡਿੰਗ ਨੇ ਰੱਖਣਾ ਜ਼ਰੂਰੀ ਨਹੀਂ ਸੀਗਾ, ਤਾਂ ਗੁਰੂ ਪਾਤਸ਼ਾਹ ਦੇ ਪਹਿਲੇ ਤਾਂ ਅਨੰਦਪੁਰ ਸਾਹਿਬ ਦਾ ਘੇਰਾ ਬੜਾ ਸੁੱਖ, ਜੇ ਇੱਥੋਂ ਫੌਜ ਭਜਾਈ ਜਾ ਸਕਦੀ ਦਰਬਾਰ ਸਾਹਿਬ ਤੋਂ ਜਾਂ ਘੇਰੇ ਚੋਂ ਨਹੀਂ ਭਜਾਈ ਜਾ ਸਕਦੀ, ਬਿਲਕੁਲ ਬਿਲਕੁਲ ਕੋਈ ਸ਼ੱਕ, ਉੱਥੇ ਨੀ ਲਕੀਰ ਖਿੱਚੀ ਜਾ ਸਕਦੀ, ਉਹ ਘੇਰਾ ਵੀ ਤੋੜ, ਜੇ ਇੱਥੋਂ ਫੌਜ ਭੱਜ ਸਕਦੀ ਆ ਤਲੀ ਤੇ ਸਿਰ ਰੱਖਿਆ ਦੇਖ ਕੇ ਤਾਂ ਅਨੰਦਪੁਰ ਦੇ ਵੀ ਭੱਜ ਜਾਣਾ ਸੀ, ਉਹ ਘੇਰਾ ਵੀ ਟੁੱਟ ਜਾਣਾ ਸੀ ਉੱਤੇ, ਮਤਲਬ ਇੱਕ ਸੌਣ ਤੋਂ ਇੱਕ ਪਹਿਲਾਂ ਇੰਨਾ ਦੇਖ ਲਿਓ, ਮਤਲਬ ਸਾਰੀ ਕੌਮ ਹੀ ਹੈ। ਮੈਂ ਇੱਕ ਮੈਸੇਜ ਦੇਣਾ ਬਾਅਦ ਚ ਆਪਾਂ ਗੱਲ ਕਰਦੇ ਦੂਏ ਪਾਸੇ, ਭਈ ਤੁਸੀਂ ਗਿਣ ਲਿਓ ਅਨੰਦਪੁਰ ਸਾਹਿਬ ਦੇ ਵਿੱਚ ਨਾ, ਕਹਿੰਦੇ ਹੁੰਦੇ ਬਿਪਤ ਪਈ ਸਭ ਹੀ ਸੰਗ ਛਾੜ ਕੋ ਨਾਪਤ ਨੇ, ਗੁਰਬਾਣੀ ਸ਼ਬਦ ਆਉਂਦਾ ਨਾ, ਤੇ ਬਿਪਤਾ ਪੈਣ ਤੇ ਕੋਈ ਖੜਦਾ ਨੀ, ਉਹੀ ਖੜਦਾ ਹੁੰਦਾ ਜਿਹੜਾ ਫਿਰ ਆਪਣਾ ਨੇੜੇ ਹੋਵੇ। ਜਿੱਦਣ ਬਿਪਤਾ ਨਹੀਂ ਸੀਗੀ ਅਨੰਦਪੁਰ ਸਾਹਿਬ, ਜਿੱਦਣ ਲੰਗਰ ਚੱਲਦੇ ਸੀਗੇ, ਜਿੱਦਣ ਲੰਗਰ ਲਾਂਗਰੀ ਲੰਗਰ ਬਣਾਉਂਦੇ ਸੀਗੇ, ਉੱਥੇ ਮੇਲੇ ਲੱਗਦੇ ਸੀਗੇ, ਸੰਗਤ ਆਉਂਦੀ ਸੀ ਜਾਂਦੀ ਸੀ, ਉੱਦਣ ਤੁਹਾਡੇ ਲਾਂਗਰੀ ਵੀ ਸ਼ਾਇਰ ਸੀਗੇ, ਤੁਹਾਡੇ ਕਵਿਤਾਵਾਂ ਲਿਖਣ ਵਾਲੇ ਸੀ। ਚਲੋ ਨਾ ਲਏ ਤੇ ਦੁਖਦੇ ਆ, ਹੈ ਨਾ, ਪਿੱਟਦੇ ਆ ਨਾ ਲਏ ਤੋਂ। ਜਿੱਦਣ ਬਿਪਤਾ ਪਈ, ਉਹ ਜਿੰਨੇ ਅੱਜ ਤੁਹਾਡੇ ਸਾਹਮ ਜਿਹਨਾਂ ਦੇ ਨਾਂ ਤੇ ਗੁਰਦੁਆਰੇ, ਜਿਹਨਾਂ ਦੇ ਨਾਂ ਦਾ 24 ਘੰਟੇ ਸਿੱਖ ਜਪਦੇ ਜਿਹਨਾਂ ਦਾ ਨਾਂ, ਉਹ ਇੱਕ ਵੀ ਨੀ ਦਿਸਦਾ, ਇੱਕ ਵੀ ਨੀ, ਇਹ ਗਿਣ ਲਿਓ। ਅੱਛਾ ਭਾਈ, ਮੈਂ ਇੱਕ ਹੋਰ ਹੈਰਾਨ ਇਸ ਗੱਲ ਤੋਂ,
ਆਨੰਦਪੁਰ ਸਾਹਿਬ ਰਹਿੰਦਿਆਂ ਦਾ ਭਾਈ ਮਹਾਂ ਸਿੰਘ ਦਾ ਤਾਂ ਕੋਈ ਨਾਂ ਹੀ ਨਹੀਂ ਕਿ ਪਹਿਲਾਂ ਇੱਕ ਵੀ ਕਿਤੇ ਨਾਂ ਨਹੀਂ ਤੇ ਉਹ ਰਹਿੰਦਾ ਕਿਸੇ ਲੜਾਈ 'ਚ ਉਹ ਤਾਂ ਰਹਿੰਦਾ ਹੀ ਨਹੀਂ ਸੀਗਾ ਉੱਥੇ ਉਹਨੂੰ ਬਦਨਾਮ ਕਰਤਾ ਤੇ ਜਿਹੜੇ ਆਪ ਦਿੱਲੀ ਦੀ ਬੁੱਕਲ 'ਚ ਬੈਠ ਕੇ ਜਾ ਕੇ ਕੋਈ ਕੋਈ ਦਮਦਮਾ ਸਾਹਿਬ ਬੈਠ ਗਿਆ ਜਾ ਕੇ ਕੋਈ ਕਿਤੇ ਉਹ ਅੱਜ ਸਾਡੇ ਸਿਰਾਂ ਦੇ ਬੈਠਾ ਮਤਲਬ ਬਿਪਤਾ ਪਈ ਤੇ ਕਿਹੜੇ ਕਲ ਖੜੇ ਆ ਉਹ ਉਹ ਜਿਹੜੇ ਉਹਨਾਂ ਨੂੰ ਪੁੱਛਦਾ ਕੋਈ ਨੀ ਹੈਗਾ ਉਹਨਾਂ ਦੇ ਨਾਂ ਦਾਗੀ ਕਰ ਦਿੱਤੇ ਉਹਨਾਂ ਦੇ ਨਾਂ ਤੇ ਕਲੰਕ ਲਾ ਤੇ ਉਹਨਾਂ ਦੇ ਨਾਂ ਤੇ ਝੂਠੀਆਂ ਕਹਾਣੀਆਂ ਘੜ ਘੜ ਕੇ ਕਿਸੇ ਨੂੰ ਉਹ ਕਿਸੇ ਨੂੰ ਕੁਛ ਕਹਿਤਾ ਕਿਸੇ ਨੂੰ ਕੁਛ ਪਿਛਲੇ ਜਨਮ ਦਾ ਕੋਈ ਸ਼ਰਾਪ ਆ ਕੋਈ ਇਸ ਜਨਮ ਦਾ ਸ਼ਰਾਪ ਆ ਹਨਾ ਕਿਸੇ ਨੇ ਬਦਾਵਾ ਲਿਖ ਕੇ ਨਾਲ ਆੜਤਾ ਆਪ ਇਹਨਾਂ ਦੇ ਸੂਈ ਨੀ ਚੁੱਭੀ ਕੱਖ ਨੀ ਹੋਇਆ ਬਿਪਤ ਪਈ ਦੇ ਵਿੱਚ ਇਹਨਾਂ ਦਾ ਵਾਲ ਉਸ ਲਹਿਰ ਦੇ ਵਿੱਚ ਜਦੋਂ ਬੱਚਿਆਂ ਦੇ ਬੁੱਢਿਆਂ ਦੇ ਜਨਾਨੀਆਂ ਦੇ ਸਿਰ ਵੱਢ ਹੋਏ ਇਹ ਸੇਫ ਜਗ੍ਹਾ ਆਰਾਮ ਨਾਲ ਬੈਠ ਰਹੇ ਜਿੱਦਣ ਆਪਸੀ ਲੜਾਈ ਹੋਈ ਹੈ ਇਹਨਾਂ ਦੇ ਸਿਰ ਵੀ ਕੱਟ ਹੋ ਗਏ ਖੈਰ ਇਹ ਸੌਣ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਗੁਰੂ ਪਾਤਸ਼ਾਹ ਦੇ ਜਿੱਦਣ 8 ਮਹੀਨੇ ਦਾ ਘੇਰਾ ਪਿਆ ਨਾ ਜਿੱਦਣ ਜਿੱਦਣ ਆਨੰਦਪੁਰ ਉਹ ਤੋਂ ਵੱਡੀ ਬਿਪਤਾ ਨਹੀਂ ਹੋ ਸਕਦੀ ਦੁਨੀਆਂ 'ਚ ਕੋਈ ਜਿੱਦਣ ਉਹ ਪਈ ਗੁਰੂ ਪਾਤਸ਼ਾਹ ਤੇ ਆਈ ਬੱਚਿਆਂ ਤੇ ਮਾਤ 80 ਸਾਲ ਦੀ ਮਾਤਾ ਕਿਵੇਂ ਜੰਗਲਾਂ ਨੂੰ ਪਕੰਡਿਆਂ ਦੇ ਵਿੱਚ ਤੁਰਦੀ ਗਈ ਹੋਗੀ ਉਹ ਜਿੱਦਣ ਸੀਗੀ ਉੱਧਰ ਕੌਣ ਨਾਲ ਖੜਿਆ ਸੀਗਾ ਤੇ ਕੌਣ ਨਹੀਂ ਖੜਿਆ ਇੰਨਾ ਕੁ ਕੌਮ ਜ਼ਰੂਰ ਯਾਦ ਕਰ ਲਿਆ ਕਰੇ ਜਿਹੜੇ ਜਾਗਦੇ ਲੋਕ ਜਿਹਨੇ ਸਮਝਣਾ ਹੈ ਬਾਕੀਆਂ ਨੂੰ ਨੀ ਬਾਕੀ ਤਾਂ ਪਤਾ ਹੀ ਹੈ ਜਿਹਨੇ ਸਮਝਣਾ ਉਹ ਸੌਣ ਤੋਂ ਪਹਿਲਾਂ ਸੋਚ ਲਿਆ ਕਰੋ ਤੇ ਗੁਰੂ ਸਾਹਿਬ ਦੇ ਨਾਲ ਕੌਣ ਸੀ ਉਹਦੇ ਬਚਨਾਂ ਦੇ ਪਹਿਰਾ ਕਿਹਨੇ ਦਿੱਤਾ ਖੈਰ ਚਲੋ ਆਪਾਂ ਚਮਕੀਲੇ ਦੀ ਭਾਜੀ ਗੱਲ ਕਰਦੇ ਤਾਂ ਆਪਾਂ ਫਿਰ ਵੀ ਕਰਦੇ ਰਹਿੰਦੇ ਹਾਂ ਪਰ ਇੱਕ ਚੀਜ਼ ਹੋਰ ਵੀ ਆ ਮੈਂ ਕਹਿੰਦਾ ਚਲੋ ਸਿਰ ਜੁੜਨ ਦੀ ਬੱਚਿਆਂ ਦੇ ਜੀਂਦੇ ਹੋਣ ਦੀ ਇੱਦਾਂ ਦੀ ਕਰਾਮਾਤ ਜੇ ਵੱਡੀਆਂ ਸੀਆਂ ਮੰਨ ਲਓ ਤੁਸੀਂ ਕਹੋ ਪਿਓ ਤੱਕ ਡਿਵੈਲਪ ਨਹੀਂ ਸੀ ਹੋਈਆਂ ਉਹ ਜਾ ਕੇ 50 ਸਾਲ ਬਾਅਦ ਹੋਈਆਂ ਘੱਟੋ ਘੱਟ ਘੱਟੋ ਘੱਟ ਸਰਸਾ ਪਾਰ ਕਰਨ ਲੱਗਿਆਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ 10ਵੇਂ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਤਾਂ ਰਹਿ ਸਕਦੇ ਸੀ ਕੋ ਇੱਦਾਂ ਦੀ ਕਰਾਮਾਤ ਤਾਂ ਵਾਪਰ ਜਾਂਦੀ ਪਈ ਛੋਟੇ ਛੋਟੇ ਵੱਖਰੇ ਨਾ ਹੁੰਦੇ ਇੰਨੀ ਵੀ ਨਹੀਂ ਇੰਨਾ ਵੀ ਨਹੀਂ ਹੋ ਸਕਿਆ ਹੁੰਦਾ ਹੀ ਨਹੀਂ ਬਾਈ ਜੀ ਮਤਲਬ ਜਿਹੜੀ ਗੱਲ ਆ ਨਾ ਦੇਖੋ ਮੈਂ ਤਾਂ ਹੁਣ ਇੱਦਾਂ ਹੀ ਜਦੋਂ ਤੁਹਾਡਾ ਪ੍ਰੋਗਰਾਮ ਚੱਲਦਾ ਵਿੱਚ ਦਿਮਾਗ 'ਚ ਇੱਦਾਂ ਸੋਚਦਾ ਸੀਗਾ ਵੀ ਇੱਕ ਗੱਲ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਿੰਟ ਲਈ ਉੱਦਾਂ ਮੰਨ ਲੈਂਦੇ ਵੀ ਕੋਈ ਵੱਡ ਬੈਠਾ ਰੱਬ ਉਹਨੇ ਦੁਨੀਆਂ ਬਣਾਈ ਹੈ ਨਾ ਉਹਨੇ ਸਾਰਾ ਕੁਛ ਬਣਾ ਦਿੱਤਾ ਪਹਾੜ ਪਸ਼ੂ ਜੋ ਜੋ ਕੁਛ ਵੀ ਅੱਜ ਹੈਗਾ ਉਹਨੇ ਬਣਾ ਦਿੱਤਾ ਦੁਨੀਆਂ ਬਣਾ ਦਿੱਤੀ ਹੈ ਨਾ ਫਿਰ ਜਿਹੜੇ ਉਹਨੂੰ ਮੰਨਣ ਵਾਲੇ ਆ ਉਹਨਾਂ ਨੂੰ ਤਾਂ ਕੋਈ ਕਰਾਮਤ ਉਹਨੂੰ ਤਾਂ ਉਹਦੀ ਨਿਯਮ ਨੂੰ ਤੋੜਨਾ ਹੀ ਨਹੀਂ ਚਾਹੀਦਾ ਨਾ ਉਹ ਤਾਂ ਉਹਨੂੰ ਮੰਨਣ ਘੱਟੋ ਘੱਟ ਨਾਲੇ ਨਾਲੇ ਜਿਹੜੇ ਇਹ ਕਹਿੰਦੇ ਵੀ ਤੇਰਾ ਕੀ ਆ ਮਿੱਠਾ ਲਾਗੇ ਪੜ੍ਹਦੇ ਹੀ ਇਹ ਆ ਪੜ੍ਹਦੇ ਇਹ ਆ ਉਹੀ ਤੋੜ ਸਭ ਤੋਂ ਵੱਧ ਜਿਹੜਾ ਨਾ ਗੁਰੱਬ ਦੇ ਕੁਦਰਤ ਦੇ ਵਿਰੁੱਧ ਚੱਲਦੇ ਆ ਉਹ ਅਖੌਤੀ ਬ੍ਰਹਮ ਗਿਆਨੀ ਚੱਲਦੇ ਆ ਉਹਨੇ ਸਾਰੀ ਮਤਲਬ ਹੁਣ ਜਿਹੜਾ ਪੁਲ ਵੱਡਾ ਕੀਤਾ ਮਤਲਬ ਉਹ ਤਾਂ ਕਹੇ ਵੀ ਮੈਂ ਖੁਦ ਰੱਬ ਦਾ ਇੱਕ ਨਿਯਮ ਹੈ ਨੀ ਗਾ ਮੈਂ ਛੋਟੇ ਤੋਂ ਲੱਗ ਜਾਂਦਾ ਮੈਂ ਕਿਆ ਕਰਨਾ ਵੱਡਾ ਕਰਕੇ ਜਾਣੀ ਜੇ ਮੈਂ ਕਹਿੰਦਾ ਮੰਨ ਲਓ ਤੁਹਾਡੇ ਕੋਲ ਬਾਣੀ ਨਹੀਂ ਪੜ੍ਹ ਹੋਈ ਜੀ ਪਰ ਕੋਈ ਐਸਾ ਸਿੱਖ ਥੋੜ੍ਹੀ ਹੋਣਾ ਜਿਹੜਾ ਅਰਦਾਸ 'ਚ ਸ਼ਾਮਿਲ ਨਾ ਹੁੰਦਾ ਵੀ ਕਦੇ ਨਾ ਕਦੇ ਤੇ ਜਿਹੜਾ ਸਿੱਖ ਆ ਅੰਮ੍ਰਿਤਧਾਰੀ ਆ ਉਹ ਤਾਂ 2 ਟਾਈਮ ਅਰਦਾਸ ਕਰਨੀ ਆ ਤੇ 2 ਟਾਈਮ ਘੱਟੋ ਘੱਟ ਉਹ ਪੜ੍ਹਦਾ ਹੋਣਾ ਵੀ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਤੇਰੇ ਭਾਣੇ ਨੂੰ ਮੰਨਣੇ ਵਾਲਾ ਇਹਦਾ ਇਹਦਾ ਇਹਦੀ ਅਰਦਾਸ ਕਰਨੇ ਵਾਲਾ ਉਹ ਭਾਣੇ ਦੇ ਉਲਟ ਇੱਦਾਂ ਦੇ ਕੰਮ ਕਰੇ ਜਿਹਨਾਂ ਨੂੰ ਕਰਾਮਾਤਾਂ ਦੇ ਨਾਂ ਨਾਲ ਜਾਣੀ ਜਾਂ ਕੋਈ ਕਿਸੇ ਨੂੰ ਸੁਣਾਉਣੇ ਵਾਲੇ ਨੂੰ ਤੁਸੀਂ ਜਿਹੜੀ ਨਾ 10ਵੇਂ ਪਾਤਸ਼ਾਹ ਦੇ ਨਾਲ ਅਸੀਂ ਅੱਜ ਗੁਰੂ ਮਾਂ ਨੇ ਉਹ ਗ੍ਰੰਥ ਵਾਲੀ ਗੱਲ ਜੋੜਦੇ ਹਾਂ ਇਹ ਰਹਿਤਨਾਮਿਆਂ ਵਿੱਚ ਆਈ ਆ ਜੀ ਹਾਂਜੀ ਉਹਨਾਂ ਦੇ ਵਿੱਚੋਂ ਨਾਂ ਬੇਸ਼ੱਕ ਉਹਦੇ 'ਚ ਭਾਈ ਦੇਸਾ ਸਿੰਘ ਭਾਈ ਚੌਪਾ ਸਿੰਘ ਭਾਈ ਦਇਆ ਸਿੰਘ ਦਾ ਜੋੜਿਆ ਗਿਆ ਪਰ ਉਹ ਲਿਖਤਾਂ 18ਵੀਂ ਸਦੀ ਦੇ ਲਾਗੇ ਦੀਆਂ ਕਿਤੇ ਜਾ ਕੇ ਹਾਂਜੀ ਹਾਂਜੀ 1800 ਜਾਂ 1800 ਤੋਂ ਬਾਅਦ ਦੀਆਂ ਬਹੁਤੀਆਂ ਲਿਖਤਾਂ ਉਹਨਾਂ 'ਚੋਂ ਜਿਹਨਾਂ ਨੂੰ ਜਿੱਦਾਂ ਪੇਸ਼ ਕੀਤਾ ਗਿਆ ਜਾਣੀ ਵੀ ਉਹ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ 10ਵੇਂ ਪਾਤਸ਼ਾਹ ਦਾ ਜਾਣਾ ਉਹਨਾਂ ਦੇ ਸਾਹਿਬਜ਼ਾਦਿਆਂ ਦਾ ਇਸ ਤਰੀਕੇ ਨਾਲ ਜਾਣਾ ਹਾਂ ਤੁਸੀਂ ਪੱਲਾ ਝਾੜ ਦਿੱਤਾ ਇਹ ਕਹਿ ਕੇ ਵੀ ਨਹੀਂ ਸ਼ਹੀਦ ਨਹੀਂ ਹੋਏ ਵੱਢ ਨਹੀਂ ਹੋਏ ਮਰੇ ਨਹੀਂ ਹੈਗੇ ਉਹ ਤਾਂ ਸੱਚਖੰਡ ਚਲੇ ਗਿਆ ਅਲੋਪ ਹੋ ਗਏ ਪਰ ਸੱਚਾਈ ਤੁਸੀਂ ਇੱਕ ਚੀਜ਼ ਹੋਰ ਸਤਨਾਮ ਸਿੰਘ ਨੋਟ ਕਰਿਓ ਹਾਂਜੀ ਜਦੋਂ ਨਾ ਗੁਰੂ ਪਾਤਸ਼ਾਹ ਦੇ ਬਾਰੇ ਅਸੀਂ ਗੁਰਬਾਣੀ ਵਿੱਚੋਂ ਜਾਣਨਾ ਆ ਉੱਥੋਂ ਨਹੀਂ ਮਿਲਣਾ
ਹੁਣ ਗੁਰਬਾਣੀ ਦੇ ਬਾਰੇ, ਗੁਰਬਾਣੀ ਦੇ ਸੰਬੰਧ ਵਿੱਚ ਅਸੀਂ ਉਹਦੀ ਵਿਆਖਿਆ ਕਰਕੇ ਦੱਸਣੀ ਲੋਕਾਂ ਨੂੰ ਵੀ ਦੇਖੋ ਜੀ ਗੁਰੂ ਸਾਹਿਬ ਨੇ ਸਾਈਕੋਲੋਜੀ ਬਾਰੇ ਆਹ ਗੱਲ ਕਹੀ ਆ, ਜ਼ੁਲਮ ਕਰਨ ਵਾਲੇ ਬਾਰੇ, ਸਮਾਜਿਕ ਨਾਮ ਬਰਾਬਰੀ ਬਾਰੇ, ਧਾਰਮਿਕ ਧੱਕਾ ਕਰਨ ਵਾਲੇ, ਠੀਕ ਆ, ਅਤੇ ਇਹ ਗੱਲਾਂ ਮਹਾਨ ਕਹੀਆਂ। ਹੁਣ ਕਹਿਣ ਵਾਲੇ ਬਾਰੇ ਅਗਲੇ ਦੇ ਮਨ 'ਚ ਜਾਣਨ ਦੀ ਇੱਛਾ ਹੋਣੀ ਵੀ ਹੋਇਆ ਕੌਣ, ਕਿੱਥੇ ਹੋਇਆ, ਕਿੱਦਾਂ ਦਾ ਸੀ ਉਹ। ਹੁਣ ਜਦੋਂ ਉਹ ਪੜ੍ਹਨਾ ਉਹਨੇ, ਉਹਦੇ 'ਚ ਜਿਹੜੀਆਂ ਘਟਨਾਵਾਂ ਆ ਨਾ ਵਾਪਰੀਆਂ ਵੀ ਗੁਰਬਾਣੀ 'ਚੋਂ ਭਾਣਾ ਮੰਨਣ ਦੀ ਗੱਲ ਕਰ ਰਿਹਾ ਆ, ਇੱਥੇ ਕਰਾਮਾਤ ਦਿਖਾ ਰਿਹਾ ਆ, ਉਹਦੇ ਬਿਲਕੁਲ ਉਹਦੇ 'ਚ ਸ਼ਕਤੀ ਆ। ਬੱਚੇ, ਛੋਟੇ ਛੋਟੇ ਬੱਚੇ ਇੰਨੀ ਨਿਰਦੈਤਾ ਨਾਲ ਕਤਲ ਹੋਏ, ਉੱਥੇ ਕੋਈ ਗੱਲ ਨਹੀਂ ਹੋਈ, ਇੱਥੇ ਆ ਕੇ ਕਰਾਮਾਤ ਦਿਖਾ ਦਿੱਤੀ ਗਈ ਆ। ਟੋਕਰਾ ਰੋਟੀਆਂ ਦਾ ਭਰੀ ਜਾਂਦਾ ਆ, ਉੱਥੇ ਕਈ ਹਜ਼ਾਰ ਬੰਦਾ ਖਾਈ ਜਾਂਦਾ, ਕਰਾਮਾਤ ਵਾਪਰ ਰਹੀ ਆ। ਗੁਰੂ ਸਾਹਿਬ ਦੇ ਆਪਣੇ ਨਾਲ ਆਨੰਦਪੁਰ ਦੇ ਅੰਦਰ ਕਿੱਕਰਾਂ ਨੂੰ, ਆਮ ਲੋਕਾਂ ਲਈ ਕਿੱਕਰਾਂ ਨੂੰ ਮਠਿਆਈਆਂ ਲੱਗੀ ਜਾਂਦੀਆਂ, ਆਨੰਦਪੁਰ ਅੰਦਰ ਕੁਛ ਵੀ ਨਹੀਂ ਹੋ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਜਦੋਂ ਉਹਦੇ ਬਰਾਬਰ ਅਗਲੇ ਨੇ ਇਬਰਾਹਿਮ ਲਿੰਕਨ ਨੂੰ ਪੜ੍ਹਨਾ, ਜਦੋਂ ਉਹਨੇ ਅਮੈਰੀਕਾ ਦੀ ਕ੍ਰਾਂਤੀ ਪੜ੍ਹਨੀ ਆ, ਰਸ਼ੀਆ ਦੀ ਕ੍ਰਾਂਤੀ ਪੜ੍ਹਨੀ ਆ, ਫਰਾਂਸ ਪੜ੍ਹਨਾ, ਈਵਨ ਆਟੋਮਨ ਅੰਪਾਇਰ ਨੂੰ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀਆਂ ਕ੍ਰਾਂਤੀਆਂ ਪੜ੍ਹਨੀਆਂ ਜੀ, ਉਦੋਂ ਜੋ ਕੁਛ ਉਹਨੂੰ ਉੱਥੇ ਉਹਨਾਂ ਦਾ ਕੀਤਾ ਆ ਅਤੇ ਲੀਡਰਾਂ ਦਾ ਕਿਰਦਾਰ, ਉਹ ਦੋਵੇਂ ਬਰਾਬਰ ਮਿਲਣੇ ਆ ਇੱਕੋ ਜਿਹੇ। ਜੇ ਸਿਕੰਦਰ ਬਾਰੇ ਵੀ ਉਹਨੂੰ ਪੜ੍ਹਨਾ ਹੈ ਨਾ, ਹਾਂਜੀ, ਤਾਂ ਉਹਨੂੰ ਟ੍ਰੇਨਿੰਗ ਦੇਣ ਵਾਲਾ ਅਰਸਟੋਟਲ ਅਰਸਤੂ ਆ, ਉਹਨੂੰ ਅੱਜ ਵੀ ਯੂਨੀਵਰਸਿਟੀਆਂ 'ਚ ਡਿਸਕਸ ਕੀਤਾ ਜਾਂਦਾ, ਉੱਥੇ ਕਮੈਂਟਰੀ ਹੋ ਰਹੀ ਆ, ਉਹਨੂੰ ਉਹ ਜ਼ਿਆਦਾ ਪ੍ਰੈਕਟੀਕਲ ਲੱਗਣਾ। ਹੁਣ ਨਾ ਤਾਂ ਗੁਰਬਾਣੀ ਨਾਲ ਸਾਡੇ ਇਤਿਹਾਸ ਨੇ ਮੇਲ ਖਾਣਾ, ਨਾ ਗੁਰਬਾਣੀ ਨਾਲ ਸਾਡੇ ਅੱਜ ਦੇ ਲੀਡਰ, ਹੁਣ ਬੰਟੀ ਬਾਬੇ ਦਾ ਜੀਵਨ ਮਿਲ ਜਾਊਗਾ ਗੁਰਬਾਣੀ ਨਾਲ। ਪਿਛਲੇ ਫਰਾਈਡੇ ਇੱਕ ਹੋਰ ਚਾਰਜ ਲੱਗ ਗਿਆ ਉੱਤੇ, ਹਾਂਜੀ, ਗਿਲਟੀ ਹੋ ਗਿਆ। ਉਹ 2015 ਦੀ ਘਟਨਾ ਆ, ਜਾਣੀ ਜਦੋਂ ਗੋਪੀ ਆਇਆ ਸੀ। ਆਹੋ, ਉਹਦੇ ਵਿੱਚ ਭਾਜੀ ਮੈਨੂੰ ਦੋ ਗੱਲਾਂ ਲੱਗਦੀਆਂ, ਇੱਕ ਉਹਨੇ ਆਪ ਹੀ ਮੰਨ ਲਈ ਹੈ ਨਾ ਗਲਤੀ, ਉਹ ਇਹਨੂੰ, ਹਾਂ, ਹਾਲਾਂਕਿ ਉਹ ਮੈਨੂੰ ਲੱਗਦਾ ਬੰਦੇ ਵੀ ਨਹੀਂ, ਚਲੋ ਲੰਬੀ ਕਹਾਣੀ, ਹਾਂਜੀ, ਤੁਸੀਂ ਕੀ ਕਹਿਣ ਲੱਗੇ ਸੀ? ਮੈਂ ਉਹ 'ਚ ਉੱਦਾਂ ਲੱਗਦਾ ਮੈਨੂੰ ਵੀ ਹੁਣ ਜਾਂ ਤਾਂ ਉਹਨੇ ਇਹ ਪ੍ਰਭਾਵ ਪਾਉਣ ਲਈ ਕੀਤਾ ਹੋਵੇ ਕਿ ਦੇਖੋ ਜੀ ਮੇਰੀ ਤਾਂ ਗਲਤੀ ਸੀਗੀ, ਇੱਥੇ ਸੀਗੀ ਤਾਂ ਮੈਂ ਮੰਨ ਲਈ, ਇਹ ਦੱਸਣ ਲਈ ਕੋਸ਼ਿਸ਼ ਕੀਤੀ ਹੋਵੇ, ਹੈ ਨਾ, ਵੀ ਹੁਣ ਮੈਂ ਮਤਲਬ ਚਲਾ ਕੇ ਖੇਡੀ ਹੋਵੇ, ਮੈਂ ਮੰਨ ਲਵਾਂ ਹੁਣ ਤਾਂ ਵਧੀਆ ਆ, ਫਿਰ ਮੈਂ ਇਹ ਦੱਸਾਂ ਕਿ ਮੈਂ ਤਾਂ ਜਿਹੜੀ ਕੀਤੀ ਸੀ ਮੈਂ ਮੰਨ ਲੈਂਦਾ, ਹੈ ਨਾ, ਮੈਂ ਕੀਤੀ ਤੁਹਾਡੇ ਬਾਰੇ ਤਾਂ ਮੈਂ ਕੀਤੀ ਨੀ, ਹੈ ਨਾ, ਜਾਂ ਤਾਂ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਾਂ ਉਹਨੂੰ ਪਤਾ ਲੱਗ ਗਿਆ ਵੀ ਹੁਣ ਜਦੋਂ ਮੇਰੀ ਵੱਡੀ ਸਾਬਤ ਹੋ ਗਈ, ਇਹ ਵੀ ਹੋ ਜਾਣੀ ਹੈ, ਜੇ ਮੈਂ ਨਾ ਮੰਨੀ ਤਾਂ 5-7 ਸਾਲ ਲਈ ਜਾਣਾ, 3-5 ਸਾਲ ਲਈ ਜਾਣਾ, ਜੇ ਮੰਨ ਲਈ ਤਾਂ ਬਚਾਅ ਹੋ ਜੂ, ਦੋ ਗੱਲਾਂ 'ਚ ਇੱਕ ਹੈ ਉਹਨਾਂ ਦੀ। ਨਹੀਂ, ਉਹ ਅਸਲ 'ਚ ਦੂਜੇ ਵਾਲੀ ਆ, ਕਿਉਂਕਿ ਉਹ ਦਬਾਅ ਪੈ ਗਿਆ ਉੱਤੇ ਵੀ ਜੇ ਇੱਥੇ ਗਿਲਟੀ ਹੋ ਗਿਆ ਫਿਰ 5 ਨਾਲੇ ਤਾਂ ਵਕੀਲ ਦਾ 1-1.5 ਲੱਖ ਹੋਰ ਲੱਗੂ, ਠੀਕ ਆ, ਨਾਲੇ ਇੱਕੋ ਹੀ ਜਵਾਬ ਸੀ ਇਹਦੇ ਕੋਲ, ਨਹੀਂ ਇੱਕੋ ਹੀ ਕਹਿ ਸਕਦਾ ਵੀ ਹੋਇਆ ਨਹੀਂ, ਕਿਉਂਕਿ ਹੋਰ ਤਾਂ ਕੁਛ ਹੈ ਹੀ ਨਹੀਂ ਉੱਥੇ। ਹੁਣ ਜੋ ਪਹਿਲਾਂ ਵਾਪਰਿਆ ਆ, ਜਿੰਨੇ ਝੂਠ ਪਹਿਲਾਂ ਸਾਬ ਇਹਦੇ ਬੋਲੇ ਹੋਏ ਸਾਬਤ ਹੋ ਗਏ ਵੀ ਝੂਠ ਬੋਲੇ ਆ, ਹਾਂ, ਉਹ ਉੱਥੇ ਵੀ ਪਤਾ ਹੀ ਸੀਗਾ, ਉਹਦੇ ਅਨੁਪਾਤ ਵਿੱਚ ਫਸਣ ਦੀ ਸੰਭਾਵਨਾ। ਦੂਜੀ ਗੱਲ ਇਹਦੇ ਵਿੱਚ ਵੀ, ਇੱਥੇ ਤਾਂ ਕਹਿ ਦਿੱਤਾ ਗਿਲਟੀ ਹੋ ਗਿਆ, ਪਰ ਬਾਅਦ ਵਿੱਚ ਉਹਨੂੰ ਇਹ ਵੀ ਕਿਹਾ ਵੀ ਮੈਂ ਤਾਂ, ਮੈਨੂੰ ਮੰਨਣਾ ਹੀ ਪਿਆ ਵੀ ਮੈਂ ਕੀਤਾ ਹੈ ਨਹੀਂ ਹੈਗਾ। ਅੱਛਾ, ਠੀਕ ਹੈ, ਇਹ ਚੀਜ਼ ਕੋਰਟ ਲਈ ਬਹੁਤ ਵੱਡੀ ਹੁੰਦੀ ਹੈ ਇੱਥੇ ਇਹਨਾਂ ਕੰਟਰੀਆਂ 'ਚ। ਤੁਹਾਡੇ ਬਾਰੇ ਨਹੀਂ, ਇਹਦੇ ਬਾਰੇ ਵੀ ਇਸ ਕੇਸ ਵਿੱਚ ਮੈਂ ਕੀਤਾ ਹੈ ਨਹੀਂ ਪਰ ਮੰਨਣਾ ਹੀ ਪੈ ਗਿਆ। ਹਾਂ, ਉਹ ਜਾਣੀ, ਕਿਉਂਕਿ ਉੱਥੇ ਉਦੋਂ ਮੈਸੇਜ ਤੁਹਾਡਾ ਇਹ ਜਾਂਦਾ ਵੀ ਤੁਸੀਂ ਸਿਰਫ ਡਿਸਕਾਊਂਟ ਲੈਣ ਲਈ ਕਰ ਲਿਆ, ਜਿਹੜੀ ਨਾ ਗਿਲਟੀ ਹੋਣਾ ਤੁਹਾਡਾ, ਜਿਹੜਾ ਉਹ ਬੇਇੱਜ਼ਤੀ ਆ ਕੋਰਟ ਦੀ ਵੈਸੇ, ਜਿਹੜਾ ਗਿਲਟੀ ਹੋਣਾ ਹੈ ਨਾ ਤੁਹਾਡਾ। ਹਾਂਜੀ, ਹੁਣ ਇੱਥੇ ਅਸੀਂ ਕਹਿੰਦੇ ਵੀ ਜਦੋਂ ਸੌਰੀ ਕਹਿ ਦਿੱਤਾ ਗੱਲ ਖਤਮ ਹੋ ਜਾਣੀ ਚਾਹੀਦੀ ਹੈ। ਉਹਦਾ ਕਾਰਨ ਇਹ ਆ ਵੀ ਜਦੋਂ ਕੋਈ ਬੰਦਾ ਸੌਰੀ ਕਹਿੰਦਾ ਨਾ ਜੀ, ਉਹਦੇ 'ਚ ਉਹਦਾ ਸਭ ਕੁਛ ਪੈ ਜਾਂਦਾ ਸੌਰੀ ਦੇ ਵਿੱਚ। ਉਹ ਉਸ ਵੇਲੇ ਇਹ ਕਹਿ ਰਿਹਾ ਹੁੰਦਾ ਵੀ ਮੈਂ ਮੰਨਦਾ ਮੇਰੇ ਤੋਂ ਗਲਤ ਹੋ ਗਿਆ, ਮਤਲਬ ਸੌਰੀ ਤੋਂ ਬਾਅਦ ਕੋਈ ਸਫਾਈ ਦੇਣ ਦੀ ਲੋੜ ਨਹੀਂ ਹੁੰਦੀ। ਉਹ ਕਹਿੰਦਾ ਹੁੰਦਾ ਵੀ ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਇੱਦਾਂ ਦਾ ਕੁਛ ਨਹੀਂ ਹੋਊਗਾ। ਹਾਂ, ਮੈਂ ਉਹ ਕਹਿੰਦਾ ਹੁੰਦਾ ਵੀ ਮੈਂ ਇਹ ਮੇਰੇ ਰਾਹੀਂ ਹੋ ਗਿਆ ਪਰ ਸਾਜਿਸ਼ ਨਹੀਂ ਸੀ ਮੇਰੀ।
ਜੀ ਮੇਰਾ ਮੋਟਿਵ ਕੋਈ ਨਹੀਂ। ਉਹ ਕਹਿ ਰਿਹਾ ਹੁੰਦਾ ਵੀ ਮੈਂ ਸੋਚਿਆ ਸੀ ਵੀ ਮੈਂ ਇਹ ਕਰਕੇ ਆ ਪ੍ਰਾਪਤ ਕਰ ਲਊਂਗਾ, ਪਰ ਹੁਣ ਮੈਨੂੰ ਅਹਿਸਾਸ ਹੋ ਗਿਆ ਵੀ ਮੇਰੇ ਤੋਂ ਗਲਤ ਹੋ ਗਿਆ। ਹਾਂ ਅਹਿਸਾਸ ਹੋਣਾ ਹੁੰਦਾ। ਹਾਂਜੀ, ਜਿਹੜੀ ਉਹ ਉਸ ਸੋਰੀ ਦੇ ਵਿੱਚ ਬਹੁਤ ਕੁਛ ਹੁੰਦਾ ਪਿਆ ਆ ਜੀ, ਜਿਸ ਕਰਕੇ ਅਗਲੇ ਕਹਿੰਦੇ ਵੀ ਨਹੀਂ ਹੁਣ ਇਹਨੇ ਇੰਨਾ ਕੁਛ ਸਿੱਟ ਦਿੱਤਾ ਸਾਡੇ ਮੂਹਰੇ, ਹੁਣ ਇਹ ਬਦਲ ਗਿਆ, ਇਹਨੂੰ ਅਹਿਸਾਸ ਹੋ ਗਿਆ, ਗਾਹਾਂ ਤੋਂ ਸੁਧਾਰਨਾ ਹੀ ਅਸੀਂ ਚਾਹੁੰਦੇ ਸੀ, ਇਹ ਤਾਂ ਸੁਧਰ ਗਿਆ ਹੁਣ ਹੀ, ਇਹਨੂੰ ਤਾਂ ਆਪਾਂ ਘਰ ਭੇਜ ਦਈਏ ਆਪਾਂ। ਪਰ ਸਾਡੇ ਜਿਹੜੇ ਜਿਹੜੇ ਸਾਡੇ ਵਾਲੇ ਆ ਉਹ ਤਾਂ ਅੱਤ ਦਰਜੇ ਦੇ ਕਮੀਣੇ ਆ। ਗੁਰਲਾਲ ਨੇ ਉਦੋਂ ਖੁਦ ਮੰਨ ਲਿਆ ਵੀ ਮੈਂ ਇਹ ਵੀ ਕਹਿ ਦਿੱਤਾ ਵੀ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਕਿਉਂਕਿ ਮੈਨੂੰ ਲੱਗਦਾ ਸੀ ਮੈਨੂੰ ਪੱਕਾ ਕਰਾ ਦਊਗਾ। ਵੱਡੀ ਗੱਲ ਆ ਇਹ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਹਾ, ਨਾਲੇ ਫਿਰ ਮੰਨਿਆ ਮੈਂ ਝੂਠ ਬੋਲਿਆ ਜਾਂ ਨਹੀਂ। ਉਹ ਔਰ ਉਹ ਬੰਦੇ ਨੇ ਮੰਨਣ ਲੱਗੇ ਨੇ, ਚਲੋ ਇਹ ਤਾਂ ਉਹਨੂੰ ਸਿਗਾ ਪੇ ਦੇਣਾ ਮੈਂ ਬੰਟੀ ਬਾਬਾ ਝੂਠਾ ਕਰ ਦੇਣਾ, ਪਰ ਉਹਨੂੰ ਇਹ ਨਹੀਂ ਸਮਝ ਆਈ ਵੀ ਚੁੱਡੂਆ ਤੁਹਾਡੇ ਪ੍ਰਚਾਰਕਾਂ ਦੇ ਉੱਤੇ, ਤੇਰੇ ਵਰਗੇ ਕਥਾਕਾਰਾਂ ਦੇ ਉੱਤੇ ਕਿੱਡੇ ਵੱਡੇ ਸਵਾਲ ਉੱਠਣੇ ਆ ਬਾਅਦ ਵਿੱਚ। ਸਵਾਲ ਉੱਠਣੇ, ਤੂੰ ਖੁਦ ਦੇਖ ਲੈ ਇਹ ਵੱਡਾ ਮੰਨ ਗਿਆ, ਹੋਰ ਕੀ ਕੁਛ ਕੀਤਾ ਹੋਊਗਾ ਖੁਦ। ਹਾਂ, ਉਹ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਰ ਕਿੰਨੀਆਂ ਗੱਲਾਂ ਹੋਣਗੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਏਦਾਂ ਹੀ ਝੂਠ ਬੋਲੀਆਂ। ਹਾਂ, ਸਾਰਾ ਕੁਛ ਭਾਜੀ ਉਹ ਤਾਂ ਸਾਬਤ ਹੋ ਗਿਆ ਨਾ ਹੁਣ ਤਾਂ ਪਤਾ। ਚਲੋ ਖੈਰ, ਆਪਾਂ ਇੱਧਰ ਨੂੰ ਨਾ ਜਾਈਏ ਛੋਟੀ ਜਿਹੀ ਗੱਲ, ਕਿਉਂਕਿ ਟਾਈਮ ਵੀ ਤੁਹਾਡਾ ਹੋ ਜਾਣਾ, ਫਿਰ ਕੱਲ੍ਹ ਵੀ ਪ੍ਰੋਗਰਾਮ ਕਰਨਾ ਤੁਸੀਂ। ਹਾਂਜੀ, ਹਾਂ ਮੈਂ ਤਾਂ ਚਮਕੀਲੇ ਦੀ ਇਹੋ ਸੋਚਦਾ ਤਾਂ, ਪਹਿਲਾਂ ਮੈਂ ਤਾਂ ਦੇਖਦਾ ਸੀਗਾ ਭਾਈ ਕਈ ਵਾਰੀ ਆਹ ਕੁਦਰਤ ਦੇ ਵੀ ਕਰੋਪੀ ਕਈ ਵਾਰੀ ਹੋਏ ਜਾਂਦੀ ਹੈ ਹਨਾ ਸਾਰੇ ਪਾਸੇ। ਦੇਖੋ ਹੁਣ ਜਿਹੜੇ ਪਿੱਛੇ ਜਦੋਂ ਸਾਡੇ ਸ਼ਹੀਦ ਹੋਏ ਆ, ਇੱਕ ਕਹਾ ਇੱਕ ਢਾਡੀ ਬੋਲਦੇ ਹੁੰਦੇ ਆ ਕਿ ਜ਼ਾਲਮ ਦੀ ਮੜੀ ਤੇ ਕੋਈ ਥੁੱਕਦਾ ਨੀ, ਲੱਗਦੇ ਸ਼ਹੀਦਾਂ ਦੀਆਂ ਮੜੀਆਂ ਤੇ ਮੇਲੇ। ਪਰ ਹੁਣ ਤੇ ਇੱਥੇ ਉਲਟ ਹੋ ਰਿਹਾ, ਇਹ ਕਰੋਪੀ ਕਿਹਦੀ ਹੈ? ਨਹੀਂ ਨਹੀਂ ਠੀਕ, ਉਹਨਾਂ ਦੀ ਗੱਲ ਠੀਕ ਹੀ ਆ। ਹਾਂ, ਉਹ ਜੇ ਜੇ ਉਹ ਮੰਨ ਲੈਣ ਤਾਂ ਵੀ ਠੀਕ ਆ, ਜਦੋਂ ਇਹ 100% ਮੰਨਦੇ ਆ ਢਾਡੀ ਹੈਨਾ। ਹੁਣ ਦੇਖੋ ਵੀ ਹੁਣ ਮਤਲਬ ਉਹਦੀ ਮੜੀ ਵੀ ਬਣੀ ਆ, ਉਹਦੇ ਅਤੇ ਫਿਲਮਾਂ ਵੀ ਬਣ ਰਹੀਆਂ, ਉਹਨੂੰ ਚਾਹਣ ਵਾਲੇ ਵੀ ਬਹੁਤ ਆ, ਜਿਨ੍ਹਾਂ ਨੇ ਉਹਨੂੰ ਮਾਰਿਆ ਆ ਉਹਨੂੰ ਉਹਨੂੰ ਅੱਜ ਕੁੱਤਾ ਵੀ ਨੀ ਉਹਨਾਂ ਦੀ ਮੜੀ ਤੇ ਮੂਤਦਾ। ਨਹੀਂ ਠੀਕ, ਮੈਂ ਕਹਿੰਦਾ ਢਾਡੀਆਂ ਨੇ ਠੀਕ ਹੀ, ਢਾਡੀਆਂ ਨੇ ਠੀਕ ਹੀ ਕਿਹਾ ਨਾ, ਜ਼ਾਲਮਾਂ ਨੂੰ ਕੋਈ ਨੀ ਪੁੱਛਦਾ ਸ਼ਹੀਦਾਂ ਦੀਆਂ ਮੜੀਆਂ ਤੇ ਮੇਲੇ ਲੱਗਦੇ। ਹਾਂ ਚਲੋ, ਉਹ ਕਹਿੰਦੇ ਨਹੀਂ ਕਿ ਮੜੀਆਂ ਨੂੰ ਅਸੀਂ ਮੰਨਦੇ ਨਹੀਂ ਹੈਗੇ, ਨਹੀਂ ਪਰ ਉਹ ਕਹਿੰਦੇ ਸਰੋਤੇ ਵੀ ਅਸੀਂ ਮੜੀ ਨੂੰ ਪ੍ਰੂਫ ਕਰਦੇ ਆ। ਉਹ ਕਹਿੰਦੇ ਵੀ ਚਮਕੀਲਾ ਸ਼ਹੀਦ ਆ ਢਾਡੀ, ਇਦਾਂ ਕਹਿ ਕੇ ਗਏ ਆ ਨਾ। ਹਾਂ, ਉਹ ਦੱਸਦੇ ਆ, ਮਤਲਬ ਇਹ ਸੱਚ ਆ ਵੀ ਜਦੋਂ ਠੀਕ ਹੈ। ਖੈਰ ਮੈਂ ਜਿਹੜੀ ਗੱਲ ਕਰਦਾ ਨਾ, ਵੀ ਦੇਖੋ ਇਹਨਾਂ ਲੋਕਾਂ ਨੇ ਨਾ, ਪ੍ਰੀਤਮ ਕੌਰ ਦਾ, ਪ੍ਰੀਤਮ ਕੌਰ ਬੀਬੀ, ਪ੍ਰੀਤਮ ਕੌਰ ਦਾ ਮਹੀਨੇ ਕੁ ਦਾ ਬੱਚਾ ਉੱਥੇ ਲੈ ਕੇ ਬੈਠੀ ਸੀ ਦਰਬਾਰ ਸਾਹਿਬ, ਜਿਹਨੂੰ ਲੈ ਕੇ ਨਹੀਂ ਬਹਿਣਾ ਚਾਹੀਦਾ। ਆਪਾਂ ਅੱਗੇ ਗੱਲ ਕੀਤੀ, ਉਹਦੇ ਬੱਚੇ ਦੇ ਗੋਲੀ ਵੱਜੀ ਹੈ, ਗੋਲੀ ਉੱਦਾਂ ਹੀ ਨੀ ਕਿਸੇ ਨੇ ਮਾਰੀ, ਬਦਲੇ ਚ ਗੋਲੀ ਵੱਜੀ ਹੈ, ਬਦਲੇ ਉਹ ਬਾਹਰੋਂ ਗੋਲੀਆਂ ਚਲਾਉਂਦੇ ਸੀ, ਕਿਸੇ ਨੇ ਬਾਹਰੋਂ ਮਾਰੀ ਉਹਦੇ, ਮਤਲਬ ਉਹ ਜਦੋਂ ਆਪੋ ਜਦੋਂ ਗੋਲੀ ਦੇ ਜਵਾਬ ਚ ਗੋਲੀ ਵੱਜੀ ਆ, ਪਰ ਜੇ ਤੁਸੀਂ ਤੁਸੀਂ ਹੁਣ ਫਿਰ ਬੱਚੇ ਨੂੰ ਉਹ ਛਾਤੀ ਤੇ ਲੈ ਕੇ ਖੜੀ ਸੀ, ਜਦ ਕਿ ਬੱਚੇ ਨੂੰ ਪਿੱਠ ਪਿੱਛੇ ਰੱਖਣਾ ਚਾਹੀਦਾ ਸੀ, ਉਹਨੂੰ ਲੰਮਾ ਪਾਉਣਾ ਚਾਹੀਦਾ ਸੀ, ਚੱਕਣਾ ਨਹੀਂ ਚਾਹੀਦਾ ਸੀ, ਫਿਰ ਗੋਲੀ ਨਾ ਵੱਜੀ। ਅਕਲ ਇਹ ਕਹਿੰਦੀ ਹੈ, ਪਹਿਲੀ ਤਾਂ ਅਕਲ ਇਹ ਕਹਿੰਦੀ ਹੈ ਵੀ ਉਸ ਉਸ ਜਨਾਨੀ ਨੂੰ ਉੱਥੇ ਲੈ ਕੇ ਬੱਚਾ ਰਹਿਣਾ ਹੀ ਨਹੀਂ ਚਾਹੀਦਾ ਸੀ, ਇਹ ਵੀ ਇੱਕ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ ਸੀ ਉਸ ਜਨਾਨੀ ਤੇ, ਪਰ ਇਹ ਕੰਟਰੀਆਂ ਹੁੰਦੀਆਂ ਤਾਂ ਜ਼ਰੂਰ ਚੱਲਣਾ, ਗਰੰਟੀ ਹੈ, ਉਹਨੂੰ ਸਜ਼ਾ ਹੋਣੀ ਸੀਗੀ ਵੀ ਤੂੰ ਲੈ ਕੇ ਕਦੇ ਬੈਠ। ਚਲੋ, ਦੂਜੇ ਨੰਬਰ ਤੇ ਉਹ ਜੋ ਵੀ ਹੋ ਗਿਆ, ਉਹਦਾ ਬੱਚਾ ਉੱਥੇ ਮੁੱਕ ਗਿਆ, ਪੂਰਾ ਪੰਥ ਲੁੱਟ ਕੇ ਖਾ ਲਿਆ ਉਸ ਜਨਾਨੀ ਨੇ, ਉਹ ਸ਼ਹੀਦ ਮੇਰਾ ਪੁੱਤ, ਸ਼ਹੀਦ ਮੇਰਾ ਪੁੱਤ, ਮੇਰੇ ਪੁੱਤ ਨੂੰ ਏਦਾਂ, ਮੇਰੇ 18 ਸਾਲ ਦਾ ਬੱਚਾ ਪੂਰਾ ਪੰਥ ਲੁੱਟ ਕੇ ਖਾ ਲਿਆ। ਠੀਕ ਹੈ ਜੀ, ਅਮਰਜੋਤ ਦੇ ਘਰ 1.5 ਮਹੀਨੇ ਦਾ ਮੁੰਡਾ ਬੱਚਾ, ਮੁੰਡਾ ਸੀਗਾ ਉਹਦੇ ਘਰ, ਅਮਰਜੋਤ ਦੇ ਘਰ 1.5 ਮਹੀਨੇ ਦਾ ਮੁੰਡਾ ਸੀ, ਜਿੱਦਣ ਉਹ ਦੂਜਾ ਅਖਾੜਾ ਸੀ ਉਹਦਾ, ਉਹਦਾ ਪਹਿਲਾ 1-7 ਤਰੀਕ ਨੂੰ ਹੋਇਆ ਮੁੰਡਾ ਜੰਮਣ ਤੋਂ ਬਾਅਦ ਦਾ, ਉਦਣ 7-6 ਤਰੀਕ ਨੂੰ ਹੋਇਆ, 7 ਨੂੰ ਛੁੱਟੀ ਸੀ, 8 ਨੂੰ ਉਹ ਬੱਚੇ ਨੂੰ ਦੁੱਧ ਪਿਲਾ ਕੇ ਤੇ ਘਰ ਜਾ ਕੇ ਦੁੱਧ ਪਿਲਾਉਣਾ ਸੀ ਬੱਚੇ ਨੂੰ ਉਹਨੂੰ। ਜਿੱਦਣ 1.5 ਮਹੀਨੇ ਬੱਚੇ ਦੀ ਮਾਂ ਇਹਨਾਂ ਨੇ ਮਾਰ ਕੇ ਰੱਖ ਦਿੱਤੀ, 1.5 ਮਹੀਨੇ ਦੀ ਬੱਚੇ ਦੀ। ਅੱਛਾ, ਇੱਥੇ ਨੀ ਮੁੱਕੀ ਗੱਲ, ਮਾਂ ਤਾਂ ਮਾਰੀ ਹੈ ਤੇ 1.5 ਮਹੀਨੇ ਦਾ ਬੱਚਾ ਮਾਂ ਦੇ ਦੁੱਧ ਲਈ ਤੜਫ ਤੜਫ ਕੇ ਮਰਿਆ ਹੈ। ਆ ਜ਼ੁਲਮ ਹੈ ਇਹਨਾਂ ਲੋਕਾਂ ਦੇ, ਆ ਆ ਇਹਨਾਂ ਦੀਆਂ ਕਰਤੂਤਾਂ। ਡੱਲੇ ਵਾਲਾ, ਡੱਲੇ ਵਾਲ ਲਛਿੰਦਰ ਸਿੰਘ, ਤੂੰ ਹਿੱਕ ਤਾਣ ਕੇ ਕਹਿੰਦਾ ਨਾ ਅਸੀਂ ਚਮਕੀਲਾ ਮਾਰਿਆ, ਤੁਹਾਡੀਆਂ 7 ਪੀੜ੍ਹੀਆਂ ਨੂੰ ਲਾਹਨਤ ਜਾਣੀ ਹੈ, ਤੁਸੀਂ ਤਾਂ 1.5 ਮਹੀਨੇ ਦੇ ਬੱਚੇ ਦੀ ਮਾਂ ਵੀ ਨੀ ਛੱਡੀ, ਉਹਦਾ ਕਸੂਰ ਕੀ ਸੀਗਾ?
ਚਮਕੀਲੇ ਨੂੰ ਮਾਰਨਾ ਇਸ ਨੇ, ਐਡੀ ਗਰਕੀ ਹੋਈ ਤੁਸੀਂ ਕੌਮ ਆ, ਐਡੇ ਗਰਕੇ ਹੋਏ ਤੁਸੀਂ ਗੁੰਡੇ ਆ, ਐਡੇ ਬੇਈਮਾਨ ਆ ਤੁਸੀਂ। ਸੋਚ ਕੇ ਦੇਖੋ ਤੁਸੀਂ ਇਹ ਗੱਲ, ਤੇ ਜਿਹਦਾ ਬੱਚਾ ਵੇਟ ਕਰਦਾ ਹੋਊਗਾ ਵੀ ਮੇਰੀ ਮਾਂ ਨੇ ਆਉਣਾ। ਇੱਕ ਨਾ ਭਾਜੀ ਇੱਕ ਵੀਡੀਓ ਚੱਲਦੀ ਹੈ ਟਿਕਟ ਇਹਦੇ ਉੱਤੇ ਹੁੰਦੀ ਹੈ ਕਈ ਵਾਰੀ ਫੇਸਬੁੱਕ ਤੇ ਆਈ, ਸ਼ਾਇਦ ਤੁਹਾਡੇ ਮੋਹਰੇ ਵੀ ਆਈ ਹੋਣੀ ਕਦੀ। ਉਹ ਨਾ ਇੱਕ ਲੀਪੜ ਜਿਹਾ ਹੁੰਦਾ, ਉਹਨੂੰ ਜਾਨਵਰ ਜਿਹੜਾ ਜਾਨਵਰ ਨੂੰ ਮਾਰ ਕੇ ਦਰਖਤ ਤੇ ਚੜ੍ਹ ਕੇ ਲੈ ਕੇ ਖਾਂਦਾ, ਉਹ ਲੀਪੜ ਹੁੰਦਾ ਸਾਡੇ ਯਾਨੀ ਬਰੋ ਉਹਨੂੰ ਤਰਖ ਕਹਿੰਦੇ ਸੀਗੇ ਓਦਾਂ। ਉਹ ਨੀ ਵੀਡੀਓ ਬਹੁਤ ਘੁੰਮਦੀ ਰਹਿੰਦੀ ਆਮ ਹੀ ਮੋਹਰੇ, ਹਰੇਕ ਨੇ ਦੇਖੀ ਹੋਣੀ ਸਰੋਤਿਆਂ ਨੇ। ਉਹ ਕੀ ਕੀਤਾ ਉਹਨੇ ਨਾ, ਉਹ ਬਾਂਦਰੀ ਦਾ ਸ਼ਿਕਾਰ ਕਰ ਲਿਆ, ਉਹ ਬਾਂਦਰੀ ਦਾ ਸ਼ਿਕਾਰ ਕਰਿਆ। ਹੁਣ ਬਾਂਦਰੀ ਦਾ ਬੱਚਾ ਕੁਛ ਇੱਕ ਦਿਨ ਦਾ ਹੋਊਗਾ ਜਾਂ ਉਹ ਚਿੰਬੜਿਆ ਹੋ ਸਕਦਾ ਬਾਂਦਰੀ ਦੇ ਨਾਲ, ਬਾਂਦਰੀ ਦਾ ਤੁਹਾਨੂੰ ਬੱਚਾ ਚਿੰਬੜਿਆ ਹੁੰਦਾ ਨਾਲ ਉਹਦੇ। ਉਹ ਜਦੋਂ ਬਾਂਦਰੀ ਉਹਨੂੰ ਮਾਰਤੀ ਤੇ ਉਹਦੀ ਨਿਗਾਹ ਬੱਚੇ ਵੱਲ ਚਲ ਗਈ। ਉਹ ਜਾਨਵਰ ਨੇ ਭਾਜੀ ਬਾਂਦਰੀ ਖਾਧੀ ਨੀ, ਕੈਮਰੇ ਵਾਲਿਆਂ ਨੇ ਇਹ ਦਿਖਾ ਲਿਆ ਮੋਹਰੇ ਤੇ ਉਹ ਬੱਚਾ ਉਹਨੇ ਛੱਡ ਦਿੱਤਾ ਉਹਦੇ ਜਗ ਦਰਖਤ ਦੇ ਉੱਤੇ। ਉਹ ਬੱਚੇ ਨੂੰ ਘਲਾਣ ਲੱਗ ਪਿਆ ਔਰ ਅੱਖਾਂ ਦੇ ਵਿੱਚ ਪਾਣੀ ਦਿਖਾ ਲਿਆ ਉਹਨੇ ਜਾਨਵਰ। ਮੈਂ ਇਹ ਦੇਖੀ ਵੀਡੀਓ, ਦੇਖ ਸਕਦੇ ਹੋ ਤੁਸੀਂ। ਇੱਕ ਜਾਨਵਰ ਨੂੰ ਇੰਨੀ ਸਮਝ ਲੱਗ ਗਈ ਵੀ ਮੇਰੇ ਤੋਂ ਮਾਂ ਦੇ ਨਾਲ ਗਲਤੀ ਨਾਲ ਮਾਂ ਮਰ ਗਈ ਆ, ਹੁਣ ਮੈਂ ਉਹ ਪਾਲਤਾ ਨਹੀਂ ਹੋਣਾ ਸੀ ਉਹ ਤੋਂ, ਕਿਉਂਕਿ ਉਹ ਜਾਨਵਰ ਆ ਉਹਨੂੰ ਨਹੀਂ ਪਤਾ ਹੈ ਨਾ। ਪਰ ਇੱਥੇ ਐਡੇ ਐਡੇ ਦਾੜੇ ਰੱਖ ਕੇ ਛਾਤੀਆਂ ਤੇ ਹੱਥ ਕੇ ਮਾਰ ਕੇ ਕਹਿੰਦੇ ਆ ਅਸੀਂ ਸੋਧਾ ਲੈ, ਹੱਥੇ ਦੀ ਜਨਾਨੀ ਮਾਰ ਕੇ ਸੋਧਾ ਲਾ ਲਿਆ ਤੁਸੀਂ। ਇਹ ਉਸ ਜਾਨਵਰ ਤੋਂ ਗਏ ਗੁਜਰੇ ਦੇ ਲੋਕ ਆ, ਉਸ ਜਾਨਵਰ 15,000 ਰੁਪਈਏ ਠੀਕ ਆ ਉਹਨੇ ਸਰੋਤ, ਕਿਉਂਕਿ ਮੂਵੀ ਜਦੋਂ ਬਣਾਉਣੀ ਹੈ ਜਿੱਥੇ ਤੱਥ ਰੱਖਣੇ ਹੁੰਦੇ ਆ ਉਹਨੇ ਸਰੋਤਿਆਂ ਲਈ ਵੀ ਕੁਛ ਦੇਣਾ ਹੁੰਦਾ ਵੀ ਘੱਟੋ ਘੱਟ ਉਹਨੇ ਆਪਣੇ ਪੈਸੇ ਵੀ ਪੂਰੇ ਕਰਨੇ ਹੁੰਦੇ, ਇਹ ਜ਼ਰੂਰੀ ਵੀ ਹੁੰਦਾ ਹੈ ਨਾ। ਚਲੋ ਬਹੁਤ ਕੁਛ ਹੈ ਜਿਹੜਾ ਉਹਦੇ ਵਿੱਚ ਦਿਖਾ ਲਿਆ ਨਹੀਂ ਗਿਆ, ਤੇ ਪਰ ਜਿੰਨਾ ਕੁ ਵੀ ਦਿਖਾ ਲਿਆ ਬਹੁਤ ਕੁਛ ਦਿਖਾ ਲਿਆ ਵੀ ਹੈ। 15,000 ਰੁਪਈਏ ਦੀ ਖਾਤਰ ਚਮਕੀਲੇ ਦਾ ਕਤਲ ਕੀਤਾ ਨਾ ਲੋਕਾਂ ਨੇ ਉਸ ਚਮਕੀਲੇ ਦੇ ਮਗਰ। ਇੱਕ ਨੀ ਭਾਜੀ, ਪਹਿਲੀ ਗੱਲ ਆ ਉਹਦਾ ਬਾਪ ਚਮਕੀਲੇ ਦਾ ਡਿਪਰੈਸ਼ਨ ਚਲ ਗਿਆ, ਉਹ ਮਰਿਆ ਗਿਣੀ ਜਾਓ ਹੁਣ ਤੁਸੀਂ ਉਹਦੇ ਦੁੱਖ ਦੇ ਵਿੱਚ। ਹੁਣ ਦੇਖੋ ਇੱਕ ਕਮਾਊ ਸੀਗਾ, ਘਰ ਗਰੀਬੀ ਸੀਗੀ, ਉਹਦੇ ਦੁੱਖ ਚ ਚਮਕੀਲੇ ਦੇ ਭਰਾ ਨੇ ਆਤਮ ਹੱਤਿਆ ਕੀਤੀ, ਦੂਜੀ ਜਾਨ ਗਈ। ਤੀਜੀ ਜਿਹੜਾ ਘਰ ਦੇਬੂ ਦਾ ਜਿਹੜਾ ਢੋਲਕੀ ਮਾਸਟਰ ਦਾ, ਉਹ ਢੋਲਕੀ ਨੇ ਆਪਣਾ ਘਰ ਪਰਿਵਾਰ ਪਾਲ ਦਿੱਤਾ ਸੀਗਾ, ਉਹ ਘਰ ਉੱਜੜਿਆ। ਹਰਮੋਨੀਏ ਵਾਲਾ ਜਿਹੜਾ ਬਜਾਉਂਦਾ ਸੀਗਾ, ਹਰਮੋਨੀਏ ਨੇ ਘਰ ਪਾਲਦਾ ਸੀਗਾ ਆਪਣੇ ਮਾਂ ਬਾਪ, ਉਹ ਉੱਜੜਿਆ, ਉਹ ਪਰਿਵਾਰ ਉੱਜੜਿਆ। ਇੱਕ ਮੁੰਡਾ ਯਤੀਮ ਹੋਇਆ ਜਿਹੜਾ ਚਮਕੀਲੇ ਦਾ ਸਕਾ ਸੀਗਾ ਹੈ ਨਾ, ਜਿਹੜਾ ਇੱਕ ਤਾਂ ਮਰ ਗਿਆ ਨਾ, ਇੱਕ ਤਾਂ ਮਾਂ ਲਈ ਤੜਫਦਾ ਮਰ ਗਿਆ ਨਾ, 18 ਦਿਨ ਜੀਂਦਾ ਰਿਹਾ, ਕਿੱਦਾਂ ਉਹ ਜੀਂਦਾ ਰਿਹਾ ਹੋਊਗਾ ਮਾਂ ਲਈ ਤੜਫ ਕੇ। ਇਹਨਾਂ ਨੂੰ ਲਾਣ ਤਾਂ ਮੈਂ ਤਾਂ ਕਹਿੰਦਾ ਕੁਦਰਤ ਦੀ ਕਰੋਪੀ ਇਹ ਹੁੰਦੀ ਆ, ਕੁਦਰਤ ਨੇ ਗੇੜਾ ਪੁੱਠਾ ਚਲਾਇਆ। ਇਹ ਗੈਂਗ ਸਾਰਾ ਗੈਂਗ ਨਾ, ਇਹ ਗੈਂਗ ਅਜਮੇਰ ਸਿੰਘ ਹੋਣਾ ਦਾ ਪੈਦਾ ਕੀਤਾ ਹੋਇਆ, ਪੰਜ ਵਾਰ ਹੋਣਾ ਦਾ ਗੈਂਗ, ਇਹ ਕੁਛ ਇਹ ਕੀਤਾ ਤੇ ਫਰੋਤੀਆਂ ਲੈ। ਇੱਕ ਗੱਲ ਮੈਂ ਜੀ, ਮਤਲਬ ਚਾਰ ਪੰਜ ਪਰਿਵਾਰ ਤਾਂ ਨੀ ਮਾਰਤੇ, ਦੋ ਧੀਆਂ ਦਾ ਬਾਪ ਖੋਲਿਆ ਚਮਕੀਲਾ, ਇੱਕ ਦੋ ਪੁੱਤਾਂ ਦੇ ਸਿਰ ਤੋਂ ਪੇ ਖੋਲਿਆ, ਇੱਕ ਤਾਂ ਮਰ ਗਿਆ ਇੱਕ ਵਿਚਾਰਾ ਜੀਦਾ ਹੈ ਨਾ। 5-6 ਘਰ ਉਜਾੜ ਕੇ ਰੱਖ ਦਿੱਤੇ। ਫਿਰ ਜਦੋਂ ਸਿਪਾਹੀ ਦੇਖੋ ਕਮਾਲ ਦੀ, ਦੇਖੋ ਸਿਪਾਹੀਆਂ ਜਦੋਂ ਦਿੰਦੇ ਆ, ਤੁਹਾਡੇ ਵੀ ਦਿੰਦੇ ਸੀਗੇ ਨਾ ਜਦੋਂ ਸਰੂਪ ਚੱਕੇ ਸਿਪਾਹੀਆਂ ਦਿੰਦੇ ਸੀ ਨਾ, ਜਦੋਂ ਸਿਪਾਹੀਆਂ ਕਹਿੰਦਾ ਵੀ ਚਮਕੀਲੇ ਨੇ ਕੈਨੇਡਾ ਜਾ ਕੇ ਝੂਠ ਬੋਲ ਦਿੱਤਾ ਸੀਗਾ ਕਿ ਮੈਂ ਪੈਸੇ ਦੇ ਤੇ ਖੜਕੋ ਨੂੰ, ਉਹ ਕਹਿੰਦੇ ਹੁਣ ਗਾਈਏ ਜਿੱਦਾਂ ਗਾਣੇ। ਮੈਂ ਕਹਿੰਦਾ ਮੈਂ 1% ਲਈ ਮੰਨ ਵੀ ਜਾਂਦਾ ਚਮਕੀਲੇ ਨੇ ਝੂਠ ਬੋਲਿਆ, ਕਿ ਇਹਦੀ ਸਜ਼ਾ ਜੇ ਝੂਠ ਦੀ ਸਜ਼ਾ ਇੰਨੀ ਆ ਕਿ 5-7 ਟੱਬਰੇ ਉਜਾੜ ਦੇਣੇ, ਇੱਕ ਮਾਂ ਮਾਰ ਦੇਣੀ, ਬੱਚਾ ਤੜਫ ਤੜਫ ਕੇ ਜਿਹਦੀ ਯਾਦ ਚ ਮਰੇ, ਜੇ ਇੰਨੀ ਸਜ਼ਾ ਆ। ਜਿਹੜੇ ਤੁਸੀਂ ਸਿੱਧਾ ਝੂਠ ਬੋਲਦੇ ਆ, ਜਿਹੜੇ ਬੰਟੀ ਬਾਬਾ ਨੇ ਕੋਰਟ ਦੇ ਵਿੱਚ ਝੂਠ ਬੋਲੇ, ਫਿਰ ਉਹਨਾਂ ਦੀ ਸਜ਼ਾ ਦੱਸ ਦਿਓ ਕੀ ਕਿੰਨੇ ਆਪੇ ਨਿਰਧਾਰਤ ਕਰ, ਕਿੰਨੇ ਕਤਲ ਹੋਣੇ ਚਾਹੀਦੇ ਆ ਫਿਰ ਤੁਹਾਡੇ, ਕਿੰਨੇ ਪਰਿਵਾਰ ਉੱਜੜਨੇ ਚਾਹੀਦੇ ਜੇ ਇੱਕ ਛੋਟੇ ਜਿਹਾ ਝੂਠ ਲਈ ਤੁਸੀਂ ਮੰਨਦੇ ਆ। ਤੁਹਾਡੀ ਗੱਲ ਬਲਕਿ ਇਹ ਹੋਇਆ ਨੀ ਗਾ, ਪਰੂਫ ਕੋਈ ਨੀ ਗਾ, ਕੋਈ ਵੀਡੀਓ ਨੀ ਹੈਗੀ, ਸਿਰਫ ਜਸਟੀਫਾਈ ਕਰਨਾ ਨਾ ਕਤਲ ਨੂੰ, ਜਸਟੀਫਾਈ ਤਾਂ ਕਰਨਾ ਹੈ ਨਾ ਕਤਲ ਨੂੰ। ਉਹਦੇ ਬਦਲੇ ਜੇ ਕਹਿੰਦੇ ਆ ਇਹ, ਫਿਰ ਜੇ ਇਹ ਆਪ ਦੱਸ ਦੇਣ ਵੀ ਉਹਦੇ ਬਦਲੇ ਜਿਹੜੇ ਤੁਸੀਂ ਅੱਜ ਸਟੇਜਾਂ ਤੇ ਗੁਰੂਆਂ ਦੇ ਨਾਂ ਤੇ ਵੀ ਝੂਠ ਸੁਣੋ, ਤੁਹਾਡੇ ਗ੍ਰੰਥ ਝੂਠੇ, ਤੁਹਾਡੀ ਜਿਹੜਾ ਹੁਣ ਤਾਂ ਯਾਰ ਉਹਨੇ ਧਰਮ ਸੋ ਨਿਹੰਗ ਨਹੀਂ ਕਹਿ ਤਾ ਸ਼ਰੇਆਮ ਵੀ ਤੁਹਾਡਾ ਬ੍ਰਹਮ ਗਿਆਨੀ ਵੀ ਝੂਠਾ, ਜਿਹੜਾ ਸਿਰੇ ਕਦੇ ਤਾਂ ਸਿਰ ਇੱਕ ਦੂਜੇ ਦੇ ਲਾਈ ਜਾਂਦੇ ਤੇ ਕਦੇ ਸਿਰ ਅਵਾਈ ਜਾਂਦਾ ਇੱਕੋ ਹੀ ਬੰਦਾ,
ਕਦੇ ਕਹਿੰਦਾ ਤਮਾਕੂ ਮਤਲਬ ਗਾਂ ਦੇ ਕਿਤੋਂ ਜੰਮਿਆ ਆ, ਕਦੇ ਖਰੇ ਕਹਿੰਦਾ ਉਹ ਕੁੱਤਿਆਂ ਦੇ ਪਤਾ ਨੀ ਕਿੱਥੋਂ ਜੰਮਿਆ। ਤਮਾਕੂ ਦੀਆਂ ਦੋ ਦੋ ਉਦਾਹਰਣ ਦਿੰਦਾ ਵੀ ਕਿੱਦਾਂ ਹੋਇਆ ਪੈਦਾ ਹੋਇਆ, ਗਾਂ ਦੇ ਕੰਨਾਂ ਨੂੰ ਖਰੇ ਕੰਨਾਂ ਚੋਂ ਪੈਦਾ ਹੋਇਆ, ਇੱਕ ਹੋਰ ਕਹਿੰਦਾ ਕਿਸ ਤਰ੍ਹਾਂ। ਮਤਲਬ ਜਿਹਨੇ ਆਮ ਟੋਲੀਆਂ ਮਾਰੀਆਂ ਵਾ, ਜਿਹਨੇ ਇੰਨੇ ਝੂਠ ਬੋਲਿਓ, ਠਾਕਰ ਸੌ ਜਿਹੜਾ 21 ਸਾਲ ਝੂਠ ਬੋਲਦਾ ਰਿਹਾ ਵੀ ਸ਼ਹਿਰੇ ਵੀ ਮੰਗਦਾ ਭਿੰਡਰਾਂ ਵਾਲਾ ਜੀਂਦਾ ਆਇਆ ਭਿੰਡਰਾਂ ਵਾਲਾ, ਉਹਦੀ ਕੀ ਸਜ਼ਾ ਸੀਗੀ? ਫਿਰ ਸੋਚ ਇੱਦਾਂ ਇੱਕ ਪਾਸੇ ਤਾਂ ਟਕਸਾਲ ਇਹ ਗੱਲਾਂ ਕਹਿੰਦੀ ਆ ਨਿਊਜ਼ੀਲੈਂਡ ਦੇ ਬਾਰੇ, ਹਾਂਜੀ, ਜੇ ਇਹ ਬੰਦੇ ਟਕਸਾਲ ਅਖੰਡ ਕੀਰਤਨੀ ਜਥੇ ਵਾਲੇ ਨਿਊਜ਼ੀਲੈਂਡ ਦੇ ਸਾਰੇ ਗੁਰਦੁਆਰਿਆਂ ਦੀ ਲਿਸਟ ਬਣਾ ਕੇ ਉਹਦੀ ਟੋਟਲ ਜਿੰਨਾ ਖਰਚਾ ਆਇਆ ਗੁਰਦੁਆਰਾ ਬਣਾਉਣ ਤੇ ਉਹ ਦੱਸ ਕੇ ਉਹਦੇ ਵਿੱਚੋਂ ਇਹ ਕੱਢ ਦੇਣ ਕਿ ਉਹਦੇ 'ਚ ਲੋਕਾਂ ਦੀ ਹੱਕ ਦੀ ਕਮਾਈ ਦਾ ਕਿੰਨਾ ਪੈਸਾ ਲੱਗਾ ਆ ਤੇ ਸ਼ਰਾਬ ਤੇ ਸਿਗਰਟਾਂ ਦੀ ਕਮਾਈ ਦਾ ਕਿੰਨਾ ਲੱਗਾ ਆ ਗੁਰਦੁਆਰਾ ਬਣਾਉਣ ਵਿੱਚ। ਮੈਂ ਕਹਿੰਦਾ ਜੇ ਨਾ ਜੋੜ ਕੱਢ ਕੇ ਦੱਸਣ, ਹਾਂਜੀ, ਗ੍ਰੰਥੀਆਂ ਦੀ ਤਨਖਾਹ ਛੱਡੋ ਤੁਸੀਂ, ਲੰਗਰ ਛੱਡੋ, ਜੇ ਗੁਰਦੁਆਰਿਆਂ ਚੋਂ ਨਾ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਰੁਮਾਲੇ ਤੇ ਚੰਦੋਏ ਆ, ਜੇ ਉਨੇ ਕੁ ਪੈਸੇ ਵੀ ਨਿਕਲੇ ਆਉਣ ਹੱਕ ਦੇ ਇਹਨਾਂ ਦੇ ਤਾਂ ਵੀ ਗਨੀਮਤ ਆ, ਨਹੀਂ ਤਾਂ ਜੇ ਸਰੂਪ ਕੋਈ ਲੈ ਕੇ ਬਾਹਰੋਂ ਆਇਆ ਹੋਇਆ ਤਾਂ ਟਿਕਟਾਂ ਵੀ ਸ਼ਰਾਬ ਵਾਲਿਆਂ ਦੀਆਂ ਜਾਂ ਸਿਗਰਟਾਂ ਵਾਲਿਆਂ ਦੀਆਂ ਲੱਗੀਆਂ ਹੋਣੀਆਂ ਉਹਦੇ 'ਚ। ਨਹੀਂ ਪੈਰ ਪੈਰ ਤੇ ਝੂਠ ਭਾਜੀ, ਹੁਣ ਮੈਂ ਪ੍ਰੀਤਮ ਕੌਰ ਦੀ ਤਾਂ ਹੀ ਕਹਿੰਦਾ ਵੀ ਉਹਦੇ ਲਈ ਤਾਂ ਪੰਥ ਪੂਰਾ ਲੁੱਟ ਕੇ ਖਾ ਗਏ, ਤੁਸੀਂ ਇੱਕ ਬੱਚਾ ਦੇ ਉਹਦੀ ਦੂਜੇ ਪਾਸੇ ਮਾਂ ਖੁਦ ਮਾਰੀ ਹੈ, ਉਹਦੇ ਲਈ ਲਾ ਲਵ ਤੁਸੀਂ ਕਹਿੰਦੇ ਸੋਧਿਆ ਉਹਨੂੰ, ਨਾਲੇ ਜਿਹੜੀ ਗੋਲੀਆਂ ਚਲਾ ਰਹੀ ਸੀ ਬਾਹਰ ਨੂੰ ਉਹਦੇ ਬਦਲੇ ਚ ਗੋਲੀ ਲੱਗੀ ਆ, ਉਹਨੂੰ ਤਾਂ ਕਹਿੰਦੇ ਸ਼ਹੀਦ, ਉਹ ਤਾਂ ਤਰਸ ਦੇ ਪਾਤਰ ਬਣਾ ਦਿੱਤੀ, ਜਿਹੜੀ ਨਿਹੱਥੀ ਸੀਗੀ ਜਿਹਨੂੰ ਮਾਰ ਕੇ ਤੁਸੀਂ ਮਾਰਿਆ ਉਹਨੂੰ ਕਹਿੰਦੇ ਸੋਧਾ, ਸੋਧਾ ਲਾਇਆ ਉਹ ਸੋਧਾ। ਇੱਕ ਚੀਜ਼ ਜਿਹਨਾਂ ਨੇ ਵੀ ਫਿਲਮ ਦੇਖੀ ਆ, ਹਾਂਜੀ, ਭੁੱਲ ਜਾਓ ਕਿ ਕਿਹਨੇ ਕਿਹਨੇ ਕਤਲ ਕੀਤਾ, ਹਾਂਜੀ, ਤੁਸੀਂ ਨਿਰਪੱਖ ਹੋ ਕੇ ਫਿਲਮ ਦੇਖ ਕੇ ਉਹ ਜਿਹੜਾ ਜਿਹੜਾ ਬੰਦਾ ਮਾਰਿਆ ਗਿਆ ਉਹਦੀ ਸਟਰਗਲ ਆ ਜਿਹੜੀ ਸ਼ੁਰੂ ਤੋਂ ਲੈ ਕੇ, ਹਾਂਜੀ, ਜਦੋਂ ਉਹ ਸਾਰੀ ਕਹਾਣੀ ਨੂੰ ਦੇਖਦੇ, ਜਿੱਦਾਂ ਜਿੱਦਾਂ ਮਿਲਿਆ, ਜਿੱਦਾਂ ਜਿੱਦਾਂ ਦਿਖਾਲਿਆ, ਜਿੰਨਾ ਕੌਨਫੀਡੈਂਸ ਵਧਿਆ, ਉਹਦੇ ਵਿੱਚੋਂ ਦੇਖਣ ਨੂੰ ਕਿਤੇ ਵੀ ਇਹ ਨਹੀਂ ਲੱਗਦਾ ਵੀ ਉਹ ਬੰਦੇ ਨੇ ਕੋਈ ਏਡੀ ਵੱਡੀ ਗਲਤੀ ਕੀਤੀ ਸੀ, ਕਿਉਂਕਿ ਉੱਦਾਂ ਦੇ ਗਾਣੇ ਸਾਰੇ ਗਾਉਂਦੇ ਸੀ। ਬਸ ਭਾਜੀ ਤੁਸੀਂ ਪਹਿਲਾਂ ਦੱਸ ਹੀ ਦਿੱਤਾ, ਦੇਖੋ ਜਿਹੜੀ ਹੈ ਨਾ ਸਾਲੀ ਅੱਧੀ ਘਰਵਾਲੀ, ਇਹ ਪਹਿਲਾਂ ਤਾਂ ਬੋਲੀ ਚਲੀ ਆਉਂਦੀ ਹੈ, ਕਿਸੇ ਬੰਦੇ ਨੇ ਬਣਾਈ ਉਦਾਂ ਸੱਚ, ਇਹ ਚਮਕੀਲੇ ਨੇ ਬਣਾਈ ਸੀ? ਨਹੀਂ, ਸ਼੍ਰੀ ਸ਼ੰਕਰ ਆ ਪਿੰਡ ਸ਼੍ਰੀ ਸ਼ੰਕਰ, ਉੱਥੇ ਬੋਲੀਆਂ ਪੈਣੀਆਂ ਪਹਿਲਾਂ ਤੋਂ, ਹੁਣ ਨਹੀਂ ਪੈਣੀਆਂ, ਉਹ ਚਮਕੀਲੇ ਤੋਂ ਵੀ ਪਹਿਲਾਂ ਤੋਂ ਪੈਣੀਆਂ ਬੋਲੀਆਂ, ਇੱਕ ਸਾਲ ਚ ਇੱਕ ਵਾਰੀ ਪੈਣੀਆਂ ਹੋਣੀਆਂ, ਉੱਥੇ ਜਾ ਕੇ ਸੁਣ ਲੈਣੇ ਸਾਰਾ ਲਾਣਾ, ਖਾੜਕੂ ਜਦੋਂ ਖਾੜਕੂ ਬਾਅਦ ਚੱਲਦਾ ਸੀਗਾ ਪੰਜਾਬ, ਉਦੋਂ ਵੀ ਪੈਣੀਆਂ ਸੀਗੀਆਂ, ਔਰ ਸੁਣ ਕੇ ਦੇਖਣ, ਪੁੱਛ ਲਿਓ ਕਿਸੇ ਨੂੰ ਵੀ ਉੱਥੇ ਕਿੱਦਾਂ ਦੀਆਂ ਬੋਲੀਆਂ ਪੈਂਦੀਆਂ ਪਤਾ ਸਾਡੇ ਜੇ ਤਾਂ ਤੁਸੀਂ 10 ਬਗ੍ਰੰਥ ਨੂੰ ਕਹਿੰਦੇ ਆ, ਤੁਸੀਂ 10 ਬਗ੍ਰੰਥ ਨੂੰ ਜਿਹਦੇ ਵਿੱਚ ਬਾਂ ਪੁੱਤ ਦਾ ਰਿਸ਼ਤਾ ਨੀ ਛੱਡਿਆ, ਭੈਣ ਭਰਾ ਦਾ ਰਿਸ਼ਤਾ ਤਾੜ ਤਾੜ ਕੀਤਾ, ਜਿਹਦੇ ਵਿੱਚ ਪੇ ਧੀ ਦਾ ਕੁਛ ਵੀ ਛੱਡਿਆ ਨੀ, ਮੁੰਡੇ ਬਾਜੀ ਤੁਸੀਂ ਡੇਰਿਆਂ ਚ ਕਰਦੇ ਆ, ਤੁਸੀਂ ਉਹਨੂੰ ਤਾਂ ਕਹਿੰਦੇ ਆ ਵੀ ਸਮਾਜ ਦਾ ਇਹ ਪੱਖ ਉਜਾਗਰ ਕੀਤਾ ਗੁਰੂ ਪਾਤਸ਼ਾਹ ਨੇ, ਕਿ ਫਿਰ ਜੇ ਚਮਕੀਲੇ ਨੇ ਉਹ ਅਖਾਣ ਗਾ ਦਿੱਤੇ ਜੇਠ ਜਠਾਣੀਆਂ ਦੇ ਜਿਹੜੇ ਬਣੇ ਹੋਏ ਸੀ, ਉਹ ਸਮਾਜ ਦਾ ਪੱਖ ਨੀ ਸੀਗਾ? ਬਿਲਕੁਲ ਬਿਲਕੁਲ, ਉਹ ਸਮਾਜ ਉਹਨੇ ਕਿਹੜੀ ਗੱਲ ਨਵੀਂ ਹੈ ਜਿਹੜੀ ਉਹ ਤੋਂ ਵੱਧ, ਤਾਂ ਮਤਲਬ ਛਿੰਦੇ ਦੇ ਉੱਥੇ ਗਾਏ ਪਏ ਆ, ਮਰਦੀ ਨੇ ਅੱਕ ਚੱਬਿਆ ਨੀ, ਮੈਂ ਹਾਰ ਕੇ ਜੇਠ ਨਾਲ ਲਾਈਆਂ, ਉਹਦੇ ਵਿੱਚ ਕਿਆ ਕਿਆ ਨੀ ਕਿਹਾ ਤੁਸੀਂ ਪਹਿਲਾਂ ਬੋਲ ਦਿੱਤੀਆਂ? ਨਹੀਂ ਨਹੀਂ, ਮੈਂ ਕਹਿੰਦਾ ਹੁਣ, ਹਾਂਜੀ, ਇਹ ਜਿਹੜੀ ਨੈਟਫਲਿਕਸ ਤੇ ਮੂਵੀ ਆਈ ਆ, ਇਹ ਤਾਂ ਸਾਫ ਲੱਗਿਆ ਵੀ ਉਹ ਬੰਦਾ ਠੀਕ ਸੀਗਾ, ਕੋਈ ਏਡਾ ਵੱਡਾ ਗਨਾਹ ਨਹੀਂ ਸੀ। ਦੀਪੇ ਨੇ ਲਈ ਸੀ ਜ਼ਿੰਮੇਵਾਰੀ, ਹੀਰਾਂ ਵਾਲੇ ਨੇ, ਤਿੰਨਾਂ ਬੰਦਿਆਂ ਨੇ, ਇੱਕ ਦੀਪਾ ਸੀਗਾ, ਇੱਕ ਸੋਢੀ ਸੀਗਾ, ਇੱਕ ਸ਼ਾਇਦ ਹੋਰ ਸੀਗਾ ਗੁਰਨੇਕ ਨੇਕਾ, ਇਹਨੀ ਮਾਰਿਆ ਆ ਲਈ ਕਿਹਾ ਮਾਰਿਆ ਇੱਕ ਇੱਕ ਵੀ ਹੁਣ ਦੀਪੇ ਦਾ ਨਾਂ ਲੈ ਕੇ, ਜਿੱਦਾਂ ਉਹਨੇ ਅਮਰ ਸਿੰਘ ਚਮਕੀਲਾ ਮੂਵੀ ਬਣਾਈ ਆ, ਇੱਦਾਂ ਦੀਪਾ ਹੀਰਾ ਮੂਵੀ ਬਣਾ ਦੇਣ, ਇਹ ਹਾਂ ਉਹਦੇ ਵਿੱਚ ਇਹ ਪੰਥ ਵਾਲਾ ਪੱਖ ਰੱਖ ਦੇਣ ਲੋਕਾਂ ਮੂਹਰੇ ਚਾਹੀਦਾ, ਤੇ ਦੇਖਣ ਵਾਲਾ ਦੋਵੇਂ ਮੂਵੀਆਂ ਦੇਖ ਲਵੇ, ਉਹਨੂੰ ਪਤਾ ਲੱਗ ਜਾਏ ਵੀ ਸੱਚਾਈ ਕੀ ਆ, ਸੱਚਾਈ ਕੀ ਆ। ਹਾਂ, ਨਹੀਂ ਤਾਂ ਆਪਣੇ ਨਾਂ ਦੇ ਉੱਤੇ ਆਪੇ ਫਿੱਟ ਲਾਣ ਤੇ ਲਿਖ ਲਿਓ ਤੁਸੀਂ, ਜਾਂ
ਮਤਲਬ ਤੁਸੀਂ ਇਹ ਵੀ ਨਹੀਂ ਸੋਚਦੇ ਵੀ ਕੋਈ ਘਰ ਤੋਂ ਕਿੱਦਾਂ ਆ, ਕਿਸੇ ਦੇ ਘਰ ਬੱਚਾ ਰੋ ਰਿਹਾ, ਕਿਸੇ ਦੇ ਘਰ ਮਾਂ ਪਈ ਹੈ ਬਿਮਾਰ, ਕਿਸੇ ਨੇ ਮਾਂ ਲਈ ਪੈਸੇ ਚਾਹੀਦੇ, ਕਿਸੇ ਨੂੰ ਕੀ ਚਾਹੀਦਾ, ਤੁਸੀਂ ਜ਼ੁਲਮ ਜ਼ੁਲਮ ਕਰਨ ਲੱਗੇ ਨੇ, ਦੇਖਿਆ ਹੀ ਕੁਛ ਨੀ ਭਾਜੀ। ਬੇਸਬਾ ਦਾ ਨਾਂ ਗੁਰਬਾਣੀ ਚ ਵੀ ਆਉਂਦਾ, ਬੇਸਬਾ ਦਾ ਨਾਂ ਹੀ ਨੀ ਆਉਂਦਾ, ਬੇਸਬਾ ਦੇ ਬੱਚਾ ਹੋਣ ਦੀ ਗੱਲ ਵੀ ਪੇ ਪੁੱਤ ਪਿਤਾ ਤਾਹੇ ਕਿਆ ਨਾਮ ਸਦਈਆ ਗੁਰਬਾਣੀ ਸ਼ਬਦ ਆਉਂਦਾ, ਬੇਸਬਾ ਕੇ ਘਰ ਬੇਟਾ ਜਨਮਿਆ। ਇਹਦਾ ਮਤਲਬ ਹੈ ਇਹ ਬੇਸਬਾਵਾਂ ਪੁਣਾ ਬਹੁਤ ਪਹਿਲਾਂ ਤੋਂ ਚੱਲਦਾ ਆਉਂਦਾ। ਗੁਰੂ ਗੋਬਿੰਦ ਸਿੰਘ ਨੇ ਕਿੰਨੇ ਕੁ ਕਤਲ ਕਰਵਾਏ ਸੀ ਕੋਈ ਦੱਸ ਸਕਦਾ? ਕਿੰਨੇ ਕੁ ਪਹਿਲਾਂ ਦੇ, ਕਿੰਨੇ ਕੁ? ਤੁਹਾਡਾ ਤਾਂ ਮਹਾਰਾਜਾ ਰਣਜੀਤ ਸਿੰਘ ਜਾਂਦਾ ਰਿਹਾ ਬੇਸਬਾਵਾਂ ਦੇ। ਜੇ ਇੱਦਾਂ ਸਮਾਜ ਦੇ ਵਿੱਚ ਤੁਸੀਂ ਕਤਲ, ਹਾਂ ਇੱਕ ਪੱਖ ਭਾਜੀ ਇੱਕ ਗੱਲ ਆ, ਠੀਕ ਆ ਤੁਸੀਂ ਪਹਿਲਾਂ ਆਪਣਾ ਰਾਜ ਬਣਾ ਲੈਂਦੇ, ਫਿਰ ਤੁਸੀਂ ਕਾਨੂੰਨ ਬਣਾ ਲੈਂਦੇ ਵੀ ਢੋਲਕੀਆਂ ਚਿਮਟੇ ਲਿਆਓ, ਜੇ ਨਹੀਂ ਲਿਆਉਣਾ ਤਾਂ ਜਿੱਦਾਂ ਮੁਗਲਾਂ ਨੇ ਫਿਰ ਸਿਰ ਵੱਢ ਕੇ ਲਿਆਉਣ, ਕਾਨੂੰਨ ਬਣਾ ਦਿੰਦੇ ਤੁਸੀਂ ਆਪਣੇ ਰਾਜ ਚ। ਜੇ ਜੇ ਹਲੇ ਤਾਂ ਨਹੀਂ ਨਾ, ਨਾਲੇ ਕਿਸੇ ਤਖ਼ਤ ਦਾ ਕੋਈ ਜਥੇਦਾਰ ਹੁੰਦਾ, ਹਾਂ ਕੋਈ ਕੋਈ ਤੁਹਾਡੇ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਕੋਈ, ਤੁਹਾਡੀ ਸ਼੍ਰੋਮਣੀ ਕਮੇਟੀ ਪੈਸਾ ਲਾ ਕੇ ਕਾਲਜ ਬਣਾਉਂਦੀ, ਉੱਥੇ ਕੋਈ ਸਿੱਖਿਆ ਇੱਦਾਂ ਦੀ ਦਿੰਦਾ ਹੁੰਦਾ, ਉਹਦੇ ਬਾਰੇ ਤੁਸੀਂ ਫੈਸਲਾ ਲੈਂਦੇ, ਗੱਲ ਫੇਰ ਵੀ ਲੋਕ ਸਬਰ ਕਰ ਜਾਂਦੇ। ਫਿਰ ਵੀ ਤੁਹਾਨੂੰ ਹੱਕ, ਜਦ ਡੈਮੋਕ੍ਰੇਸੀ ਤੁਹਾਨੂੰ ਹੱਕ ਥੋੜੋ ਹੈ ਤੇ ਕਾਨੂੰਨ ਬਣਾਓ ਤੁਸੀਂ, ਉਹ ਤਾਂ ਮੁੱਖ ਮੰਤਰੀ ਕਹਦੇ ਲਈ ਪੰਜਾਬ ਦਾ, ਇੱਕ ਆਮ ਨਾਗਰਿਕ ਲਈ ਜਿਹਦੇ ਲਈ ਤੁਸੀਂ ਅੱਜ ਵੀ ਬੇਸ਼ਰਮ ਹੋ ਕੇ ਉਹ ਗੱਲਾਂ ਕਰੀ ਜਾਂਦੇ ਆ, ਤੇ ਹੁਣ ਪਰਮਜੀਤ ਅਕਾਲੀ ਵਰਗੇ ਕਹਿੰਦੇ ਆ। ਮੈਂ ਤਾਂ ਕਹਿੰਦਾ ਇਹਨਾਂ ਨੇ ਜਿੰਨਾ ਰੌਲਾ ਪਾਇਆ ਨਾ, ਕੋਈ ਬੰਦਾ ਨਹੀਂ ਹੋਣਾ ਬਚਣਾ ਜਿਨ ਔਰ ਇਹਨਾਂ ਦੀ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਅਕਾਊਂਟ ਆ ਇਹਨਾਂ ਦੇ, ਉਹਨਾਂ ਤੋਂ ਸਾਰਾ ਕੁਛ ਪਤਾ ਲੱਗ ਸਕਦਾ ਵੀ ਕਿਹਨੇ ਕਿਹਨੇ ਦੇਖੀ ਆ। ਕੋਈ ਕੋਈ ਬਚਣਾ ਨਹੀਂ ਜਿਨ ਜਿਨ ਦੇਖੀ ਨਹੀਂ, ਔਰ ਆਪਣੇ ਆਪ ਨੂੰ ਫਿੱਟ ਲਾਉਣ ਤਾਂ ਆਪੇ ਹੀ ਪਾਉਣਗੇ ਇਹ ਦੇਖ ਕੇ। ਮੈਂ ਕਹਿੰਦਾ ਜੀ ਹੈਰਾਨੀ ਹੈ, ਦੋ ਤਿੰਨ ਕਥਾ ਵਾਚਕ ਬੋਲਣ ਡਏ ਉਸ ਕੇ, ਇੱਕ ਬੰਦਾ ਉਹ ਸਰਦਾਰ ਆ, ਉਹ ਕਰਦਾ ਹੁੰਦਾ ਬੇਵਕੂਫ ਤਾਂ ਸਾਰੇ ਹੀ ਆ ਨਾ, ਓਦਾਂ ਇੱਕ ਤੇ ਵੱਧ ਇੱਕ ਇੱਕ ਹੀ ਹੈ ਉਹ ਨਾ, ਉਹ ਸੁਣਾਉਣ ਲੱਗੇ ਮਤਲਬ ਹੁਣ ਸ਼ਰਮਾ ਦੀ ਵਿਰੋਧ ਵੀ ਕਰੇ ਤੇ ਘੁੱਟ ਮਾਰ ਜਾ, ਪਤਾ ਵੀ ਲੋਕ ਮੰਨਣਾ ਨੀ ਹੁਣ ਲੋਕਾਂ ਨੇ, ਹੈਨਾ, ਤੇ ਉਹ ਕਰੇ ਫਿਰ ਉਹ ਨਾ ਬਾਪੂ ਸਾਡਾ ਗੁੰਮ ਹੋ ਗਿਆ ਦੀ ਵਿਆਖਿਆ ਕਰਨ ਲੱਗਿਆ ਵਾ। ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਕੰਜਰ ਦਿਓ, ਘਰ ਵਾਲੀਆਂ ਨਿਆਣੇ ਜੰਮਣੇ ਲਈ ਨਹੀਂ ਹੁੰਦੀਆਂ, ਉਹਨਾਂ ਫਰੈਂਡਲੀ ਹਾਸਾ ਮਜ਼ਾਕ ਵੀ ਕਰੀਦਾ। ਉਹ ਜਿਹੜੀ ਚੀਜ਼ ਮੈਂ ਆਪਣੀ ਘਰ ਵਾਲੀ ਵਾਈਫ ਨਾਲ, ਮੈਂ ਮੇਰੀ ਭੈਣ ਵਿਆਹੀ ਉਹ ਜਾ ਕੇ ਚਮਕੀਲੇ ਦੀ ਗਾਣਾ ਸੁਣ ਲਿਆ ਆਪਣੇ ਘਰ ਵਾਲੇ ਦਾ, ਮੈਨੂੰ ਕੋਈ ਦੁੱਖ ਥੋੜਾ, ਮੈਂ ਆਪਣੀ ਭੈਣ ਨਾਲ ਕਹਿੰਦੇ ਬੈਠ ਕੇ ਸੁਣੂਗਾ। ਇਹ ਸ਼ਰਮ ਕਿਸੇ ਥਾਂ ਦੇ ਹਰੇਕ ਗੱਲ, ਆਪਣੀ ਧੀਆ ਬਣਾ ਬੈਠ ਕੇ, ਕਿਹੜੇ ਕੰਜਰ ਨੇ ਕਿਹਾ ਤੁਹਾਨੂੰ ਧੀਆ ਬਣਾ ਬੈਠ ਕੇ ਸੁਣੋ? ਕਿਸੇ ਨੇ ਕਿਹਾ ਤੁਹਾਨੂੰ? ਗੱਲ ਤੇ ਗੂਠਾ ਰੱਖਿਆ ਬਾਬੇ, ਤੁਸੀਂ ਭੈਣ ਨਾਲ ਸੁਣੋ ਬੈਠ ਕੇ। ਇੱਥੇ ਨਾ 89 ਵਿੱਚ ਗਿਆਨੀ ਹਰਿੰਦਰ ਸਿੰਘ ਆਇਓ ਸੀ, ਅਖੰਡ ਕੀਰਤਨੀ ਜਥੇ ਦੇ ਬੰਦੇ ਆਏ, ਉਹ ਰੌਲਾ ਪੈ ਗਿਆ ਭੈਣ ਜੀ ਮੱਛੀ ਖਾਧੀ, ਮੱਛੀ ਖਾਧੀ, ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਮੱਛੀ ਦਾ ਕੈਪਸੂਲ ਖਾਧਾ ਸੀ ਮੈਂ। ਚਲੋ ਗੱਲ ਹੋ ਗਈ, ਗੱਲ ਚੱਲ ਪਈ ਮੀਟ ਤੇ। ਅਸੀਂ ਹੁਣ ਜਾਣੀ ਕੋਈ ਗੁਰਦੁਆਰਾ ਸੀ ਔਕਲੈਂਡ ਵਿੱਚ, ਅਸੀਂ ਸਟੈਂਡ ਲੈ ਲਿਆ ਸੀ ਕਿ ਅਕਾਲ ਤਖ਼ਤ ਦੀ ਮਰਿਆਦਾ ਕੁੱਠਾ ਖਾਣ ਤੋਂ ਮਨਾ ਕਰਦੀ ਆ, ਵੀ ਮੀਟਤੀ ਦਾ ਗੱਲ ਕੋਈ ਨਹੀਂ, ਉੱਥੇ ਗੁਰਦੁਆਰੇ ਜਦੋਂ ਗੱਲ ਹੋਣੀ ਅਸੀਂ ਛੇੜੀ ਜਾਣਾ, ਤੇ ਗੱਲ ਉਹ ਨਹੀਂ ਕਹਿਣਾ ਵੀ ਤੁਸੀਂ ਜੀ ਇੱਦਾਂ, ਹੁਣ ਕਿਸੇ ਨੇ ਪੁੱਛ ਲਿਆ ਉਹਨਾਂ ਨੂੰ ਨੀ ਵੀ ਤੁਸੀਂ ਜੀ ਉੱਤੇ ਕਥਾ ਵੀ ਹੋ ਗਏ ਘੰਟਾ, ਤੁਸੀਂ ਥੱਲੇ ਪੋਚਾ ਵੀ ਲਾ ਲਿਆ, ਵੀ ਅਸੀਂ ਕਹਿਣਾ ਵੀ ਅਸੀਂ ਤਾਂ ਕੱਚੇ ਆਂਡੇ ਪੀ ਕੇ ਆਈਦਾ, ਕੋ ਗੱਲ ਹੋਣੀ ਇੱਦਾਂ ਵੀ ਜਾ ਕੇ ਮੌਜ ਨਾ ਪੀ ਕੇ ਅਸੀਂ ਲਿਆਈ ਦੀ ਆਖਾ ਕੇ ਨਾ ਬਣਾਓ ਨਾ ਕੁਛ ਕਰੋ ਸਾਨੂੰ ਤਾਂ ਇੱਦਾਂ ਅਸੀਂ ਛੇੜੀ ਜਾਣਾ ਨਾ। ਉੱਥੇ ਮੀਟ ਮੂਟ ਦੀ ਗੱਲ ਹੋਈ, ਮੁੜ ਕੇ ਇੱਕ ਵਾਰੀ ਉਹ ਆਏ ਉੱਥੇ ਬਹਿਸ ਹੋ ਗਈ, ਬਹਿਸ ਹੋਈ ਉੱਥੋਂ ਇੰਗਲੈਂਡ ਤੋਂ ਬੰਦੇ ਆਏ ਹੋਏ ਸੀ ਜਿਹਨਾਂ ਨਾਲ ਸਭ ਤੋਂ ਸਿਆਣੀ ਦਲੀਲ ਦਿੱਤੀ, ਉਹ ਪਤਾ ਕੀ ਦਿੱਤੀ? ਕਹਿੰਦੇ ਵੀ ਜੇ ਤੁਸੀਂ ਇੱਦਾਂ ਮੀਟ ਖਾ ਸਕਦੇ ਆ ਵੀ ਚੰਗਾ, ਫਿਰ ਤੁਹਾਡੇ ਮੁੰਡੇ ਦਾ ਸਰੀਰ ਦਿੱਤਾ ਜਾਊਗਾ, ਤੁਸੀਂ ਉਹਨੂੰ ਮਾਰ ਕੇ ਖਾ ਲਉਂਗੇ। ਦਿਮਾਗ ਆ ਇਹਨਾਂ ਦੇ ਕੋਲ, ਆ ਦਲੀਲ ਦੱਸ ਇਹਨਾਂ ਕੰਜਰਾਂ ਨੂੰ ਪੁੱਛੋ ਵੀ ਸ਼ੇਰ ਵੀ ਆਪਣੇ, ਪਸ਼ੂ ਵੀ ਆਪਣੀ ਜਾਤ ਦਾ ਮਾਸ ਨਹੀਂ ਖਾਂਦਾ।
ਅਸੀਂ ਕੁੱਕੜ ਖਾਂਦੇ ਹਾਂ ਕੇ ਐਫ ਸੀ ਤੋਂ ਲੈ ਕੇ ਖਾਂਦੇ, ਇਹਦੇ ਚ ਇੱਦਾਂ ਵੀ ਜੇ ਕੁੱਕੜ ਖਾਣਾ ਤਾਂ ਮੁੰਡਾ ਵੀ ਖਾ, ਕੋਈ ਗੱਲ ਹੋਈ ਇਹ? ਕਾਨਪੁਰੀ ਕਿਹੜਾ ਉਹ ਕਹਿੰਦਾ ਫਿਰ ਆਪਣੀ ਮਾਂ ਦਾ ਖਾ ਲੈ, ਲਾਂਤ ਯਾਰ ਕੋਈ ਸ਼ਰਮ ਵਾਲੀ ਗੱਲ ਬੰਦਾ ਲੱਗਦਾ ਵੀ ਇਹਨਾਂ ਨਾਲ ਇਹਨਾਂ ਨਾਲ ਗੱਲ ਕਰਨੀ ਵੀ ਯਾਰ ਏਦਾਂ ਕਿੱਦਾਂ ਹੋ, ਕਿੱਦਾਂ ਵਿਚਾਰ ਕਰ ਸਕਦੇ ਤੁਸੀਂ ਇਹਨਾਂ ਨਾਲ? ਨਹੀਂ ਉਹਦੇ ਤੇ ਤੁਸੀਂ ਇੱਕ ਵਾਰੀ ਕੀਤੀ ਵੀ ਸੀਗੀ, ਤੁਸੀਂ ਇੱਕ ਪਾਸੇ ਸਰੋਤੇ ਨਾਲ ਬੜੀ ਵਧੀਆ ਸੀਗੀ ਵਿਚਾਰ, ਤੁਸੀਂ ਉਹ ਦੂਜੇ ਪੱਖ ਤੋਂ ਖੜ ਕੇ ਜਵਾਬ ਦਿੱਤੇ ਸੀਗੇ ਵੀ ਨੀ ਏਦਾਂ ਕਹਿ ਦੇਣਾ। ਖੈਰ ਮੈਂ ਇੱਕ ਹੋਰ ਗੱਲ ਕਰਦਾ ਵੀ ਜਿਹੜੀ 78 ਤੋਂ ਲੈ ਕੇ ਨਾ ਭਾਜੀ 92 ਤੱਕ ਜਿਹੜੀ ਆਜ਼ਾਦੀ ਇਹਨਾਂ 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 ਡਾਕਟਰ ਸੋਹਣ ਸਿੰਘ ਦੇ ਗੈਂਗ ਨੇ ਖੋਈ ਨਾ ਲੋਕਾਂ ਤੋਂ, ਜਿਹੜੀ ਜਿੱਦਾਂ ਮਤਲਬ ਕੋਈ ਨਾਈ ਆਇਆ ਮੋਹਰੇ ਉਹਦਾ ਖੋਖਾ ਚੱਕਤਾ ਮਾਰਤਾ, ਕੋਈ ਆਇਆ ਠੇਕੇ ਦਾ ਕਰਨ ਦਾ ਉਹ ਮਾਰਤਾ, ਕਲਾਕਾਰ ਫਰੋਤੀਆਂ ਲੈ ਲਈਆਂ, ਮਤਲਬ ਜਿਹੜਾ ਮਾਸਟਰ ਨੇ ਵਰਦੀ ਨੀ ਜੇ ਤੁਰੇ ਜਾਂਦੇ ਇੱਧਰ ਨੂੰ ਮਾਰਤੇ ਚਾਰ, ਜਿਹੜੀ ਆਜ਼ਾਦੀ ਲੋਕਾਂ ਦੀ ਇਸ ਗੈਂਗ ਨੇ ਖੋਈ ਹੈ। ਮੈਂ ਸੋਚਦਾ ਸੀਗਾ ਕਿਸੇ ਤਾਨਾ ਸ਼ਾਹ ਰਾਜੇ ਨੇ ਆਪਣੇ ਰਾਜਕਾਲ ਚ ਵੀ ਨੀ ਉਨੀ ਆਜ਼ਾਦੀ ਖੋਈ। ਸਹੀ ਗੱਲ, ਸਹੀ ਗੱਲ, ਜਿੰਨੀ ਆਜ਼ਾਦੀ ਇਹਨਾਂ ਲੋਕਾਂ ਨੇ ਖੋ ਲਈ ਹੈ। ਅਸਲ ਵਿੱਚ ਨਾ ਪ੍ਰੋਬਲਮ ਭਾਜੀ ਪਤਾ ਕੀ ਆ, ਤੁਸੀਂ ਦੇਖਿਆ ਚਮਕੀਲੇ ਦੀ ਮੂਵੀ ਚ ਵਿੱਚ ਦਿਖਾਤਾ ਕਾਫੀ ਕਾਫੀ ਹੱਦ ਤੱਕ, ਜਦੋਂ ਨਾ ਇਹਨਾਂ ਦੇ ਮੋਹਰੇ ਕੋਈ ਚੱਲ ਪੈਂਦਾ ਫਿਰ ਹੋਰ ਦੜਾਉਂਦੇ ਆ ਉਹਨੂੰ, ਉਹ ਗਲਤੀ ਆ, ਉਹ ਚੱਲ ਪਿਆ ਸੀ ਇਹਨਾਂ ਦੇ ਮੋਹਰੇ। ਜਿੱਦਾਂ ਤੁਹਾਡੇ ਜਦੋਂ ਤੁਸੀਂ ਉੱਥੇ ਸੁਣਾਉਂਦੇ ਹੁੰਦੇ ਕਈ ਵਾਰੀ ਗੱਲ, ਜਦੋਂ ਸਰੂਪ ਚੱਕਿਆ ਜਦੋਂ ਤੁਸੀਂ ਮਾੜੀ ਜਿਹੀ ਢਿੱਲ ਦਿੱਤੀ ਫਿਰ ਆਪਣੀਆਂ ਸਾਰੀਆਂ ਸ਼ਰਤਾਂ ਗਣਾਉਣ ਲੱਗ ਪਏ, ਕਨੇਡਾ ਦੇ ਵਿੱਚ ਕਿੱਦਾਂ 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 ਉਹਨੂੰ ਫਿਰ ਅਸੂਲ, ਤੂੰ ਮੀਟ ਵੀ ਨੀ ਖਾਣਾ, ਤੂੰ ਸ਼ਰਾਬ ਵੀ ਨੀ ਪੀਣੀ। ਉਹ ਚਾਰ ਕਨੇਡਾ ਵਾਲਿਆਂ ਨੂੰ ਬੇਨਤੀ ਆ ਭਾਈ, ਉੱਥੇ ਜਿਹੜੇ ਜਿਹੜੇ ਇਹਨਾਂ ਦੇ ਯੋਧੇ ਹੈਗੇ ਆ ਉਹ ਚਾਰ ਪਿਆਰਿਆਂ ਦਾ ਦੱਸਿਓ ਮੜ ਜਿਹਾ, ਪਤਾ ਕਰੀਏ ਉਹਨਾਂ ਦਾ ਵੀ ਉਹ ਆਪ ਹੁਣ ਸਿਗਟਾਂ ਸੁਗਟਾਂ ਵੇਚਣ ਦਾ ਕੰਮ ਨਿਆਣੇ ਕਰਦੇ ਤਾਂ ਨਹੀਂ, ਕਿਤੇ ਵਿਆਹਾਂ ਤੇ ਗਾਉਣੇ ਵਾਲੇ ਤਾਂ ਨਹੀਂ ਲਾਏ ਨਹੀਂ ਕਿਤੇ ਮੁੜ ਕੇ ਚੌਹਾਂ ਪਿਆਰਿਆਂ ਨੇ? ਤੁਸੀਂ ਜੇ ਗੱਲ ਕਹਿਣੀ ਉੱਦਾਂ ਪੁੱਤਰ ਬੇਟਾ ਕਹਿ ਕੇ ਕਹਿ ਦੋ, ਤੁਸੀਂ ਤਾਂ ਰੋ ਪਾ ਕਿਉਂ ਪਤਾ ਉੱਠ ਗਿਆ ਵੀ ਉਹ ਗਾਣੇ ਵੀ ਗਾਣ ਲੱਗ ਗਿਆ, ਧਰਮ ਤੇ ਹੱਥ ਜ਼ਿਆਦਾ ਜੋੜਨ ਲੱਗ ਪਿਆ ਨਾ ਮੋਹਰੇ, ਬਸ ਉਹ ਚੱਲ ਪਿਆ ਨਾ ਮੋਹਰੇ ਉਨੇ ਹੀ ਚੜ੍ਹਨ ਲੱਗ ਪਏ। ਕਿੱਡੇ ਫੁਕਰੇ ਆ, ਜਾਣੀ ਸਭ ਤੋਂ ਜ਼ਿਆਦਾ ਸ਼ਰਮ ਮੈਨੂੰ ਉਸ ਵੇਲੇ ਆਈ ਜਦੋਂ ਚਾਰ ਜਣਿਆਂ ਨੇ ਇਹਨੂੰ ਬਿਠਾ ਕੇ ਜਿਹਦਾ ਗੱਲ ਕੀਤੀ। ਹਾਂ ਦੇਖ ਕਿੱਡੀ, ਮੈਂ ਆਪ ਹੈਰਾਨ, ਅੱਛਾ ਤੂੰ ਇਹ ਵੀ ਨੀ ਕਰਨ, ਤੂੰ ਅੱਜ ਤੋਂ ਬਾਅਦ ਤਮਾਕੂ ਸ਼ਰਾਬ ਵੀ ਨੀ, ਬਾਹਰ ਆ ਕੇ ਬੀੜੀ ਲਾ ਲਈ ਉਹਨੇ, ਵੀ ਤੁਹਾਡੀ ਔਕਾਤ ਕੀ? ਤੁਸੀਂ ਕਿਸੇ ਬਾਰੇ ਇੱਦਾਂ ਕਿੱਦਾਂ ਸੋਚ ਸਕਦੇ ਵੀ ਤੁਸੀਂ ਬਿਠਾਓਗੇ? ਤੁਸੀਂ ਸੱਦੂ ਹੱਦ ਹੋ ਗਏ ਯਾਰ, ਆਪਣੇ ਆਪ ਨੂੰ ਕਿਹੜੇ ਤੁਸੀਂ ਕੌਣ ਆ ਮਤਲਬ ਕਹਿਣ ਵਾਲੇ ਵੀ ਤੁਸੀਂ ਤੂੰ ਤੂੰ ਵਾਲ ਰੱਖਣੇ, ਤੂੰ ਮੀਟ ਮੱਛੀ ਨੀ ਖਾਣਾ, ਤੁਸੀਂ ਤੁਹਾਡਾ ਹੱਕ ਮੰਨਦਾ, ਮਤਲਬ ਤੁਹਾਡਾ ਕੋਈ ਲੈ ਕੇ ਖਾਂਦਾ, ਮਤਲਬ ਦਰਸ਼ਪ ਗ੍ਰੰਥ ਤੁਸੀਂ ਖੋਲ ਕੇ, ਤੁਸੀਂ ਜਿਹੜੇ ਲੋਕ ਕਹਿੰਦੇ ਨਾ ਚਮਕੀਲੇ ਦੇ ਗਾਣੇ ਧੀਆਂ ਭੈਣਾਂ ਦੇ ਨਾਲ ਬੈਠ ਕੇ ਸੁਣ ਕੇ ਦੇਖੋ, ਉਹਨਾਂ ਕੰਜਰਾਂ ਨੂੰ ਕਹੋ ਤੁਸੀਂ ਦਸ ਮੁੰਡਾ ਤੀਆ ਤਰੀਆ ਚਰਿੱਤਰ ਦੀ ਭੈਣਾਂ ਨਾਲ ਪੜੋ, ਫਿਰ ਦੇਖੋ, ਫਿਰ ਪਤਾ ਲੱਗੂ ਤੁਹਾਨੂੰ। ਮੈਂ ਕਹਿੰਦਾ ਚੰਗੇ ਚੰਗੇ ਉਹ ਫੇਰ ਵੀ ਰਿਆਇਤ ਕਰ ਗਿਆ, ਇਹਨਾਂ ਦੇ ਨਾਂ ਨੀ ਦਿੱਤੇ ਹਨਾ, ਵੀ ਚਲੋ ਫੇਰ ਵੀ ਇਹਨਾਂ ਨੂੰ ਆਪ ਤਾਂ ਪਤਾ ਹੀ ਹੋਊਗਾ, ਜਿਹੜੇ ਚਾਰ ਸੀਗੇ ਜਿਹੜੇ ਹੁਣ ਨਿਆਣੇ ਉਹਨਾਂ ਦੇ ਉਹ ਜਿਹੜੀਆਂ ਕਰਤੂਤਾਂ ਕਰਦੇ ਹੋਣੇ, ਜਾਂ ਤਾਂ ਆਪਣਾ ਦੇ ਦੇਣ ਬਾਇਓਡਾਟਾ, ਹੁਣ ਬਣਾਉਣ ਤਾਂ ਮੂਵੀ ਚਾਰੇ ਹੀ ਜਣੇ, ਉਹ ਵੀਡੀਓ ਬਣਾਉਣ ਪਏ, ਆ ਦੇਖੋ ਅਸੀਂ ਗੱਲ ਤਾਂ ਕਹੀ ਆ, ਆ ਸਾਡਾ ਪਰਿਵਾਰ, ਆ ਸਾਡਾ ਧੰਦਾ ਹਨਾ, ਨਾ ਅਸੀਂ ਚੱਕ ਕੇ ਕਦੇ ਭਾਜਪਾ ਨਾਲ ਸਾਡੀ, ਨਾ ਕਦੇ ਬਾਦਲਾਂ ਨਾਲ, ਏਦਾਂ ਅਸੀਂ ਜੀਨੇ ਇਮਾਨਦਾਰੀ ਨਾਲ, ਅਸੀਂ ਸਿੱਖੀ ਦਾ ਜੀਵਨ ਜੀਨੇ ਆ, ਵੀਡੀਓ ਬਣਾ ਕੇ ਪਾ ਦੇਣ ਤਾਂ ਆਹੋ ਦੱਸਣ ਵੀ ਹਾਂ ਵੀ ਅਸੀਂ ਤਾਂ ਏਦਾਂ ਫਿਰ ਨਹੀਂ ਭਾਜੀ, ਬਸ ਉਹਦੇ ਹੱਥ ਜੋੜਨੇ ਮਹਿੰਗੇ ਪੈ ਗਏ, ਉਨੇ ਸਿਰ ਨੂੰ ਚੜੀ ਗਏ, ਪਤਾ ਨੀ ਕਿੰਨੀ ਵਾਰ ਫਰੌਤੀਆਂ ਲੈ ਗਏ, ਜਦੋਂ ਮਾੜਾ ਜਿਹਾ ਰੋਕਿਆ ਵੀ ਪੈਸੇ ਘਟਿਆ ਤਾਂ ਆਹ ਦੇਖ ਲਓ ਆਹ 7-8 ਟੱਬਰ ਜਿਹੜੇ ਆ ਵਿਚਾਰੇ ਨਿਆਣੇ ਵੀ ਯਤੀਮ ਕਰਤੇ, ਸਿਰ ਤੋਂ ਬਾਪ ਵੀ ਖੋ ਲਿਆ, ਇੱਕ ਮੁੰਡਾ ਤੜਫ ਤੜਫ ਕੇ ਮਰ ਗਿਆ ਜਦੋਂ ਅਮਰਜੋਤ ਦੇ ਗੋਲੀਆਂ, ਨਾ ਉਹਦੇ ਕੋਲ ਹਥਿਆਰ, ਮਾਂ ਇੱਕ ਬੱਚਾ ਛੱਡ ਕੇ ਆਈ ਉਹ ਘਰ ਜਦੋਂ ਉਹਦੇ ਗੋਲੀਆਂ ਛਾਤੀ ਚ ਵਧੀਆਂ, ਛਾਤੀ ਚ ਦੁੱਧ ਚੋਇਆ ਸੀ। ਤੁਸੀਂ ਨਾ ਉਸ ਵੇਲੇ ਦੇ ਖਾੜਕੂਆਂ ਦੇ ਇਹ ਜਿਹੜੇ ਆਪਣੇ ਆਪ ਨੂੰ ਯੋਧੇ ਕਹਾਉਂਦੇ ਰਹੇ ਆ, ਉਹਨਾਂ ਦੇ ਵਿੱਚੋਂ ਕੋਈ ਐਸਾ ਨਾਂ, ਰੇਡੀਓ ਸੁਣਨੇ ਵਾਲਿਆਂ ਨੂੰ ਵੀ ਬੇਨਤੀ ਆ, ਕੋਈ ਐਸਾ ਨਾਂ ਲੱਭ ਕੇ ਦੱਸਿਓ
ਜਿਹਦੇ ਬਾਰੇ ਤੁਹਾਨੂੰ ਲੱਗਦਾ ਆ ਵੀ ਉਹ ਡਰੱਗ ਦੇ ਧੰਦੇ ਦੇ ਵਿੱਚ ਨਹੀਂ ਇਨਵੋਲਵ ਹੋਇਆ। ਹਾਂ ਹਾਂ ਹਾਂ, ਜਿਹਦਾ ਨਹੀਂ ਨਾ ਆਇਆ, ਉਹ ਨਾ ਰੇਡੀਓ 'ਤੇ ਆ ਕੇ ਸਾਨੂੰ ਦੱਸ ਦਿਓ ਜਾਂ ਮੈਸੇਜ ਕਰ ਦਿਓ, ਅਸੀਂ ਫਿਰ ਲੱਭ ਕੇ ਦੇ ਦਿੰਦੇ ਤੁਹਾਨੂੰ ਵੀ ਕੀ ਕਿੰਨਾ ਹਿੱਸਾ ਆ ਉਹਦਾ, ਕਿਹੜੇ ਕਿਹੜੇ ਕੰਮ 'ਚ। 98 ਤੋਂ ਬਾਅਦ ਸਤਨਾਮ ਸਿੰਘ, 98 ਤੋਂ ਬਾਅਦ ਜਿਹੜੀ ਹਨੇਰੀ ਆਈ ਨਾ ਕੈਨੇਡਾ ਵਾਲੇ ਪਾਸੇ, ਉਹਦਾ ਕਾਰਨ ਇਹ ਹੋਇਆ ਵੀ ਜਦੋਂ ਉੱਥੇ ਇੰਡੀਆ 'ਚ ਵਾਜਪਾਈ ਦੀ ਸਰਕਾਰ ਬਣ ਗਈ ਜੀ, ਉਹ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਕੰਮ ਜੋ ਪਾਕਿਸਤਾਨ ਉੱਥੋਂ ਇਹਨਾਂ ਦੀ ਪਾਕਿਸਤਾਨ ਬੈਠਿਆਂ ਦੀ ਮਦਦ ਕਰਦਾ ਸੀ, ਉਹ ਮਦਦ ਤਾਂ ਕਰਦਾ ਸੀ ਵੀ ਉਹ ਹਥਿਆਰ ਸਪਲਾਈ ਕਰਦਾ ਸੀ ਇੱਥੇ ਗੜਬੜੀ ਕਰਨ, ਉਹ ਪੰਜਾਬ ਦੀ ਗੜਬੜੀ ਕਰਕੇ ਉਹਨੂੰ ਕਸ਼ਮੀਰ 'ਤੇ ਕਬਜ਼ਾ ਕਰਨ ਦਾ ਕੋਈ ਨਾ ਕੋਈ ਮੌਕਾ ਮਿਲ ਜਾਏ। ਬਸ ਹਾਂਜੀ, ਜਦੋਂ ਸਵਾਰਥ ਸੀ, ਫਾਇਦਾ ਸੀ, ਜਦੋਂ ਪੰਜਾਬ 'ਚੋਂ ਕੰਮ ਬੰਦ ਹੋ ਗਿਆ, ਅਗਲੇ ਨੇ ਉੱਤਿਓਂ ਹੱਥ ਚੱਕ ਲਿਆ ਇਹਨਾਂ ਦਿਓ। ਇਹ ਉੱਥੇ ਬੈਠੇ ਸ਼ਾਹੀ, ਇਹ ਨਾ ਜਿੱਦਾਂ ਰਾਜ ਘਰਾਣੇ ਹੁੰਦੇ ਇੱਦਾਂ ਦਾ ਜੀਵਨ ਜੀਂਦੇ ਸੀ ਇਹ ਪੰਜਬੜ ਹੁਣੀ ਵਿੱਚੇ, ਇਹ ਜਿਹੜੇ ਬੱਬਰ ਖਾਲਸਾ ਵਾਲੇ ਸੀਗੇ, ਵਧਾਵਾ ਸਿੰਘ ਹੁਣੀ, ਜਦੋਂ ਉਹਨਾਂ ਨੇ ਹੱਥ ਚੱਕਿਆ ਇਹ ਹੋ ਗਿਆ ਬਿੱਲੇ, ਖਰਚੇ ਤੁਰਨੋਂ ਹਟ ਗਏ। ਉਹਨੇ ਇਹਨਾਂ ਨੂੰ ਕਲੀਅਰ ਦੱਸ ਦਿੱਤਾ ਵੀ ਹੁਣ ਤੁਹਾਡੇ ਕੋਲ ਇੱਕੋ ਰਾਹ ਆ, ਜਿਹੜਾ ਰਾਹ ਜਿਹੜੇ ਤਾਲਿਬਾਨ ਸੀਗੇ ਨਾ, ਜਿਨ੍ਹਾਂ ਨੂੰ ਪਾਕਿਸਤਾਨ, ਅਮੈਰੀਕਾ ਨੇ ਪਾਕਿਸਤਾਨ ਵਿੱਚ ਪਾਲ ਕੇ ਰਸ਼ੀਆ ਤੜਵਾਇਆ ਸੀ, ਰਸ਼ੀਆ ਟੁੱਟਣ ਤੋਂ ਬਾਅਦ ਉਹਨੇ ਸਪੋਰਟ ਬੰਦ ਕਰ ਦਿੱਤੀ। ਪਾਕਿਸਤਾਨ ਵਾਲੇ ਕਹਿੰਦੇ ਵੀ ਤੁਹਾਡੇ ਕੋਲ ਡਰੱਗ ਦਾ ਕੰਮ ਹੈਗਾ, ਤੁਸੀਂ ਕਰ ਲਓ ਆਪਣਾ, ਕਰ ਲਓ। ਹਾਂ, ਉਹੀ ਖੁੱਲ ਉਹਨੇ ਇਹਨਾਂ ਨੂੰ ਦਿੱਤੀ ਸੀ ਜੀ। ਉਸ ਵੇਲੇ ਤੁਹਾਡੇ ਕੈਨੇਡਾ ਵਾਲੇ ਪਾਸੇ ਜਿੰਨਾ ਕੰਮ ਵਧਿਆ ਨਾ, ਉਦੋਂ 98 ਤੋਂ 97, 98 ਤੋਂ ਬਾਅਦ ਤੁਸੀਂ ਦੇਖ ਲਿਓ ਕਿੰਨੇ ਬੰਦੇ ਇਨਵੋਲਵ ਹੋਏ ਆ ਇੱਥੇ। ਤੇ ਦੇਖਾ ਦੇਖੀ ਅਸੀਂ ਹੈਰਾਨ ਰਹਿ ਗਏ ਯਾਰ ਵੀ ਨਿਊਜ਼ੀਲੈਂਡ ਦੇ ਵਿੱਚ ਕੈਨੇਡਾ ਤੋਂ ਕਾਹਦੇ ਖੇਪਾਂ ਆ ਰਹੀਆਂ ਐਡੇ ਐਡੀਆਂ, 328 ਕਿਲੋ, ਯਾਨੀ ਕੌਮ ਦੇ ਰਖਵਾਲੇ ਆ ਅਸੀਂ, ਸਿੱਖ ਕੌਮ ਦੇ। ਅਸੀਂ ਪੰਜਾਬ ਦੇ ਵਿੱਚ ਸ਼ਰਾਬ ਬੰਦ ਕਰਾਉਣੀ ਆ, ਨਸ਼ਾ ਜ਼ਬਰਦਸਤੀ ਬੰਦ, ਖੋਖੇ ਸਿਗਰਟਾਂ ਵਾਲੇ ਖੋਖੇ ਸਾੜੇ ਅਸੀਂ, ਤੇ ਕੈਨੇਡਾ ਤੋਂ ਨਿਊਜ਼ੀਲੈਂਡ ਤੱਕ 328 ਕਿਲੋ ਦੀਆਂ ਖੇਪਾਂ ਲੈ ਕੇ ਆਉਂਦੇ ਹਾਂ ਅਸੀਂ। ਉਹ ਕੌਣ ਲੈ ਕੇ ਆਉਂਦੇ ਆ? ਤੇ ਗੋਦੀ ਨਹੀਂ, ਉਹੀ ਜਿਹੜੇ ਅਸੀਂ ਯੋਧੇ ਕਹਾਉਂਦੇ ਕੌਮ ਦੇ। ਆਹੋ, ਮੈਂ ਉਹੀ ਗੱਲ ਕਰਦਾ ਵੀ ਦੱਸ ਦੇ ਉਹ ਕੌਣ ਲੈ ਕੇ ਆਉਂਦੇ ਆ, ਉਹ ਯੋਧੇ ਆ ਵੀ ਇਹ। ਇਸ ਕਰਕੇ ਇਹਨਾਂ ਜਦੋਂ ਨਾ ਥੱਲੇ ਤੱਕ ਜਾਣਾ, ਠੀਕ ਹੈ, ਉਹ ਤਾਂ ਤੁਸੀਂ ਆਮ ਤਰੀਕੇ, ਮੈਂ ਤਾਂ ਨਾ ਮੈਂ ਹੈਰਾਨ ਹੁੰਦਾ ਗੁਰੂ ਪਾਤਸ਼ਾਹ ਨੂੰ ਇਸੇ ਕਰਕੇ ਸਿਰ ਝੁਕਦਾ ਵੀ ਜਿਹੜੇ ਉਹਨਾਂ ਦੇ ਫੈਸਲੇ ਆ ਉਹ ਬੜੇ ਬੈਲੈਂਸ ਆ। ਜਦੋਂ ਤੁਸੀਂ ਗੁਰਬਾਣੀ ਦੇ ਨਜ਼ਰੀਏ ਤੋਂ ਗੁਰੂ ਸਾਹਿਬ ਨੂੰ ਦੇਖ ਕੇ ਕਰਾਮਾਤਾਂ ਵਿੱਚੋਂ ਕੱਢ ਕੇ ਉਹਨਾਂ ਦੇ ਜੀਵਨ 'ਤੇ ਝਾਤ ਮਾਰਦੇ ਹਾਂ, ਫਿਰ ਉਹਨਾਂ ਨੂੰ ਦੁਨੀਆਂ ਦੇ ਲੀਡਰਾਂ ਦੇ ਬਰਾਬਰ ਦੇਖਦੇ ਹਾਂ, ਫਿਰ ਸਮਝ ਲੱਗਦੀ ਉਹਨਾਂ ਦੀ ਵਡਿਆਈ ਕੀ ਹੈ ਭਾਜੀ। ਫਿਰ ਤੁਹਾਨੂੰ, ਹਾਂ ਫਿਰ ਤੁਹਾਨੂੰ ਅੱਖਾਂ 'ਚੋਂ ਪਾਣੀ ਨਿਕਲਦਾ, ਮੱਲੋ ਮੱਲੀ ਪਾਣੀ ਨਿਕਲਦਾ ਅੱਖਾਂ 'ਚ ਵੀ ਅਸਲ 'ਚ ਰੈਵੋਲਿਊਸ਼ਨ ਸੀਗੀ ਕੀ, ਠੀਕ ਆ ਵੀ ਅਸੀਂ। ਔਰ ਜਿਹੜੀਆਂ ਵਡਿਆਈਆਂ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵਡਿਆਈ ਦੀ ਗੱਲ ਕਰਦੇ ਹਾਂ, ਤੁਸੀਂ ਨਾ 1750-55 ਤੋਂ ਲੈ ਕੇ 1800 ਤੱਕ 35-40 ਸਾਲ ਦਾ ਟਾਈਮ ਇੰਗਲੈਂਡ ਦਾ, ਫਰਾਂਸ ਦਾ, ਅਮੈਰੀਕਾ ਦਾ, ਰਸ਼ੀਆ ਦਾ, ਜਰਮਨੀ ਦਾ, ਇਟਲੀ ਦਾ, ਈਵਨ ਤੁਰਕੀ ਦਾ। ਜਦੋਂ ਜਰਮਨੀ ਦੇਖਣਾ ਤੁਸੀਂ, ਆਸਟਰੀਆ ਤਾਂ ਇਟਲੀ ਇਕੱਠੇ ਹੀ ਦੇਖਣੇ ਆ, ਜਦੋਂ ਰਸ਼ੀਆ ਦੇਖਣਾ ਪਰੇ ਵਿਚਾਲੇ ਯੂਕਰੇਨ, ਇਹ ਯੂਗੋਸਲਾਵੀਆ, ਇਹਨਾਂ ਦੀ ਗੱਲ ਆਉਣੀ ਆ ਤੁਰਕੀ ਦੀ ਨਾਲ ਹੀ ਆ ਜਾਣੀ ਆ। ਹਾਂਜੀ, ਤੁਰਕੀ ਦੀ ਆਉਣੀ ਮਿਡਲ ਈਸਟ ਆ ਜਾਣਾ ਨਾਲ ਹੀ। ਤੁਸੀਂ ਉਹ 45 ਸਾਲ ਦਾ ਸਮਾਂ ਜੇ ਸਲਤਨਤ ਜਿੰਨੀਆਂ ਸੀ ਇਹਨਾਂ ਨੂੰ ਪੜ੍ਹ ਕੇ ਦੇਖ ਲਓ ਨਾ, ਤੁਹਾਨੂੰ ਝੱਟ ਸਮਝ ਆ ਜਾਣੀ ਆ ਵੀ ਕਿੰਨਾ ਸੌਖਾ ਸੀ ਉਸ ਵੇਲੇ। ਇੱਧਰੋਂ ਜਦੋਂ ਫਰਾਂਸ ਦਾ ਇੰਗਲੈਂਡ ਆਪਸ ਵਿੱਚ ਹੀ ਸਿਰਫ ਸਾ ਕੇ ਬੈਠੇ ਆ, ਉਦੋਂ ਹੀ ਅਬਦਾਲੀ ਪੰਜਾਬ ਵਿੱਚ ਆਉਣਾ ਜਾਣਾ ਉਹਦਾ ਖਤਮ ਹੋ ਗਿਆ, ਮੈਦਾਨ ਖਾਲੀ ਸੀਗਾ। ਜਿਹੜੀਆਂ ਖੂਬੀਆਂ ਦੱਸਦੇ ਹਾਂ ਅਸੀਂ ਉਹ ਸਾਨੂੰ ਸਮਝ ਆ ਜਾਣੀ ਵੀ ਸਬੱਬ ਬਣੇ ਆ ਉਹ, ਸਾਡੀ ਆਪਣੀ ਕੋਈ ਇੱਦਾਂ ਦਾ ਫਾਰਮੂਲਾ ਕੋਈ ਨਹੀਂ ਸੀ ਸਾਡੇ ਕੋਲ,
ਸਬੱਬ ਨਾਲ ਸਾਡਾ ਸੂਤ ਆਇਆ ਔਰ ਸੂਤ ਆਉਣ ਦੇ ਵਿੱਚ ਤੁਸੀਂ 50-45 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ। ਅੰਗਰੇਜ਼ਾਂ ਨਾਲ 1810 ਵਿੱਚ ਅਸੀਂ ਕਹਿੰਦੇ ਸੰਧੀ ਹੋ ਗਈ। ਇੰਨੀ ਤਾਂ ਉਹਨੂੰ ਸਮਝ ਹੋਣੀ ਆ ਵੀ ਜਿੱਥੋਂ ਅੰਗਰੇਜ਼ ਆਏ ਆ ਉੱਥੇ ਪੜ੍ਹਾਈ ਦਾ ਕਿੱਡਾ ਵੱਡਾ ਸਿਸਟਮ ਆ। ਅੱਜ ਵੀ ਜਦੋਂ ਨਾ ਅਮੈਰੀਕਾ, ਇੰਗਲੈਂਡ ਤੇ ਇੰਡੀਆ ਦੇ ਕੌਨਸਟੀਟਿਊਸ਼ਨ ਦੀ ਗੱਲ ਆਉਂਦੀ ਆ, ਹਾਂਜੀ, ਤਾਂ ਇੰਗਲੈਂਡ ਦੇ ਸੰਵਿਧਾਨ ਵਿੱਚ ਉੱਥੇ ਦੀ ਪਾਰਲੀਮੈਂਟ ਵਿੱਚ 12ਵੀਂ 13ਵੀਂ ਸਦੀ ਦੇ ਹਵਾਲੇ ਆਉਂਦੇ ਆ ਵੀ ਜਾਣੀ ਅਗਲੇ ਕਹਿੰਦੇ ਵੀ 1320 ਦੇ ਵਿੱਚ ਆਹ ਕਾਨੂੰਨ ਬਣ ਗਿਆ ਸੀ ਉੱਥੇ, ਜਿਹਦੀ ਉਦਾਹਰਣ ਅੱਜ ਵੀ ਦੁਨੀਆਂ ਵਿੱਚ ਦਿੱਤੀ ਜਾਂਦੀ ਆ। ਤੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇੰਨਾ ਨਹੀਂ ਸੀ ਪਤਾ ਵੀ ਸਾਡੇ ਕੋਲ ਸਿੱਖਾਂ ਲਈ ਇੱਕ ਆਪਣਾ ਰਾਜ ਆ, ਦੁਨੀਆਂ 'ਚ ਆਹ ਕੁਛ, ਦੁਨੀਆਂ ਇੱਥੇ ਪਹੁੰਚ ਚੁੱਕੀ ਆ, ਇੱਥੇ ਸਕੂਲ ਪੜ੍ਹਾਈ ਦਾ ਸਿਸਟਮ ਖੜਾ ਕਰੀਏ ਤਾਂ ਕਿ ਜਿਹੜੇ ਇਹਦੇ ਮਗਰ ਆਉਣੇ ਵਾਲੇ ਆ, ਜਿਹੜੇ ਆਮ ਲੋਕ ਆ, ਉਹ ਰਾਜ ਕਰਨ ਦੇ ਯੋਗ ਕਿੱਦਾਂ ਹੋਣ। ਸੋਚਿਆ ਹੀ ਨਹੀਂ ਗਿਆ, ਮੈਂ ਤਾਂ ਹੁਣ ਹੈਰਾਨ ਸੀਗਾ ਭਾਜੀ। ਕਥਾ ਬਾਚ ਇੱਕ ਨਾ ਇੱਥੇ ਹੁਣੇ ਮੇਰੇ ਥੋੜੇ ਚਿਰ ਪਹਿਲਾਂ ਵੀਡੀਓ ਮੋਹਰੇ ਆਈ, ਕਥਾ ਬਾਚਕ ਪਤਾ ਨੀ ਆਹੋ ਕਥਾ ਬਾਚਕ ਝੋਨੇ ਵਾਲਾ ਕਥਾ ਬਾਚਕ ਹੈ ਮੈਨੂੰ ਲੱਗਦਾ, ਜਿਹੜਾ ਝੋਨਾ ਕਹਿੰਦਾ ਸੀਗਾ ਭਈਆਂ ਤੇ ਨਾ ਲਵਾਓ, ਅੱਛਾ ਸ਼ਾਇਦ ਉਹੀ ਸੀਗਾ। ਉਹ ਹੈਰਾਨੀ ਹੁੰਦੀ ਆ ਤੁਸੀਂ ਗੱਲ ਕਰਕੇ ਤੇ ਮਹਾਰਾਜਾ, ਉਹ ਕਹਿੰਦਾ ਵੀ ਸਾਡਾ ਹੀਰੋ ਹੁਣ ਚਮਕੀਲਾ ਬਣੋ, ਕਹਿੰਦਾ ਸਾਡਾ ਹੀਰੋ ਮਹਾਰਾਜਾ ਰਣਜੀਤ ਸਿੰਘ, ਲਓ ਕਰ ਲਓ ਮਤਲਬ 53 ਸਾਲ ਦੀ ਉਮਰ 'ਚ 17 ਸਾਲ ਦੀ ਕੁੜੀ ਨਾਲ ਵਿਆਹ ਕਰਾ ਰਿਹਾ ਮਹਾਰਾਜਾ ਰਣਜੀਤ ਸਿੰਘ। ਉਹ ਤਾਂ ਬੇਸਵਾ ਦੇ ਕੋਠੇ ਤੇ ਵੀ ਜਾਂਦਾ, ਕਿੰਨੇ ਵੈਸੇ ਕਿੰਨੇ ਵਿਆਹ ਸੀ ਉਹਦੇ, ਬਿਲ ਹਰ ਕੰਮ ਸਿੱਖੀ ਤੇ ਉਲਟਾ 6-7 ਵਿਆਹ ਕਰਾਇਆ ਤੇ ਨਾਲ ਜਨਾਨੀਆਂ ਸੜ ਗਈਆਂ। ਉਹ ਬੇਸਵਾ ਤੋਂ ਵੱਖਰਾ ਜਾਂਦਾ ਰਿਹਾ ਮੋਰਾ ਦੇ ਕੋਲ, ਫਿਰ ਕੋਰੜੇ ਵੀ ਖਾਧੇ ਹਟਿਆ, ਫਿਰ ਵਿਆਹ ਫਿਰ ਕੋਰੜੇ ਖਾਣ ਤੋਂ ਬਾਅਦ ਵੀ 17 ਸਾਲ ਦੀ ਕੁੜੀ ਨਾਲ ਵਿਆਹ ਕਰਾ ਲਿਆ 53 ਸਾਲ ਦੀ ਏਜ, ਉਹ ਹੀਰੋ ਆ ਸਾਡਾ। ਗੁਰਬਾਣੀ ਵਿੱਚ ਵੀ ਪੰਕਤੀ ਆਉਂਦੀ ਨਾ, ਦੇ ਕਵਾੜ ਅਨਕ ਪਰਦੇ ਮੈਂ ਪਰ ਦਾਰਾ ਸਿਉਂ ਫੱਕ ਹੈ ਫੱਕ ਹੈ, ਹਾਂਜੀ। ਤੇ ਭਾਈ ਗੁਰਦਾਸ ਨੇ ਵੀ ਕਿਹਾ ਇੱਕ ਨਾਰੀ ਜਤੀ ਹੋਏ ਹਾਂ ਪਰ ਨਾਰੀ ਧੀ ਭੈਣ ਵਿਖਾਣੇ, ਜਿਹੜੀ ਜੇ ਉਹਨੂੰ ਫੋਲੋ ਕਰਨਾ ਜਿੰਨਾ ਜਿੱਦਾਂ ਉਹਨੇ ਧੋਖੇ ਦੇ ਦੇ ਕੇ ਜੋ ਕੁਛ ਉਹਨੇ ਕੀਤਾ, ਜਿੱਦਾਂ ਵਿਆਹ ਕਰਾ ਕੇ ਬਾਕੀ ਸਾਰਾ ਕੁਛ, ਫਿਰ ਤਾਂ ਹਰ ਜ਼ੁਲਮ ਦੁਨੀਆਂ ਦਾ ਜਾਇਜ਼ ਹੋ ਜਾਣਾ ਜੇ ਉਹਨੂੰ ਤੁਸੀਂ ਜਾਇਜ਼ ਹੋ ਜਾਣਾ ਜੇ ਉਹ ਹੀਰੋ ਹੈ, ਜੇ ਉਹ ਹੀਰੋ ਆ ਸਾਡਾ ਤਾਂ ਯਾ ਨਹੀਂ, ਤੁਸੀਂ ਚਮਕੀਲੇ ਨੂੰ ਨਹੀਂ ਹੀਰੋ ਮੰਨਣਾ ਨਾ ਮੰਨੋ ਪਰ ਆਪਣਾ ਪੱਖ ਤਾਂ ਦੱਸ ਦਿਓ ਨਾ ਤੁਸੀਂ, ਬਸ ਬਹੁਤ ਸਿੰਪਲ ਜਿਹੀ ਗੱਲ ਹੈ। ਹੁਣ ਇਹਨਾਂ ਦਾ ਉਹਨੇ ਨੇ ਆਪਣਾ ਪੱਖ ਦੱਸਤਾ, ਨਾਲੇ ਉਹਨਾਂ ਨੇ ਸਾਰਾ ਕੁਛ ਦੱਸਤਾ ਸਹੀ, ਤੇ ਹੁਣ ਇਹ ਆਪਣਾ ਦੱਸ ਦਿੰਦਾ ਫਿਰ ਜਿਹੜੇ ਇਲਜ਼ਾਮ ਲਾਉਂਦੇ ਨਾਲੇ ਲੋਕ ਉਹ ਸੁਣ ਲੈਣ ਕਿ ਇੰਨੇ ਇਲਜ਼ਾਮ ਦੀ ਖਾਤਰ ਤੁਸੀਂ ਐਡੇ ਬੜੇ ਕਤਲ ਕਰ ਸਕਦੇ, ਫਿਰ ਜਿਹੜੇ ਤੁਸੀਂ ਕੰਮ ਕਰਦੇ ਉਹਦੇ ਬਦਲੇ 'ਚ ਕੀ ਮਿਲਣਾ ਚਾਹੀਦਾ ਸਾਨੂੰ, ਉਹ ਤੁਸੀਂ ਦੇਖ ਲਿਓ। ਮੈਂ ਸਰੋਤਿਆਂ ਨੂੰ ਜਾਂਦੀ ਬਾਰੇ ਕਹਿਣਾ ਇੱਕ ਬਸ ਟਾਈਮ ਤੁਹਾਡਾ ਬਹੁਤ ਹੋ ਗਿਆ, ਇੱਕੋ ਮਿੰਟ ਲੈਣਾ ਭਾਜੀ। ਜਿਹੜੇ ਨਾ ਦੇਖੋ ਜਿਹੜੇ ਚਮਕੀਲੇ ਨੂੰ ਬਹੁਤ ਦੁਨੀਆਂ ਚਾਹਣ ਵਾਲੀ, ਸੁਣਨ ਵਾਲੀ, ਸਾਰੇ ਤਰ੍ਹਾਂ ਦੇ ਉਹਦੇ ਸੁਣਨ ਵਾਲੇ, ਅੱਜ ਵੀ ਇਹ ਰਿਕਾਰਡ ਆ, ਉੱਦਾਂ ਹੀ ਨੀ ਮੂਵੀ ਬਣ ਗਈ HMB ਦੇ ਗਾਣੇ ਜਿਹੜੇ ਹੁਣ ਉਹਦੇ ਹੋਰ ਕਿਸੇ ਸਾਰੇ ਗਾਵਾਂ ਤੇ ਸ਼ਾਇਦ ਨਾਂ ਤੇ ਉਹ HMB ਕੰਪਨੀ ਹੈ, ਉਹ ਡੁੱਬਦੀ ਜਾ ਰਹੀ ਸੀ ਉਸ ਵੇਲੇ। ਸਭ ਤੋਂ ਵਰਲਡ ਦੇ ਵਿੱਚ ਜਿਹੜੇ ਉਸ ਉਹਨਾਂ ਦੀ ਸਭ ਤੋਂ ਵੱਧ ਰੀਮਿਕਸ, ਸਭ ਤੋਂ ਵੱਧ ਕੈਸਟਾਂ, ਸਭ ਤੋਂ ਵੱਧ ਜੇ ਕੋਈ ਸੁਣਿਆ ਗਿਆ ਉਹ ਚਮਕੀਲਾ ਆ ਅੱਜ ਤੱਕ। ਉਹ ਕੋਈ ਉਹਦੇ ਇਕੱਲੇ ਘਰਦਿਆਂ ਨੇ ਨੀ ਸੁਣ ਲਿਆ, ਸਮਾਜ ਨੇ ਸੁਣਿਆ ਉਹਨੂੰ, ਅੱਜ ਤੱਕ ਉੱਦਾਂ ਨੀ ਮੂਵੀ ਬਣ ਗਈ। ਤੇ ਮੈਂ ਉਹਨਾਂ ਸਰੋਤਿਆਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਭਰਾਵੋ, ਗੁਰੂ ਪਾਤਸ਼ਾਹ ਦੇ ਸਾਡੇ 10 ਪਾਤਸ਼ਾਹੀਆਂ ਦੀ ਇਹ ਰੀਤ ਨਹੀਂ ਹੈਗੀ, ਬੰਦਾ ਸਿੰਘ ਬਹਾਦਰ ਤੱਕ ਇਹ ਰੀਤ ਨਹੀਂ ਚੱਲੀ। ਜਿਹਨਾਂ ਨੇ ਕਾਰਾ ਕੀਤਾ ਉਹਨੂੰ ਗੁਰੂ ਪਾਤਸ਼ਾਹ ਨਾਲ ਨਾਲ ਕੇ ਜੋੜ ਕੇ ਨਾ ਦੇਖਿਓ, ਗੁਰੂ ਪਾਤਸ਼ਾਹ ਸਾਡਿਆਂ ਦੀ ਇਹ ਸਿੱਖਿਆ ਨਹੀਂ ਹੈ, ਨਹੀਂ ਸੀ, ਉਹ ਗੁੰਡੇ ਸੀਗੇ, ਗੁੰਡਿਆਂ 'ਚ ਗਿਣੇ ਜਾਣੇ ਆ ਗੁਰੂ ਪਾਤਸ਼ਾਹ ਦੇ। ਇਹ ਨਾ ਸੋਚਿਓ ਵੀ ਸਿੱਖਾਂ ਨੇ ਜਾਂ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੇ ਇਹ ਕਾਰਾ ਕੀਤਾ, ਇਹ ਬਿਲਕੁਲ ਨਹੀਂ ਗੱਲ। ਭਾਵੇਂ ਡੱਲੇ ਵਾਲ ਵੜ ਕੇ ਜਿੰਨੀਆਂ ਮਰਜ਼ੀ ਦਾੜੀਆਂ ਰੱਖੀ ਬੈਠੇ ਹੁਣ, ਗੁੰਡੇ ਆ ਇਹਨਾਂ ਗੁੰਡਿਆਂ ਨੇ ਉਹ ਕਾਰੇ ਕੀਤੇ ਆ, ਇਹਨਾਂ ਨੂੰ ਗੁੰਡਿਆਂ 'ਚ ਗਿਣਿਓ, ਪਰ ਗੁਰੂ ਪਾਤਸ਼ਾਹ ਦੇ ਨਾਲ ਇਹ ਨਾ ਜੋੜਿਓ ਕਿ ਸਾਡਾ ਪਰਿਵਾਰ ਕੋਈ ਉਹਨਾਂ ਦਾ ਪਰਿਵਾਰ, ਇਹ ਨਾ ਸੋਚੇ ਕਿ ਗੁਰੂ ਦੇ ਸਿੱਖਾਂ ਨਾਲ ਸਾਡਾ ਪਰਿਵਾਰ ਨਹੀਂ। ਗੁਰੂ ਦਾ ਸਿੱਖ ਗੁਰੂ ਲੋਕਾਂ ਨੂੰ ਵਸਾਉਂਦਾ ਆ, ਉਜਾੜਦਾ ਨਹੀਂ ਹੈਗਾ, ਨਹੀਂ ਗੁਰੂ ਤੇ ਨਾ ਕਲੰਕ ਲਾਇਓ, ਗੁਰੂ ਬਾਰੇ ਬੁਰਾ ਨਾ ਸੋਚਿਓ, ਬਸ ਇੰਨਾ ਕਹਿਣਾ ਚਾਹੁੰਦਾ। ਸਾਡੇ ਪਾਤਸ਼ਾਹ ਇਦਾਂ ਦੇ ਨਹੀਂ ਹੈਗੇ। 10 ਪਾਤਸ਼ਾਹੀਆਂ ਦੇ ਜੀਵਨ ਕਾਲ ਵਿੱਚ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਹਾਂਜੀ ਮੁਗਲ ਸਲਤਨਤ ਬਰਾਬਰ ਚੱਲੀ ਆ, ਔਰ ਉਸ ਵੇਲੇ ਉਹਨਾਂ ਉਹਨਾਂ ਦੇ ਵਿੱਚ ਬੇਸਵਾ ਦਾ ਜਿਹੜਾ ਕਿੰਨੇ ਕਿੰਨੇ ਵਿਆਹ ਉਹ ਕਰਾਉਂਦੇ ਸੀ, ਬੇਸਵਾ ਦਾ ਕੰਮ ਜਿਹੜਾ ਕਿੰਨਾ ਆਮ ਸੀ ਉਹਨਾਂ ਦੇ ਵਿੱਚ, ਹਾਂਜੀ,
ਕਿਤੇ ਵੀ ਇਹ ਉਦਾਹਰਣ ਨਹੀਂ ਮਿਲਦੀ ਵੀ ਕਿਸੇ ਨੂੰ ਹਾਂ ਗਸ਼ਪੁੱਤਰੀ ਰਾਜਕੁਮਾਰ ਇਹ ਸਾਖੀਆਂ ਤਾਂ ਆਉਂਦੀਆਂ ਗੁਰੂ ਸਾਹਿਬ ਨੇ ਪੁੱਤਰੀਆਂ ਬੱਚੀਆਂ ਕਹਿ ਕੇ ਆਪਣੀਆਂ ਆਸ਼ੀਰਵਾਦ ਦਿੱਤਾ ਉਹਨਾਂ ਨੂੰ ਬਿਲਕੁਲ ਜਾਣੀ ਦੁਨੀਆਂ ਕਿਹੜੀ ਨਜ਼ਰ ਨਾਲ ਦੇਖਦੀ ਸੀ ਗੁਰੂ ਸਾਹਿਬ ਪੁੱਤਰੀ ਕਹਿ ਰਹੇ ਆ ਇਹ ਤਾਂ ਹੋ ਸਕਦਾ ਸੀ ਵੀ ਅਮਰਜੋਤ ਕੌਰ ਨੂੰ ਦੁਨੀਆਂ ਨਫ਼ਰਤ ਕਰਦੀ ਹੁੰਦੀ ਵੀ ਗੰਦੇ ਗੀਤ ਗਾਉਂਦੀ ਆ ਤਾਂ ਸਿੱਖ ਸਿੱਖ ਬੇਟੀ ਬਣਾ ਲੈਂਦਾ ਸਿੱਖ ਕਹਿੰਦੇ ਸਾਡੀ ਭੈਣ ਆ ਇਹ ਇਹ ਆਪਣਾ ਜੋ ਕਰ ਇਹ ਭੈਣ ਆ ਸਾਡੀ ਇਹਨੂੰ ਇੱਦਾਂ ਗਲਤ ਨਾ ਕਹੋ ਇਹ ਤਾਂ ਹੁੰਦਾ ਫੇ ਮੰਨਦਾ ਕੋਈ ਪਰ ਤੁਸੀਂ ਇੱਦਾਂ ਇੰਨੇ ਕੁ ਬੱਚੇ ਨਾਲ ਅਗਲੇ ਦੀ ਇੱਡੇ ਛੋਟੇ ਬੱਚੇ ਦੀ ਮਾਂ ਨੂੰ ਇੰਨੀ ਬੇਰਹਿਮੀ ਨਾਲ ਕਤਲ ਕਰਨਾ ਇੱਡੀ ਬੇਸ਼ਰਮੀ ਨਾਲ ਔਰ ਕੈਮਰੇ ਮੂਹਰੇ ਬੈਠ ਬੈਠ ਕੇ ਬੱਚਾ ਵੀ ਕਤਲ ਆ ਉਹਦਾ ਡੇਢ ਮਹੀਨੇ ਦਾ ਬੱਚਾ ਵੀ ਇਹਨਾਂ ਦੇ ਸਿਰ ਆ ਉਹ ਕਤਲ ਆ ਦੱਲੇ ਵਾਲ ਦੇ ਲਾਣਤਾਂ ਜਿੰਨੀਆਂ ਇਹਦੀ ਪੀੜ੍ਹੀਆਂ ਨੂੰ ਵੀ ਪੈਣੀਆਂ ਇੱਕ ਮਾਂ ਵੀ ਮਾਰੀ ਤੇ ਇੱਕ ਬੱਚਾ ਵੀ ਇਹਨਾਂ ਲੋਕਾਂ ਨੇ ਕਤਲ ਕੀਤਾ ਐਡੇ ਬੇਗੈਰ ਤੇ ਮਤਲਬ ਸੋਚ ਜਦੋਂ ਮੈਂ ਸੁਣਿਆ ਨਾ ਮਤਲਬ ਮੈਂ ਮੇਰਾ ਰੂਹ ਕੰਬ ਗਈ ਵੀ ਏਦਾਂ ਵੀ ਇੰਨੀ ਵੀ ਜ਼ਾਲਮ ਔਰ ਫਿਰ ਛਾਤੀ ਤੇ ਹੱਥ ਮਾ ਕੰਜਰ ਦਿਓ ਕੋੜੀਓ ਗਲਤੀ ਕਰ ਲਈ ਹੈ ਚੁੱਪ ਹੀ ਕਰ ਜਾਓ ਚੁੱਪ ਤਾਂ ਕਰ ਜਾਓ ਘੱਟੋ ਘੱਟ ਤੁਸੀਂ ਜੋ ਹੋ ਗਿਆ ਕਲਾਕਾਰ ਦੇ ਨਾਂ ਲੱਗ ਜਾਓ ਲੱਗ ਜਾਓ ਤੁਸੀਂ ਕਾਹਦੀ ਸੂਰਮਤ ਕਦੇ ਦੱਸਣ ਲੱਗ ਪਏ ਛਾਤੀ ਤੇ ਹੱਥ ਮਾਰ ਮਾਰ ਕੇ ਲੋਕਾਂ ਨੂੰ ਗੁਰਬਚਨ ਸਿੰਘ ਡੀਐਸਪੀ ਦਾ ਪਹਿਲਾ ਕਤਲ ਜਦੋਂ ਹੋਇਆ ਹਾਂ ਜਦੋਂ ਡੀਆਈਜੀ ਅਟਵਾਲ ਦਾ ਕਤਲ ਹੋਇਆ ਜੇ ਉਹਨਾਂ ਹਾਲਾਤਾਂ ਤੇ ਕਿਸੇ ਨੇ ਮੂਵੀ ਬਣਾ ਦਿੱਤੀ ਹਾਂ ਪਹਿਲਾਂ ਮਤਲਬ ਪਹਿਲਾਂ ਪਰਿਵਾਰ ਦੀਆਂ ਧਮਕੀਆਂ ਵੀ ਪਹਿਲਾਂ ਦਰਬਾਰ ਸਾਹਿਬ ਤੋਂ ਦਿੱਤੀਆਂ ਗਈਆਂ ਪੁਲਿਸ ਵਾਲਿਆਂ ਨੂੰ ਔਰ ਪਰਿਵਾਰ ਦਾ ਪਹਿਲਾ ਕਤਲ ਵੀ ਇਹਨਾਂ ਵੱਲੋਂ ਕੀਤਾ ਗਿਆ ਇਹ ਫਿਰ ਜਦੋਂ ਤੁਸੀਂ ਦੁਸ਼ਮਣ ਨੂੰ ਜਿਹੜਾ ਡਰ ਦਿੰਦੇ ਆ ਨਾ ਦੁਸ਼ਮਣ ਫਿਰ ਉਹ ਚਾਲ ਤੁਹਾਡੇ ਤੇ ਪਤਾ ਹਮੇਸ਼ਾ ਹੀ ਤੁਸੀਂ ਦੂਜੇ ਨੂੰ ਉਹੀ ਡਰ ਦਿੰਦੇ ਆ ਜਿਹਦੇ ਨਾਲ ਤੁਸੀਂ ਖੁਦ ਡਰਨੇ ਚਾਹੁੰਦੇ ਹੋਊਗੇ ਫਿਰ ਦੁਸ਼ਮਣ ਕਿੱਦਾਂ ਸਮਝ ਜਾਂਦਾ ਵੀ ਇਹਨੇ ਆਹ ਕੰਡੀ ਨੱਪਣੀ ਪੈਣੀ ਤੁਸੀਂ ਪਹਿਲਾਂ ਹੀ ਸ਼ੁਰੂਆਤ ਦਿੱਤੀ ਆ ਉਹਨੂੰ ਤੁਸੀਂ ਬਣਾ ਕੇ ਪਰੋਸ ਕੇ ਦਿੱਤਾ ਵੀ ਆਹ ਕੁਛ ਕਰ ਤੁਸੀਂ ਆਪ ਕੀਤਾ ਉਹਨੂੰ ਉਸ ਪਾਸੇ ਨੂੰ ਤੋੜਿਆ ਬਿਲਕੁਲ 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 98 ਤੋਂ ਜਾਂ ਮੈਂ ਕਹਿ ਸਕਦਾ 92 ਤੱਕ ਤਿੰਨ ਤਿੰਨ ਇਹਨਾਂ ਨੂੰ ਜਵਾਨਤਾਂ ਦੇ ਦਿੱਤੀਆਂ ਸੀਗੀਆਂ ਗੌਰਮੈਂਟ ਨੇ ਵੀ ਛੱਡ ਦੋ ਯਾਰ ਸੁਧਰ ਜਾਓ ਇੱਕ ਵਾਰੀ ਫੜ ਲੈਣਾ ਫਿਰ ਛੱਡ ਉਹਨੂੰ ਇੰਨੀ ਖੂਬੀ ਮੰਨਿਆ ਕਹਿੰਦੇ ਪੁਲਿਸ ਵਾਲੇ ਵੀ ਚੰਗੇ ਸੀਗੇ ਉਹਨੇ ਘਰਦਿਆਂ ਨੂੰ ਮਿਲਾ ਲੈਣਾ ਕਹਿੰਦੇ ਜੀ ਪੇਸ਼ੀ ਤੇ ਆਣ ਗਏ ਵੀ ਘਰ ਆ ਜਾਂਦੇ ਹੁੰਦੇ ਉਹ ਉਹਨੂੰ ਇਹਨੇ ਨੈਗੇਟਿਵ ਸੱਚ ਨਹੀਂ ਇਹ ਨਹੀਂ ਸਮਝਿਆ ਕਿ ਸਾਡੇ ਨਾਲ ਰਿਆਇਤ ਕਰ ਰਹੇ ਆ ਸਾਨੂੰ ਚਾਹੁੰਦੇ ਵੀ ਸੁਧਰ ਜਾਣ ਇਹ ਸੋਚਣਾ ਚਾਹੀਦਾ ਸੀ ਉਹਨੇ ਸੋਚਿਆ ਵੀ ਇਸ ਡਰਦੇ ਆ ਉਹਨਾਂ ਨੂੰ ਇੱਕ ਵਾਰੀ ਜਵਾਨਤ ਦੂਜੀ ਜਵਾਰੀ ਜਵਾਨਤ ਤੀਜੇ ਤਿੰਨ ਜਵਾਨਤਾਂ ਤੇ ਜਦੋਂ ਬੰਦਾ ਦੇ ਹੀ ਜਾਵੇ ਛੱਡ ਹਟੇ ਹੀ ਨਾ ਕੀ ਕਰੋਗੇ ਤੁਸੀਂ ਉਹ ਉਹੀ ਕੇ ਪੀ ਐਸ ਗਿੱਲ ਆ ਜਿਹੜਾ 98 ਤੋਂ ਜਾਂ 90 ਤੋਂ ਪਹਿਲਾਂ ਵੀ ਉਹੀ ਸਿਗ ਰਿਹਾ ਉਹਦਾ ਬਹੁਤ ਕਾਲ ਹੈ 30-35 ਸਾਲ ਉਹ ਨੌਕਰੀ ਕਰ ਗਿਆ ਸ਼ਾਇਦ 50 ਸਾਲ ਤੱਕ ਕਰ ਗਿਆ ਹੋਵੇ ਪਰ ਉਹਦਾ ਗੁੰਡਾ ਬੰਨ ਦਾ ਪੀਰੀਅਡ ਦੇਖ ਲਓ ਕਿੰਨਾ ਕਿ ਉਹਦਾ ਉਹਨੂੰ ਤੁਸੀਂ ਅੱਜ ਕਹਿੰਦੇ ਸਾਰੇ ਕਹਿੰਦੇ ਆ ਬੁੱਚਰ ਉਹ ਬੁੱਚਰ ਬੰਨ ਦਾ ਪੀਰੀਅਡ ਦੇਖ ਲਓ ਕਾਹਦੇ ਆ ਬੁੱਚੜ ਹੈਗਾ ਆ ਉਹ ਪਰ ਬੁੱਚੜ ਕਿਉਂ ਬਣਿਆ ਇਹ ਸੋਚਣਾ ਬਣਦਾ ਆ ਨਹੀਂ ਨਾਲੇ ਉਹ ਬਣਦਾ ਆ ਜੇ ਜੇ ਤੁਸੀਂ ਇਮਾਨਦਾਰੀ ਨਾਲ ਨਾ ਉਹਦਾ ਵਿਸ਼ਲੇਸ਼ਣ ਕਰਨਾ ਹਾਂ ਉਸ ਵੇਲੇ ਕਿੰਨੇ ਮੁਕਾਬਲੇ ਬਣੇ ਆ ਤੇ ਨਾਲ ਇਹ ਵੀ ਲੱਭ ਲਿਓ ਵੀ ਉਹਦੇ ਵਿੱਚੋਂ ਟਕਸਾਲ ਵਾਲੇ ਠਾਕਰ ਸਿੰਘ ਨੇ ਸੂਹ ਕਿੰਨਿਆਂ ਦੀ ਦਿੱਤੀ ਸੀ ਉਹਨੂੰ ਇਹਨਾਂ ਨੇ ਸਾਰਾ ਯਾਰਾ ਗੈਂਗ ਛੱਡਤਾ ਜਿਹੜੇ ਅਜਮੇਰ ਸਿੰਘ ਗੈਂਗ ਆ ਜਿਹੜਾ ਬਿੱਟੂ ਗੈਂਗ ਸਾਰਾ ਉਹਨੂੰ ਛੱਡਤਾ ਜਿਹਦਾ ਬਾਹਰ ਸਾਰੇ ਉਹਦੇ ਛੱਡੇ ਆਏ ਆ ਜਿਹੜੇ ਬੰਦੇ ਇਹ ਕਹਿੰਦੇ ਨਾ ਵੀ ਖਾਲੜੇ ਨੇ 25,000 ਲਾਸ਼ਾਂ ਲੱਭੀਆਂ ਹਾਂਜੀ ਉਹ ਝੂਠ ਬੋਲਦੇ ਆ ਉਹਨੇ ਕੁਛ ਮਹੀਨਿਆਂ ਦੇ ਵਿੱਚ ਕੁਛ ਐਵਰੇਜ ਪਿੰਡਾਂ ਦੇ ਵਿੱਚ ਜਾ ਕੇ ਲਗਭਗ 700 ਲਾਸ਼ਾਂ ਦਾ ਪਤਾ ਲੱਗਾ ਸੀ ਉਹ ਭਾਜੀ ਯਾਰ ਉਹ ਤਾਂ ਝੂਠ ਝੂਠ ਤਾਂ ਇਹਨਾਂ ਦਾ ਇਹ ਤਾਂ ਉਰੇ ਤਾਂ ਖੜਦੇ ਨੇ ਦਰਬਾਰ ਸਾਹਿਬ ਦੇ ਵਿੱਚ 92 ਫੌਜੀ ਮਾਰੇਗਾ ਇਹ 15,000 ਮਾਰਨ ਦਾ ਐਡੇ ਝੂਠ ਤਾਂ ਉੱਤੇ ਬੋਲੀ ਜਾਂਦੇ ਇਹਨਾਂ ਨੇ ਨਾ ਉਹਦੀ ਔਸਤ ਕੱਢ ਕੇ ਇੱਦਾਂ ਕਿਸੇ ਨੇ ਇੱਦਾਂ ਕਰ ਦਿੱਤਾ ਵੀ ਜੇ ਮੰਨ ਲਓ 10 ਪਿੰਡਾਂ ਦੇ ਵਿੱਚੋਂ ਜਾਂ 50 ਪਿੰਡਾਂ ਦੇ ਵਿੱਚੋਂ 700 ਹੋਇਆ ਜੇ 13,000 ਪਿੰਡ ਆ ਤਾਂ ਇੰਨੇ ਗੁਣਾ ਕਰਕੇ 25,000 ਬਣ ਜਾਣਾ ਇਹ ਗੱਲ ਦਲਵੀਰ ਸਿੰਘ ਪੱਤਰਕਾਰ ਨੂੰ ਵੀ ਪਤਾ ਆ ਇਹ ਗੱਲ ਖਲੜੇ ਨੂੰ ਵੀ ਪਤਾ ਸੀ ਪਤਾ ਹੁੰਦਿਆਂ ਹੋਇਆਂ ਇਹਨਾਂ ਨੇ ਉਹ ਝੂਠ ਤਾਂ ਨਿਕਲ ਆਉਂਦਾ ਹੁੰਦਾ
या ਇਹਨਾਂ ਨੇ ਸਿਰਫ ਇਦਾਂ ਕਿਉਂਕਿ ਉਹ ਗੱਲ ਜਦੋਂ ਪਹਿਲੀ ਵਾਰ ਅਗਲੇ ਨੇ ਇਦਾਂ ਆਪਣੀ ਸਟੇਟਮੈਂਟ ਵਿੱਚ ਕਿਸੇ ਨੇ ਕਿਹਾ ਵੀ ਦੇਖੋ ਜੀ ਇਦਾਂ ਲੱਭਿਆ ਗਿਆ ਜੇ ਇੰਨੇ ਪਿੰਡ ਤਾਂ ਇੰਨੇ ਬਣ ਜਾਣੇ ਆ। ਉਹ ਗੱਲ ਅਖਬਾਰ ਨੇ ਮੰਨ ਲਓ ਇੱਦਾਂ ਲਾਤੀ ਵੀ ਇੰਨੀ ਲੱਭੀ ਗਈ ਆ ਲਾਸ਼, ਉਹਦੇ 'ਤੇ ਇੰਨੀ ਕਿਹਾ ਨਹੀਂ ਵੀ ਲੱਭੀ ਨਹੀਂ ਇੰਨੀ, ਅਸੀਂ ਇਹ ਐਵਰੇਜ ਕੱਢੀ ਆ, ਅਤੇ ਉਹ ਗੱਲ ਹੌਲੀ ਹੌਲੀ ਬਣ ਉੱਦਾਂ ਗਈ ਆ। ਹਾਂ ਚਲੋ ਭਾਜੀ ਮੈਂ ਗੱਲ ਫਿਰ ਇੱਧਰ ਨੂੰ ਤੁਰ ਲੱਗੀ ਮੈਂ, ਉਹ ਕੱਲ ਨੂੰ ਜੇ ਟਾਈਮ ਲੱਗਿਆ ਇਹਦੇ ਉੱਤੇ ਗੱਲ ਕਰਨੀ ਥੋੜੀ ਜਿਹੀ ਜ਼ਰੂਰੀ। ਕੋਈ ਨਹੀਂ, ਕੱਲ ਨੂੰ ਵਿਸ਼ੇ ਉੱਤੇ ਆਪਾਂ ਅੱਜ ਮੈਂ ਕਰ ਲੈਨੇ ਟਾਈਮ ਇੱਕ ਵਜੇ ਹੋ ਗਿਆ, ਇੱਕ ਵਜੇ ਸੁਣਨਾ ਹੈ ਨਾ, ਇੱਕ ਵਜੇ ਅਸੀਂ ਸ਼ੁਰੂ ਕਰਨਾ ਆ, 3 ਘੰਟੇ ਹੋਣੇ ਆ ਤੇ ਸਾਰਾ ਟਾਈਮ ਕਾਲਾਂ ਲਈ ਹੋਣਾ, ਤੁਸੀਂ ਜਦੋਂ ਮਰਜ਼ੀ ਮੈਸੇਜ ਕਰ ਦਿਓ। ਅੱਜ ਠੀਕ ਹੈ ਜੀ, ਮੈਂ ਜੇ ਟਾਈਮ ਲੱਗਾ ਤਾਂ ਕੱਲ ਨੂੰ ਇਸ ਵਿਸ਼ੇ ਤੇ ਨਾ ਜਿਹੜੀ ਆਹ ਇਹਨਾਂ ਦੇ ਉਹ ਤਰਸੇਮ ਸਿੰਘ ਜਿਹੜਾ ਮਾਤਾ ਉਹਦੇ ਉੱਤੇ ਮਾੜੀ ਜਿਹੀ ਗੱਲ ਕਰਨੀ ਹੈ, ਤੇ ਚਲੋ ਕੱਲ ਨੂੰ ਫਿਰ ਦੇਖਦੇ ਆ ਹਨਾ। ਠੀਕ ਹੈ, ਗੁੱਡ ਆ, ਠੀਕ ਹੈ ਭਾਜੀ, ਧੰਨਵਾਦ ਜੀ, ਥੈਂਕ ਯੂ ਜੀ। ਅਤੇ ਹੁਣ ਥੈਂਕ ਯੂ ਤੁਹਾਡਾ ਵੀ, ਬਾਕੀਆਂ ਦਾ ਆਪਾਂ ਖਤਮ ਤਾਂ ਚਾਹੁੰਦੇ ਹਾਂ ਕਰਨਾ, ਜਿਹੜਾ ਬਾਕੀ ਦਾ ਪ੍ਰੋਗਰਾਮ ਆ ਫਿਰ ਆਪਾਂ ਕੱਲ੍ਹ ਨੂੰ ਗੱਲਬਾਤ ਸਰੋਤਿਆਂ ਦੇ ਨਾਲ, ਤੁਹਾਨੂੰ ਖੁੱਲ੍ਹਾ ਟਾਈਮ ਹੋਣਾ, ਜਿਹੜੀ ਵੀ ਕੋਈ ਜਿੰਨੀ ਗੱਲ ਕਰਨੀ ਚਾਹੁੰਦੇ ਹੋਏ ਤੁਸੀਂ ਕਰ ਸਕਦੇ ਹਾਂ। ਧੰਨਵਾਦ। ਜਿਨ੍ਹਾਂ ਨੇ ਨਹੀਂ ਦੇਖੀ ਫਿਲਮ ਜ਼ਰੂਰ ਟਾਈਮ ਕੱਢ ਕੇ ਦੇਖ ਲਿਓ, ਜ਼ਰੂਰੀ ਨਹੀਂ ਹੈ ਤੁਸੀਂ ਉਸ ਐਂਗਲ ਤੋਂ ਦੇਖਣੀ ਆ, ਇੱਕ ਫਿਲਮ ਦੇ ਵਜੋਂ ਵੀ ਭੁੱਲ ਜਿਓ ਵੀ ਕੌਣ ਆ ਬੰਦਾ, ਵਧੀਆ ਮਨੋਰੰਜਨ ਵਾਲੀ ਹੈਗੀ ਆ ਫਿਲਮ ਆ, ਠੀਕ ਹੈ, ਸੋਹਣਾ ਟਾਈਮ ਪਾਸ ਬਹੁਤ ਵਧੀਆ ਹੁੰਦਾ। ਧੰਨਵਾਦ ਤੁਹਾਡਾ, ਅਤੇ ਆਪਾਂ ਮਿਲਾਂਗੇ ਤੁਹਾਨੂੰ।